18 Automatic Road, Brampton, unit number 4, sinkkitchen.com. ਤੁਸੀਂ ਘਰ ਵਿੱਚ ਕਿਚਨ ਦੀ ਰੈਨੋਵੇਸ਼ਨ ਉਹ ਬਾਈ ਕੀ ਸੋਚ ਰਿਹਾ ਹੈ ਬਾਈ ਸੋਚਦਾ ਕਿ ਕੋਈ ਇੰਸ਼ੋਰੈਂਸ ਪਾਲਿਸੀ ਕਰਵਾ ਲਵਾਂ ਚੰਗੀ ਹੁੰਦੀ ਹੈ ਪਰ ਸਮਝ ਨਹੀਂ ਆ ਰਿਹਾ ਕਰਵਾਵਾਂ ਕਿੱਥੋਂ ਉਹ ਜ਼ਿਆਦਾ ਨਾ ਸੋਚ ਸਿੱਧਾ ਜਾ ਹਰਜਿੰਦਰ ਸੰਧੂ ਹੁਣਾਂ ਕੋਲ ਅਸੀਂ ਸਾਰਿਆਂ ਨੇ ਵੀ ਆਪਣੀਆਂ ਸਾਰੀਆਂ ਪਾਲਿਸੀਆਂ ਉਹਨਾਂ ਤੋਂ ਹੀ ਕਰਵਾ ਲਈਆਂ ਨੇ ਅੱਛਾ ਪਰ ਉਹ ਕਿਉਂ ਹਰਜਿੰਦਰ ਪ੍ਰੋਵਾਈਡ ਕਰਦੇ ਨੇ ਸਹੀ ਐਡਵਾਈਸ ਤੇ ਤੁਹਾਡੀ ਪਾਲਿਸੀ ਨੂੰ ਇੰਸ਼ੋਰੈਂਸ ਕੰਪਨੀ ਨੂੰ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰਦੇ ਨੇ ਤਾਂ ਕਿ ਆਪਾਂ ਨੂੰ ਪੀਸ ਆਫ ਮਾਈਂਡ ਰਵੇ ਇਹਨਾਂ ਦੀ ਸਰਵਿਸ ਵੀ ਬਹੁਤ ਕਮਾਲ ਦੀ ਹੈ ਮੈਂ ਅੱਜ ਹੀ ਫੋਨ ਕਰਦਾ ਹਰਜਿੰਦਰ ਨੂੰ ਨੰਬਰ ਦੱਸਿਓ ਤੁਸੀਂ ਵੀ ਨੋਟ ਕਰੋ 416-608-7000 ਕੋਈ ਵੀ ਲਾਈਫ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਸੁਪਰ ਵੀਜ਼ਾ ਵਿਜ਼ਿਟਰ ਇੰਸ਼ੋਰੈਂਸ ਜਾਂ ਫਿਰ ਬੱਚਿਆਂ ਦੇ ਲਈ ਐਜੂਕੇਸ਼ਨ ਪਲਾਨ RESP ਲਈ ਯਾਦ ਰੱਖੋ ਹਰਜਿੰਦਰ ਸੰਧੂ 416-668-7000 ਵੈਬਸਾਈਟ harjindersandhu.ca ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਐਂਡ ਗੁੱਡ ਈਵਨਿੰਗ ਜੀ ਸਾਰਿਆਂ ਨੂੰ ਮੈਂ ਤੁਹਾਡਾ ਛੋਟਾ ਵੀਰ ਰਾਜਿੰਦਰ ਸਿੰਘ ਤੇ ਤੁਸੀਂ ਸੁਣ ਰਹੇ ਹੋ ਸਾਂਝ ਰੇਡੀਓ ਟੋਰਾਂਟੋ ਹੋਰ ਸੁਣਾਓ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਆਪਣੇ ਬੱਚਿਆਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਬਹੁਤ ਵਧੀਆ ਟਾਈਮ ਸਪੈਂਡ ਕਰ ਰਹੇ ਹੋਵੋਗੇ ਤੇ ਲੌਂਗ ਵੀਕਐਂਡ ਹੈਗਾ ਦੋਸਤੋ ਕੱਲ ਨੂੰ ਵੀ ਛੁੱਟੀ ਹੈ ਤੇ ਜਦੋਂ ਇੱਕ ਛੁੱਟੀ ਆ ਜਾਂਦੀ ਹੈ ਚਾਹੇ ਉਹ ਫਰਾਈਡੇ ਦੀ ਹੋਵੇ ਚਾਹੇ ਉਹ ਮੰਡੇ ਦੀ ਹੋਵੇ ਇੱਕ ਡਿਫਰੈਂਟ ਹੀ ਇੰਜੋਏ ਜਿਹਨੂੰ ਕਹਿੰਦੇ ਹੁੰਦੇ ਨੇ ਇੱਕ ਅੰਦਰ ਹੀ ਅੰਦਰ ਫੀਲਿੰਗ ਆ ਜਾਂਦੀ ਹੈ ਇੱਕ ਰਿਲੈਕਸੇਸ਼ਨ ਆ ਜਾਂਦੀ ਹੈ ਤੇ ਜ਼ਰੂਰ ਕਾਲ ਕਰਕੇ ਦੱਸੋ ਕਹੀ ਜੀ ਫੀਲਿੰਗ ਆ ਰਹੀ ਹੈ ਕਿਵੇਂ ਨਿਕਲ ਰਿਹਾ ਹੈਗਾ ਲੌਂਗ ਵੀਕਐਂਡ ਸੁਣਦੇ ਰਹੋ ਸਾਂਝ ਰੇਡੀਓ ਟੋਰਾਂਟੋ ਬਿਲਕੁਲ ਦੋਸਤੋ ਸਟੂਡੀਓ ਦਾ ਨੰਬਰ 905-673-3337 ਅੱਜ ਪੂਰੇ 3 ਘੰਟੇ ਗੱਲਾਂ ਬਾਤਾਂ ਹੋਣਗੀਆਂ ਤੇ ਮੈਨੂੰ ਪਤਾ ਹੈ ਸਾਡੇ ਸਾਰੇ ਸਰੋਤੇ ਬਿਜ਼ੀ ਹੈਗੇ ਨੇ ਪਰ ਫਿਰ ਵੀ ਸਾਨੂੰ ਇਹ ਵੀ ਪਤਾ ਹੈਗਾ ਸਾਡੇ ਲਈ ਆਪਣੇ ਪਰਿਵਾਰ ਲਈ ਸਾਡੇ ਸਰੋਤਿਆਂ ਨੇ ਟਾਈਮ ਜ਼ਰੂਰ ਕੱਢਣਾ ਹੈਗਾ ਤੇ ਕਾਲ ਕਰਕੇ ਹਾਜ਼ਰੀ ਜ਼ਰੂਰ ਲਵਾਉਣੀ ਹੈ ਦੋਸਤਾਂ ਨੂੰ ਦੱਸਦਾ ਆਪਣੇ ਸਾਡੇ ਸਰੋਤਿਆਂ ਨੂੰ ਦੱਸਦਾ ਦੋਸਤੋ ਜੇ ਘਰੇ ਵੀ ਬੈਠੇ ਹੈਗੇ ਹੋ ਜਾਂ ਘਰੇ ਜਾਣਾ ਹੈਗਾ ਕਈ ਵਾਰ ਹੁੰਦਾ ਵੀ ਯਾਰ ਸੁਣ ਕੇ ਜਾਈਏ ਸ਼ੋ ਨੂੰ ਤੇ ਘਰੇ ਬੈਠੇ ਵੀ ਫੇਸਬੁੱਕ ਯੂਟਿਊਬ ਇੰਸਟਾਗ੍ਰਾਮ ਤੇ ਵੀ SM ਸ਼ੋ ਲਾਈਵ ਚੱਲ ਰਿਹਾ ਹੈਗਾ ਉੱਥੇ ਜਾ ਕੇ ਵੀ ਸਾਨੂੰ ਸੁਣਿਆ ਜਾ ਸਕਦਾ ਕਨੈਕਟ ਕਰੋ ਜਾ ਕੇ ਸਾਂਝ ਰੇਡੀਓ ਟੋਰਾਂਟੋ ਤੇ ਸਾਡੇ ਸਰੋਤਿਆਂ ਦੇ ਲਾਗੇ ਨੇ ਆਉਣ ਫੋਨ ਆ ਜਾਓ ਪਹਿਲਾਂ ਵੈਲਕਮ ਕਰੀਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿਆ ਬਾਤ ਹੈ ਕਿਆ ਬਾਤ ਹੈ ਥੈਂਕ ਯੂ ਸੋ ਮਚ ਬਾਈ ਜੀ ਥੈਂਕ ਯੂ ਬਿਲਕੁਲ ਦੋਸਤੋ ਛੁੱਟੀ ਵਾਲਾ ਇੱਕ ਨਜ਼ਾਰਾ ਹੀ ਹੋਰ ਹੁੰਦਾ ਸੀ ਤੇ ਜੇ ਮੈਨੂੰ ਪੁੱਛਿਆ ਜਾਵੇ ਮੈਨੂੰ ਤਾਂ ਬੜਾ ਜਦੋਂ ਫੀਲਿੰਗ ਆਉਂਦੀ ਹੈ ਜਦੋਂ ਕਹਿੰਦੇ ਨੇ ਮੰਡੇ ਜਾਂ ਫਰਾਈਡੇ ਛੁੱਟੀ ਹੈ ਤੇ ਬੜੀ ਚੰਗੀ ਫੀਲਿੰਗ ਆਉਂਦੀ ਹੈ ਜਦੋਂ ਹੁੰਦਾ ਵੀ ਆਪਣੇ ਘਰਦਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਟਾਈਮ ਸਪੈਂਡ ਕਰਨਾ ਹੈਗਾ ਬੜਾ ਚੰਗਾ ਲੱਗਦਾ ਤੇ ਅੱਜ ਪੂਰੇ 3 ਘੰਟੇ ਆਪਾਂ ਸਾਂਝ ਰੇਡੀਓ ਟੋਰਾਂਟੋ ਪਰਿਵਾਰ ਨੇ ਪੂਰੀਆਂ ਗੱਲਾਂ ਬਾਤਾਂ ਕਰਾਂਗੇ ਤੇ ਤੁਹਾਡੇ ਲਈ ਗੱਲਬਾਤ ਵਾਲੇ ਗਾਣੇ ਵੀ ਕੱਢੇ ਪਏ ਨੇ ਤੇ ਟੌਪਿਕ ਵੀ ਬੜਾ ਕਮਾਲ ਦਾ ਹੈਗਾ ਹੈਰਾਨ ਹੋ ਜਾਓਗੇ ਜਿਹੜਾ ਅੱਜ ਇਹ ਗਾਣਾ ਕੱਢਿਆ ਹੋਇਆ ਤੁਸੀਂ ਹੈਰਾਨ ਹੋ ਜਾਓਗੇ ਸਾਡੇ ਫੇਵਰੇਟ ਮੈਨੂੰ ਨੀ ਪਤਾ ਕਿੰਨਾ ਕੁ ਨੂੰ ਯਾਦ ਆ ਹਰਭਜਨ ਸ਼ੇਰਾ ਸਾਹਿਬ ਦਾ ਨਾਮ
मतलब बा कमाल दे सिंगर अज बड़ा चेते आया इन्हां दा गाना कढ़िया जावे क्योंकि ये गाना बड़े बड़े दिल नूं छूण वाला गाना दोस्तों सुनियो क्या बात है मोटे मोटे हिलने चाहिए ने क्या बात है क्या बात है बहुत वधिया बहुत वधिया किथे चले गए सीगे अच्छा अच्छा ये भी थोड़ा ये भी परिवार है तुसी ध्यान रखना भी परिवार दा बचपन याद आ गया दस दे हजे टॉपिक दसा नहीं है थोड़ी देर च टॉपिक दसांगे क्या बात है थैंक यू सो मच गुड नाइट जी बिल्कुल दोस्तों सुन रहे हो सांझ रेडियो ट्रैक्टर ते गल्लां बातां दा सिलसिला पूरे 3 घंटे करांगे अज जिवें जिवें साडे स्रोते जुड़दे ने उवें उवें गल्लां बातां करांगे ते संदेश देने बड़े जरूरी ने दोस्तों अज तुहानू दस दईए बा कमाल दी जिहड़ियां प्रॉपर्टीज आईआं ने उहनां बारे तुहानू दसणा बड़ा जरूरी हैगा ते गगन नरूला साहब कोल हमेशा दी तरह तुहानू पता है गगन नरूला साहब कोल हमेशा दी तरह बा कमाल प्रोजेक्ट आउंदे ने दोस्तों अज वी तुहानू दसांगे गगन नरूला साहब हो गए गैरी नरूला साहब हो गए सॉरी उन्हों का नाम वैसे गौरव नरूला है साढ़े परम मित्र है इस करके हमेशा निक नाम जो कहते होंगे याद आता उन्हों का हमेशा बा कमाल इंसान है सारिया प्रॉपर्टीज जिहड़ियां अज के समय के इनवैसट कर सकते है सारिया की तुहानू जानकारी देवे साढ़े स्रोते साढ़े वाल जुड़ रहे हैं टॉपिक नहीं हजे दस्या थोड़ी देर च दसदे हाँ जिम्मे जिम्मे साढ़े स्रोते जुड़ते हैं टॉपिक भी दसांगे हाँ जी सत श्रीकाल जी बहुत वधिया तुसीं सुनाओ जी की हाल ने वधिया वधिया भाजी जी ठीक है हाँ जी मैं कहा संजीव भाई ने संजय सी मैं कहा भाई तुम्हें लगता होना कि लोग भी कहते ले गया पर बंदे सुनते नहीं थे मैं कहा बंदे बार है कभी फोन करके तो पता लगता हूँ नहीं पता लगता हाँ सही गल है सही गल है नहीं नहीं साढ़े को आ जाता डेटा इतने भी कि बंदे सुन रहे हैं हाँ हाँ आ जाता इतने पता लग जाता भी बहुत वधिया सानू प्यार कर रहे हैं मैसेजेस आते रहते हैं पर एक कॉल नाल ना एक अलग ही जिहड़ा हुंदा ना हौसला वह अलग हो जाता थैंक यू सो मच बिल्कुल दोस्तों सुन रहे हो सांझ रेडियो टोरंटो बा कमाल दा शो हमेशा ही तुसी साडे स्रोते सारे पसंद करते ने ते मैं दसदा सांझ रेडियो टोरंटो इस टाइम फेसबुक यूट्यूब एंड इंस्टाग्राम ते भी लाइव हैगा आ जाओ जिन्ना ने भी सानू दोनों भरावां नू देखना ते सुनना हैगा सांझ रेडियो टोरंटो रजिंदर सिंह ते वैसे मेरा दिल करदा हुंदा मेरे स्रोते साढ़े स्रोते सानू मैनू जिहड़ा मेरा निक नेम है गूरे तो बुलाउण तो बड़ा चंगा लगता है जदों मेरा निक नेम सुनाया जांदा हैगा 905-673-3337 दोस्तों गल्लां बातां कर रहे हैं क्या बात है गुड़ खांदे क्या बात है कच्चिया उंगलियां तोड़ तोड़ तूड़ी विच दबदे सी
बिल्कुल जी बिल्कुल, अपनिया गलियां, अपना पिंड, अपना कल्चर, अपना धर्म, अपनी जाति हमेशा बड़ी पसंद आती है। अज थोड़ा जा ध्यान नाल सुनना दोस्तों, बड़ा जरूरी टॉपिक है अज जरूरी इस करके है, जे तुहानू पसंद आया तुसी 10 जगह कि 100 जगह जाके सुनाओगे इस टॉपिक नू, इस करके बड़े ध्यान नाल सुनने वाली गल है। मैं दोबारा बोलन लग्या, अपनी मिट्टी, अपना धर्म, अपनी जाति, अपना देश, अपनी बोली सारे नू पसंद आती है। की सानू दूजे की मिट्टी, दूजे का देश, वैसे दूजा कहना वर्ड चाहिए नहीं, पर असी बन चुके हैं उस तरीके नाल, इस करके मैं दूजा वर्ड यूज कर रहा, माफी खिमा दा याचका जे किसी भी बुरा लगा ये वर्ड, पर फिर भी मैं दोबारा यूज करूंगा। दूजे की मिट्टी, दूजे का धर्म, दूजे की जात सानू बड़ी पसंद आउंदी है या नहीं मैनू नहीं पता, इस करके मैं एक क्वेश्चन मार्क है बहुत वड्डा इहदे उत्ते। मैं कह भी सकदा भी शायद सानू नहीं पसंद आउंदी, पर मैं नहीं कहूंगा, क्योंकि हर बंदे का, हर इंसान का अपना एक तजुर्बा है, हर एक इंसान की अपनी जिंदगी है, हर इंसान नू अपना ज्यादा पता है। कहन नाल कहन वाले होर ने, पर जिहड़े नहीं कहिंदे ना उन्हां नू असल पता है जिंदगी का। बथेरे लोग असीं देखदे होवांगे सोशल मीडिया के उत्ते बथेरियां चीज़ां लिखते हैं, पर जिहड़े नहीं लिखते ना असल उन्हां दी गलबात है। लिखण वाले तां हो भी सकते ने, नहीं भी हो सकते, क्योंकि अजकल रोबोटिक्स का जमाना है, अजकल बॉट्स का जमाना है। बॉट का मतलब की है, रोबोट, रोबोट तो बॉट बन गया, हुण बॉट तो टी बन जाना है, रब जाणदा कदों बनना है, पर बन जाना है। इस करके दोस्तों जिहड़े लिखते ने मैं उन्हां दी गल नहीं कर रहा, जिहड़े नहीं लिखते उन्हां तों मैं पुछना चाहूंगा भी की असी अपने अपना जदों आ जाता, मैं जदों आ जाती है, अपना जदों आ जाता उदों तां असी सारियां चीज़ां पसंद करते हैं, अपने कल्चर नूं, अपने धर्म नूं, अपनी जाति नूं, ते हमेशा साड़ी लड़ाई भी रहिंदी है भी अपनी बोली, माँ बोली जिहनूं असी कह दिंदे। पर एक क्वेश्चन बहुत वड्डा खड़ा हो जाता उस तों बाद कि असी जिहड़ियां साढ़े तों इलावा बोलियां ने, साढ़े तों इलावा धर्म ने, साढ़े तों इलावा जातियां ने, साढ़े तों इलावा देश ने, कि असी उन्हां नूं प्यार करदे हां। ये तो बाद दो तीन क्वेश्चन मार्क ने, ध्यान नाल समझना ते तुसी आंसर करना है। तो जे असी प्यार करते हैं कि असी आपदे घरे अपने बच्चों अपने परिवार के गल्लां करते हैं, यही भी हाँ जी बाहर जदों जाना है उदों हर एक इंसान नूं धर्म, रंग, जाति नूं देख, मे भी मैनू नहीं पता, ये डिपेंड करता है मेरे इस टॉपिक से किनिया क मैनू कॉल आदि ने, मैनू नहीं पता मैनू कॉल आदि ने जां नहीं आदि, पर जे कॉल आदि ने इट मीनस सक्सैसफुल है टॉपिक। मैनू नहीं पता तुहानू किन्ना पसंद आऊगा टॉपिक, पर फिर भी मैं पूछना जरूर चाहना, क्योंकि दोस्तों इन्हां गल्लां दे उत्ते काम करना अज के समय के बड़ा जरूरी है। असी कहन नू बहुत स्याणे हो चुके हैं, असी कहन नू साडा दिमाग बहुत तेज हो चलिया, कहन नू साढ़े को नॉलेज बहुत हो चली है, पर किन्नी कु नॉलेज का असं इस्तेमाल कर रहे हैं, किन्ना कु सानू पता है साढ़े बारे, असी कौन हाँ। सब तो वड्डा क्वेश्चन तो यह होता भी असी कौन, असी कित्थों आए हैं, धर्म जाति किन्ने बनाईया ने, बड़े वड्डे क्वेश्चन ने दोस्तों, आंसर तुसी देने ने, साढ़े स्रोते सियाने हैगे ने, 905-673-3337 इन्हां गल्लां दे उत्ते काम करन दी लोड़ तां है जे जिहड़ी एक धरती एक है दोस्तों जिथे असीं रहने, जदों एक धरती है तां एक धर्म है, जे एक धर्म है तां एक घर है, एक घर है एक जाति है, ते एक घर दी असीं सारे वासी हाँ, ते तुसीं दसना हैगा उस घर दे विच कौन कौन किने किने रहना है, ते प्यार नाल रहना तां सारयां ने, पर प्यार नाल किहनूं किहनूं रखना चाहुंदे हो अपने घर दे विच। 905-673-3337 ਤੇ ਦੋਸਤੋ ਗੱਲਾਂ ਬਾਤਾਂ ਕਰ ਰਹੇ ਹੈਗੇ, ਗਾਣੇ ਵੀ ਪੂਰੇ ਸੁਣਾਵਾਂਗੇ, ਤੇ ਅੱਜ ਗੱਲਾਂ ਬਾਤਾਂ ਦੇ ਲਈ ਆਪਣੇ ਲਈ ਜਿਹਨੂੰ ਕਹਿੰਦੇ ਹੁੰਦੇ ਨੇ ਗੱਲਾਂ ਬਾਤਾਂ ਦੇ ਲਈ ਪੂਰੇ 3 ਘੰਟੇ ਦਾ ਜਿਹੜਾ ਸਮਾਂ ਹੈਗਾ ਪੂਰਾ ਹੈਗਾ। ਕੀ ਬਾਤ ਹੈ,
बिल्कुल जी बिल्कुल, धूड़ भी चंगी लगती सी अपनियां गलियां दी, अपने पिंड दियां गलियां नूं तां हमेशा दोस्तों असीं याद करदे ते याद करना भी चाहिए, पर एक बड़ा वड्डा फर्ज है, एक बड़ी वड्डा ध्यान है। जिहनूं मैनूं नहीं पता किन्ना क साडे स्रोते पसंद करनगे, बड़ा सेंसिटिव टॉपिक है दोस्तों, पर एक धर्म एक जाति बड़ियां वड्डियां गल्लां बातां ने, पर तुसीं दसना हैगा भी किन्ना क तुसीं प्यार करदे हो एक दूजे नूं, एक दूजे नूं असीं किन्ना के प्यार करदे हां, आपदे परिवार जिहड़ा एक परिवार हुंदा है। वैसे जिहड़ा समां चल रहा है इस समय दे विच तां अपने परिवार दे विच ही रहना औखा होया पिया दुनिया नूं, पर फिर भी क्वेश्चन है जे असीं चाहुंदे हां एक वधिया एक सच्चे सुच्चे युग नूं असीं चाहुंदे हां वी जन्म होवे। दोस्तो एक एक करके होगा काम, कोई सारे इकट्ठे तां नहीं होणे हैगे, जे असीं कहीए सारी दुनिया एक पासे ही चल पू, वह तो फिर उस दिन का सतयुग तो भी उपर लंघ जाना समा, जिस दिन सारे लोग चंगिया सोचा से चल पे उस दिन तो सतयुग भी असी क्रॉस कर जाएंगे, पर चंगी गल है जी कदे हैगा हो जाए, पर जब तक हैगा असी अपने आप की गल करिए, अपने आप की अपनी साड़ी की सोच है, सिर्फ क्वेश्चन थोड़ा जा चेंज कर लें, असी करते हैं मैनू नहीं पता, पर की असी करना चाहते हैं, असी आपके घर के परिवार के आपके यार दोस्तों के असी चाहते हैं भी असी यही जी गलबात करिए भी यार जेड़े बाकी इंसान ने यह गलू, वैसे गल बड़ा ध्यान देखा जाए तो सारी इंसानियत सारी जाति सारे धर्म एको ही ने, सब तो वड्डा धर्म सब तो वड्डी जात एक ही है, पर फिर भी साडे स्रोतों का माण रखते हुए साडी पूरी दुनिया का माण रखते हुए असी सोच लें भी ठीक है जी डिफरेंट डिफरेंट धर्म ने डिफरेंट डिफरेंट जातियां ने, पर उस तरीके नाल की असी सोचते हैं भी सानू सारे नू एक दूजे की रिस्पैक्ट करनी चाहिए, एक दूजे का ध्यान रखना चाहिए। अज दोस्तों माड़िया कृतियां की गलबात करांगे,
ਮੈਨੂੰ ਨਹੀਂ ਪਤਾ ਤੁਸੀਂ ਕਿੰਨੇ ਜਣੇ ਐਗਰੀ ਕਰੋਗੇ ਮੇਰੇ ਨਾਲ ਇਸ ਗੱਲ ਤੇ, ਪਰ ਮਾੜੀਆਂ ਕ੍ਰਿਤੀਆਂ ਤੇ ਗੱਲਬਾਤ ਕਰਾਂਗੇ, ਪੁਰਾਣੇ ਸਮੇਂ ਨੂੰ ਕਨੈਕਟ ਕਰਾਂਗੇ, ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜੇ ਪੁਰਾਣੇ ਸਮੇਂ 'ਚ ਚਲੇ ਜਾਈਏ ਅਸੀਂ, ਪੁਰਾਣੇ ਸਮੇਂ ਦੇ ਵਿੱਚ ਇੱਕ ਪਿੰਡ ਦੇ ਵਿੱਚ, ਬਾਹਲੇ ਵੱਡੇ ਸ਼ਹਿਰਾਂ ਦੀ ਗੱਲ ਨਾ ਕਰੀਏ, ਇੱਕ ਪਿੰਡ ਦੇ ਵਿੱਚ ਹਰ ਧਰਮ ਰਹਿੰਦਾ ਸੀ, ਹਰ ਜਾਤੀ ਰਹਿੰਦੀ ਸੀ, ਪਰ ਰਿਸਪੈਕਟ ਸਾਰਿਆਂ ਨੂੰ ਸੀ। ਕੌਲਾਂ ਲੈਂਦੇ ਹਾਂ, ਸਾਡੇ ਸਰੋਤੇ ਵੀ ਨਾਰਾਜ਼ ਹੋਣਗੇ, ਬਹੁਤ ਕੌਲਾਂ ਆ ਰਹੀਆਂ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵਧੀਆ ਸੁਖਜਿੰਦਰ ਸਾਹਿਬ, ਹਾਂਜੀ ਕੀ ਕਹਿਣਾ ਚਾਹੋਗੇ? ਕੁਦਰਤ ਨੇ ਬਣਾਈ ਉਹਨੇ ਤੇ ਗਲੋਬ ਬਣਾ ਦਿੱਤਾ, ਬਾਕੀ ਇਹ ਬੰਦਿਆਂ ਦੇ ਕੰਮ ਨੇ। ਅੱਜ ਕੱਲ ਦੇ ਬੰਦੇ ਜਿਹੜੇ ਜਿੱਦਾਂ ਮਰਜ਼ੀ ਕੋਲ ਪੜ੍ਹਿਆ ਲਿਖਿਆ ਹੋਵੇ ਜਾਂ ਕੁਛ ਹੋਵੇ, ਰਾਜਨੀਤੀ ਕਹਿ ਲੋ ਜਾਂ ਕੁਛ, ਇਹਨਾਂ ਨੇ ਪਾਣੀ ਦੇ ਉੱਤੇ ਵੀ ਲਕੀਰਾਂ ਮਾਰੀਆਂ ਤੇ ਹਵਾ ਦੇ ਵੀ ਲਕੀਰਾਂ ਮਾਰੀਆਂ। ਆਹ ਅਮਰੀਕਾ ਹੈ, ਕੈਨੇਡਾ ਹੈ, ਠੀਕ ਹੈ, ਇੰਡੀਆ ਦੀ ਏਅਰ ਸਪੇਸ, ਇੰਡੀਆ ਦੀ ਏਅਰ ਸਪੇਸ ਨਹੀਂ ਯੂਜ ਕਰ ਸਕਦੇ ਆਪਾਂ ਜੀ, ਕਿ ਮਤਲਬ ਕਿ ਕਈ ਏਅਰਲਾਈਨਾਂ ਇੰਨੀਆਂ ਬੈਨ ਹੋ ਗਈਆਂ। ਮਤਲਬ ਅੱਜ ਕੱਲ੍ਹ ਦੀ ਬੰਦਿਆਂ ਦੀ ਸੋਚ ਬੜੀ ਤੰਗੀ ਹੈ, ਜਿਹੜੀ ਪਰਮਾਤਮਾ ਨੇ ਤੁਹਾਨੂੰ ਚੀਜ਼ ਦਿੱਤੀ ਜਾਂ ਕੁਦਰਤ ਨੇ ਦਿੱਤੀ, ਉਹਨੂੰ ਸਾਰਿਆਂ ਨੂੰ ਸ਼ੇਅਰ ਕਰਨ ਦਾ ਉਹਨੇ ਉਪਦੇਸ਼ ਦਿੱਤਾ, ਉਹਨੇ ਕਦੀ ਇੰਡੀਵਿਜੁਅਲੀ ਵੀ ਮਤਲਬ ਉਹਦੇ ਉੱਪਰ ਮਨੋਪਰੀ ਬਣਾ ਕੇ ਜਾਂ ਉਹ ਚੀਜ਼ ਜਾਂ ਮਤਲਬ ਪੈਸੇ ਦੇ ਤੌਰ ਤੇ ਜਾਂ ਆਪਣੀ ਤਾਕਤ ਦੇ ਤੌਰ ਤੇ ਇਸਤੇਮਾਲ ਕਰਨਾ ਨੀ ਦਿੱਤਾ। ਕੁਦਰਤ ਇਹ ਚੀਜ਼ ਤੇ ਗਵਾਹ ਹੈ ਕਿ ਜਦੋਂ ਉਹਨੇ ਕਿਸੇ ਬੰਦੇ ਨੂੰ ਤਾਕਤ ਦਿੱਤੀ, ਜੇ ਉਹਨੇ ਉਹਦਾ ਗਲਤ ਇਸਤੇਮਾਲ ਕੀਤਾ ਮਨੁੱਖਤਾ ਦੇ ਲਈ ਨਹੀਂ ਕੀਤਾ, ਉਹਨੇ ਉਹ ਤਾਕਤ ਵਾਪਸ ਨੀ ਖਿੱਚਣੀ ਇਸ ਕੋਲੋਂ। ਰਾਜ ਕੀਤਾ ਪਰ ਉਹਨੇ ਜਦੋਂ ਗਲਤ ਇਸਤੇਮਾਲ ਕੀਤਾ ਮਨੁੱਖਤਾ ਦੇ ਲਈ ਨਹੀਂ ਕੀਤਾ, ਉਹਨਾਂ ਦੀ ਤਾਕਤ ਖਿੱਚੀ ਗਈ ਕੋਈ ਵੀ ਹੋਵੇ ਬੰਦਾ। ਸੁਖਜਿੰਦਰ ਸਾਹਿਬ ਛੋਟਾ ਜਿਹਾ ਕੁਐਸਚਨ ਹੈ, ਤੁਹਾਨੂੰ ਪਤਾ ਹੈ, ਤੁਹਾਨੂੰ ਇਸ ਚੀਜ਼ ਦਾ ਗਿਆਨ ਹੈ ਵੀ ਐਡੇ ਐਡੇ ਮਹਾਂਪੁਰਸ਼ ਇਸ ਦੁਨੀਆਂ ਤੇ ਆਏ ਨੇ ਫਿਰ ਵੀ ਉਹ ਚਲੇ ਗਏ ਨੇ, ਭਾਵੇਂ ਉਹਨਾਂ ਨੂੰ ਇਸ ਚੀਜ਼ ਦਾ ਗੁਮਾਨ ਸੀ ਵੀ ਸਾਡੇ ਤੋਂ ਸਾਡੀ ਜ਼ਿੰਦਗੀ ਕੋਈ ਲੈ ਨਹੀਂ ਸਕਦਾ, ਫਿਰ ਵੀ ਉਹਨਾਂ ਦੀ ਜਾਨ ਗਈ, ਤੇ ਫਿਰ ਕੀ ਚੱਕਰ ਹੈ? ਅੱਜ ਦੇ ਸਮੇਂ ਦੇ ਵਿੱਚ ਸਾਨੂੰ ਕਿਸ ਚੀਜ਼ ਦਾ ਭੁਲੇਖਾ ਹੈ? ਜਦੋਂ ਐਡੇ ਐਡੇ ਮਹਾਂਪੁਰਸ਼ ਚਲੇ ਗਏ ਜਿਨ੍ਹਾਂ ਨੂੰ ਕੋਈ ਹਿਲਾ ਨਹੀਂ ਸਕਦਾ ਸੀਗਾ, ਜੇ ਜੇ ਉਹ ਮਾੜੀਆਂ ਕ੍ਰਿਤੀਆਂ ਨਾ ਕਰਦੇ ਮੈਨੂੰ ਲੱਗਦਾ ਉਹ ਅੱਜ ਵੀ ਹੁੰਦੇ। ਬਿਲਕੁਲ ਬਿਲਕੁਲ ਗਰੇਵਾਲ ਦਾ ਗਾਣਾ ਨੀ ਕਹਿੰਦਾ, ਪੱਥਰ ਦੀ ਇਮਾਰਤ ਹੈ ਜਿੱਥੇ ਜਾ ਕੇ ਬਹਿੰਦੇ ਆ, ਜਿਹੜਾ ਪਤਾ ਨਹੀਂ ਮਿਲਦਾ ਉਹ ਤੇ ਨਾਮ ਤਾਂ ਲੈਣੇ ਆ, ਚੁੱਭੀਆਂ ਵੀ ਲਾਈਆਂ ਨੇ ਮਨ ਫੇਰ ਵੀ ਗੰਦਾ ਹੈ, ਤੇਰੇ ਨਾਮ ਦੀ ਮਹਿਮਾ ਵੀ ਰੁਜ਼ਗਾਰ ਦਾ ਧੰਦਾ ਹੈ। ਜਿੱਦਾਂ ਬਾਂਦਰੀ ਦਾ ਜੋ ਬੱਚਾ ਮਰ ਜਾਂਦਾ ਦੋ ਤਿੰਨ ਦਿਨ ਵੇਖਣਾ ਲਾਈ ਰੱਖਦੀ ਕਿ ਸ਼ਾਇਦ ਜਿਉਂਦਾ ਹੈ। ਸੱਚਾਈ ਨੂੰ ਫੇਸ ਨੀ ਕਰਨਾ ਚਾਹੁੰਦੇ ਆਪਾਂ ਕਮਜ਼ੋਰ ਆਪਦਾ। ਸਹੀ ਗੱਲ, ਕਿਆ ਬਾਤ ਹੈ। ਥੈਂਕ ਯੂ ਸੋ ਮਚ ਸੁਖਜਿੰਦਰ ਸਾਹਿਬ, ਬੜੇ ਵਧੀਆ ਤਰੀਕੇ ਨਾਲ ਕਨੈਕਟ ਕੀਤਾ, ਥੈਂਕ ਯੂ ਸੋ ਮਚ, ਥੈਂਕ ਯੂ। ਸਤਿ ਸ੍ਰੀ ਅਕਾਲ ਸਰੂਪ ਸਾਹਿਬ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਭਾਜੀ? ਬਹੁਤ ਵਧੀਆ ਜੀ, ਬਹੁਤ ਵਧੀਆ ਵੀਰ ਨੇ ਵਿਚਾਰ ਦਿੱਤੇ। ਹਾਂਜੀ, ਥੈਂਕ ਯੂ, ਉਹਨੇ ਇੱਡੀਆਂ ਵਧੀਆ ਗੱਲਾਂ ਕੀਤੀਆਂ, ਰਾਈਟ, ਜਿੰਨੇ ਵੀ ਆਪਣੇ ਕਾਲਰ ਨੇ ਬਹੁਤ ਵਧੀਆ ਗੱਲਾਂ ਕਰਦੇ, ਹਾਂਜੀ ਸੋਹਣੀਆਂ, ਹਾਂਜੀ ਉਹਨਾਂ ਦੇ ਵਿਚਾਰ ਹੁੰਦੇ ਨੇ, ਵੀਰ ਨੇ ਵੇਖੋ ਕਿੱਡੇ ਵਧੀਆ ਵਿਚਾਰ ਦਿੱਤੇ, ਰਾਈਟ, ਏਦਾਂ ਹੀ ਸਾਰਿਆਂ ਦਾ ਸਹਿਯੋਗ ਹੋਣਾ ਚਾਹੀਦਾ, ਵਧੀਆ ਤੋਂ ਵਧੀਆ ਵਿਚਾਰ ਹੁੰਦੇ ਆ ਸਾਡੇ ਕਾਲਰ, ਸਾਡੇ ਵਿਚਾਰ ਏਡੇ ਵਧੀਆ ਹੁੰਦੇ ਜੀ। ਮੈਂ ਥੋੜੀ ਜਿਹੀ ਅਲੱਗ ਗੱਲ ਕਰਨੀ ਸੀ, ਪਲੀਜ਼ ਪਲੀਜ਼ ਆਉਣ ਦਿਓ। ਮੈਂ ਤੇ ਇਸ ਵਿਸ਼ੇ ਤੇ ਗੱਲ ਕਰਨਾ ਚਾਹੁੰਦਾ ਜੀ, ਦੇਖੋ ਪੰਜਾਬ ਦੇ ਵਿੱਚ ਕੁਝ ਬੰਦੇ ਆਪਣੇ ਆ ਥਾਈ ਬਣ ਰਹੇ, ਇਸ ਵਿਸ਼ੇ ਤੇ ਗੱਲ ਕਰਨਾ ਚਾਹੁੰਦਾ, ਕਰ ਸਕਦਾ? ਹਾਂਜੀ ਹਾਂਜੀ ਹਾਂਜੀ। ਸੋ ਵੇਖੋ ਕਿੱਡੇ ਲਾਲਚੀ ਲੋਕ ਨੇ ਸਾਡੇ, ਗੁਰੂ ਮਹਾਰਾਜ ਨੇ ਲਾਲਚ ਨੂੰ ਉੱਥੇ ਉਹਨਾਂ ਦੇ ਸਾਹਿਬ ਜਾਂਦੇ ਨੇ ਲਾਲਚ ਨਹੀਂ ਕਬੂਲ ਲਿਆ, ਠੋਕਰਾਂ ਮਾਰਦੀਆਂ। ਹੁਣ ਕੈਨੇਡਾ ਆਉਣ ਦੀ ਖਾਤਰ, ਉਹ ਮੈਂ ਇੱਕ ਵੀਡੀਓ ਵੇਖਿਆ ਸੀ, ਕੈਨੇਡਾ ਆਉਣ ਦੀ ਖਾਤਰ ਉੱਥੇ ਧਰਮ ਪਰਿਵਰਤਨ ਹੋ ਰਿਹਾ। ਸਾਡੇ ਕੋਲ ਪ੍ਰੋਪਰ ਇਨਫੋਰਮੇਸ਼ਨ ਹੀ ਨੀ ਹੈਗੀ, ਸਾਡੇ ਕੋਲ ਸਾਨੂੰ ਪਤਾ ਹੀ ਨੀ ਵੀ ਕੀ ਚੀਜ਼ ਚੱਲ ਰਹੀ ਹੈ, ਜਿਹੜੀ ਤੁਸੀਂ ਨਿਊਜ਼ ਸੁਣੀ ਹੋਣੀ ਮੈਨੂੰ ਨੀ ਪਤਾ ਉਹ ਕਿੰਨੀ ਕੁ ਰਾਈਟ ਹੈ ਕਿੰਨੀ ਕੁ ਰੋਂਗ ਹੈ, ਕਿਉਂਕਿ ਅੱਜ ਕੱਲ੍ਹ ਬਿਲਕੁਲ ਰਾਈਟ ਹੈ। ਮੈਂ ਜਲੰਧਰ ਤੋਂ ਬਿਲੋਂਗ ਕਰਦਾ,
ਜਲੰਧਰ ਮੈਂ ਰਹਿੰਦਾ, ਜਲੰਧਰ ਮੇਰੇ ਮਹੱਲੇ ਦੇ ਵਿੱਚ ਉਹ ਜਿਹੜੇ ਸਰਦਾਰ ਨੇ ਉਹ ਸਥਾਈ ਹੋਏ ਨੇ। ਰੇਰੂ ਦੇ ਆਪੋਜਿਟ ਬਾਬਾ ਦੀਪ ਸਿੰਘ ਨਗਰ ਹੈ, ਉੱਥੋਂ ਦੇ ਸਿੱਖ ਪਰਿਵਾਰ ਜਿਹੜੇ ਨੇ ਉਹ ਸਥਾਈ ਬਣੇ ਪਏ ਨੇ। ਚਲੋ ਆਪਾਂ ਆਪਾਂ ਧਰਮ ਨੂੰ ਲੈ ਕੇ ਗੱਲ ਨਹੀਂ ਕਰਨੀ ਸਰੂਪ ਸਾਹਿਬ, ਸੋ ਸੋਰੀ, ਆਪਾਂ ਨੋਰਮਲ ਗੱਲਬਾਤ ਕਰ ਰਹੇ ਹੈਗੇ ਆ, ਸੋਰੀ ਸੋਰੀ, ਮੈਂ ਤਾਂ ਡਿਸਕਨੈਕਟ ਕਰੂੰਗਾ ਤੁਹਾਨੂੰ। ਤੇ ਤੁਸੀਂ ਮੇਨ ਗੱਲ ਜਿਹੜੀ ਚੱਲ ਰਹੀ ਹੈਗੀ ਅੱਜ ਸਰੂਪ ਸਾਹਿਬ, ਵੀ ਨੋਰਮਲ ਗੱਲਾਂ ਚੱਲ ਰਹੀਆਂ ਨੇ ਵੀ ਆਪਾਂ ਦੂਜਿਆਂ ਨੂੰ ਕਿਵੇਂ ਰਿਸਪੈਕਟ ਦੇਣੀ ਹੈ, ਉਹਦੀ ਗੱਲਬਾਤ ਜੇ ਉਹਦੇ ਲਈ ਕੋਈ ਪੁਆਇੰਟ ਆ ਤੁਸੀਂ ਦੱਸੋ ਪਲੀਜ਼। ਰਿਸਪੈਕਟ ਤੇ ਆਪਾਂ ਅੱਗੇ ਵੀ ਤੇ ਦੇਈਦੀ ਹੈ ਜੀ ਸਾਰੇ ਧਰਮਾਂ ਨੂੰ ਰਿਸਪੈਕਟ, ਸਿੱਖ ਧਰਮ ਜਿਹੜਾ ਸਿੱਖ ਕੌਮ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ, ਕੋਈ ਸ਼ੱਕ ਨਹੀਂ ਹੈ ਜੀ। ਇਹਦੇ ਚ ਆਪਾਂ ਕਿਸੇ ਦਾ ਕਿਸੇ ਦੇ ਵਿੱਚ ਇੰਟਰਫੀਅਰ ਤੇ ਕਰਦੇ ਨਹੀਂ, ਸਾਡੇ ਵਿੱਚ ਇੰਟਰਫੀਅਰ ਹੋ ਰਿਹਾ ਉਹਦੇ ਵਿੱਚ ਮੈਂ ਗੱਲ ਕਰਨਾ ਚਾਹੁੰਦਾ, ਸੌਰੀ ਜੇ ਤੁਹਾਨੂੰ ਇਹਦੇ ਮਾੜਾ ਲੱਗਾ ਉਹਦੇ ਵਾਸਤੇ। ਨਹੀਂ ਨਹੀਂ ਮਾੜਾ ਨਹੀਂ ਮੈਂ ਕਹਿ ਰਿਹਾ, ਕਿਉਂਕਿ ਇਹਨੇ ਪਤਾ ਕੀ ਚੱਕਰ ਹੈ, ਉਹ ਫਿਰ ਟੌਪਿਕ ਕਿਸੇ ਹੋਰ ਪਾਸੇ ਚੱਲ ਜਾਊਗਾ। ਮੈਨੂੰ ਇਹ ਗੱਲ ਤਾਂ ਮੈਨੂੰ ਪਤਾ ਲੱਗ ਗਿਆ ਵੀ ਤੁਹਾਨੂੰ ਮਾੜਾ ਲੱਗਾ, ਸੌਰੀ ਇਸ ਵਾਰ। ਨਹੀਂ 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 ਮੈਂ ਨਹੀਂ ਭਾਈ ਸਾਹਿਬ ਤੁਹਾਨੂੰ ਇਸ ਗੱਲ ਤੇ ਮਾੜਾ ਲੱਗਾ। ਚਲੋ ਸਰੂਪ ਸਾਹਿਬ ਨੂੰ ਮੈਂ ਦੱਸਣਾ ਚਾਹੁੰਦਾ ਵੀ ਸਾਨੂੰ ਇਸ ਚੀਜ਼ ਲਈ ਦੋਸਤੋ ਕੋਈ ਗੱਲਬਾਤ ਨਹੀਂ ਹੈਗੀ, ਪਰ ਆਪਾਂ ਟੌਪਿਕ ਇੱਕ ਰੱਖਿਆ ਹੋਇਆ ਉਸ ਟੌਪਿਕ ਤੇ ਚੱਲੀ, ਕਿਉਂਕਿ ਜੇ ਹਰ ਬੰਦਾ ਆਪਣੇ ਆਪਣੇ ਵਿਊਜ਼ ਦੇਈ ਜਾਊਗਾ, ਹਰ ਇੱਕ ਡਿਫਰੈਂਟ ਟੌਪਿਕ ਦਿੱਤੀ ਜਾਊਗਾ, ਫਿਰ ਹਰ ਬੰਦੇ ਦੇ ਵਿਊਜ਼ ਲੈਣੇ ਬੜੇ ਔਖੇ ਹੋ ਜਾਂਦੇ ਨੇ। ਇਸ ਕਰਕੇ ਜ਼ਰੂਰ ਕਨੈਕਟ ਕਰੋ ਦੋਸਤੋ, ਬਸ ਸਿਰਫ ਇੰਨਾ ਹੀ ਹੈਗਾ, ਅਸੀਂ ਤਾਂ ਆਪਣੇ ਧਰਮ ਨੂੰ, ਅਸੀਂ ਆਪਦੇ ਜਾਤੀ ਨੂੰ ਬੜਾ ਪਿਆਰ ਕਰਦੇ ਹੈਗੇ ਤੇ ਕਰਨਾ ਵੀ ਚਾਹੀਦਾ ਦੋਸਤੋ, ਪਰ ਸਾਡੇ ਗੁਰੂਆਂ ਪੀਰਾਂ ਨੇ ਜੋ ਸਾਨੂੰ ਸਿਖਾਇਆ ਹੈਗਾ ਵੀ ਹਰ ਬੰਦੇ ਨੂੰ ਧਰਮ ਨੂੰ ਹਰ ਬੰਦੇ ਨੂੰ ਹਰ ਧਰਮ ਨੂੰ ਹਰ ਜਾਤੀ ਨੂੰ ਪਿਆਰ ਕਰੋ, ਕੀ ਅਸੀਂ ਉਹ ਕਰਦੇ ਹਾਂ? ਬੜਾ ਬੜਾ ਸਿੰਪਲ ਜਿਹਾ ਕੁਐਸਚਨ ਹੈ, ਕੋਈ ਬਾਹਲਾ ਲੰਬੇ ਅੱਗੇ ਨਹੀਂ ਜਾਣਾ ਹੈਗਾ ਆਪਣੇ। 905-673-3337 ਤੇ ਇੱਕ ਬੜਾ ਵਧੀਆ ਗਾਣਾ, ਆਓ ਸੁਣਾਈਏ ਚੱਲੀਏ ਬਚਪਨ ਦੇ ਵਿੱਚ। ਕੱਚੇ ਸੀ ਤੇ ਵਾਦੀਆਂ ਦੇ ਪੱਕੇ ਸੀ, ਮੈਂ ਕੱਲ ਭਲੇ ਹੋਏ ਸਮੇਂ ਦੀ ਕਰਾਂ। ਬੜੇ ਧਿਆਨ ਨਾਲ ਸੁਣੋ, ਕਹਿੰਦੇ ਭਲੇ ਸਮੇਂ ਦੀ ਕਰਾਂ, ਕਿਆ ਬਾਤ ਹੈ। ਸੱਚੇ ਸੀ ਮੈਂ ਕੱਲ ਭਲੇ ਹੋਏ ਸਮੇਂ ਦੀ ਕਰਾਂ, ਇੱਕੋ ਹੀ ਤੰਦੂਰੋਂ ਰੋਟੀ ਕਈ ਘਰ ਖਾਂਦੇ ਸੀ, ਇੱਕੋ ਖੂਹੇ ਵਿੱਚੋਂ ਸਾਰੇ ਪਾਣੀ ਪੀ ਜਾਂਦੇ ਸੀ। ਤੰਦੂਰੋਂ ਰੋਟੀ ਕਈ ਘਰ ਖਾਂਦੇ ਸੀ, ਇੱਕੋ ਖੂਹੇ ਵਿੱਚੋਂ ਸਾਰੇ ਪਾਣੀ ਪੀ ਜਾਂਦੇ ਸੀ। ਹੁੰਦੇ ਵਫਾਦਾਰ ਮਾਪਿਆਂ ਦੇ ਬੱਚੇ ਸੀ, ਮੈਂ ਕੱਲ ਭਲੇ ਹੋਏ ਸਮੇਂ ਦੀ ਕਰਾਂ, ਜਿੱਤੇ ਸਾਡੇ ਲੋਕੀ ਜਿੱਤਣਾ ਦੇ ਵੀ ਸੱਚੇ ਸੀ, ਮੈਂ ਕੱਲ ਭਲੇ ਹੋਏ ਸਮੇਂ ਦੀ ਕਰਾਂ। ਹੁਣ ਵਾਲੀ ਛਾਵੇਂ ਤਾਂ ਮਹੱਲਾ ਸਾਰਾ ਪੈਂਦਾ ਸੀ, ਹਰ ਇੱਕ ਦੂਸਰੇ ਦੀ ਹਰ ਕੋਈ ਵੀ ਲੈਂਦਾ ਸੀ। ਹੁਣ ਵਾਲੀ ਛਾਵੇਂ ਤਾਂ ਮਹੱਲਾ ਸਾਰਾ ਪੈਂਦਾ ਸੀ, ਹਰ ਇੱਕ ਦੂਸਰੇ ਦੀ ਹਰ ਕੋਈ ਵੀ ਲੈਂਦਾ ਸੀ। ਦਿਨਾਂ ਨੂੰ ਨਾ ਲੋਕੀ ਉਦੋਂ ਧੱਕੇ ਸੀ, ਮੈਂ ਕੱਲ ਭਲੇ ਹੋਏ ਸਮੇਂ ਦੀ ਕਰਾਂ, ਜਿੱਥੇ ਸਾਡੇ ਲੋਕੀ ਦਿਲਾਂ ਦੇ ਵੀ ਸੱਚੇ ਸੀ, ਮੈਂ ਕੱਲ ਭਲੇ ਹੋਏ ਸਮੇਂ ਦੀ ਕਰਾਂ। ਬਿਲਕੁਲ ਦੋਸਤੋ, ਗੱਲ ਭਲੇ ਸਮੇਂ ਦੀ ਕਰਾਂ ਤੇ ਉਹੀ ਸਮੇਂ ਦੀ ਗੱਲਬਾਤ ਕਰ ਰਹੇ, ਕਿਉਂਕਿ ਉਦੋਂ ਇਹ ਟੌਪਿਕ ਆਇਆ ਕਿੱਥੋਂ ਹੈ, ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਪੁਰਾਣੇ ਸਮੇਂ ਦੀ ਜੇ ਗੱਲਬਾਤ ਕੀਤੀ ਜਾਵੇ ਦੋਸਤੋ, ਥੋੜਾ ਜਿਹਾ ਬਾਹਲਾ ਦੂਰ ਨਹੀਂ ਜਾਣਾ ਹੈਗਾ, ਥੋੜਾ ਜਿਹਾ ਪਿੱਛੇ ਚਲੇ ਜਾਈਏ। ਉਦੋਂ ਬੜਾ ਜ਼ਿਆਦਾ ਪਿਆਰ ਇੱਕ ਦੂਜੇ ਨੂੰ ਕੀਤਾ ਜਾਂਦਾ ਸੀ, ਬੜਾ ਕਨੈਕਟ
ਸਾਰਿਆਂ ਨੂੰ ਹੀ ਬੜਾ ਕਨੈਕਟ ਸੀ, ਚਾਹੇ ਧਰਮ ਹੋਵੇ ਚਾਹੇ ਜਾਤੀ ਹੋਵੇ, ਸਭ ਨੂੰ ਇੱਕ ਧਰਮ ਨਾਲ ਜਾਣਿਆ ਜਾਂਦਾ ਸੀ, ਇਨਸਾਨੀਅਤ। ਇਹ ਤੁਸੀਂ ਇਸ ਚੀਜ਼ ਨਾਲ ਤੁਸੀਂ ਮੇਰੇ ਨਾਲ ਐਗਰੀ ਕਰੋਗੇ, ਇਨਸਾਨੀਅਤ ਸਭ ਤੋਂ ਵੱਡਾ ਧਰਮ ਸੀ, ਵੱਡੀ ਵੱਡੀ ਜਾਤ ਸੀ, ਜਿਹਦੇ ਨਾਲ ਸਾਨੂੰ ਸਾਰਿਆਂ ਨੂੰ ਬੜੇ ਤਰੀਕੇ ਨਾਲ ਪਿਆਰ ਕੀਤਾ ਜਾਂਦਾ ਸੀਗਾ। ਤੇ ਇਸੇ ਤਰੀਕੇ ਦੀ ਗੱਲਬਾਤ, ਜਿਵੇਂ ਗਾਣਾ ਵੀ ਉਸੇ ਤਰੀਕੇ ਦਾ ਲਾਇਆ ਹੈਗਾ, ਤੇ ਉਹ ਜਿਹੜਾ ਸਮਾਂ ਸੀਗਾ ਉਹ ਸਮਾਂ ਕਿਤੇ ਨਾ ਕਿਤੇ ਗਵਾ ਚੱਲੇ, ਉਹ ਸਮਾਂ ਕਿਤੇ ਨਾ ਕਿਤੇ ਗੁੰਮ ਚੱਲੇ ਹੈ। ਅਸੀਂ ਉਹਨੂੰ ਉਹਦੇ ਲਈ ਗੱਲਾਂ ਬਾਤਾਂ ਕਰ ਰਹੇ ਹਾਂ, ਉਹਨੂੰ ਪੁੱਛ ਰਹੇ ਹਾਂ ਵੀ ਉਹ ਸਮਾਂ ਕਿੱਧਰ ਵਗ ਗਿਆ। ਇਸੇ ਕਰਕੇ ਟੌਪਿਕ ਲੈ ਕੇ ਆਉਣ ਦਾ ਕਾਰਨ ਇਹੀ ਹੈ ਵੀ ਅਸੀਂ ਪੋਜ਼ਿਟਿਵਿਟੀ ਰੱਖੀਏ, ਫੈਲਾਈਏ ਆਪਣੇ ਧਰਮਾਂ ਆਪਣੇ ਜਾਤਾਂ ਦੇ ਵਿੱਚ। ਅਸੀਂ ਜਿਹੜੇ ਵੀ ਧਰਮ ਨੂੰ ਬਿਲੋਂਗ ਕਰਦੇ ਹਾਂ, ਬਿਲਕੁਲ ਐਗਰੀ, ਸਾਡੇ ਧਰਮ ਸਭ ਤੋਂ ਉੱਚੇ, ਕੋਈ ਸ਼ੱਕ ਨਹੀਂ। ਪਰ ਅਸੀਂ ਜਦੋਂ ਅਸੀਂ ਕਿਸੇ ਹੋਰ ਡਿਫਰੈਂਟ ਕਮਿਊਨਿਟੀ ਦੇ ਬੰਦੇ ਨੂੰ ਮਿਲਦੇ ਹਾਂ, ਸਾਡੀ ਸੋਚ, ਸਾਡੀ ਅੱਖ, ਸਾਡਾ ਕਨੈਕਟ ਕੀ ਹੈਗਾ। ਤੇ ਗੱਲਾਂ ਬਾਤਾਂ ਦਾ ਸਿਲਸਿਲਾ ਪੂਰੇ 3 ਘੰਟੇ ਦੋਸਤੋ ਚੱਲੂਗਾ। 905-673-3337 905-673-3337 ਨੰਬਰ ਹੈਗਾ ਸਟੂਡੀਓ ਦਾ। ਕਾਲ ਕਰਕੇ ਤੁਸੀਂ ਆਪਣੇ ਵਿਊਜ਼ ਦੇ ਸਕਦੇ ਹੋ। ਦੋਸਤੋ, ਮਿਸੀ ਸਾਗਾ ਦੇ ਵਿੱਚ ਗਗਨ ਨਰੂਲਾ ਸਾਹਿਬ ਕੋਲ ਬਾ ਕਮਾਲ ਪ੍ਰੋਜੈਕਟ ਆਏ ਹੋਏ ਹੈਗੇ ਨੇ। ਗਗਨ ਨਰੂਲਾ ਸਾਹਿਬ ਕੋਲੇ ਇੱਕ 2699 ਵਿੰਡ ਜ਼ੈਮਰ ਦੇ ਵਿੱਚ, ਵਿੰਡ ਜ਼ੈਮਰ ਰੋਡ ਹੈਗਾ ਮਿਸੀ ਸਾਗਾ ਦੇ ਵਿੱਚ, ਜਿੱਥੇ ਇਹਨਾਂ ਕੋਲੇ ਪ੍ਰੋਜੈਕਟ ਆਇਆ। ਕਾਲ ਲਾ ਲਓ, ਕਿਉਂਕਿ ਸਭ ਤੋਂ ਵੱਡੀ ਗੱਲ ਦੋਸਤੋ ਇਹੀ ਹੈ ਕਿ $5,000 ਦੇਣੇ ਨੇ ਸਾਈਨਿੰਗ ਵਾਸਤੇ, ਤੇ ਜਿਹੜਾ ਬੈਲੈਂਸ ਹੈਗਾ ਉਹ 5% 30 ਦਿਨਾਂ ਦੇ ਵਿੱਚ ਦੇਣਾ। ਕਾਲ ਲਾ ਲਓ ਹੁਣੀ ਗਗਨ ਨਰੂਲਾ ਸਾਹਿਬ ਨੂੰ। ਬਾ ਕਮਾਲ, ਹਮੇਸ਼ਾ ਇਹਨਾਂ ਕੋਲ ਬਹੁਤ ਪ੍ਰੋਪਰਟੀਜ਼ ਨੇ, ਬਹੁਤ ਹੱਥ ਰੱਖੋਗੇ, ਪ੍ਰੋਪਰਟੀਜ਼ ਹੀ ਪ੍ਰੋਪਰਟੀਜ਼। ਕਾਲ ਲਾਓ 6475492409 6475492409 ਤੇ ਗਗਨ ਸਾਹਿਬ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਦੂਜਾ ਨੰਬਰ ਤੁਹਾਨੂੰ ਦੇਣਾ ਹੈਗਾ ਪ੍ਰਵੀਨ ਛਾਬੜਾ ਸਾਹਿਬ ਦਾ। ਪ੍ਰਵੀਨ ਛਾਬੜਾ ਸਾਹਿਬ ਦੋਸਤੋ ਨਾਇਗਰਾ ਫਾਲ ਦੇ ਲਈ ਜਾਣੇ ਜਾਂਦੇ ਨੇ। ਤੁਸੀਂ ਹਮੇਸ਼ਾ ਹੀ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਹੋਣਾ, ਬਹੁਤ ਐਕਟਿਵ ਰੀਅਲਟਰ ਜਿਹਨੂੰ ਕਹਿੰਦੇ ਹੁੰਦੇ ਨੇ ਹੈਗੇ ਨੇ। ਪਰ ਇਹਨਾਂ ਦੀ ਖਾਸੀਅਤ ਜਿਹੜੀ ਹੈਗੀ ਹੈ ਨਾਇਗਰਾ ਫਾਲ ਦੇ ਵਿੱਚ ਚੱਪੇ ਚੱਪੇ ਦੀ ਨਜ਼ਰ ਹੈ, ਚੱਪੇ ਚੱਪੇ ਤੇ ਇਹਨਾਂ ਨੂੰ ਪਤਾ ਹੈ ਕਿੱਥੇ ਪੈਸਾ ਲਵਾਉਣਾ, ਕਿਵੇਂ ਪੈਸੇ ਦੇ ਵਿੱਚੋਂ ਪੈਸਾ ਬਣਾਉਣਾ ਹੈ। ਕਾਲ ਲਾ ਲਓ, ਮੈਂ ਕਹਿੰਦਾ ਬੱਲੇ ਬੱਲੇ ਕਰਾ ਦਾਂਗੇ ਤੁਹਾਡੀ। 289-931-1111 299-931-1111 ਤੇ ਪ੍ਰਵੀਨ ਛਾਬੜਾ ਸਾਹਿਬ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਨੰਬਰ ਤੁਹਾਨੂੰ ਹੋਰ ਵੀ ਦਿੰਦੇ ਹਾਂ ਦੋਸਤੋ, ਕਿਚਨ ਨੂੰ ਕਹਿੰਦੇ ਕਿਚਨ ਨੂੰ ਦੇਣੀ ਹੈ 5-star ਦੀ ਲੁੱਕ। ਹਾਂਜੀ, ਕਿਚਨ ਨੂੰ ਦੇਣੀ ਹੈ 5-star ਦੀ ਲੁੱਕ ਤਾਂ ਸਿੰਘ ਕਿਚਨ ਕੈਬਿਨੇਟ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਨੰਬਰ ਤੁਹਾਨੂੰ ਦਿੰਦੇ ਹਾਂ ਸਿੰਘ ਕਿਚਨ ਕੈਬਿਨੇਟ ਦਾ। ਇਹਨਾਂ ਕੋਲ ਖਾਸੀਅਤ ਦੋਸਤੋ ਇਹ ਹੈਗੀ ਹੈ ਵੀ ਸਭ ਤੋਂ ਵੱਡੀ ਗੱਲ ਤਾਂ ਕਸਟਮਰ ਦਾ ਬੜਾ ਧਿਆਨ ਰੱਖਿਆ ਜਾਂਦਾ ਵੀ ਜੋ ਤੁਸੀਂ ਰਿਕੁਆਇਰਮੈਂਟ ਰੱਖੀ ਹੈ ਉਸੇ ਤਰੀਕੇ ਨਾਲ ਤੁਹਾਨੂੰ ਇਹਨਾਂ ਨੇ ਤੁਹਾਡੀ ਕਿਚਨ ਤਿਆਰ ਕਰਕੇ ਦੇਣੀ ਹੈ, ਪਲੱਸ ਹੀ ਵਧੀਆ ਹੀ ਦੇਣੀ ਹੈ। ਨੰਬਰ ਨੋਟ ਕਰੋ ਇਹਨਾਂ ਦਾ, ਜੇ ਕਿਚਨ ਨੂੰ ਦੇਣੀ ਹੈ 5-star ਦੀ ਲੁੱਕ 6475-201-5569 6472-155-69 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਵੱਡੀ ਗੱਲ ਦੋਸਤੋ, ਇਹਨਾਂ ਕੋਲ ਇਸ ਟਾਈਮ ਹਾਇਰਿੰਗ ਚੱਲ ਰਹੀ ਹੈ। ਜਿੰਨੇ ਵੀ ਸਾਡੇ ਵੀਰ ਭਾਈ ਸੱਜਣ ਨੂੰ ਲੱਗਦਾ ਹੈ ਵੀ ਕਿਚਨ ਕੈਬਿਨੇਟ ਦੇ ਵਿੱਚ ਉਹਨਾਂ ਦਾ ਕੋਈ ਐਕਸਪੀਰੀਅੰਸ ਹੈਗਾ ਜਾਂ ਨਹੀਂ ਵੀ ਐਕਸਪੀਰੀਅੰਸ ਹੈਗਾ, ਇੱਕ ਵਾਰੀ ਇਹਨਾਂ ਨੂੰ ਕਾਲ ਕਰੋ। ਇਹਨਾਂ ਕੋਲ ਕੰਮ ਬਹੁਤ ਜ਼ਿਆਦਾ ਹੈ, ਬੰਦੇ ਘੱਟ ਨੇ। ਕਾਲ ਲਓ 6472-01-5569 6472-01-5569 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਚੱਲਦੇ ਹਾਂ ਅਗਲੀ ਕਾਲ ਦੇ ਵੱਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਰ? ਵਧੀਆ ਜੀ, ਵਧੀਆ। ਵਧੀਆ ਸਰ, ਵਧੀਆ। ਕੀ ਕਹਿਣਾ ਚਾਹੋਗੇ? ਤੁਸੀਂ ਉਹਨੇ ਇੱਕ ਐਡ ਦੱਸੀ ਸੀਗੀ ਆਪਣੇ ਕੋਈ ਪ੍ਰੋਜੈਕਟ ਬੋਲਿਆ ਸੀਗਾ, ਉਹਨਾਂ ਦਾ ਨੰਬਰ ਮਿਲ ਜਾਏਗਾ ਦੁਬਾਰਾ? ਕਿੰਨਾ ਦਾ ਸਰ? ਗਗਨ ਸਾਹਿਬ ਦਾ ਬੁੱਲ ਪ੍ਰੋਜੈਕਟ ਆਇਆ ਮਿਸ ਸਾਗਾ ਚ। ਹਾਂਜੀ, ਮਿਸ ਸਾਗਾ ਦੇ ਵਿੱਚ 647 ਹਾਂਜੀ 549 ਹਾਂਜੀ 2409 ਠੀਕ ਹੈ ਜੀ 6475-549-2409 ਠੀਕ ਹੈ ਜੀ। ਥੈਂਕ ਯੂ, ਥੈਂਕ ਯੂ। ਬਿਲਕੁਲ ਦੋਸਤੋ, ਸੁਣ ਰਹੇ ਹੋ ਸਾਂਝ ਰੇਡੀਓ ਟੋਰਾਂਟੋ 905-673-3337 ਤੇ ਦੋਸਤੋ ਗੱਲਾਂ ਬਾਤਾਂ ਕਰ ਰਹੇ ਹੈਗੇ ਆ। ਵਾਟਰਲੂ ਕਿਚਨਰ ਕੇਮਬ੍ਰਿਜ ਦੇ ਵਿੱਚ ਕਿਸੇ ਵੀ ਪ੍ਰੋਪਰਟੀ ਦੀ ਭਾਲ ਦੇ ਵਿੱਚ ਆ ਤਾਂ ਗੌਰਵ ਨਰੂਲਾ ਸਾਹਿਬ ਨੂੰ ਫੋਨ ਕਰਨਾ ਹੈ 6477-763-0730 6477-763-0730 ਤੇ ਗੌਰਵ ਨਰੂਲਾ ਸਾਹਿਬ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਇਹਨਾਂ ਕੋਲ ਜਿਹੜੇ ਪ੍ਰੋਜੈਕਟ ਆਏ ਹੈਗੇ ਨੇ ਦੋਸਤੋ, ਇੱਕ ਸੈਂਟਰਲ ਡਿਸਟ੍ਰਿਕਟ ਪਿਕਰਿੰਗ ਦੇ ਵਿੱਚ ਇਹਨਾਂ ਕੋਲ ਪ੍ਰੋਜੈਕਟ ਆਇਆ। ਕਾਲ ਲਾ ਲਓ ਜਿਹਦੀ ਜਾਣਕਾਰੀ ਲੈਣੀ ਹੈਗੀ ਹੈ, ਕਿਉਂਕਿ ਇਨਵੈਸਟਮੈਂਟ ਵਾਸਤੇ ਬੜਾ ਵਧੀਆ ਪ੍ਰੋਜੈਕਟ ਹੈਗਾ। 6477-763-0730
647-763 073 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਦੋਸਤੋ ਜ਼ਰੂਰੀ ਨਹੀਂ ਟੌਪਿਕ ਨਹੀਂ ਵੀ ਪਸੰਦ ਆਉਂਦਾ, ਕਾਲ ਕਰਕੇ ਜ਼ਰੂਰ ਦੱਸਿਆ ਕਰੋ ਕੀ ਹਾਲ ਚਾਲ ਹੈ, ਜ਼ਰੂਰੀ ਹੈ। ਬਿਲਕੁਲ ਜੀ ਬਿਲਕੁਲ ਦੋਸਤੋ, ਦੁਬਾਰਾ ਸਾਡੇ ਸਾਰੇ ਸਰੋਤਿਆਂ ਦਾ ਸਵਾਗਤ ਹੈ। 905-673-3337 ਸਟੂਡੀਓ ਦਾ ਨੰਬਰ ਤੇ ਸਾਡੇ ਨਾਲ ਦੋਸਤੋ ਮੋਰਟਗੇਜ ਦੇ ਸੌਦਾਗਰ ਮਯੰਕ ਪਟਨਾਗਰ ਸਾਹਿਬ ਜੁੜ ਚੁੱਕੇ ਨੇ। ਇਹਨਾਂ ਦਾ ਡਾਇਰੈਕਟ ਨੰਬਰ 647-702-2023 ਤੇ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਦੋਸਤੋ ਵੱਡੀ ਗੱਲ, ਘਰ ਲੈ ਲਓਗੇ, ਘਰ ਲੈ ਲੈਂਦਾ ਬੰਦਾ, ਪਰ ਘਰ ਦੇ ਅੰਦਰ ਕਿਵੇਂ ਵੜਨਾ? ਘਰ ਨੂੰ ਪਸੰਦ ਤਾਂ ਕਰ ਲਿਆ ਜਾਂਦਾ, ਤੇ ਘਰ ਉਦੋਂ ਤੱਕ ਨਹੀਂ ਤੁਸੀਂ ਅੰਦਰ ਵੜ ਸਕਦੇ ਜਦ ਤੱਕ ਤੁਹਾਡੀ ਮੋਰਟਗੇਜ ਨਾ ਹੋਵੇ। ਤੇ ਮੋਰਟਗੇਜ ਕੌਣ ਕਰਾਉਣਗੇ? ਮਯੰਕ ਪਟਨਾਗਰ ਸਾਹਿਬ। ਗੱਲਾਂ ਬਾਤਾਂ ਕਰਦੇ ਆ, ਪੁੱਛਦੇ ਆ ਅੱਜ ਕਿਹੜੇ ਟੌਪਿਕ ਦੇ ਉੱਤੇ ਜ਼ੋਰ ਦੇਣਗੇ। ਹਾਂਜੀ, ਸਤਿ ਸ੍ਰੀ ਅਕਾਲ, ਵੈਲਕਮ ਹੈ ਜੀ। ਬਹੁਤ ਵਧੀਆ, ਤੁਸੀਂ ਸੁਣਾਓ? ਕਿਆ ਬਾਤ ਹੈ, ਥੈਂਕ ਯੂ ਸੋ ਮਚ। ਸਭ ਤੋਂ ਵੱਡੀ ਗੱਲ ਤਾਂ ਭਾਜੀ ਤੁਹਾਡੇ ਲਈ, ਤੁਹਾਨੂੰ ਬਹੁਤ ਵੱਡਾ ਥੈਂਕਸ ਹੈਗਾ, ਕਿਉਂਕਿ ਤੁਹਾਡਾ ਜਿਹੜਾ ਸੁਪਨਾ ਹੈ ਉਹ ਹਰ ਬੰਦੇ ਦਾ ਸੁਪਨਾ ਆਉਂਦਾ ਵੀ ਮੈਂ ਬਾਈ ਚਾਬੀ ਜਿਹੜੀ ਹੈਗੀ ਆਪਦੇ ਘਰ ਦੀ ਆਪਦੇ ਹੱਥ ਦੇ ਵਿੱਚ ਫੜਨੀ ਹੈ, ਤੇ ਤੁਸੀਂ ਜ਼ਿੰਮੇਵਾਰੀ ਲਈ ਹੋਈ ਹੈ ਹਰ ਬੰਦੇ ਦੇ ਹੱਥ ਦੇ ਵਿੱਚ ਚਾਬੀ ਫੜਾਉਣ ਦੀ। ਜੀ ਭਾਈ, ਪਹਿਲਾਂ ਤਾਂ ਕੋਸ਼ਿਸ਼ ਪੂਰੀ ਕਰੀਦੀ ਹੁੰਦੀ ਆ ਕਿ ਸਾਰਿਆਂ ਦੀ ਜਿਹੜੀ ਫਾਈਨੈਂਸਿੰਗ ਹੈਗੀ ਆ, ਜਿਹੜੀ ਵੀ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਮੋਰਗੇਜ ਦੇ ਵਿੱਚ ਆ, ਉਹ ਪਹਿਲੀ ਵਾਰ ਆ ਰਹੇ ਆ, ਉਹਨਾਂ ਨੂੰ ਜਿਹੜਾ ਐਕਸਪੀਰੀਅੰਸ ਕਰਾਈਏ, ਠੀਕ ਹੈ ਜੀ, ਉਹ ਏਦਾਂ ਦਾ ਕਰਾਈਏ ਕਿ ਉਹ ਕਦੇ ਐ ਨਾ ਕਹਿਣ ਕਿ ਬਈ ਅਸੀਂ ਆ ਗਏ ਕਦੇ ਘਰ ਨੀ ਲੈਣਾ, ਜਾਂ ਕਦੇ ਉਹ ਕਦੇ ਐ ਨਾ ਕਹਿਣ ਕਿ ਸਾਨੂੰ ਜਿੱਦਾਂ ਜਿੱਦਾਂ ਅਸੀਂ ਸੋਚਿਆ ਸੀਗਾ ਇੰਨਾ ਨੈਗੇਟਿਵ ਨਾ ਹੋਵੇ, ਆਪਾਂ ਪੋਜੀਟਿਵ ਐਕਸਪੀਰੀਅੰਸ, ਵਧੀਆ ਐਕਸਪੀਰੀਅੰਸ ਕਲਾਇੰਟਸ ਨੂੰ ਦੇ ਰਹੇ ਹੈਗੇ ਆ, ਐਂਡ ਵਨ ਸਟਾਪ ਸ਼ਾਪ ਕੀਤਾ ਹੋਇਆ ਜੀ, ਤੇ ਉਸ ਕਰਕੇ ਬੱਲੇ ਬੱਲੇ ਕੀਤੀ ਹੋਈ ਹੈ। ਕਿਆ ਬਾਤ ਹੈ, ਕਿਆ ਬਾਤ ਹੈ ਦੋਸਤੋ। ਇਸ ਟਾਈਮ ਤੁਸੀਂ ਫੇਸਬੁੱਕ ਐਂਡ ਯੂਟਿਊਬ ਐਂਡ ਇੰਸਟਾਗ੍ਰਾਮ ਤੇ ਵੀ ਜਿਹੜਾ ਬਿਜ਼ਨਸ ਕਾਰਡ ਹੈ ਮਯੰਕ ਪਟਨਾਗਰ ਸਾਹਿਬ ਦਾ ਦੇਖ ਰਹੇ ਹੋ।
फाइनेंसिंग की जाती है रेजिडेंशियल हो कमर्शियल हो इंस्टीट्यूशनल प्राइवेट सेल्फ एम्प्लॉयड डेट कंसोलिडेशन इक्विटी लाइन ऑफ क्रेडिट फर्स्ट एंड सेकंड मॉर्गेज न्यू इमीग्रेंट वास्ते क्या बात है रीफाइनेंस का काम करो ना एनीथिंग रिलेटेड विद फाइनेंसिंग कॉल करो मेक एनीथिंग एंड मेक जी बोला एनीथिंग रिलेटिंग टू फाइनेंसिंग बिग और स्मॉल या ठीक है चाहे तो नो सेकंड मॉर्गेज चाहिए या शॉर्ट टर्म ली पैसा चाहिए जेडी मर्जी जी क्योंकि देखो भाई चक्करा होता कि भाई अपना बिजनेस कार्ड दे तो यार अपन स्टैंडर्ड ही लिख सकते हैं ये भी आ चीजा करते बट देयर इज अ लॉट मोर थिंग्स राइट दैट वी डू जेड़ा असी कार्ड से लिख नहीं सकते क्योंकि स्पेसिटी भी इशू होती है ते ताही असी मैं कह रहे हैगा तानू किसी भी प्रकार की मॉर्गेज फाइनेंसिंग कंसोलिडेशन क्रेडिट एडवाइस काउंसलिंग दे विच अपनी तो सर सब तो वड्डी गल है कि काउंसलिंग तो असी फ्री च देने हैं सही गल है पैसे लेंदे हैं we give it for free as a complimentary kyunki tusi apan apne nu theek karo je kuch damage ho rakha hai ga so that thoda jehda future hai oh aur positive ho pave and jehda bhi thoda sapna hai ga ghar khareedan da chahe ek ghar hove chahe do ghar hove chahe 10 ghar hove we are here to support you kya baat hai bilkul dosto 6477022023 6477022023 te ਮੇਰੇ ਕੋ ਪਟਨਾਗਰ ਸਾਹਿਬ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਪੁੱਛਦੇ ਅੱਜ ਮੇਜਰ ਕਿਹੜਾ ਟੌਪਿਕ ਲੈ ਕੇ ਆਨੇ ਹਾਂਜੀ ਭਾਜੀ ਸਰ ਅੱਜ ਮੈਂ ਜਿਹੜੀ ਚੀਜ਼ ਲੈ ਕੇ ਆਇਆ ਹੈਗਾ ਉਹ ਇੱਕ ਇਦਾਂ ਦਾ ਅਸੀਂ ਪ੍ਰੋਡਕਟ ਲੈ ਕੇ ਆਏ ਹੈ ਕਿ ਹੈਗੇ ਆ ਜਿਹੜੀ ਤੁਸੀਂ ਤਾਂ ਅੱਜ ਤੱਕ ਦੇ ਮਾਰਕੀਟ ਦੇ ਵਿੱਚ ਤਾਂ ਸੁਣਿਆ ਨਹੀਂ ਹੋਣਾ ਓਕੇ ਓਕੇ ਹਾਂਜੀ ਪਹਿਲੀ ਗੱਲ ਤਾਂ ਇਹੀ ਕੀ ਦੂਜੀ ਗੱਲ ਇਹ ਕੀ ਆ ਸਪੈਸੀਫਿਕਲੀ ਉਹਨਾਂ ਲਈ ਹੈਗਾ ਜਿਨ੍ਹਾਂ ਨੇ ਪੈਸੇ ਬਣਾਉਣੇ ਹੈਗੇ ਗ੍ਰੇਟ ਓਕੇ ਠੀਕ ਹੈ ਜੀ ਦੇਖੋ ਮਾਰਗੇਜ ਦੇ ਵਿੱਚ ਤੁਸੀਂ ਬਹੁਤ ਐਟਾ ਸੁਣਦੇ ਹੋ ਜਿਹਦੇ ਵਿੱਚ ਕਹਿੰਦੇ ਵੀ ਆਪਾਂ ਫਸਟ ਮਾਰਗੇਜ ਕਰ ਦਿੰਦੇ ਹਾਂ ਸਾਰੀ ਟਾਈਪ ਦੀ ਮਾਰਗੇਜ ਕਰ ਦਿੰਦੇ ਹਾਂ ਕੰਸਲਟੇਸ਼ਨ ਕਰ ਦਿੰਦੇ ਹਾਂ ਪਰ ਕੋਈ ਇਹ ਨਹੀਂ ਕਹਿੰਦਾ ਵੀ ਪੈਸਾ ਕਿੱਦਾਂ ਬਣਾਈਦਾ ਹੁੰਦਾ ਅਸੀਂ ਆਹ ਦਿਖਾ ਰਹੇ ਹੈਗੇ ਕਿ ਤੁਸੀਂ 3-4 ਮਹੀਨੇ ਦੇ ਵਿੱਚ ਪੈਸਾ ਕਿੱਦਾਂ ਬਣਾ ਸਕਦੇ ਹੋ ਐਂਡ ਤੁਸੀਂ ਆਪਣੀ ਗਰੋਥ ਆਪ ਕਿੱਦਾਂ ਕਰ ਸਕਦੇ ਹੋ ਰਾਈਟ ਦੇਖੋ ਮੇਰੇ ਕੋਲ ਅੱਜ ਇੱਕ ਨਵਾਂ ਪ੍ਰੋਡਕਟ ਆਇਆ ਹੈਗਾ ਨਵਾਂ ਲੈਂਡਰ ਆਇਆ ਹੈਗਾ ਜਿਹੜੇ ਜਿਹੜੇ ਜਿਹੜਾ ਹੈਲਪ ਕਰਦੇ ਹੈਗਾ ਉਨ ਸਰੋਤਿਆਂ ਨੂੰ ਸਪੈਸੀਫਿਕਲੀ ਜਿਨ੍ਹਾਂ ਨੂੰ ਫਲਿਪ ਕਰਨ ਦਾ ਚਾਹ ਹੈਗਾ ਬੇਸਿਕਲੀ ਮੋਰਗੇਜਸ ਫੋਰ ਫਲਿਪ ਪ੍ਰਾਪਰਟੀਜ਼ ਹੈ ਨਾ ਜੀ ਚਾਹੇ ਉਹ ਰੀਅਲਟਰ ਹੋਵੇ ਚਾਹੇ ਉਹ ਇਨਵੈਸਟਰ ਹੋਵੇ ਚਾਹੇ ਉਹ ਆਮ ਪਰਸਨ ਹੋਵੇ ਚਾਹੇ ਉਹ ਹੈਂਡੀਮੈਨ ਹੋਵੇ ਚਾਹੇ ਉਹ ਸਬ ਕੰਟਰੈਕਟਰ ਹੋਵੇ ਜਿਹੜਾ ਮਰਜ਼ੀ ਇੰਡੀਵਿਜੁਅਲ ਹੋਵੇ ਉਹਨਾਂ ਨੂੰ ਪੈਸੇ ਬਣਾ ਸਕਦੇ ਹਾਂ ਐਂਡ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਆਪਾਂ 800,000 ਦੀ ਪ੍ਰਾਪਰਟੀ ਮੈਕਸੀਮਮ 800,000 ਦੀ ਪ੍ਰਾਪਰਟੀ $20,000 ਡਾਊਨ ਤੇ ਦਵਾ ਰਹੇ ਹਾਂ ਦੁਬਾਰਾ ਦੱਸੂਗਾ ਜੀ ਨਾਟ 20% $20,000 ਡਾਊਨ ਤੇ ਤੁਸੀਂ 800,000 ਦੀ ਪ੍ਰਾਪਰਟੀ ਓਨਟੇਰੀਓ ਦੇ ਵਿੱਚ ਕਿਤੇ ਵੀ ਲੈ ਸਕਦੇ ਹੋ ਫੋਰ ਅ ਪਰਪਸ ਆਫ ਫਲਿਪਿੰਗ ਐਂਡ ਉਹ ਤੁਹਾਡੀ ਮੋਰਗੇਜ ਹੋ ਜਾਂਦੀ ਹੈ ਰਾਈਟ ਜਿਹੜੀ ਫੰਡਿੰਗ ਹੈਗੀ ਹੈ ਸਰ ਇਹਦੇ ਵਿੱਚ ਆਹ ਫੰਡਿੰਗ ਅਸੀਂ 15 ਦਿਨਾਂ ਦੇ ਵਿੱਚ ਕਰਾ ਰਹੇ ਹਾਂ ਦੂਜੀ ਗੱਲ ਆ ਹੈਗੀ ਹੈ ਕਿ ਆਹ ਇੱਕ ਓਪਨ ਲੋਨ ਹੋਏਗਾ ਫੋਰ ਅ ਪੀਰੀਅਡ ਆਫ 6 ਮੰਥਸ ਤੇ ਜੇ ਕਿਸੇ ਨੇ ਪ੍ਰੀ ਪੇਮੈਂਟ ਕਰਨੀ ਹੈਗੀ ਆ ਕਿਉਂਕਿ ਤੁਹਾਡੇ ਕੋਲ ਕੁਝ ਐਕਸਟਰਾ ਪੈਸੇ ਪਏ ਨੇ ਤੁਸੀਂ ਉਹ ਮੋਰਗੇਜ ਦੇ ਉੱਤੇ ਪ੍ਰੀ ਪੇਮੈਂਟ ਕਰਨਾ ਚਾਹੋ ਉਹ ਤੁਸੀਂ ਪ੍ਰੀ ਪੇਮੈਂਟ ਕਰ ਸਕਦੇ ਹੋ ਫ੍ਰੀ ਆਫ ਚਾਰਜ ਜੇ ਤੁਹਾਨੂੰ ਐਕਸਟੈਂਸ਼ਨ ਲੈਣੀ ਪੈ ਰਹੀ ਹੈਗੀ ਕਿਉਂ ਕਿਉਂਕਿ ਤੁਹਾਡਾ ਘਰ ਹਜੇ ਤਿਆਰ ਨਹੀਂ ਹੈਗਾ ਕਿਉਂਕਿ ਰੈਨੋਵੇਸ਼ਨ ਪੂਰੀਆਂ ਨਹੀਂ ਹੋਈਆਂ ਨੇ ਜਾਂ ਤੁਸੀਂ ਵੇਟ ਕਰ ਰਹੇ ਹੋ ਥੋੜਾ ਜਿਹਾ ਹੋਰ ਮਾਰਕੀਟ ਕੰਡੀਸ਼ਨ ਵਾਸਤੇ ਠੀਕ ਆ ਤੇ ਉਸ ਲਈ ਵੀ ਤੁਹਾਨੂੰ ਐਕਸਟੈਂਸ਼ਨ ਆਪਾਂ ਫ੍ਰੀ ਦਵਾ ਸਕਦੇ ਹਾਂ ਅਪ ਟੂ ਅ ਮੈਕਸੀਮਮ ਆਫ 18 ਮੰਥਸ ਆਹ ਦੇਖੋ ਜੀ ਇੱਕ ਸ਼ਾਰਟ ਟਰਮ ਪ੍ਰੋਗਰਾਮ ਸੀਗਾ ਜਿਹਨੂੰ ਅਸੀਂ 18 ਮਹੀਨੇ ਦਾ ਖਿੱਚ ਸਕਦੇ ਹਾਂ ਓਕੇ ਜਿਹੜਾ ਤੁਹਾਡਾ ਕ੍ਰੈਡਿਟ ਹੈਗਾ ਜਾਂ ਇਨਕਮ ਹੈਗੀ ਜਾਂ ਉਹ ਵੀ ਨਹੀਂ ਹੈਗੀ ਹੈ ਕ੍ਰੈਡਿਟ ਵੀ ਪ੍ਰੂਫ ਹੈਗਾ ਦੈਟਸ ਨਾਟ ਅ ਪ੍ਰੋਬਲਮ ਜਿਹੜਾ ਅਸੀਂ ਰੇਟ ਦੇ ਰਹੇ ਹੈਗੇ ਉਹ ਰੇਟ ਦੇ ਰਹੇ ਹੈਗੇ 1.29% ਪਰ ਮੰਥ ਦਾ ਤੇ ਇਹਦੇ ਵਿੱਚ ਇੰਨਾ ਘੱਟ ਰੇਟ ਤੁਹਾਨੂੰ ਕਿਤੇ ਨਹੀਂ ਮਿਲਣਾ ਜੀ ਰਾਈਟ ਕੋਈ ਵੀ ਆਪਣਾ ਸਰੋਤਾ ਜਿਹੜਾ ਸੁਣ ਰਿਹਾ ਹੈਗਾ ਮੈਨੂੰ ਜਿਹਨਾਂ ਨੂੰ ਇੰਟਰਸਟ ਹੈਗਾ ਇਹ ਪ੍ਰੋਗਰਾਮ ਦੇ ਬਾਰੇ ਜਾਂ ਇਨਫੋਰਮੇਸ਼ਨ ਲੈਣੀ ਚਾਹੁੰਦੇ ਆ 6477022023 6477022023 ਤੇ ਆਪਾਂ ਪੂਰੀ ਅਨਾਲਿਸਿਸ ਕਰਕੇ ਆਹ ਦੱਸ ਸਕਦੇ ਹਾਂ ਇਫ ਦਿਸ ਪ੍ਰੋਡਕਟ ਵੁੱਡ ਫਿਟ ਗੁੱਡ ਫਾਰ ਯੂ ਆਪਣਾ ਆਫਿਸ ਮਿਸਾਗਾ ਦੇ ਵਿੱਚ ਹੈਗਾ ਆਪਣੇ ਆਵਰਸ ਹੈਗੇ 9 ਵਜੇ ਤੋਂ ਲੈ ਕੇ 6:30 ਤੱਕ ਮੰਡੇ ਟੂ ਫਰਾਈਡੇ ਐਂਡ ਸੈਟਰਡੇ ਹੈਗਾ 9 ਵਜੇ ਤੋਂ ਲੈ ਕੇ 4 ਵਜੇ ਤੱਕ ਮੈਂ ਦੁਬਾਰਾ ਨੰਬਰ ਦੱਸਣਾ ਚਾਹੂੰਗਾ ਜੀ 6477022023 6477022023
7027022023. थैंक यू वेरी मच भाजी टाइम देने लई। थैंक यू सो मच भाई जी। दोस्तों नंबर दोबारा नोट कर लो, मयंक भटनागर साहब का 6477022023। 6477022023 ते गलबात की जा सकती है, ते गल्लां बातों दे लई पूरा 3 घंटे का समा अज गल्लां बातें करांगे। थैंक यू सो मच भाई। बिल्कुल दोस्तों फरमाइशां बड़ी आई हैं। एक फरमाइश आई है आरोही ओबराए जी की, इन्होंने कहा है एक रातां लंबियां करके सोंग हैगा, बड़ी बा कमाल एक रियल स्टोरी आई हैगी है शेर शाह मूवी दे विचों, ते आओ सुनिए बड़ा कमाल दा, क्योंकि फिल्म तो बड़ी कमाल दी, ते फिल्म जिन्हां दे उत्ते बनी है उन्हां नूं हमेशा ही परमात्मा सच्चे पातशाह शहीद दा करार दिता गया हैगा, ते बिल्कुल कारगिल वॉर दे विच शहीद, ते आओ सुनिए फिर उन्हां बारे भी दस दें। ओए सब ठीक ठाक, चिट्ठियां लिखना तो तुझे याद नहीं रहता, कित्थे चली है तू कित्थे चली है, जानदा दिल ये तो जान दिया तू, तेरे बिना मैं ना रहूं मेरे बिना तू, कित्थे चली है तू कित्थे चली है तू कित्थे चली है, काटू कैसे राता ओ सावरे, जिया नहीं जाता सुबावरे, के राता लंबे आए कटे तेरे संगे आए, चम 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 अंबरा दे तारे केंदे ने सजना, तू ही चल मेरे इस दिल का मन लवे सजना, तेरे बिना मेरा होवे ना गुजारा, छटके ना जावी मैं तू ही है सहारा, काटू कैसे राता ओ सावरे, जिया नहीं जाता सुबावरे, के राता लंबे आए कटे तेरे संगे आए, के राता लंबे आए कटे तेरे संगे आए। बिल्कुल साढ़े दोस्त साढ़े स्रोते सोच रहे होंगे भी एकदम जिहड़ा गाना चलाया गया, ते बिल्कुल गाना दा दोस्तों फरमाइश आई सी, पर फरमाइश नूं पूरा करना भी बड़ा जरूरी है, पर गाना सोचा होना साढ़े स्रोते ने एक डिफरेंट तरीके से चल पाया। बिल्कुल दोस्तों डिफरेंट तरीके का मतलब की है, की कारण है इस गाने का मैं तुहानूं दसदा, मैनूं नहीं पता किन्ने साढ़े स्रोतों नूं पता होना, कारगिल दे शहीद विक्रम बत्रा साहब, विक्रम बत्रा साहब नूं जिन्ना भी सल्यूट किया जाए उन्ना थोड़ा, जिस तरीके नाल साडे देश नूं साडे जे असीं अपने इंडिया की गलबात की जाए, जिस तरीके नाल उन्होंने कारगिल वॉर दे विच असीं क्यों गल्लां बातां कर पाउणे, असीं क्यों इन्ने सकून दे नाल आपदे घरां दे विच बैठ पाउणे, क्योंकि साडे बॉर्डर ते साडे साडे वीर खड़े ने, साडे फौजी वीर खड़े हैगे ने, ते जदों उन्हां नूं याद करदे उन्हां नाल गल्लां बातां हुंदियां ने, ते बड़ा चंगा लगदा, मैनूं बड़ा चंगा लगदा, क्योंकि मैं भी मैं नहीं कह सकदा मैं आर्मी दे विच रहा, पर मैं ये कह सकदा भी मैं आर्मी दे नाल रहा 3 साल NCC दे विच, ते बड़ा चंगा लगदा, ते दोस्तो ते ये गाना उन्हां नूं डेडिकेट किया जाता है जिन्हां नाल उन्हां दा विआह होना सीगा, कायरा अडवाणी जी ने रोल प्ले करे इस मूवी दे विच शेर शाह दे विच डिंपल चीमा जी का, उन्हां दी वड्डी गल दोस्तो की है मैं तुहानूं दस्सां, उन्होंने विआह नहीं किया ते ना ही उन्होंने विआह करना, उन्हां दा विआह किसी कारण वर्ष विक्रम बत्रा साहब नूं जाना पै गया सीगा वॉर ते, ते वॉर तों आउण तों बाद उन्हां दी प्लानिंग सीगी वी उह विआह करनगे, पर उह नहीं आ पाए, उह नहीं आ पाए, पर जिहड़े डिंपल चीमा जी सीगे उन्होंने विआह नहीं करिया, ये उन्होंने डेडिकेट हैगा, ते परमात्मा हमेशा उन्होंने सुखी रखे सुख शांति बख्शे। मैनूं पता जदों इंसान कोई जिंदगी दे विचों चलिया जांदा उदों सुखी रहना तो बड़ा औखा है, पर फिर भी असीं परमात्मा नूं यही रिक्वेस्ट करते हैं भी उन्होंने अंदर जिहड़ी सुख शांति बनी रहे, इस करके ये गाना थैंक यू करांगे आरोही ओबराए जी का जिन्होंने रिक्वेस्ट करी इस गाने की, काफ़ी बार बड़ी चीज़ा हो जाए ने साढ़े तो भी काफ़ी चीज़ा मिस हो जाए दोस्तों, पर उन्होंने थैंक यू करते हैं, तो होप उन्होंने ये गाना सुन लिया होना,
ਤੇ ਥੈਂਕ ਯੂ ਸੋ ਮੱਚ ਅਰੋਹੀ ਜੀ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਦੋਸਤੋ ਇਸ ਤਰੀਕੇ ਨਾਲ ਚੱਲੇਗਾ ਤੇ ਹੁਣ ਜਦੋਂ ਗੱਲਬਾਤ ਕਰੀ ਹੈਗੀ ਹੈ ਆਰਮੀ ਦੀ ਤੇ ਇੱਕ ਬੜੀ ਚੀਜ਼ ਹੈ ਥੋੜੇ ਦਿਨ ਪਹਿਲਾਂ ਹੀ ਮੈਂ ਦੱਸੀ ਸੀਗੀ ਦੋਸਤੋ ਆਰਮੀ ਜਿਹੜੀ ਹੈਗੀ ਹੈ ਉਹਨਾਂ ਨੂੰ ਪਤਾ ਹੈ ਉਹਨਾਂ ਦੀ ਕੀ ਵਾਰ ਹੈ ਉਹਨਾਂ ਦੀ ਕੀ ਲੜਾਈ ਹੈ ਉਹਨਾਂ ਦਾ ਕੀ ਡਿਊਟੀ ਹੈ ਇੱਕ ਹੋਰ ਜੌਬ ਹੈ ਜਿਹਨੂੰ ਕਿਤੇ ਨਾ ਕਿਤੇ ਅਸੀਂ ਅਣਦੇਖਾ ਕਰ ਦਿੰਦੇ ਹਾਂ ਕਿਤੇ ਨਾ ਕਿਤੇ ਅਸੀਂ ਭੁੱਲ ਜਾਂਦੇ ਹਾਂ ਕਿਤੇ ਨਾ ਕਿਤੇ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਯਾਰ ਅਸੀਂ ਇਸ ਏਰੀਏ ਨੂੰ ਵੀ ਓਨਾ ਹੀ ਸਲਿਊਟ ਦੇਣਾ ਓਨੀ ਹੀ ਰਿਸਪੈਕਟ ਦੇਣੀ ਹੈ ਕਿਹੜਾ ਏਰੀਆ ਉਹ ਥੋੜੇ ਦਿਨ ਪਹਿਲਾਂ ਹੀ ਸਾਡੇ ਬਾਈ ਇੱਕ ਦਿਨ ਕਾਲ ਤੇ ਆਏ ਸੀ ਕਹਿੰਦੇ ਬਾਈ ਜੀ ਟਰੱਕ ਵੀਰਾਂ ਵਾਸਤੇ ਇੱਕ ਟੋਪਿਕ ਕੀਤਾ ਜਾਵੇ ਤੇ ਅੱਜ ਫਿਰ ਮੈਂ ਕਹਿੰਦਾ ਉਹਨਾਂ ਲਈ ਵੈਸੇ ਤਾਂ ਇੱਕ ਦਿਨ ਨਹੀਂ ਹੈਗਾ ਐਵਰੀ ਡੇ ਐਵਰੀ ਸੈਕਿੰਡ ਸਾਡੇ ਟਰੱਕ ਵੀਰਾਂ ਵਾਸਤੇ ਹੈਗਾ ਸਾਡੀਆਂ ਟਰੱਕ ਭੈਣਾਂ ਵਾਸਤੇ ਹੈਗਾ ਜਿਹੜੇ ਦੋਸਤੋ ਕੋਵਿਡ ਦੇ ਟਾਈਮ ਤੇ ਜਦੋਂ ਅਸੀਂ ਘਰੇ ਬੈਠੇ ਸੀਗੇ ਜਦੋਂ ਸਾਨੂੰ ਸੀਗਾ ਵੀ ਸਾਡੇ ਗੇਟ ਲੱਗੇ ਹੋਏ ਨੇ ਤੇ ਕੋਈ ਘਰੇ ਨਾ ਆਵੇ ਤੇ ਰੋਟੀ ਕੌਣ ਪਹੁੰਚਾਉਂਦਾ ਸੀਗਾ ਕਿੱਥੋਂ ਬਾਰਡਰਾਂ ਤੋਂ ਇੱਧਰ ਉੱਧਰ ਅਸੀਂ ਕਹਿ ਦਿੰਦੇ ਹਾਂ ਜੀ ਪੈਸੇ ਕਮਾਉਣੇ ਨੇ ਪੈਸੇ ਕੌਣ ਨਹੀਂ ਕਮਾਉਂਦਾ ਪੈਸੇ ਸਾਰੇ ਕਮਾਉਂਦੇ ਨੇ ਪਰ ਜਾਣ ਤਾਂ ਦੋਸਤ ਦੁਬਾਰਾ ਨਹੀਂ ਮਿਲਣੀ ਜਦੋਂ ਜਾਣ ਦੇ ਲਈ ਵੀ ਜਦੋਂ ਜਾਣ ਨੂੰ ਵੀ ਟੇਕ ਕੇਅਰ ਕਰਨ ਦੀ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਸੀ ਜਦੋਂ ਕਿਹਾ ਜਾਂਦਾ ਸੀ ਬਾਈ ਜੀ ਘਰੇ ਰਹੋ ਉਦੋਂ ਵੀ ਕਹਿੰਦੇ ਹੁੰਦੇ ਨੇ ਵੀ ਪੂਰੇ ਖੜੇ ਸੀਗੇ ਕੌਣ ਸੀਗੇ ਉਹ ਸਾਡੇ ਟਰੱਕ ਵੀਰ ਭੈਣ ਮੈਂ ਕਹੂੰਗਾ ਵੀ ਬਾਰਡਰ ਦੇ ਉੱਤੇ ਬੈਠਾ ਫੌਜੀ ਬਾਈ ਸਾਡਾ ਸ਼ਾਇਦ ਮੈਨੂੰ ਪੱਕਾ ਨਹੀਂ ਕਹਿ ਸਕਦਾ ਮੈਂ ਕਦੇ ਬਾਰਡਰ ਤੇ ਉਸ ਟਾਈਪ ਦੀ ਡਿਊਟੀ ਨਹੀਂ ਨਿਭਾਈ ਪਰ ਸ਼ਾਇਦ ਇੱਕ ਸੈਕਿੰਡ ਦੀ ਅੱਖ ਮੈਨੂੰ ਤਾਂ ਲੱਗਦਾ ਨੀ ਉਹ ਵੀ ਨਿਭਾਉਂਦੇ ਹੋਣਗੇ ਪਰ ਫਿਰ ਵੀ ਸ਼ਾਇਦ ਇੱਕ ਸੈਕਿੰਡ ਦੀ ਅੱਖ ਉਹ ਝਪਕ ਲੈਂਦੇ ਹੋਣਗੇ ਪਰ ਸਾਡਾ ਬਾਈ ਜਾਂ ਸਾਡੀ ਭੈਣ ਜਿਹੜੀ ਟਰੱਕ ਤੇ ਹੈ ਟਰੱਕ ਡਰਾਈਵਰੀ ਤੇ ਹੈ ਉਹ ਨੀ ਇੱਕ ਸੈਕਿੰਡ ਦੀ ਅੱਖ ਝਪਕ ਸਕਦੇ ਸਾਨੂੰ ਪਤਾ ਅਸੀਂ ਰੋਜ਼ ਦੀਆਂ ਸੜਕਾਂ ਦੇ ਉੱਤੇ ਦੇਖਦੇ ਚਾਹੇ ਬਰਫ਼ ਹੈ ਚਾਹੇ ਮੀਂਹ ਹੈ ਕੌਣ ਚਲਾਉਂਦਾ ਕੌਣ ਸਾਡੇ ਘਰ ਤੱਕ ਰੋਟੀ ਪਹੁੰਚਾਉਂਦਾ ਹੈ ਕੌਣ ਸਾਡੇ ਘਰ ਤੱਕ ਆਟਾ ਪਹੁੰਚਾਉਂਦਾ ਕੌਣ ਤੇ ਸਲਿਊਟ ਕਰਦੇ ਹਾਂ ਬਾਈਆਂ ਨੂੰ ਤੇ ਬਿਲਕੁਲ ਜਿੰਨੇ ਜਿੰਨੇ ਵੀ ਸਾਡੇ ਵੀਰ ਭਾਈ ਸੱਜਣ ਟਰੱਕ ਵੀਰ ਇਸ ਟਾਈਮ ਸਾਨੂੰ ਸੁਣ ਰਹੇ ਹੈਗੇ ਨੇ ਤੇ ਨਾਲ ਦੀ ਨਾਲ ਇਹਦੇ ਨਾਲ ਅਲੋਂਗ ਵਿਦ ਮੈਂ ਕਰੂੰਗਾ ਜਿੰਨੇ ਮੇਰੇ ਵੀਰ ਭਾਈ ਮੇਰੀ ਭੈਣਾਂ ਜਿੰਨੇ ਉਬਰ ਡਰਾਈਵਿੰਗ ਕਰਦੇ ਨੇ ਕਿਉਂਕਿ ਉਹਨਾਂ ਨੇ ਵੀ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ ਸਪੈਸ਼ਲੀ ਇਸ ਕੋਵਿਡ ਦੇ ਟਾਈਮ ਤੇ ਹਰ ਬੰਦੇ ਦੇ ਘਰ ਤੱਕ ਕਿਉਂਕਿ ਦੋਸਤੋ ਬੜਾ ਖਤਰਾ ਹੋ ਜਾਂਦਾ ਹੈ ਕਿਸੇ ਨੂੰ ਆਪਦੀ ਗੱਡੀ ਦੇ ਵਿੱਚ ਬਿਠਾਉਣਾ ਕਿਉਂਕਿ ਉਸ ਬੰਦੇ ਨੇ ਵੀ ਆਪਦੀ ਆਪਣੇ ਘਰੇ ਜਾਣਾ ਹੈਗਾ ਆਪਣੇ ਬੱਚਿਆਂ ਦੇ ਕੋਲੇ ਜਾਣਾ ਆਪਣੇ ਪਰਿਵਾਰ ਦੇ ਕੋਲੇ ਜਾਣਾ ਲੇਕਿਨ ਉਹ ਕੀ ਕਰ ਰਿਹਾ ਉਹ ਤੁਹਾਡੇ ਲਈ ਤੁਹਾਨੂੰ ਕਿਉਂਕਿ ਤੁਸੀਂ ਇੱਕ ਪਰਿਵਾਰ ਦੇ ਇੱਕ ਫੈਮਿਲੀ ਦੇ ਕੋਲੇ ਪਹੁੰਚਣਾ ਹੈ ਤੁਹਾਨੂੰ ਪਹੁੰਚਾਊਗਾ ਇੱਕ ਉਬਰ ਡਰਾਈਵਰ ਚਾਹੇ ਲਿਫਟ ਡਰਾਈਵਰ ਜਾਂ ਜੋ ਵੀ ਤੁਸੀਂ ਟੈਕਸੀ ਸਰਵਿਸਿਸ ਹੈਗੀਆਂ ਨੇ ਉਹਨੂੰ ਚਲਾਉਣੇ ਤੁਹਾਡਾ ਖਾਣਾ ਤੁਹਾਡੇ ਘਰ ਤੱਕ ਪਹੁੰਚਾਊਗਾ ਦੋਸਤੋ ਵੱਡੀ ਗੱਲ 905-673-3337 ਤੇ ਆ ਕੇ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕਰ ਸਕਦੇ ਹੋ ਆਪਣੇ ਵਿਊਜ਼ ਦੇ ਸਕਦੇ ਹੋ ਸੁਣਦੇ ਰਹੋ ਸਾਂਝ ਰੇਡੀਓ ਟੋਰਾਂਟੋ ਤੇ ਲਿਆਓ ਤੁਹਾਡੇ ਲਈ ਇੱਕ ਗਾਣਾ ਬੜਾ ਵਧੀਆ ਕੱਢਿਆ ਹੈਗਾ ਗਾਣਾ ਗਵਾਚ ਗਿਆ ਤੇ ਉਦੋਂ ਤੱਕ ਲਈ ਤੁਹਾਨੂੰ ਨੰਬਰ ਦੁਬਾਰਾ ਦੇ ਦਈਏ 905-673-3337 ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਸਾਡੇ ਸਰੋਤੇ ਨਾਰਾਜ਼ ਹੋ ਜਾਣਗੇ ਕਹਿੰਦੇ ਜੀ ਕਾਲ ਨਹੀਂ ਚੱਕਦੇ ਕਾਲ ਵੀ ਸਾਰਿਆਂ ਦੀ ਲਵਾਂਗੇ ਲਓ ਜੀ ਲਓ ਗਾਣਾ ਪੂਰਾ ਸੁਣਾਵਾਂਗੇ ਪਹਿਲਾਂ ਕਾਲ ਲੈ ਲਈਏ ਹਾਂਜੀ ਲੈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਟੋਪਿਕ ਅੱਜ ਬਾਈਆਂ ਦੀ ਗੱਲਬਾਤ ਕਰ ਰਹੇ ਟਰੱਕ ਵੀਰਾਂ ਦੀ ਸਾਰੇ ਸਾਡੇ ਉਬਰ ਡਰਾਈਵਰਾਂ ਦੀ ਜਿਹੜੇ ਵੀ ਸਾਡੇ ਵੀਰ ਭਾਈ ਸੱਜਣ ਬਿਲਕੁਲ ਬਿਲਕੁਲ ਸੁਣਾਵਾਂ ਕਿਉਂ ਵੀ ਹਾਂਜੀ ਅੱਛਾ ਠੀਕ ਹੈ ਠੀਕ ਹੈ ਥੈਂਕ ਯੂ ਸੈਯਦ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਆਦਾਬ ਪਿਆਰ ਸਾਲਕਮ ਕੈਸੇ ਆਪ ਜੀ ਠੀਕ ਠਾਕ ਹੈ ਬਹੁਤ ਬੜੀਆ ਸਰ ਬਹੁਤ ਬੜੀਆ ਸੁਣਾ ਹੈ ਜੀ ਆਪਕੋ ਜੀ ਬੜਾ ਅੱਛਾ ਜੀ ਹਰ ਵਕਤ ਅੱਛਾ ਟੌਪਿਕ ਲੈ ਕੇ ਆਤੇ ਹੈ ਔਰ ਯੇ ਜੋ ਆਪਨੇ ਟਰੱਕੋ ਔਰ ਊਬਰ ਡਰਾਈਵਰ ਉਸਕੇ ਲਈ ਜੋ ਟੌਪਿਕ ਛੇੜਾ ਹੈ ਜੀ ਹਮ ਇਨਕੋ ਸਲੂਟ ਕਰਤੇ ਹੈ ਥੈਂਕ ਯੂ ਸਰ ਇਨਕੇ ਲਈ ਦੁਆ ਕਰਤੇ ਹੈ ਕਿ ਅੱਲਾ ਕਰੇ ਸਭ ਸਲਾਮਤ ਰਹੇ ਆਪਣੇ ਹਿਫਜ਼ ਅਮਾਨ ਮੇ ਰਹੇ ਔਰ ਐਸੀ ਆਪਕਾ ਪ੍ਰੋਗਰਾਮ ਵੀ ਚਲਤਾ ਰਹੇ ਆਪਕੋ ਸਾਰੇ ਖੁਸ਼ ਰਹੇ ਔਰ ਆਪਕੋ ਸਭ ਕੋ ਸਲੂਟ ਕਰਤੇ ਹੈ ਇਨ ਸਫਲ ਦੇਣ ਵਾਲੋ ਕੋ ਜੀ ਕੀ ਬਾਤ ਹੈ ਸਹੀ ਸਰ ਥੈਂਕ ਯੂ ਸੋ ਮਚ ਥੈਂਕ ਯੂ ਬਿਲਕੁਲ ਦੋਸਤੋ ਸਾਰੀਆਂ ਕਾਲਾਂ ਜਿੰਨੀਆਂ ਅਸੀਂ ਲੈਣੀਆਂ ਹੈਗੀਆਂ ਨੇ ਬਿਲਕੁਲ ਦੋਸਤੋ ਥੈਂਕ ਯੂ ਕਰਨ ਦਾ ਟਾਈਮ ਹੈ ਤੇ ਥੈਂਕ ਯੂ ਕਰੀਏ ਕਿਉਂਕਿ ਬਹੁਤ ਵੱਡਾ ਰੋਲ ਹੈ
हां जी 957 ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ? ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ। ਚਲੋ, ਪ੍ਰਮਾਤਮਾ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ। ਕੀ ਕਹਿਣਾ ਚਾਹੋਗੇ? ਹਾਂਜੀ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਥੈਂਕਸ, ਤੁਸੀਂ ਐਪਰੀਸ਼ੀਏਟ ਕੀਤਾ ਉਬਰ ਡਰਾਈਵਰ ਤੇ ਟਰੱਕ ਵਾਲੇ ਵੀਰਾਂ ਨੂੰ। ਜੀ, ਤੇ ਬਹੁਤ ਵਧੀਆ। ਅਸੀਂ ਤਾਂ ਪਰ ਮੈਂ ਵੀ ਵੀਕਐਂਡ ਤੇ ਉਬਰ ਤਾਂ ਮੈਂ ਨਹੀਂ ਵੀਕਐਂਡ ਤੇ ਨਾ ਕਰਾਂ, ਮੈਂ ਤੁਹਾਡਾ ਪ੍ਰੋਗਰਾਮ ਸੁਣਨ ਦਾ ਮਾਰੇ ਕਰ ਲਿਆ। ਤੁਹਾਡਾ ਨਾਮ ਜ਼ਰੂਰ ਸ਼ੇਅਰ ਕਰਨਾ। ਹਾਂਜੀ, ਹਰਪ੍ਰੀਤ ਮੰਗੇੜਾ ਜੀ। ਅੱਛਾ ਜੀ, ਮੰਗੇੜਾ ਸਾਹਿਬ, ਥੈਂਕ ਯੂ ਸੋ ਮਚ। ਪ੍ਰੋਗਰਾਮ ਹੀ ਇੰਨਾ ਵਧੀਆ ਹੁੰਦਾ ਵੀ ਸਪੀਕਰ ਦਾ ਵੀ ਚੱਲੇ ਰੂਬਰੀ ਕਰ ਦਈਏ, ਮੈਂ ਤਾਂ ਸੁਣੀ ਚੱਲਾਂਗੇ। ਇੱਕ ਭਾਜੀ ਫਰਮਾਇਸ਼ ਕਰਨੀ, ਪਲੀਜ਼। ਚਿੱਤਰ ਸਰਤਾਜ ਨੂੰ ਨਵਾਂ ਜਾਣਾ ਹੈ। ਕਿਹੜਾ ਭਾਈ ਜੀ? ਕਿਹੜਾ? ਪਲੈਨਟ ਪੰਜਾਬ ਜੀ। ਲਓ ਹੁਣੀ ਲਾ ਦਿੰਦੇ। ਥੈਂਕ ਯੂ ਭਾਈ ਜੀ, ਥੈਂਕ ਯੂ, ਥੈਂਕ ਯੂ। ਬਿਲਕੁਲ ਦੋਸਤੋ, ਧੰਨਵਾਦ ਸਾਡੇ ਸਰੋਤਿਆਂ ਦਾ। ਤੇ ਹੁਣੀ ਆਓ ਇੱਕ ਗਾਣਾ ਸੁਣੀਏ, ਤੇ ਤੋਂ ਬਾਅਦ ਬਾਈ ਜੀ ਦੀ ਫਰਮਾਇਸ਼ ਵੀ ਪੂਰੀ ਕਰਦੇ ਹਾਂ। ਬਿਲਕੁਲ ਦੋਸਤੋ, ਬੜੀਆਂ ਜ਼ਰੂਰੀ ਨੇ ਗੱਲਾਂ ਬਾਤਾਂ ਕਰਨੀਆਂ, ਤੇ ਸਹੀ ਜਗ੍ਹਾ ਥੈਂਕਸ ਕਰਨਾ ਤੇ ਸਹੀ ਟਾਈਮ ਤੇ ਥੈਂਕਸ ਕਰਨਾ ਬੜਾ ਜ਼ਰੂਰੀ। ਚੱਲ ਜਿੰਦੀਏ, ਚੱਲ ਜਿੰਦੀਏ, ਚੱਲ ਪੁੱਠ ਚੱਲੀਏ, ਤੁਰ ਚੱਲੀਏ, ਏ ਸ਼ਹਾਨੋਂ ਉਸ ਨਗਰ ਵੱਲ ਧੂਆਂ ਕੁੜੇ। ਮਨ ਮੰਦਿਰ ਵਿੱਚ ਸਿਆਹ ਹਨੇਰਾ, ਕਰੀਏ ਰੂਹੋਂ ਨੂਰ ਕੁੜੇ। ਚੱਲ ਜਿੰਦੀਏ, ਚੱਲ ਜਿੰਦੀਏ, ਏ ਤੁਰ ਚੱਲੀਏ, ਏ ਸ਼ਹਾਨੋਂ ਉਸ ਨਗਰ ਵੱਲ ਧੂਆਂ ਕੁੜੇ। ਚੱਲ ਜਿੰਦੀਏ, ਚੱਲ ਜਿੰਦੀਏ, ਚੱਲ ਪੁੱਠ ਚੱਲੀਏ, ਤੁਰ ਚੱਲੀਏ, ਏ ਸ਼ਹਾਨੋਂ ਉਸ ਨਗਰ ਵੱਲ ਧੂਆਂ ਕੁੜੇ। Radio shows on it. Os nagroid and paan sakit kuj na le jaan nahi dende ho meri pand bar lawa len andar ya os nagar dar paan sakit kuj na le jaan nahi dende ਹੁਮੇ ਦੀ ਪੰਡ ਬਾਰ ਲਵਾ ਲੈਣ ਅੰਦਰ ਲਿਆ ਦਿੰਦੇ ਗੱਠੜੀ ਪਾਰ ਸਿਰੇ ਤੇ ਲਾ ਕੇ ਸੁੱਟ ਗੁਮਾਨ ਕੁੜੇ ਚੱਲ ਜਿੰਦੀਏ। ਕੀ ਬਾਤ ਹੈ, ਕੀ ਬਾਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ, 4185। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਰ? ਬਹੁਤ ਵਧੀਆ, ਬਹੁਤ ਵਧੀਆ ਭਾਜੀ, ਬਹੁਤ ਵਧੀਆ। ਕੀ ਕਹਿਣਾ ਚਾਹੋਗੇ? ਮੈਂ ਜੀ ਗਾਣੇ ਦੀ ਸਮੈਸ਼ ਕਰਨੀ ਸੀ। ਪਲੀਜ਼ ਸਰ, ਪਲੀਜ਼। ਰਵਿੰਦਰ ਗਰੇਵਾਲ ਦਾ ਨਵਾਂ ਗਾਣਾ ਆਇਆ ਸਰ। ਕੀ ਨਾਮ ਹੈ ਜੀ? ਰਵਿੰਦਰ ਗਰੇਵਾਲ ਦਾ ਨਵਾਂ ਸੌਂਗ ਆਇਆ ਆ। ਹਾਂਜੀ, ਸੈਲਫੀ, ਮੇਰੇ ਖਿਆਲ ਦੇ ਸੈਲਫੀ ਜਾਂ ਫੋਟੋ ਦਾ ਨਾਮ ਕਿਦਾਂ ਕੋਈ। ਓਕੇ ਜੀ, ਓਕੇ, ਬਿਲਕੁਲ ਆ ਜਾਣਾ ਸਰ, ਪਲੀਜ਼। ਓਕੇ ਜੀ, ਥੈਂਕ ਯੂ। ਓਕੇ ਜੀ, ਬਿਲਕੁਲ ਦੋਸਤੋ, ਇੱਕ ਨੰਬਰ ਤੁਹਾਨੂੰ ਹੋਰ ਦੇ ਦਈਏ, ਉਮਰਪ੍ਰੀਤ ਚਾਵਲਾ ਜੀ ਦਾ। ਇਨਸ਼ੋਰੈਂਸ ਲਾਈਨ ਦੇ ਵਿੱਚ ਬਹੁਤ ਵੱਡਾ ਨਾਮ ਉਮਰਪ੍ਰੀਤ ਚਾਵਲਾ ਜੀ ਦਾ ਦੋਸਤੋ, ਚਾਹੇ ਲਾਈਫ ਇਨਸ਼ੋਰੈਂਸ ਕਰਾਉਣੀ ਹੈ, ਕ੍ਰਿਟੀਕਲ ਇਲਨੈਸ ਇਨਸ਼ੋਰੈਂਸ, ਬੱਚਿਆਂ ਵਾਸਤੇ RESP ਸੇਵਿੰਗ ਪਲਾਨ RRSP, ਤੇ ਗੱਲਬਾਤ ਕੀਤੀ ਜਾ ਸਕਦੀ ਹੈ ਉਮਰਪ੍ਰੀਤ ਚਾਵਲਾ ਜੀ ਦੇ ਨਾਲ। ਇਹਨਾਂ ਦਾ ਡਾਇਰੈਕਟ ਨੰਬਰ ਨੋਟ ਕਰ ਲਓ, ਇਸ ਟਾਈਮ ਫੇਸਬੁੱਕ ਯੂਟਿਊਬ ਤੇ ਵੀ ਇਹਨਾਂ ਦਾ ਨੰਬਰ ਤੁਸੀਂ ਦੇਖ ਪਾ ਰਹੇ ਹੋ, 6474616 6 4 4 6 16 16 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਚੱਲਦੇ ਹਾਂ ਅਗਲੀ ਕਾਲ ਦੇ ਵੱਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਠੀਕ ਹੈ ਠੀਕ ਹੈ, ਤੁਸੀਂ ਸੁਣਾਓ? ਵਧੀਆ ਭਾਜੀ, ਤੁਸੀਂ ਡਰਾਈਵਿੰਗ ਪ੍ਰੋਫੈਸ਼ਨ ਦਾ ਰਿਲੇਟਡ ਗੱਲ ਕਰਦੇ ਸੀ ਨਾ? ਹਾਂਜੀ, ਹੁਣ ਇਸ ਟਾਈਮ ਆਪਾਂ ਥੈਂਕ ਯੂ ਕਰ ਰਹੇ ਹੈਗੇ, ਕਿਉਂਕਿ ਬਹੁਤ ਵੱਡਾ ਰੋਲ ਹੈ ਸਾਡੇ ਟਰੱਕ ਵੀਰਾਂ, ਸਾਡੀਆਂ ਭੈਣਾਂ ਦਾ, ਸਾਡੇ ਉਬਰ ਡਰਾਈਵਰ, ਸਾਡੀਆਂ ਭੈਣਾਂ ਦਾ, ਸਾਰਿਆਂ ਦਾ ਬਹੁਤ ਵੱਡਾ ਰੋਲ ਹੈ। ਹਾਂਜੀ ਭਾਜੀ, ਉਹਨਾਂ ਨੂੰ ਥੈਂਕ ਯੂ ਕਰ ਰਹੇ ਹਾਂ। ਹਾਂਜੀ ਭਾਜੀ, ਠੀਕ। ਮੇਰੇ ਤਾਂ ਮੇਰੇ ਭਾਜੀ, ਮੇਰਾ ਇੱਦਾਂ ਮੈਨੂੰ ਇੱਦਾਂ ਲੱਗਦਾ, ਵੈਸੇ ਮੇਰੇ ਪ੍ਰੋਫੈਸ਼ਨ ਡਰਾਈਵਿੰਗ ਹੈ। ਮੇਰੇ ਕਹਿਣ ਦਾ ਮਤਲਬ ਕਿ ਕੋਈ ਵੀ ਕੰਮ ਕਰੋ, ਬਸ ਮਿਹਨਤ ਨਾਲ ਜਾਂ ਦਿਲ ਲਾ ਕੇ ਤੇ ਸੁੱਚੀ ਕਿਰਤ ਕਰਨੀ ਚਾਹੀਦੀ, ਕਿਉਂਕਿ ਸੁੱਚੀ ਕਿਰਤ ਨੂੰ ਰੱਬ ਦੀ ਪੂਜਾ ਦੇ ਬਰਾਬਰ ਮੰਨਿਆ ਗਿਆ। ਕੋਈ ਵੀ ਕੰਮ ਹੋ ਸਕਦਾ ਭਾਜੀ, ਮੈਂ ਡਰਾਈਵਿੰਗ ਖੁਦ ਕਰਦਾ ਵਾ। ਮੇਰੇ ਕਹਿਣ ਦਾ ਮਤਲਬ ਕੋਈ ਵੀ ਕੰਮ ਕਰੋ, ਸੁੱਚੀ ਕਿਰਤ ਚ ਹੋਣਾ ਜ਼ਰੂਰੀ ਹੈ। ਇੱਥੇ ਵੀ ਸ਼ਾਇਦ ਗੁਰੂ ਨਾਨਕ ਦੇਵ ਜੀ ਨੇ ਦੋ ਰੋਟੀਆਂ ਨੇ ਤੋੜ ਕੇ ਦੱਸਿਆ ਸੀ, ਸੁੱਚੀ ਕਿਰਤ ਨੂੰ ਕਰਨ ਨੂੰ ਮਹਾਨਤਾ ਦਿੱਤੀ ਉਹਨਾਂ ਨੇ। ਇੱਕ ਚੀਜ਼ ਹੋਰ ਹੈ ਸੁਖਜਿੰਦਰ ਸਾਹਿਬ, ਥੋੜੇ ਦਿਨ ਪਹਿਲਾਂ ਕਿਸੇ ਨੇ ਮੈਨੂੰ ਕੋਈ ਚੀਜ਼ ਭੇਜੀ ਸੀਗੀ, ਤੇ ਉਹ ਕਹਿੰਦੇ ਸੀ ਵੀ ਇਸ ਟੌਪਿਕ ਤੇ ਗੱਲਬਾਤ ਕੀਤੀ ਜਾਵੇ, ਮੈਂ ਥੋੜਾ ਇਗਨੋਰ ਕਰਦਾ ਸੀ ਉਸ ਟੌਪਿਕ ਨੂੰ। ਕਈ ਵਾਰ ਤੁਹਾਡੇ ਕੋਈ ਵੀ ਕੰਮ ਤੁਸੀਂ ਕਰਦੇ ਹੋ, ਕੋਈ ਵੀ ਪ੍ਰੋਫੈਸ਼ਨ ਤੁਸੀਂ ਕਰਦੇ ਹੋ, ਕਈ ਵਾਰ ਤੁਹਾਨੂੰ ਕੋਈ ਕਸਟਮਰ ਮੇਬੀ ਉਹ ਕੋਈ ਹੋਰ ਗੱਲ ਤੋਂ ਪਰੇਸ਼ਾਨ ਹੁੰਦਾ ਹੈ ਜਾਂ ਕਿਸੇ ਕਾਰਨ ਹੁੰਦਾ ਹੈ, ਤੁਹਾਨੂੰ ਉਹਦਾ ਬਿਹੇਵੀਅਰ ਪਸੰਦ ਨਹੀਂ ਆਉਂਦਾ। ਇੱਕ ਐਗਜ਼ਾਮਪਲ ਵੈਸੇ ਦਿੰਦਾ ਵੀ ਕਦੇ ਕੋਈ ਤੁਹਾਨੂੰ ਕਸਟਮਰ ਮਿਲਦਾ ਜਿਹਦਾ ਬਿਹੇਵੀਅਰ ਤੁਹਾਨੂੰ ਪਸੰਦ ਨਹੀਂ ਆਉਂਦਾ, ਪਰ ਤੁਹਾਡੀ ਜਿਹੜੀ ਇੱਕ ਜੋਬ ਹੈ, ਤੁਹਾਡੀ ਜੋਬ ਦੇ ਵਿੱਚ ਕੋਈ ਫਰਕ ਪੈਂਦਾ ਉਹਦੇ ਬਿਹੇਵੀਅਰ ਨਾਲ,
ਭਾਜੀ ਮੈਂ ਜਦੋਂ ਗ੍ਰੈਜੂਏਸ਼ਨ ਕੀਤੀ ਸੀ ਅਸੀਂ ਇੱਕ ਪੜ੍ਹੀ ਸੀ ਪੋਇਮ ਉਸ 'ਚ ਭਾਜੀ ਤੁਸੀਂ ਕਹਿੰਦਾ ਕਿ ਇੰਟੋਰੈਂਸ ਕੀ ਹੈ ਕਹਿੰਦਾ ਇੰਟੋਰੈਂਸ ਕਿਆ ਕਹਿੰਦਾ ਕਿ ਟੋਰੈਂਸ ਕੀ ਹੈ ਕਹਿੰਦਾ ਟੋਰੈਂਸ ਸਿੰਪਲੀ ਮੀਨਸ ਟੂ ਪੁੱਟ ਅਪ ਵਿਦ ਪੀਪਲ ਪੁੱਟ ਅਪ ਮੀਨਸ ਟੂ ਟੋਰੈਂਟ ਬੀਲ ਜਾਂ ਇੰਡੋਰ ਇਹ ਤੁਹਾਡਾ ਪ੍ਰੋਫੈਸ਼ਨਲਿਜ਼ਮ ਇੱਥੇ ਹੀ ਆਉਂਦਾ ਭਾਜੀ ਕੋਈ ਤੁਹਾਨੂੰ ਦੂਜੀ ਸਹਿਣੀ ਸਹਿਣ ਕਰਨਾ ਹੀ ਆਉਣਾ ਚਾਹੀਦਾ ਇਹ ਤੇ ਪ੍ਰੋਫੈਸ਼ਨ ਦਾ ਪਾਰਟ ਹੈ ਤੁਹਾਡੇ ਭਾਜੀ ਕੰਮ ਦਾ ਪਾਰਟ ਹੈ ਹੁਣ ਫੋਰ ਐਗਜ਼ਾਮਪਲ ਜੇ ਤੁਸੀਂ ਡਰਾਈਵਿੰਗ ਕਰਦੇ ਹੋ ਜੇ ਵੈਦਰ ਆਪ ਤੇ ਤੁਹਾਨੂੰ ਡੀਲ ਕਰਨਾ ਆਉਣਾ ਚਾਹੀਦਾ ਉਹ ਜੋਬ ਦਾ ਪਾਰਟ ਹੈ ਭਾਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਹਾਂਜੀ ਫਾਈਵ ਫਾਈਵ ਸੈਵਨ ਟੂ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਭਾਜੀ ਵਧੀਆ ਕੀ ਕਹਿਣਾ ਚਾਹੋਗੇ ਮੈਂ ਚਲਾਉਂਦੀ ਸੀ ਉਹਨਾਂ ਦੀਆਂ ਟੀਮਾਂ ਵੀ ਘਰੇ ਬਹਿ ਗਈਆਂ ਤੇ ਮੈਂ ਕਿਹਾ ਜੀ ਚੱਲ ਗਈ ਮੈਂ ਤਾਂ ਦੱਸਣ ਲੱਗੀ ਐਕਸਪੀਰੀਅੰਸ ਹੈ ਨਾ ਤੇ ਮੈਂ ਕਿਹਾ ਚਲੋ ਠੀਕ ਆ ਮੈਂ ਐਕਸ ਵੀ ਚਲਾਇਆ ਨਾਮ ਜਰੂਰ ਸ਼ੇਅਰ ਕਰਨਾ ਮਨਜੀਤ ਜੀ ਥੈਂਕ ਯੂ ਸੋ ਮੱਚ ਤੇ ਫਿਰ ਬੜਾ ਔਖਾ ਹੁੰਦਾ ਜਦੋਂ ਫੈਮਿਲੀ ਤੁਹਾਨੂੰ ਕਹਿੰਦੀ ਵੀ ਘਰੇ ਬਹਿ ਜਾਓ ਹਨਾ ਵੀ ਇਹ ਮਾੜਾ ਟਾਈਮ ਚੱਲ ਰਿਹਾ ਹੈਗਾ ਕਿ ਕਿਵੇਂ ਲੱਗਦਾ ਫਿਰ ਫੈਮਿਲੀ ਨੂੰ ਵੀ ਟੈਕਲ ਕਰਨਾ ਤੇ ਤ
ਬੱਚਿਆਂ ਬੱਚਿਆਂ ਲਈ ਆਪਾਂ ਸਾਰੇ ਲੋਕ ਕਹਿੰਦੇ ਹਾਂ ਵੀ ਆਪਾਂ ਨਾ ਅਸੀਂ ਬੱਚਿਆਂ ਲਈ ਕਰਦੇ ਬੱਚਿਆਂ ਲਈ ਕਰਦੇ ਹਾਂ रोटी खा रहे थैंक यू सो मच थैंक यू सल्यूट सल्यूट मनजीत जी थैंक यू जी बिलकुल दोस्तों जिन्ना भी थैंक यू किया जाए तो साढ़े ट्रक वीर भैनों वैसे तो जिन्हें भी साढ़े स्रोते सुन रहे हैं उन्होंने मैं एक रिक्वेस्ट करूंगा कि थैंक यू जरूर करो आके जिन्हें साढ़े ट्रक वीर भैन सुन रहे हैं उबर ड्राइवर साढ़े वीर भैन सुन रहे हैं तो उन्होंने मैं जरूर कहूंगा भी वो उस टाइम का जरूर दसन जो पूरे पीक से कोविड जिते जदों घर के कहते भी भाई घरे बह जा ठीक है काम हो ही जाएंगे पर घरे बह जा आपका काम साढ़े लिए नहीं रुके जिस करके असीं घरे बैठे रोटियां खादियां प्लीज अपना शेयर करना ते एक कॉल लैंदे चरणजीत साहब दी चरणजीत साहब एक सैकंड होल्ड करना दोस्तों इमीग्रेशन दे बाबत मैं तुहानू नंबर देना हैगा ड्राइव टू इमीग्रेशन तो हैगे ने संदीप सिंह साहब इमीग्रेशन दे बाबत कोई भी क्वेश्चन हैगा कोई भी चाहे विजिटर वीजा लगाना हैगा चाहे सुपर वीजा लगाना है चाहे पीएनपी दी फाइल लगानी है संदीप सिंह साहब नू कॉल करो मैं कहना नंबर वन इमीग्रेशन दे बाबक 6476739025 647-673-9025 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਆਓ ਚੱਲੀਏ ਚਰਨਜੀਤ ਸਾਹਿਬ ਕੋਲੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਕੀ ਹਾਲ ਚਾਲ ਭਾਜੀ ਬਹੁਤ ਬਹੁਤ ਵਧੀਆ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਜਿਹੜਾ ਮੈਂ ਤੁਸੀਂ ਅੱਜ ਗੱਲ ਕਰ ਰਹੇ ਹੋ ਇਹ ਡਰਾਈਵਰਾਂ ਨੂੰ ਚਾਹੇ ਕੋਈ ਵੀ ਡਰਾਈਵਰ ਨੇ ਉਹਨਾਂ ਨੂੰ ਬੜਾ ਹੌਸਲਾ ਮਿਲ ਰਿਹਾ ਕਿਉਂਕਿ ਜਿਹੜੇ ਨਾ ਸਾਡੇ ਤੋਂ ਨਵੇਂ ਨਵੇਂ ਲੋਕ ਆਉਂਦੇ ਆ ਇੰਡੀਆ ਤੋਂ ਹਾਂਜੀ ਉਹਨਾਂ ਦੇ ਦਿਮਾਗ 'ਚ ਇਹ ਹੁੰਦਾ ਵੀ ਟੈਕਸੀ ਡਰਾਈਵਰ ਤਾਂ ਐਵੇਂ ਆ ਡਰਾਈਵਰ ਪਰ ਵੈਸੇ ਉਹਨਾਂ ਦੇ ਉੱਤੇ ਬਹੁਤਾ ਰਿਸਪੈਕਟਫੁਲ ਨਹੀਂ ਹੈਗਾ ਇਹ ਵੀ ਹੈਗਾ ਜਿਸ ਤਰ੍ਹਾਂ ਤੁਸੀਂ ਇਹਦੇ ਨਾਲ ਹੌਸਲਾ ਮਿਲ ਰਿਹਾ ਜਿਹੜੇ ਬੰਦੇ ਕੰਮ ਕਰ ਰਹੇ ਆ ਮੈਂ ਵੀ ਚਲਾ ਰਿਹਾ ਵਾ ਤੇ ਉਹ ਬੰਦਿਆਂ ਨੂੰ ਵੀ ਹੌਸਲਾ ਮਿਲ ਰਿਹਾ ਵੀ ਯਾਰ ਨਹੀਂ ਇਹ ਬਹੁਤ ਵਧੀਆ ਹੈ ਇੱਕ ਬੰਦਾ ਇੱਕ ਇਨਸਾਨ ਮਤਲਬ ਬੈਠ ਕੇ ਲੋਕਾਂ ਨੂੰ ਐਪਰੀਸ਼ੀਏਟ ਕਰ ਰਿਹਾ ਆ ਵੀਰ सारे अपग्रेड हैगे पर क्रिटिकैलिटी लैवल हुंदा हर जॉब का जे मैं ट्रक ड्राइवरी की गल बात करा ठीक है असीं कह दिंदे ड्राइवर है बंदा पर दोस्तों
ਡਰਾਈਵਰ ਹਰ ਬੰਦਾ ਨਹੀਂ ਬਣ ਸਕਦਾ, ਹਰ ਬੰਦਾ ਡਰਾਈਵਰ ਨਹੀਂ ਬਣ ਸਕਦਾ। ਜਦੋਂ ਅੱਖਾਂ 14-15-16-20 ਘੰਟੇ ਤੱਕ ਖੁੱਲੀਆਂ ਰੱਖਣੀਆਂ ਨੇ, ਮੈਂ ਕਹਿਣਾ ਕਿਹੜਾ ਬੰਦਾ ਜਿਹੜਾ ਰਹਿ ਲੂਗਾ। ਇਹ ਤੁਸੀਂ ਆਪਦੇ ਆਪ ਨੂੰ ਪੁੱਛਿਓ। ਇਹ ਕਹਿਣ ਨੂੰ ਤਾਂ ਬੰਦਾ ਕਹਿੰਦਾ ਜੀ ਬੰਦਾ ਡਰਾਈਵਰ ਹੈ, ਪਰ ਮੈਂ ਉਹਨਾਂ ਜਿਹੜੇ ਵੀਰ ਭੈਣ ਸਾਡੇ ਕਹਿ ਦਿੰਦੇ ਨੇ ਇਹ ਗੱਲ ਨੂੰ ਵੀ ਡਰਾਈਵਰ ਹੈ ਬੰਦਾ, ਯਾਰ ਡਰਾਈਵਰ ਦੋਸਤ ਐਵੇਂ ਨਹੀਂ ਬਣਿਆ ਜਾਂਦਾ। ਮੈਂ ਕਹਿਣਾ ਜਿਹੜੇ ਇਹ ਗੱਲ ਕਹਿੰਦੇ ਨੇ ਉਹ 4-5 ਘੰਟੇ ਹੀ ਟਰੱਕ ਚਲਾ ਕੇ ਦਿਖਾ ਦੇਣ, ਇਹ ਗੱਲ ਨੀ। ਕੋਈ ਇੱਕ ਤਾਂ ਮੈਂ ਬਾਰ ਬਾਰ ਇਹ ਗੱਲ ਨੂੰ ਇਹ ਚੀਜ਼ ਦੀ ਨਿਖੇਧੀ ਕਰਦਾ, ਜਿਹੜੇ ਕਹਿੰਦੇ ਨੇ ਵੀ ਇਹ ਲੋਅ ਲੈਵਲ ਹੈ, ਇੱਕ ਤਾਂ ਲੈਵਲ ਕੋਈ ਲੋਅ ਨਹੀਂ ਪਰ ਕ੍ਰਿਟੀਕੈਲਿਟੀ ਹੈ। ਹਰ ਜੋਬ ਦੀ ਆਪਣੀ ਆਪਣੀ ਕ੍ਰਿਟੀਕੈਲਿਟੀ ਹੈ, ਤੇ ਡਰਾਈਵਰੀ ਜਿਹੜੀ ਲੈਣ ਹੈ ਇਹਦੀ ਓਨੀ ਹੀ ਕ੍ਰਿਟੀਕੈਲਿਟੀ ਹੈ ਜਿੰਨਾ ਬਾਰਡਰ ਤੇ ਇੱਕ ਫੌਜੀ ਬਾਈ ਖੜਾ ਹੈ ਜਾਂ ਭੈਣ ਖੜੀ ਹੈ, ਓਨੀ ਹੀ ਕ੍ਰਿਟੀਕੈਲਿਟੀ ਹੈ। ਕਿਉਂਕਿ ਉਹਨੂੰ ਵੀ ਨੀ ਪਤਾ ਕਦੋਂ ਗੋਲੀ ਉਹਦੇ ਕੋਲੋਂ ਦੀ ਲੰਘ ਜਾਣੀ, ਤੇ ਇਹਨੂੰ ਵੀ ਨੀ ਪਤਾ ਵੀ ਕਦੋਂ ਇਹਦੇ ਕੋਲੋਂ ਗੱਡੀ ਲੰਘ ਜਾਣੀ ਹੈ। ਇਹ ਜ਼ਰੂਰ ਧਿਆਨ ਨਾਲ ਚੱਲਣਾ ਹੈ, ਇਹ ਸੋਚ ਕੇ ਚੱਲਣਾ ਹੈਗਾ ਹਰ ਟਾਈਮ 24 ਘੰਟੇ। ਜਦੋਂ ਗੱਡੀਆਂ ਲਾਈਵ, ਇਹਨੂੰ ਕਹਿੰਦੇ ਨੇ ਲਾਈਵ ਮੈਚ ਚੱਲ ਰਿਹਾ ਬਾਈ ਜੀ, ਲਾਈਵ ਚੱਲ ਰਿਹਾ ਸਾਰਾ ਕੁਛ, ਇਹ ਲਾਈਵ ਹੁੰਦਾ। ਇਸ ਕਰਕੇ ਬੜਾ ਧਿਆਨ ਨਾਲ ਰਿਸਪੈਕਟ ਦੇਣੀ ਹੈਗੀ ਹੈ ਸਾਡੇ ਵੀਰ ਭਾਈ ਸੱਜਣਾਂ ਨੂੰ। ਤੇ ਹਮੇਸ਼ਾ ਜਦੋਂ ਅਸੀਂ ਗੱਡੀ ਚਲਾ ਰਹੇ ਹੁੰਦੇ ਹਾਂ ਉਦੋਂ ਤਾਂ ਬਹੁਤ ਜ਼ਿਆਦਾ ਧਿਆਨ ਰੱਖਿਆ ਕਰੋ ਦੋਸਤੋ, ਕਿਉਂਕਿ ਟਰੱਕ ਨੂੰ ਮੋੜਨਾ ਕਰਨਾ ਬਹੁਤ ਔਖਾ ਹੈ। ਚੱਲਦੇ ਹਾਂ ਅਗਲੀ ਕਾਲ ਬਾਤ। ਦਮਨ ਜੀ ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਭਾਜੀ? ਹਾਲ ਚਾਲ ਬਹੁਤ ਵਧੀਆ ਜੀ, ਮੈਂ ਤਾਂ ਦੋ ਗੱਲਾਂ ਕਰਕੇ ਸਮਾਪਤ ਕਰ ਦੂੰਗਾ ਜੀ। ਪਲੀਜ਼। ਪਹਿਲੀ ਗੱਲ ਤਾਂ ਜੀ ਵੀ ਮੇਰੀ ਨਿਗਾਹ ਦੇ ਵਿੱਚ ਤਾਂ ਦੁਨੀਆਂ ਦਾ ਕੋਈ ਵੀ ਕੰਮ ਵੱਡਾ ਛੋਟਾ ਜਾਂ ਔਖਾ ਸੌਖਾ ਨਹੀਂ। ਸਲਿਊਟ। ਠੀਕ ਹੈ ਨਾ ਜੀ, ਕਿਉਂਕਿ ਇਕਨੋਮਿਕ ਚੇਨ ਹੈ ਇਹ, ਜੇ ਇੱਕ ਘੜੀ ਵੀ ਚੇਨ ਦੀ ਟੁੱਟ ਗਈ ਨੇ ਖਿਲਰ ਜਾਣਾ। ਸਹੀ ਗੱਲ। ਠੀਕ ਹੈ ਨਾ ਜੀ, ਇੰਡੀਆ ਦੇ ਵਿੱਚ ਲੋਕ ਰਿਕਸ਼ੇ ਚਲਾਉਂਦੇ ਆ, ਜੋ ਰਿਕਸ਼ੇ ਚਲਾਉਣੇ ਬੰਦ ਕਰ ਦੇਣਗੇ ਜਿਹੜੀਆਂ ਫੈਕਟਰੀਆਂ ਰਿਕਸ਼ੇ ਬਣਾਉਂਦੀਆਂ ਉਹ ਬੰਦ ਹੋ ਜਾਣਗੀਆਂ, ਕੋਈ ਸ਼ੱਕ ਨਹੀਂ। ਠੀਕ ਹੈ ਜੀ, ਜਿਹੜੇ ਲੋਕ ਉੱਥੇ ਆਵਾਜਾਈ ਵਾਲੀਆਂ ਉਹ ਮਾਰ ਖਾਣਗੇ। ਇਸ ਕਰਕੇ ਜੀ ਕੋਈ ਵੱਡਾ ਛੋਟਾ ਕੋਈ ਇਹੋ ਜਿਹਾ ਕੰਮ ਨੀ। ਹੁਣ ਅਸੀਂ ਵੀ ਪਾਰਟ ਟਾਈਮ, ਮੈਂ ਵੀ ਟਰੱਕ ਚਲਾਉਣਾ ਜੀ। ਠੀਕ ਹੈ। ਤੇ ਪਹਿਲਾਂ ਫੁੱਲ ਟਾਈਮ ਚਲਾਇਆ 6-7 ਸਾਲ, ਤੇ ਮੈਨੂੰ ਕੋਈ ਇਹ ਨੀ ਲੱਗਿਆ ਵੀ ਮੈਂ ਕੋਈ ਬਹੁਤ ਤਕੜਾ ਕੰਮ ਕਰ ਰਿਹਾ। ਤਕੜਾ ਇਨ ਦੀ ਸੈਂਸ ਆਈ ਨੀ ਵੀ ਮੈਂ ਕੋਈ ਅਵੱਲਾ ਕੰਮ ਕਰ ਰਿਹਾ, ਮੈਨੂੰ ਆਈ ਨੀ ਵੀ ਜੋਬ ਹੈ ਜੋਬ ਕਰ ਰਹੇ। ਸਹੀ ਗੱਲ ਹੈ। ਜਿਵੇਂ ਤੁਸੀਂ ਕਿਹਾ ਵੀ ਤੁਸੀਂ ਕਦੇ ਨਿਰਾਸ਼ ਹੋਏ ਆ ਜੇ ਤੁਹਾਨੂੰ ਕਦੇ ਕੋਈ ਕਸਟਮਰ ਚੰਗਾ ਮਾੜਾ ਬੋਲਦੇ ਆ। ਮੋਸਟਲੀ ਅਮਰੀਕਾ ਕੈਨੇਡਾ ਦੇ ਵਿੱਚ ਅੰਗਰੇਜ਼ੀ ਬੋਲਦੇ ਆ, ਅੰਗਰੇਜ਼ੀ ਦੇ ਵਿੱਚ ਜੇ ਕੋਈ ਅਗਲਾ ਗਾਲ ਵੀ ਕੱਢਿਆ ਤਾਂ ਉਹਨੂੰ ਅਸੀਂ ਗਾਲੀ ਨੀ ਸਮਝਦੇ, ਅੰਗਰੇਜ਼ੀ ਗਾਲੀ ਨੂੰ। ਸਹੀ ਗੱਲ ਹੈ, ਕਿਉਂਕਿ ਅਸੀਂ ਤਾਂ ਪੰਜਾਬੀ ਨੂੰ ਹੀ ਸਮਝਦੇ ਹਾਂ। ਸਹੀ ਗੱਲ ਹੈ। ਦੂਜੀ ਚੀਜ਼, ਤੀਜੀ ਚੀਜ਼ ਜਮਾ ਐਂਡ ਵਾਲੀ ਜਿਹੜੀ ਗੱਲ ਕਰਨ ਲੱਗੇ ਜੀ, ਇਹ ਹੈਗੀ ਹੈ ਜੀ ਵੀ ਜਿਵੇਂ ਸਾਡੇ ਸਮਾਜ ਦੇ ਵਿੱਚ ਖਾਸ ਕਰਕੇ ਭਾਰਤੀਆਂ ਦੇ ਵਿੱਚ ਇੱਕ ਚੀਜ਼ ਹੈਗੀ ਆ ਊਚ ਨੀਚ, ਇਹ ਊਚ ਨੀਚ ਸਾਨੂੰ ਸਕੂਲ ਤੋਂ ਸਿਖਾਈ ਜਾਂਦੀ ਹੈ, ਇਹ ਸਾਡੀ ਜਾਤ ਤੋਂ ਸ਼ੁਰੂ ਹੋ ਜਾਂਦੀ ਹੈ ਵੀ ਇਹ ਕਿਹੜੀ ਜਾਤ ਦਾ ਖੜਾ ਹੋਵੇ, ਤੂੰ ਇੱਧਰ ਚੱਲ, ਤੂੰ ਇੱਧਰ ਚੱਲ, ਸਾਈਨ ਕਰ, ਆਹ ਤੇਰੀ ਆਹ ਜਮਾਤ ਹੈ, ਤੂੰ ਇੱਥੇ ਸਾਈਨ ਕਰ, ਆਹ ਲੈ ਕਿਹੜੀ ਕੈਟਾਗਰੀ ਹੈ ਤੇਰੀ, ਇਹ ਸਾਨੂੰ ਉੱਥੇ ਸਿਖਾਇਆ ਜਾਂਦਾ। ਦਬਰ ਸਾਹਿਬ ਸੋਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ, ਤੁਸੀਂ ਇਹ ਚੀਜ਼ ਫੀਲ ਕਰੀਏ ਕਦੇ ਜਿਹੜੀ ਆਪਣਾ ਕੈਟਾਗਰੀ ਵਾਲੀ ਜੀ, ਇਹ ਇਹ ਜਾਤੀ ਵਾਲੀ ਕਦੇ ਕਦੇ ਦੇਖੀ ਹੈ ਤੁਸੀਂ ਸਕੂਲ ਦੇ ਵਿੱਚ? ਓਹੋ ਲੈ ਜੀ, ਅਸੀਂ ਜਿਹੜੇ ਸਕੂਲ ਚ ਪੜ੍ਹਦੇ ਹੁੰਦੇ ਸੀ ਨਾ ਜੀ, ਹਾਂਜੀ, ਤੁਸੀਂ ਯਕੀਨ ਨੀ ਮੰਨਣਾ, ਚਲੋ ਮੈਂ ਸ਼ਬਦ ਨੀ ਵਰਤਣਾ ਚਾਹੁੰਦਾ ਕਿਉਂਕਿ ਮੈਂ ਕਦੇ ਫਰਕ ਨੀ ਰੱਖਿਆ ਜੀ, ਹੈ ਵੈਰੀ ਗੁੱਡ, ਤੇ ਉਹ ਸਕੂਲ ਦੇ ਵਿੱਚ ਮਾੜਾ ਜਿਹਾ ਕਹਿ ਦਿੰਦੇ ਸੀਗੇ ਜੀ ਕਾਕਾ ਤੂੰ ਆ ਫਾਰਮ ਭਰ, ਇੱਕ ਸਪੈਸ਼ਲ ਸ਼੍ਰੇਣੀ ਲਈ ਇੱਕ ਫਾਰਮ ਹੁੰਦਾ, ਉਹਨਾਂ ਦੀ ਫੀਸ ਮਾਫ ਹੋ ਜਾਂਦੀ ਹੈ, ਮੈਂ ਨਾਂ ਨੀ ਲੈਣਾ ਚਾਹੁੰਦਾ। ਠੀਕ ਹੈ, ਐਗਰੀ, ਥੈਂਕ ਯੂ। ਠੀਕ ਹੈ ਨਾ, ਤੇ ਉਹ ਕਰਾਉਂਦੇ ਆ ਤਾਂ ਨੀ, ਮੈਂ ਬਹੁਤ ਬੰਦਿਆਂ ਨੂੰ ਕਹਿੰਦਾ ਹੁੰਦਾ ਵੀ ਅਸੀਂ ਜਦੋਂ ਉਹ ਫਾਰਮ ਭਰਾ ਕੇ ਪੜ੍ਹਾਉਂਦੇ ਆ ਉਦੋਂ ਤਾਂ ਬੜੇ ਕਲਰ ਖੜੇ ਕਰਦੇ ਆ ਵੀ ਉਹਨਾਂ ਦੇ ਫਾਰਮ ਭਰੇ ਜਾ ਰਹੇ ਆ, ਤੇ ਜਦੋਂ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਉਹ ਚੀਕਾਂ ਮਾਰਦੇ ਆ, ਐਂ ਤਾਂ ਕਦੇ ਦੇਖਿਆ ਨੀ ਵੀ ਸਾਰੀ ਉਮਰ ਵਿਚਾਰਿਆਂ ਨੇ ਕਿਵੇਂ ਨੀਵੇਂ ਰਹਿ ਕੇ ਕੱਟੀ ਆ। ਸਹੀ ਗੱਲ, ਕਿਆ ਬਾਤ। ਇਸ ਕਰਕੇ ਜੀ ਦੁਨੀਆਂ ਦੇ ਉੱਤੇ ਕੋਈ ਇਹ ਸਾਨੂੰ ਸਿਖਾਇਆ ਜਾਂਦਾ ਹੈ, ਤੁਸੀਂ ਇੱਥੇ ਕਿਸੇ ਨਾਲ ਗੱਲ ਕਰਕੇ ਦੇਖਿਓ ਕੋਈ ਫਰਕ ਹੀ ਨੀ ਸਮਝਿਆ ਜਾਂਦਾ। ਇੱਥੇ ਅਮੈਰੀਕਾ ਦੇ ਵਿੱਚ ਅੱਗੇ ਮੈਂ ਜਾਂਦਾ ਹੁੰਦਾ ਸੀ ਉੱਥੇ ਨਾ ਜੀ, ਉਹ ਲੜਕਾ, ਮੈਂ ਸਿਰਫ ਲਾਸਟ ਵਾਲੀ ਗੱਲ ਸੋਰੀ ਜ਼ਿਆਦਾ ਲੈ ਗਿਆ, ਉਹ ਲੜਕਾ ਜਿਹੜਾ ਰਿਸੀਵਰ ਸੀਗਾ ਉਹ ਮੈਂ ਉਹਨੂੰ ਕਿਹਾ ਕਰਾਂ ਵੀ ਯਾਰ ਤੇਰਾ ਸਰਦਾ ਕਿਵੇਂ ਆ, ਤਾਂ ਉਹ ਬੱਸਣ ਲੱਗ ਗਿਆ, ਕਹਿੰਦਾ ਮੇਰੀ ਵਾਈਫ ਪੀਡੀਐਸ ਡਾਕਟਰ ਹੈ। ਮੈਂ ਕਿਹਾ ਯਾਰ ਤੇਰੀ ਵਾਈਫ ਪੀਡੀਐਸ ਡਾਕਟਰ ਹੈ, ਤੂੰ ਇੱਥੇ ਚਲਾਈ ਜਾਂਦਾ ਹੈਗਾ ਆਪਣਾ ਫੋਰ ਵੀਲਰ ਜਿਹਾ ਹੁੰਦਾ ਹੈਗਾ, ਉਹ ਚਲਾ ਕੇ ਉਹਦੇ ਨਾਲ ਅਨਲੋਡ ਕਰੀ ਜਾਂਦਾ ਤੂੰ ਟ੍ਰੇਲਰ ਨੂੰ, ਉਹ ਕਹਿੰਦਾ ਫਿਰ ਕੀ ਹੈ, ਕਹਿੰਦਾ ਪਾਰਟ ਟਾਈਮ ਜੋਬ ਹੈ, ਮੇਰੀ ਵਾਈਫ ਦਾ ਕਹਿੰਦਾ ਬਹੁਤ ਕੁਛ ਹੈ, ਸਾਡੇ ਵਾਲੇ ਦਾ ਰਿਸ਼ਤਾ ਨੀ ਕਰਦੇ, ਉਹ ਕਹਿੰਦਾ ਡਾਕਟਰ ਦਾ ਕਰਨੇ ਡਾਕਟਰ ਨਾਲ। ਧੰਨਵਾਦ ਜੀ, ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਬੜੀ ਪਿਆਰੀ ਸੋਚ, ਬੜੀ ਪਿਆਰੀ ਸੋਚ ਮੈਂ ਦਮਨ ਸਾਹਿਬ ਦਾ ਜਿੰਨਾ ਕਰਾਂ। ਥੈਂਕ ਯੂ ਦਮਨ ਸਾਹਿਬ, ਜੇ ਤੁਸੀਂ ਸੁਣ ਰਹੇ ਹੋ ਤੁਹਾਡਾ ਨੰਬਰ ਜ਼ਰੂਰ ਸ਼ੇਅਰ ਕਰਨਾ ਸਾਡੇ ਸਾਂਝ ਰੇਡੀਓ ਟੋਰਾਂਟੋ ਦੇ ਉੱਤੇ, ਤੁਹਾਡੇ ਨਾਲ ਗੱਲਬਾਤ ਬਾਅਦ ਦੇ ਵਿੱਚ ਵੀ, ਸ਼ੋਅ ਤੋਂ ਬਾਅਦ ਵੀ ਗੱਲਬਾਤ ਕਰਾਂਗੇ ਦੋਸਤੋ। ਬੜਾ ਚੰਗਾ ਲੱਗਦਾ ਜਦੋਂ ਇਹੋ ਜਿਹੀਆਂ ਰੂਹਾਂ ਮਿਲਦੀਆਂ ਨੇ ਜਿਹੜੀਆਂ ਇਸ ਤਰੀਕੇ ਨਾਲ ਗੱਲਬਾਤ ਕਰਦੀਆਂ ਨੇ, ਜਿਹਨਾਂ ਕੋਲੇ ਕੀ ਹੈ, ਜਿਹਨਾਂ ਕੋਲ ਇੱਕ ਤਾਂ
ਤੇ ਕਿਸੇ ਵੀ ਕੰਮ ਨੂੰ ਦੋਸਤੋ ਮਾੜਾ ਨਹੀਂ ਅਸੀਂ ਕਹਿਣਾ ਹੈਗਾ ਹਰ ਟਾਈਮ, ਕਿਉਂਕਿ ਬਾਈ ਨੇ ਬੜੀ ਵੱਡੀ ਗੱਲ ਕਹੀ ਹੈ, ਇੱਕ ਚੇਨ ਹੈ ਦੋਸਤੋ, ਇੱਕ ਚੇਨ ਚੱਲ ਰਹੀ ਹੈਗੀ ਹੈ, ਜੇ ਟੁੱਟ ਗਈ ਸਭ ਰੁਕ ਜਾਣਾ, ਸਭ ਉੱਥੇ ਖੜ ਜਾਣਾ ਹੈ। ਇਸ ਕਰਕੇ ਹਰ ਟਾਈਮ ਹਰ ਸੈਕਿੰਡ ਆਪਦੇ ਗੁੱਸੇ ਗਿੱਲੇ ਆਪਦੇ ਤੱਕ ਰੱਖਿਆ ਕਰੀਏ, ਰੋਡਾਂ ਦੇ ਉੱਤੇ ਸੜਕਾਂ ਦੇ ਉੱਤੇ ਅਸੀਂ ਕਹਿ ਦਿੰਦੇ ਜੀ ਐਂ ਹੋ ਗਿਆ ਵਾਹ ਹੋ ਗਿਆ, ਪਰ ਦੋਸਤੋ ਮੇਨ ਗੱਲ ਜਿਹੜੀ ਹੈਗੀ ਹੈ ਆਪਣਾ ਧਿਆਨ ਰੱਖੀਏ, ਕਿਉਂਕਿ ਐਡੀ ਦੂਰੋਂ ਜਿਹੜਾ ਬੰਦਾ 15 ਘੰਟੇ ਡਰਾਈਵਰੀ ਕਰਦਾ ਆ ਰਿਹਾ, ਮੈਂ ਨੀ ਕਹਿੰਦਾ ਵੀ ਕੋਈ ਟਰੱਕ ਵੀਰ ਭਾਈ ਸੱਜਣ ਜਾਂ ਕੋਈ ਵੀ ਬੰਦਾ ਕੋਈ ਗਲਤੀ ਕਰਦਾ ਹੋਊਗਾ, ਪਰ ਅਸੀਂ ਕਈ ਵਾਰ ਅਸੀਂ ਹੀ ਬਾਹਲੇ ਕਾਹਲੀ ਚ ਹੁੰਦੇ ਹਾਂ ਤੇ ਬੜੀਆਂ ਚੀਜ਼ਾਂ ਕਰ ਜਾਂਦੇ ਹਾਂ ਰਸਤੇ ਦੇ ਵਿੱਚ ਇਗਨੋਰ, ਤੇ ਕਈ ਵਾਰ ਇੱਕਦਮ ਬ੍ਰੇਕ ਮਾਰ ਦਿੰਦੇ ਹਾਂ ਜਦੋਂ ਟਰੱਕ ਡਰਾਈਵਰ ਬਾਈ ਹੁੰਦਾ ਸੜਕ ਦੇ ਉਹਦੇ ਮੂਹਰੇ ਦੀ। ਸੋਚੋ ਦੋਸਤੋ ਇੱਕ ਟਰੱਕ ਇੱਕ ਗੱਡੀ ਜਿਹਦੇ ਵਿੱਚ 10 ਗੱਡੀਆਂ ਖੜੀਆਂ ਹੋ ਜਾਣ, ਉਹ ਰੋਡ ਤੇ ਹੈ ਤੇ ਉਹਦੇ ਮੂਹਰੇ ਅਸੀਂ ਇੱਕਦਮ ਬ੍ਰੇਕ ਮਾਰਤੀ ਕੱਟ ਮਾਰਤਾ, ਰੱਬ ਦਾ ਸ਼ੁਕਰ ਮਨਾਓ ਜਦੋਂ ਉਹ ਬ੍ਰੇਕ ਲਾਉਂਦੇ ਨੇ, ਨਹੀਂ ਤਾਂ ਪਤਾ ਨੀ ਕਿੰਨੀਆਂ ਕੁ ਗੱਡੀਆਂ ਨੂੰ ਨਾਲ ਲੈ ਜਾਣਗੇ। ਇਸ ਕਰਕੇ ਹਮੇਸ਼ਾ ਧੰਨਵਾਦ ਕਰੋ ਉਹਨਾਂ ਵੀਰਾਂ ਦਾ, ਉਹਨਾਂ ਭੈਣਾਂ ਦਾ ਜਿੰਨਾ ਵੀ ਹੋ ਸਕੇ, ਤੇ ਮੈਂ ਸਾਡੇ ਟਰੱਕ ਵੀਰ ਭੈਣ ਭਾਈ ਸੱਜਣ ਜਿੰਨੇ ਵੀ ਸੁਣ ਰਹੇ ਹੈਗੇ ਨੇ, ਮੈਂ ਉਹਨਾਂ ਨੂੰ ਸਿਰਫ ਇੰਨੀ ਕੁ ਰਿਕੁਐਸਟ ਕਰੂੰਗਾ, ਇਹ ਜ਼ਰੂਰ ਆ ਕੇ ਦੱਸਣ, ਇਹ ਜ਼ਰੂਰ ਆ ਕੇ ਦੱਸਣ ਵੀ ਜਦੋਂ ਪੂਰਾ ਪੀਕ ਤੇ ਟਾਈਮ ਸੀਗਾ, ਜਦੋਂ ਪੂਰਾ ਪੀਕ ਤੇ ਟਾਈਮ ਸੀਗਾ ਉਦੋਂ ਉਹਨਾਂ ਨੇ, ਜਦੋਂ ਉਹਨਾਂ ਦੇ ਘਰਦੇ ਕਹਿੰਦੇ ਸੀ ਭਾਈ ਘਰੇ ਬਹਿ ਜਾਓ, ਜਦੋਂ ਉਹਨਾਂ ਦੇ ਘਰਦੇ ਕਹਿੰਦੇ ਸੀ ਘਰੇ ਬਹਿ ਜਾਓ, ਉਦੋਂ ਉਹਨਾਂ ਨੇ ਉਸ ਸਿਚੁਏਸ਼ਨ ਨੂੰ ਕਿਵੇਂ ਮੀਟ ਕੀਤਾ, ਜ਼ਰੂਰ ਕਾਲ ਕਰਕੇ ਦੱਸਣਾ 905-673-3337। ਹਾਂਜੀ ਗਿੱਲ ਜੀ, ਸਤਿ ਸ੍ਰੀ ਅਕਾਲ ਗਿੱਲ ਸਾਹਿਬ, ਕੀ ਹਾਲ ਚਾਲ ਸਰ? ਵਧੀਆ ਸਰ, ਵਧੀਆ, ਬਹੁਤ ਸਾਰਾ ਪ੍ਰੋਗਰਾਮ ਚੱਲ ਰਿਹਾ, ਥੈਂਕ ਯੂ ਸਰ। ਮੈਂ ਵੀ ਧੰਨਵਾਦ ਕਰਨਾ ਚਾਹੁੰਦਾ ਜੀ ਡਰਾਈਵਰਾਂ ਦਾ, ਜਿਹਨਾਂ ਨੇ ਵੀ ਔਖੇ ਵੇਲੇ ਟਰੱਕ ਚਲਾਏ ਆ, ਕੋਵਿਡ ਦੇ ਟਾਈਮ ਜਦੋਂ ਬਹੁਤ ਜ਼ਿਆਦਾ ਸੀਗਾ ਜਦੋਂ ਸ਼ੁਰੂ ਹੋਇਆ, ਤੇ ਮੈਂ ਵੀ ਉਹਨੂੰ ਬਹੁਤ ਸਲੂਟ ਕਰਦਾ, ਪ੍ਰਣਾਮ ਕਰਦਾ ਜੀ, ਥੈਂਕ ਯੂ। ਘਰ ਬੈਠਿਆਂ ਨੂੰ ਗਰੋਸਰੀ ਵਗੈਰਾ ਸਾਰੀ ਪਜਾਈ ਹੈ ਜੀ ਸਟੂਡੈਂਟ ਦੇ ਲਈ, ਥੈਂਕ ਯੂ ਗਿੱਲ ਸਾਹਿਬ, ਥੈਂਕ ਯੂ ਸੋ ਮਚ, ਥੈਂਕ ਯੂ, ਬਹੁਤ ਧੰਨਵਾਦ ਯਾਰ, ਜਿੰਨਾ ਵੀ ਹੋ ਸਕੇ ਨਾ। ਕੀ ਬਾਤ ਹੈ, ਮੱਥਾ ਹੀ ਟੇਕਦਾ ਨਾ, ਜਾਨ ਕੇ ਬਹੁਤ ਸਲੂਟ ਕਰਦਾ। ਕੀ ਬਾਤ ਹੈ, ਬਿਲਕੁਲ ਜੀ ਬਿਲਕੁਲ ਗਿੱਲ ਸਾਹਿਬ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਤੇ ਬਿਲਕੁਲ ਆਪਣੇ ਨਿਆਣੇ ਘਰ ਵਰ ਛੱਡ ਗਏ ਜੀ, ਹਾਂ ਤੇ ਸਾਰਾ ਕੁਝ ਛੱਡ ਕੇ, ਬਿਮਾਰੀ ਵੀ ਇੰਨੀ ਖਤਰਨਾਕ ਸੀ, ਉਹਦਾ ਮੁੜੇ ਆ ਕੇ ਸਾਰਿਆਂ ਨੇ ਨੀ ਕੰਮ ਕੀਤਾ, ਸਹੀ ਗੱਲ, ਬਹੁਤ ਸਲੂਟ ਹੈ ਜੀ, ਬਹੁਤ ਧੰਨਵਾਦ, ਥੈਂਕ ਯੂ ਗਿੱਲ ਸਾਹਿਬ, ਥੈਂਕ ਯੂ, ਓਕੇ ਜੀ, ਬਿਲਕੁਲ ਦੋਸਤੋ, ਬਿਲਕੁਲ ਬਿਲਕੁਲ ਬਿਲਕੁਲ। ਇਸ ਕਰਕੇ ਮੈਂ ਸਾਡੇ ਸਾਰੇ ਸਰੋਤਿਆਂ ਨੂੰ ਕਹੂੰਗਾ ਵੀ ਜ਼ਰੂਰ ਆ ਕੇ ਇੱਕ ਵਾਰ ਥੈਂਕ ਯੂ ਜ਼ਰੂਰ ਕਰੋ ਦੋਸਤੋ, ਕਿਉਂਕਿ ਬਹੁਤ ਵੱਡਾ ਰੋਲ ਹੈ, ਬਹੁਤ ਵੱਡੀ ਜੌਬ ਹੈ, ਕਹਿਣ ਨੂੰ ਅਸੀਂ ਕਿਸੇ ਵੀ ਸਾਡੇ ਦਿਮਾਗ ਦੇ ਵਿੱਚ ਆਉਂਦਾ ਹੈਗਾ ਕਹਿ ਦਿੰਦੇ ਹਾਂ, ਪਰ ਜਦੋਂ ਕਰਨੀ ਪੈਂਦੀ ਹੈ ਹੈ ਉਦੋਂ ਹੀ ਪਤਾ ਲੱਗਦਾ, ਜਦੋਂ ਕਹਿੰਦੇ ਹੁੰਦੇ ਨਾ ਵੀ ਕਿੰਨੇ ਭਾਵਿਕ ਦੀ ਹੈ ਜਦੋਂ ਜਾਂਦੇ ਹਾਂ ਉਦੋਂ ਪਤਾ ਲੱਗਦਾ ਹੈ। ਬਿਲਕੁਲ 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 ਦੋਸਤੋ, ਸੁਣ ਰਹੇ ਹੋ ਸਾਂਝ ਰੇਡੀਓ ਟੋਰਾਂਟੋ 905-673-3337 ਤੇ ਗੱਲਾਂ ਬਾਤਾਂ ਚੱਲ ਰਹੀਆਂ, ਤੇ ਬੜੇ ਦੋਸਤ ਸਾਡੇ ਵੀਰ ਭਾਈ ਸੱਜਣ ਇਸ ਟਾਈਮ ਫੇਸਬੁੱਕ ਦੇ ਉੱਤੇ ਸਾਨੂੰ ਕਹਿ ਰਹੇ ਨੇ ਬਲਕਾਰ ਅਣਖੀਲੇ ਦਾ ਗਾਣਾ ਲਾ ਦਿਓ ਜੀ, ਟਰਾਲੇ ਨਾਮ ਵਿਆਹਿਆ ਹੋਇਆ ਹੈ, ਰਣਜੀਤ ਸਾਹਿਬ ਲਿਖ ਰਹੇ ਨੇ, ਕਹਿੰਦੇ ਜੀ ਬਲਕਾਰ ਅਣਖੀਲੇ ਦਾ, ਬਿਲਕੁਲ ਲਾ ਦਿੰਦੇ ਹਾਂ ਬਾਈ ਜੀ, ਬਿਲਕੁਲ ਲਾ ਦਿੰਦੇ ਹਾਂ, ਤੇ ਗਾਣੇ ਹੋਰ ਵੀ ਬਥੇਰੇ ਤੁਹਾਡੇ ਲਈ ਅੱਜ ਕੱਢੇ ਹੋਏ ਨੇ। ਅੱਜ ਦੋਸਤੋ ਇੱਕ ਬਹੁਤ ਵੱਡਾ ਦਿਨ ਹੈਗਾ, ਅੱਜ ਦਿਨ ਹੈਗਾ ਜਗਜੀਤ ਸਾਹਿਬ ਦਾ, ਜਗਜੀਤ ਸਾਹਿਬ ਦਾ ਦਿਨ ਅੱਜ ਹੈਗਾ, ਜਦੋਂ ਉਹ ਸਾਨੂੰ ਬਾਏ ਬਾਏ ਕਹਿ ਗਏ ਸੀਗੇ, ਪਰ ਉਹਨਾਂ ਦੀ ਜਿਹੜੀ ਰੂਹ ਹੈਗੀ ਹੈ ਉਹ ਸਾਡੇ ਵਿੱਚ ਹੈ, ਸਾਡੇ ਨਾਲ ਗੱਲਾਂ ਬਾਤਾਂ ਦੇ ਵਿੱਚ ਹਰ ਟਾਈਮ, ਇਸ ਕਰਕੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹੈਗੇ ਹਾਂ। ਅੱਜ ਇੱਕ ਕਾਲ ਲੈਂਦੇ ਹਾਂ, ਫਿਰ ਉਹ ਤੋਂ ਬਾਅਦ ਉਹਨਾਂ ਦਾ ਗਾਣਾ ਵੀ ਚਲਾਉਣੇ। ਰਮਨ ਜੀ ਸਤਿ ਸ੍ਰੀ ਅਕਾਲ, ਵਧੀਆ ਜੀ ਵਧੀਆ, ਤੁਸੀਂ ਸੁਣਾਓ? ਹਾਂਜੀ, ਥੈਂਕ ਯੂ ਕਰ ਰਹੇ ਸੀਗੇ ਜੀ ਸਾਡੇ ਸਾਰੇ ਵੀਰਾਂ ਨੂੰ, ਟਰੱਕ ਵੀਰਾਂ ਨੂੰ, ਭੈਣਾਂ ਨੂੰ, ਸਾਡੇ ਉਬਰ ਡਰਾਈਵਰ, ਸਾਡੇ ਉਬਰ ਭੈਣਾਂ, ਜਿਹੜੇ ਜਿਨ੍ਹਾਂ ਨੇ ਕੋਵਿਡ ਦੇ ਟਾਈਮ ਤੇ ਸਾਨੂੰ ਘਰ ਤੱਕ ਰੋਟੀ ਪਹੁੰਚਾਈ। ਰਮਨ ਸਾਹਿਬ ਇੱਕ ਛੋਟਾ ਜਿਹਾ ਮੈਂ ਤੁਹਾਨੂੰ ਕੱਟ ਕਰ ਰਿਹਾ, ਥੋੜਾ ਇੱਕ ਕੁਐਸਚਨ ਪੁੱਛਣਾ ਤੁਹਾਡੇ ਤੋਂ। ਜਦੋਂ ਕੋਵਿਡ ਪੂਰੇ ਪੀਕ ਤੇ ਸੀਗਾ, ਘਰਦੇ ਕਹਿੰਦੇ ਹੋਣਗੇ ਹਨਾ, ਭਾਵੇਂ ਘਰਦੇ ਇੰਡੀਆ ਨੇ ਭਾਵੇਂ ਉਰੇ ਨੇ, ਕਹਿੰਦੇ ਹੋਣਗੇ ਭਾਈ ਘਰੇ ਬਹਿ ਜਾ ਹਨਾ, ਤੇ ਕਿਵੇਂ ਉਹ ਟਾਈਮ ਨੂੰ ਕਿਵੇਂ ਜੂਝਿਆ, ਕਿਵੇਂ ਉਹਦੇ ਨਾਲ ਕਿਵੇਂ ਮੈਨੇਜ ਕੀਤਾ? ਸਹੀ ਗੱਲ ਹੈ, ਸਹੀ ਗੱਲ ਹੈ, ਸਹੀ ਗੱਲ ਹੈ। ਉਸ ਤੋਂ
थैंक यू सो मच रमन साहब, तुसी कॉल की थी, थोड़ा जिन्ना थैंक यू कीते जब ना थोड़ा थैंक यू सो मच। नहीं जरूरत है तो हटा, थैंक यू करना बड़ी जरूरत थी, इस करके आज टॉपिक कर रहे हैं। सो मच, थैंक यू सो मच। ओके गाना एक फरमायश आई है, कहना ट्राले नाल व्याह है, लियाओ थोनू गाना सुनाइए। गाने ता गाने दे उत्ते गाना कहना जी मैं चलना ते पर हुण आपा गाना जिहड़ा चला रहे हैगे आ आओ तुहानू पसंद आऊ। स्पेशली डेडिकेट है सारे ट्रक वीर भैन नू। रोजगार ना मिले इंडिया च की इत्थे बार ना मिले, ओ पढ़ लिख के भी रोजगार ना मिले इंडिया च की इत्थे बार ना मिले, पंजाबियां दा कम आ ड्राइवरी नी तू केड़ी गलो मुख वटदी, ट्राला ते तू पटलो ओ तुम्हें जिंद जान जगदी, ट्राला ते तू चटिए नी तुम्हें जिंद जान जगदी। कोई इंश्योरेंस पॉलिसी करवा लवा चंगी हुंदी है पर समझ नहीं आ रहा करवावा कित्थों। ओ ज्यादा ना सोच सिद्धा जा हरचिंदर संधु हुना कोल, असी सारे ने भी अपनी सारिया पॉलिसिया उन्हां तों ही करवा लिया ने। अच्छा पर ओ क्यों? हरचिंदर प्रोवाइड करदे ने सही एडवाइस ते तुहाडी पॉलिसी नूं इंश्योरेंस कंपनी नूं सही तरीके नाल प्रेजेंट करदे ने ताकि आपां नूं पीस ऑफ माइंड रहे। इन्हां दी सर्विस भी बहुत कमाल दी है। मैं अज ही फोन करदा हरचिंदर नूं, नंबर दस्यो। तुसी भी नोट करो 416-668-7000। कोई भी लाइफ क्रिटिकल एलनेस डिसेबिलिटी सुपर वीजा विजिटर इंश्योरेंस या फिर बच्चों के लिए एजुकेशन प्लान RESP लई याद रखो हरचिंदर संधु 4000 वेबसाइट harjindersandhu.ca। ਤੁਸੀਂ ਘਰ ਵਿੱਚ ਕਿਚਨ ਦੀ ਰੈਨੋਵੇਸ਼ਨ ਕਰਵਾਓ ਤੇ ਕਿਚਨ ਨੂੰ ਦਵੋ ਹਾਈ ਐਂਡ ਜਾਂ 5 ਸਟਾਰ ਦੇ ਲੁੱਕ ਲਈ ਸੰਪਰਕ ਕੀਤਾ ਜਾ ਸਕਦਾ ਹੈ। ਸਿੰਕ, ਕਿਚਨ ਕੈਬਿਨੇਟ ਜਾਂ ਘਰ ਵਿੱਚ ਬਾਥ ਵੈਨਿਟੀਜ਼ ਕਾਊਂਟਰ ਟਾਪ ਵੁੱਡ ਵਰਕਿੰਗ ਦਾ ਕੰਮ ਵੀ ਬੜੇ ਤਸੱਲੀ ਨਾਲ ਕੀਤਾ ਜਾਂਦਾ ਹੈ। ਸਿੰਕ ਕਿਚਨ ਕੈਬਿਨੇਟ ਦਾ ਨੰਬਰ 647-205569 ਲੋਕੇਟਡ ਨੇ ਨੰਬਰ 18 ਆਟੋਮੈਟਿਕ ਰੋਡ ਬ੍ਰੈਂਪਟਨ ਯੂਨਿਟ ਨੰਬਰ 24 sinkkitchen.com। जी हाँ, मोटर कार का तो मालूम नहीं लेकिन आपको आपके बंगले तक पहुंचाएंगे। जी यानी मॉर्गेज के मयंक भटनागर जी।
हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी, 647-702-2023, 647-702-2023, 6427-702-2023, 647-702-2023, 602-VDAY। लाइसेंस नंबर 10393। तुसी घर बाय करना है, सेल करना है, जा इन्वेस्टमेंट ले कोई प्रॉपर्टी लभ रहे हो वाटरलू किचनर जा कैम्ब्रिज के एरिया दे विच, गौरव नरूला जी नाल संपर्क किया जा सकता है। सेव मैक्स सुप्रीम रियल एस्टेट टीक ब्रोकरेज नाल काम करते हैं। गौरव नरूला, नंबर 647-703-0730 से गौरव नरूला जी नाल संपर्क किया जा सकता है। बिल्कुल जी बिल्कुल, चलते हैं अगली कॉल दे वल। 4485 ससी काल जी। हेलो ससी काल भाई जी, की हाल चाल भाई जी? ठीक है। मैं नाम जरूर शेयर करना भाजी। मनिंदर जी थैंक यू सो मच, सल्यूट है, सल्यूट है तुहाडी सोच नू, तुहाडे करके असी घरे बैठे रोटी खांदे रहे। मनजीत साहब थैंक यू सो मच। चलदे एक होर कॉल 4957। सत श्री अकाल जी। सत श्री अकाल भाजी, मैं दोबारा कॉल कीती है भाजी, तुसी गाना स्किप कर सकदे। केड़ा जी दसो? सतिंदर सरताज जी। ओहो हो हो, सतिंदर सरताज साहब दा केड़ा गाना कहा सी तुसी ने? प्लैनेट पंजाब जी नवा आया। प्लैनेट पंजाब, सो सॉरी थोनू दोबारा कॉल करके दसना पिया। हर टाइम दोस्तों जिंदगी दे विच साडा मकसद, साडा दोनों भरावां दा मकसद यही रहना हुंदा वी आपां नाल वधिया गल्लां, इक वधिया गल्लां दे विचों, गल्लां दे विचों गल्लां कढ़ीए, चंगी सोच नूं जन्म देईए, चंगीआं चीज़ां हर पासे चंगियाई होवे, हर जिहनूं वी देखीए प्यार खुशी। हुण तुसीं देखो साडे गुरबाणी दे विच, साडे गुरु साहिबाना दा जदों किसे फोटो देखदे आ किन्ना नूर आ उहनां दे चेहरे दे विच, किन्ना असीं जदों उहनां नूं देखीदा साडे मन दे विच खुशी आ जांदी। किसे भी असीं सिर्फ गुरबाणी दे विच तां है ही है, ठीक है, असीं उस धर्म दे विचों हैगे आ, पर होर भी जिहड़े भी किसे भी धर्म दे विच चले जाइए, श्री राम श्री कृष्ण किन्हां नूं भी देखीए, अजकल तां नवरात्रे चल रहे, सारियां मातावां नूं जिन्ना भी कोट कोट प्रणाम किया जाए, किस जिस तरीके नाल वो ये सारी दुनिया दोस्तों जिहड़ी खड़ी हैगी है, यही वाहेगुरु सच्चे पातशाह सांगे मातावां श्री राम श्री कृष्ण सारिया करके, अल्लाह जीसस क्राइस्ट सारिया करके ही दोस्तों ये दुनिया खड़ी है। इस करके हर धर्म हर जाति सब सब तो ज्यादा रिस्पैक्ट दईए। कॉल आ रही ने साढ़े स्रोतों दी, आओ कॉल लईए, सुनते हैं साढ़े स्रोतों के विचार। हाँ हाँ जी परमिंदर जी, सत श्री अकाल। थोड़ा थोड़े करके असीं घरे बैठे रोटियां खाई जांदे आ, थोड़े करके इन्नियां गल्लां करन दा हौसला हुंदा। नहीं भाई साडा वी फर्ज बणदा, कुछ नहीं है थोड़ा, हुण काम जदों आफत आउणी कदी घर बैठ जी। क्या बात है, थैंक यू सिर मत्थे, थैंक यू भाई जी। बासी साहब साडे नाल जुड़ चुके ने। हाँ जी बासी साहब, सत श्री अकाल बासी साहब, आवाज आ रही है? हैलो बासी साहब, दी आवाज नहीं आ पा रही। 905-673-3333 ਤੇ ਦੋਸਤੋ ਗੱਲਾਂ ਬਾਤਾਂ ਚੱਲ ਰਹੀਆਂ ਹੈਗੀਆਂ ਨੇ। ਬਿਲਕੁਲ ਦੋਸਤੋ, ਸਾਡੇ ਟਰੱਕ ਵੀਰ ਭੈਣਾਂ ਸਾਨੂੰ ਫੋਨ ਕਰ ਰਹੇ ਨੇ ਤੇ ਹੋਰ ਵੀ ਸਾਡੇ ਬਾਈ ਸਾਨੂੰ ਕਾਲ ਕਰਕੇ ਦੱਸ ਰਹੇ ਨੇ ਤੇ ਸਾਡੇ ਸੇਮ ਜੌਬ ਕੱਲੀ ਟਰੱਕ ਡਰਾਈਵਰੀ ਤਾਂ ਹੈ ਹੀ ਹੈ, ਇਹਦੇ ਲਈ ਤਾਂ ਇਹ ਤਾਂ ਹੈ ਹੀ ਹੈ ਇੱਕ ਏਰੀਆ ਜਿਹਨੂੰ ਅਸੀਂ ਜਿੰਨਾ ਥੈਂਕ ਯੂ ਕਰੀਏ ਓਨਾ ਥੋੜਾ ਹੈ, ਪਰ ਦੂਜੀ ਚੀਜ਼ ਸਾਡੇ ਊਬਰ ਡਰਾਈਵਰ ਸਾਡੇ ਵੀਰ ਭਾਈ ਸੱਜਣ ਜਿਨ ਉਹਨਾਂ ਨੂੰ ਵੀ ਪੂਰਾ ਖਤਰਾ ਸੀ ਦੋਸਤੋ, ਉਹਨਾਂ ਨੇ ਐਵਰੀ ਡੇ ਕਿਸੇ ਨਾ ਕਿਸੇ ਨੂੰ ਮਿਲਣਾ ਹੁੰਦਾ ਸੀ, ਹਰ ਘਰ ਦੇ ਵਿੱਚ ਰੋਟੀ ਪਹੁੰਚਾਉਣਾ ਉਹਨਾਂ ਦਾ ਕੰਮ ਹੁੰਦਾ ਸੀਗਾ। ਲਓ ਕਾਲ ਲਈਏ, ਬਾਸੀ ਸਾਹਿਬ ਦੁਬਾਰਾ ਜੁੜ ਚੁੱਕੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਭਾਜੀ? ਹਾਂਜੀ ਹਾਂਜੀ ਹਾਂਜੀ,
ਬਾਸੀ ਸਾਹਿਬ ਤੁਹਾਡੀ ਆਵਾਜ਼ ਕੱਟ ਰਹੀ ਹੈ। ਹੈਲੋ ਬਾਸੀ ਸਾਹਿਬ, ਸੋ ਸੋਰੀ, ਤੁਹਾਡੀ ਆਵਾਜ਼ ਕੱਟ ਰਹੀ ਹੈ। ਬਾਸੀ ਸਾਹਿਬ ਆਵਾਜ਼ ਕੱਟ ਰਹੀ ਹੈ ਤੁਹਾਡੀ, ਆਵਾਜ਼ ਨਹੀਂ ਆ ਰਹੀ ਸਮਝ। ਹਾਂਜੀ ਠੀਕ ਹੈ ਠੀਕ ਹੈ। ਲਖਵਿੰਦਰ ਜੀ ਜੁੜ ਚੁੱਕੇ ਨੇ ਦੁਬਾਰਾ। ਹਾਂਜੀ ਲਿਖ ਲਿਆ ਫਿਰ। ਹਾਂਜੀ ਹਾਂਜੀ ਭਾਜੀ ਆਉਣ ਦਿਓ। ਮੈਂ ਪੁਰਾਣੇ ਟੌਪ ਤੇ ਰੱਖੂ ਜਿਹੜਾ ਤੁਸੀਂ ਨੂੰ ਸ਼ੇਅਰ ਕੀਤਾ। ਹਾਂਜੀ ਕਹਿੰਦਾ ਭਾਵੇਂ ਖੱਦਰ ਪਾਉਂਦੇ ਸੀ ਅੱਧ ਨੰਗਿਆਂ ਤੋਂ ਚੰਗੇ। ਆਹਾ ਭਾਵੇਂ ਖੱਦਰ ਪਾਉਂਦੇ ਸੀ ਅੱਧ ਨੰਗਿਆਂ ਤੋਂ ਚੰਗੇ ਵੀ ਜੇ ਕਰੇ ਬਖਸ਼ ਦੀ ਗੱਲ ਤਾਂ ਵਿਹੜੇ ਬਖਸ਼ ਪੁਰਾਣੇ ਚੰਗੇ। ਕਹਿੰਦਾ ਝੂਠ ਵੀ ਚੰਗੀ ਲੱਗਦੀ ਸੀ ਰਾਹ ਟੱਕੀਆਂ ਦੀ, ਸਿਰ ਤੇ ਚੁੰਨੀ ਲੈ ਕੇ ਰੱਖਦੀ ਸੀਮਾਂ ਬੱਚਿਆਂ ਦੀ, ਚੁੰਨੀ ਲਾ ਕੇ ਵਾਲ ਕਟਾ ਕੇ ਬਣ ਗਏ ਬੰਦੇ ਸੀ ਕਰੇ ਬਖਸ਼ ਦੀ ਗੱਲ ਤਾਂ ਬਖਸ਼ ਪੁਰਾਣੇ ਚੰਗੇ। ਕਹਿੰਦਾ ਕੱਢਵੀ ਜੁੱਤੀ ਬੰਨ ਜਾਂਦਾ ਜਦ ਜਾਂਦੇ ਮੇਲੇ ਨੂੰ, ਘੋਲ ਕਬੱਡੀ ਕਰ ਲੈਂਦੇ ਜੇ ਕੰਮ ਨਹੀਂ ਸੀ ਵਿਹਲੇ ਨੂੰ, ਸੱਤ ਕੁੱਤੇ ਗੱਭਰੂ ਬਾਕੀ ਲੱਗਦੇ ਬੰਦੇ ਸੀ ਜੇ ਕਰੇ ਬਖਸ਼ ਦੀ ਗੱਲ ਤਾਂ ਪੁਰਾਣੇ ਚੰਗੇ। ਕਹਿੰਦਾ ਹਲ ਪੰਜਾਲੀ ਚੂਲਾ ਗੱਡਾ ਕਿਹਨੂੰ ਯਾਦ ਰਹੇ, ਹਲ ਪੰਜਾਲੀ ਚੂਲਾ ਗੱਡਾ ਕਿਹਨੂੰ ਯਾਦ ਰਹੇ, ਵੇਸੀ ਖਾਣਾ ਭੁੱਲ ਕੇ ਬਰਗਰ ਪੀਜੇ ਬਾਦ ਪਏ, ਪਤਲਕ ਵਿੰਦਰਾ ਸੱਚਨੇ ਪਤਾ ਲੱਗੇ ਬੰਦੇ ਸੀ ਜੇ ਕਰੇ ਬਖਸ਼ ਦੀ ਗੱਲ ਤਾਂ ਪੁਰਾਣੇ ਚੰਗੇ। ਕਿਆ ਬਾਤ ਹੈ, ਜਿੰਨਾ ਤੁਹਾਨੂੰ ਵੀ ਲਖਵਿੰਦਰ ਸਾਹਿਬ ਸਲਿਊਟ ਕਰਦੇ ਹਾਂ। ਤੁਸੀਂ ਅਸੀਂ ਮੂੰਹ ਚੋਂ ਬੋਲ ਕੱਢਦੇ, ਤੁਸੀਂ ਉਹਦੀ ਲਿਖ ਦਿੰਦੇ ਹੋ, ਪਰਮਾਤਮਾ ਨੇ ਤੁਹਾਡੇ ਅੰਦਰ ਬੜੀ ਵਧੀਆ ਕਾਬਲੀਅਤ ਬਖਸ਼ੀ ਹੈ। ਥੈਂਕ ਯੂ ਭਾਜੀ, ਇਹਨੂੰ ਹੋਰ ਵੀ ਇਹਨੂੰ ਹੋਰ ਵੀ ਕਰੋ ਵਧੀਆ। 88 ਹਾਲੇ ਵੀਰੇ, ਜਲਦੀ ਜਲਦੀ ਕਨੈਕਟ ਕਰਾਂਗੇ ਲਖਵਿੰਦਰ ਸਾਹਿਬ ਆਪਾਂ। ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ, ਸਲਿਊਟ ਹੈ, ਜਲਦੀ ਆਪਾਂ ਕਨੈਕਟ ਕਰਾਂਗੇ। ਥੈਂਕ ਯੂ ਥੈਂਕ ਯੂ। ਬਿਲਕੁਲ ਦੋਸਤੋ, ਇਹ ਇਹ ਲਿਖਣ ਵਾਲੀ ਜਿਹੜੀ ਕਲਾ ਨਾ, ਇਹ ਹਰ ਬੰਦੇ ਦੇ ਵਿੱਚ ਨਹੀਂ ਆ ਸਕਦੀ। ਇਹ ਕੋਈ ਰੱਬੀ ਹੁੰਦਾ, ਇਹ ਪਰਮਾਤਮਾ ਨੇ ਜਿਹਨੂੰ ਗਿਆਨ ਬਖਸ਼ਣਾ। ਮੇਰੇ ਵਰਗਾ ਬੇਸੁਰਾ ਹਮੇਸ਼ਾ ਕਹਿੰਦਾ ਮੈਂ ਗਾਣਾ ਗਾਉਣਾ ਗਾਣਾ ਗਾਉਣਾ, ਕਦੇ ਰੋਜ਼ 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 ਰਾਤ ਨੂੰ ਸੋਚ ਕੇ ਪੈਂਦਾ ਵੀ 4 ਵਜੇ ਉੱਠ ਕੇ ਰਿਹਾ ਕਰੂੰਗਾ। ਹਾਂਜੀ ਕਹਿੰਦੇ ਰਾਤ ਨੂੰ ਰੋਜ਼ ਸੋਚ ਕੇ ਪੈਂਦਾ ਵੀ ਸਵੇਰੇ 4 ਵਜੇ ਉੱਠ ਕੇ ਰਿਹਾ ਕਰੂੰਗਾ। ਕਿਹੜੀ ਤਰੀਕ ਹੋ ਗਈ? 10-10-2021 ਹੋ ਗਈ, ਹਜੇ ਤੱਕ ਤਾਂ ਨੀ 4 ਵਜੇ ਉੱਠਿਆ ਗਿਆ, ਪਰ ਕੋਸ਼ਿਸ਼ ਚੱਲਦੀ ਰਹਿੰਦੀ ਹੈ। ਲਿਆਓ ਲਿਆਈਏ ਫਿਰ ਪਲੈਨਟ ਪੰਜਾਬ, ਸਾਡੇ ਫੇਵਰੇਟ। ਇਹਦੇ ਵਿੱਚ ਇੱਕ ਖਾਸ ਚੀਜ਼ ਹੈ ਦੋਸਤੋ, ਸਤਵਿੰਦਰ ਸਾਹਿਬ ਤਾਂ ਸਾਡੇ ਫੇਵਰੇਟ ਹੈ ਨਹੀਂ, ਸਾਡੇ ਇੱਕ ਮਿੱਤਰ, ਜਿਹੜੇ ਮਿੱਤਰ ਹੈਗੇ ਨੇ ਬੀਟ ਮਿਨਿਸਟਰ ਸਾਹਿਬ, ਇਹਨਾਂ ਨੇ ਮਿਊਜ਼ਿਕ ਦਿੱਤਾ, ਸਾਡੇ ਮਿੱਤਰ ਨੇ ਇਹ, ਬੜੀ ਜਲਦੀ ਇਹਨਾਂ ਨੂੰ ਲੈ ਕੇ ਆਵਾਂਗੇ ਇੰਟਰਵਿਊ ਤੇ। ਜਦੋਂ ਵੱਜੀਆਂ ਕਨੇਡਾ ਵਿੱਚ ਤਾੜੀਆਂ, ਸੁਣ ਲਈਆਂ ਅਮਰੀਕਾ ਵਾਲੇ ਆੜੀਆਂ, ਜਦੋਂ ਵੱਜੀਆਂ ਕਨੇਡਾ ਵਿੱਚ ਤਾੜੀਆਂ, ਸੁਣ ਲਈਆਂ ਅਮਰੀਕਾ ਵਾਲੇ ਆੜੀਆਂ, ਸੋਹਣੇ ਆਲਮ ਸਜੇ ਨੇ ਸਰਤਾਜ ਵੇ, ਇਹਨਾਂ ਰੰਗ ਤਾਂ ਖੁਮਾਰੀਆਂ ਵੀ ਚਾੜੀਆਂ ਤੁਰੀ ਜਗ੍ਹਾ ਤੋਂ ਡੱਕੀਆਂ ਨੇ, ਸਾਰੀ ਦੁਨੀਆਂ ਪੰਜਾਬ ਜਿਹੀ ਲੱਗਦੀ ਓ ਪੂਰੀਆਂ ਤਰੱਕੀਆਂ ਨੇ, ਵੱਜੀਆਂ ਟੋਰੋਂਟੋ ਵਿੱਚ ਤਾੜੀਆਂ, ਨਿਊ ਜਰਸੀ ਚ ਸੁਣ ਲਈਆਂ ਟੋਰੋਂਟੋ ਤੇ ਨਿਊ ਜਰਸੀ ਦਾ ਕੰਮ ਤੇ ਕੰਮ ਦਾ ਕਿਆ ਬਾਤ ਹੈ। ਝੋਨੇ ਦੀ ਸੁਰੀਲੀ ਜੇ ਛਣਕ ਵੇਖੀਏ, ਧੁੱਪਾਂ ਵਿੱਚ ਲਿਸ਼ਕੀ ਕਣਕ ਵੇਖੀਏ, ਝੋਨੇ ਦੀ ਸੁਰੀਲੀ ਜੇ ਛਣਕ ਵੇਖੀਏ, ਅਮਾਲ ਵੇ ਤਪਾ ਤੇ ਖਿੜੇ ਸਰੋਂ ਮਾਝੇ ਵੱਲ ਦੀ, ਗੰਨਿਆਂ ਦੀ ਚਾਸ਼ਣੀ ਦੁਆਬੇ ਛੇੜੇ ਗੱਲ ਜੀ, ਅਮਾਲ ਵੇ ਤਪਾ ਤੇ ਖਿੜੇ ਸਰੋਂ ਮਾਝੇ ਵੱਲ ਜੀ, ਤੇ ਗੰਨਿਆਂ ਦੀ ਚਾਸ਼ਣੀ ਦੁਆਬੇ ਛੇੜੇ ਗੱਲ, ਇਸ ਸਾਂਝ ਵਿੱਚ ਭਰਤਾ ਹੁੰਗਾਰਾ ਕਸੂਰ ਦੀਆਂ ਮੱਕੀਆਂ ਨੇ, ਸਾਰੀ ਦੁਨੀਆਂ ਪੰਜਾਬ ਜਿਹੀ ਲੱਗਦੀ ਓ ਪੂਰੀਆਂ ਤਰੱਕੀਆਂ ਨੇ, ਜਦੋਂ ਵੱਜੀਆਂ ਅੰਮ੍ਰਿਤਸਰ ਤਾੜੀਆਂ, ਸੁਣਨੀਆਂ ਜੀ ਲਾਹੌਰ ਵਾਲੇ ਆੜੀਆਂ, ਤਰੱਕੀਆਂ ਨੇ ਤਰੱਕੀਆਂ ਨੇ, ਤਰੱਕੀਆਂ ਕਿਉਂ ਨੀ ਹੈਗੀਆਂ? ਜਦੋਂ ਕਹਿੰਦੇ ਡਿਫੈਂਸ ਮਿਨਿਸਟਰ, ਜਦੋਂ ਡਿਫੈਂਸ ਮਿਨਿਸਟਰ ਪੰਜਾਬ ਤੋਂ ਆ ਕੇ ਡਿਫੈਂਸ ਮਿਨਿਸਟਰ ਬਣ ਗਏ, ਸੱਜਣ ਸਾਹਿਬ ਕਿਆ ਬਾਤ ਹੈ। ਚਿੱਟੀਆਂ ਗੱਲਾਂ ਦਾ ਰੰਗ ਲਾਲ ਹੋ ਗਿਆ, ਸੱਚੀ ਦੱਸਾਂ ਵੈਸੇ ਦੀ ਕਮਾਲ ਹੋ ਗਿਆ, ਚਿੱਟੀਆਂ ਗੱਲਾਂ ਦਾ ਰੰਗ ਲਾਲ ਹੋ ਗਿਆ,
ਅਸੀਂ ਥਰੋ ਤੇ ਉਤਰੇ ਹੈਰਾਨ ਹੋਈਆਂ ਗੋਰੀਆਂ ਕਿਆ ਬਾਤ ਹੈ ਸਾਂਵਰੇ ਦੇ ਉੱਤੇ ਕੁਰਬਾਨ ਹੋਈਆਂ ਗੋਰੀਆਂ ਕਿਆ ਬਾਤ ਹੈ ਸਾਰੀ ਦੁਨੀਆਂ ਪੰਜਾਬ ਦੇ ਹੀ ਲੱਗਦੀ ਓ ਪੂਰੀਆਂ ਤਰੱਕੀਆਂ ਕੁੰਡ ਨੱਚ ਵੱਜਦੀਆਂ ਤਾੜੀਆਂ ਸੁਣਦੀਆਂ ਨੇ ਗਲਾਸ ਗੋਦੇ ਬਾਸੀ ਸਾਹਿਬ ਤੁਸੀਂ ਕਿੱਥੇ ਹੋ ਅੱਜ ਥੋੜੀ ਆਵਾਜ਼ ਕੱਟ ਰਹੀ ਹੈ ਮਜ਼ਾ ਨੀ ਆ ਰਿਹਾ ਮਜ਼ਾ ਨੀ ਆ ਰਿਹਾ ਥੋੜੀ ਆਵਾਜ਼ ਨੀ ਸਮਝ ਆ ਰਹੀ ਬਾਸੀ ਸਾਹਿਬ ਬਾਸੀ ਸਾਹਿਬ ਨੈਟਵਰਕ ਦਾ ਇਸ਼ੂ ਹੈ ਜਾਂ ਤਾਂ ਕਿਸੇ ਦਾ ਫੋਨ ਲੈ ਕੇ ਕਾਲ ਕਰੋ ਜਾਂ ਕਿਤੇ ਉਰਾ ਪਰਾ ਹੈਗੇ ਹੋ ਕਾਲ ਥੋੜਾ ਜਿਹਾ ਉਰਾ ਪਰਾ ਹੋ ਕੇ ਕਰੋ ਸਾਨੂੰ ਤੁਹਾਡੇ ਵਿਚਾਰ ਬੜੇ ਜ਼ਰੂਰੀ ਨੇ ਅੱਜ ਪਲੀਜ਼ ਕੱਟ ਕੇ ਕਾਲ ਕਰਿਓ ਬਾਸੀ ਸਾਹਿਬ ਦੇ ਵਿਚਾਰ ਬੜੇ ਜ਼ਰੂਰੀ ਨੇ ਸਾਡੇ ਨਾਲ ਆਓ ਗਾਣੇ ਨੂੰ ਕੰਟੀਨਿਊ ਕਰੀਏ ਨਜ਼ਾਰਾ ਲੈਤਾ ਇਹਨਾਂ ਵੱਲ ਖੁਸ਼ੀ ਦਾ ਬਕਾਇਆ ਚੱਲਦਾ ਯੋਰ ਪੱਤਾ ਰੱਬ ਦਾ ਸਜਾਇਆ ਚੱਲਦਾ ਇੱਥੋਂ ਦੇ ਪੰਜਾਬੀਆਂ ਦੀ ਰੂਹ ਚ ਪਿੰਡ ਵੱਸਦੇ ਨੇ ਅਪੈਰ ਸੰਗਲਾਨ ਦੀ ਤਾਂ ਜੂਝ ਪਿੰਡ ਵੱਸਦੇ ਨੇ ਇੱਥੋਂ ਦੇ ਪੰਜਾਬੀਆਂ ਦੀ ਰੂਹ ਚ ਪਿੰਡ ਵੱਸਦੇ ਦੀ ਪੈਰ ਸੰਮੇਲਨ ਦੀ ਤਾਂ ਝੂਠ ਪਿੰਡ ਵੱਸੇ ਬੜੀ ਸਾਂਝ ਲੱਗੀ ਦੋਹਾਂ ਤਹਿਸੀਬਾਂ ਤੇ ਜਵਾਲ ਨਾਲ ਤੱਕੀਆਂ ਨੇ ਆ ਸਾਰੀ ਦੁਨੀਆਂ ਪੰਜਾਬ ਜਿਹੀ ਲੱਗਦੀ ਓ ਪੂਰੀਆਂ ਤਰੱਕੀਆਂ ਹੌਸਲੋ ਚ ਵੱਜਦੀਆਂ ਤਾੜੀਆਂ ਸੁਣਦੀਆਂ ਜੀ ਸਪੇਨ ਵਾਲੇ ਆੜੀਆਂ ਨਜ਼ਾਰਾ ਲਿਆਤਾ ਸਾਗਰੀ ਕਿਨਾਰਿਆਂ ਦੀ ਗੱਲ ਵੱਖਰੀ ਆਉਂਦੀਆਂ ਪਿਆਰਿਆਂ ਦੀ ਗੱਲ ਵੱਖਰੀ ਕਿਆ ਬਾਤ ਹੈ ਸਾਗਰੀ ਕਿਨਾਰਿਆਂ ਦੀ ਗੱਲ ਵੱਖਰੀ ਆਉਂਦੀਆਂ ਪਿਆਰਿਆਂ ਦੀ ਗੱਲ ਵੱਖਰੀ ਉਹ ਸਿਟਨੀ ਸੁਨੱਖੇ ਮੁੰਡੇ ਪੁੱਛ ਲੈ ਕੇ ਬਹਿਣ ਦੀ ਨਿਊਜ਼ੀਲੈਂਡ ਜਿੱਥੇ ਹਰੇ ਚਿੱਟੇ ਰੰਗ ਨਾਲ ਰੱਬ ਨੇ ਪਹਾੜੀਆਂ ਵੀ ਠੱਕੀਆਂ ਨੇ ਆ ਸਾਰੀ ਦੁਨੀਆਂ ਪੰਜਾਬ ਦੇ ਹੀ ਲੱਗਦੀ ਓ ਪੂਰੀਆਂ ਤਰੱਕੀਆਂ ਨੇ ਨਜ਼ਾਰਾ ਆ ਗਿਆ ਤੁਹਾਡੀ ਆਵਾਜ਼ ਸੁਣ ਕੇ ਹਾਂਜੀ ਕਿਆ ਬਾਤ ਹੈ ਹੋਰ ਸੁਣਾਓ ਕੀ ਹਾਲ ਚਾਲ ਸਾਡਾ ਸਭ ਤੋਂ ਵਧੀਆ ਪੜ੍ਹਿਆ ਲਿਖਿਆ ਇੱਕ ਮਜ਼ਦੂਰ ਦਾ ਪੁੱਤਰ ਚੀਫ ਮਿਨਿਸਟਰ ਬਣਿਆ ਤੇ ਉਹਨਾਂ ਦੇ ਮੁੰਡੇ ਦਾ ਕਰਿਆ ਵਿਆਹ ਇੰਨਾ ਸਾਦਾ ਵਿਆਹ ਜ਼ਿੰਦਗੀ ਦੇਖਿਆ ਸਹੀ ਗੱਲ ਹੈ ਜੀ ਹਾਂਜੀ ਤੇ ਹਰਪ੍ਰੀਤ ਜਿਹੜੇ ਆਪਣੇ ਹੈ ਜਥੇਦਾਰ ਉਹਨਾਂ ਨੇ ਕਰਾਏ ਨੰਦ ਗਾਲ ਕਿਆ ਬਾਤ ਹੈ ਤੇ ਚੰਨੀ ਸਾਹਿਬ ਨੇ ਭੰਗੜਾ ਪਾਇਆ ਤੇ ਬਹੁਤ ਸਾਦਾ ਵਿਆਹ ਕਰਿਆ ਹੈ ਵਧਾਈ ਤੁਹਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਦੂਜੇ ਅੱਜ ਅਸੀਂ ਪੂਰੇ ਜ਼ੋਰਾਂ ਨਾਲ ਮੋਟਰਸਾਈਕਲ ਤੇ ਕਾਰਾਂ ਦਾ ਜੀਪਾਂ ਦਾ ਇਹ ਲਿਖੀ ਪੂਰਾ ਕੇਸ ਹੋਇਆ ਉਹਦੇ ਹੱਕ ਚ ਬੜਾ ਵਧੀਆ ਰੈਲੀ ਕਰੀਏ ਬਹੁਤ ਵਧੀਆ ਬਿਲਕੁਲ ਦੋਸਤੋ ਲਖੀਮਪੁਰ ਕਾਂਡ ਦੀ ਜਿਹੜੀ ਗੱਲਬਾਤ ਕਰਕੇ ਗਏ ਨੇ ਜਿੰਨੀ ਨਖੇਧੀ ਕੀਤੀ ਜਾਵੇ ਓਨੀ ਥੋੜੀ ਇਹ ਸਿਰਫ ਦੋਸਤੋ
बहुत बहुत स्ट्रिक्ट होना पेगा सरकार सिस्टम नू, क्योंकि ये जिहड़ा ये चीज़ बारे हजे तक जिहड़ा रिजल्ट निकलना हैगा जां जिहड़ा डिसीजन निकलना हैगा वो सिस्टम नू ते सरकारां नू पता हैगा जां लॉ नू पता हैगा, पर इन्हां चीज़ां नू जदों असीं ये चीज़ां करदे हैगियां बहुत बहुत वड्डी सियाणप। मैं अज स्टार्टिंग दे विच इहो जिहा टॉपिक करन दा की कारण सीगा, इही कारण सीगा वी असीं एक दूजे नू प्यार करीए, असीं रिस्पैक्ट करिए, असीं जिंदगी दे विचों की लै जाणा की कर जाणा है जदों असीं एक दूजे नूं प्यार करन लग गए, रिस्पैक्ट करन लग गए, असीं एक दूजे दा ध्यान रखना। इस करके दोस्तों बने रहो बंदे तों बंदे बनण दा जिहड़ा राह है ना, बंदे तों बंदे बनण दा जिहड़ा राह है जिहड़ा पैंदा है बहुत लंबा है, बड़े ध्यान नाल चलना पैणा है। चलदे अगली कॉल दे वल। सति श्री अकाल जी। सति श्री अकाल भाजी, की हाल चाल भाजी? ਬਹੁਤ ਵਧੀਆ ਭਾਈ, ਤੁਸੀਂ ਸੁਣਾਓ? ਬਹੁਤ ਵਧੀਆ ਜੀ, ਬਹੁਤ ਵਧੀਆ। ਕੌਣ ਸਾਹਿਬ ਬੋਲ ਰਹੇ ਨੇ ਜੀ? ਹਰਮੀਤ ਬੋਲ ਰਿਹਾ ਭਾਜੀ। ਹਾਂਜੀ ਹਰਮੀਤ ਜੀ, ਹਾਂਜੀ ਪਲੀਜ਼। ਮੈਂ ਵੀ ਭਾਜੀ ਆਇਆ ਸੀਗਾ 2020 ਫੈਬ ਚ ਕੈਨੇਡਾ ਆਇਆ ਸੀਗਾ, ਇੰਡੀਆ ਛੁੱਟੀ ਲਈ ਗਿਆ ਹੋਇਆ ਸੀ ਮੈਂ। ਅੱਛਾ, ਸਾਲ ਹੀ ਹੋਇਆ ਤੁਹਾਨੂੰ ਜੀ? ਹਾਂਜੀ ਸਾਲ ਹੀ ਹੋਇਆ ਮੈਂ ਕਿਹਾ ਤੁਹਾਨੂੰ। ਹਾਂਜੀ ਹਾਂਜੀ, ਨਹੀਂ ਨਹੀਂ ਕੈਨੇਡਾ ਆਏ ਨੂੰ ਤਾਂ ਮੈਨੂੰ 5 ਸਾਲ ਹੋ ਗਏ ਨੇ। ਅੱਛਾ, ਵੈਸੇ ਤੁਸੀਂ ਛੁੱਟੀ ਤੇ? ਓਕੇ। ਓਕੇ, ਆ ਕੇ ਮੈਂ ਕਰਦਾ ਸੀ ਕੰਟੇਨਰ ਵਰਕ ਤੇ ਉਹ ਹੋ ਗਿਆ ਸੀ ਜਮਾ ਹੀ 2। ਅੱਛਾ, ਤੇ ਲਾ ਲੋ ਵੀ 2 ਮਹੀਨੇ ਵਿਹਲੇ ਬਹਿਣਾ ਪਿਆ, ਅਸੀਂ ਤਾਂ ਚਾਹੁੰਦੇ ਸੀ ਕੰਮ ਕਰਨਾ ਬਟ ਸਾਨੂੰ ਮਿਲਿਆ ਨੀ, ਤੇ ਦੈਨ ਕੰਮ ਚੇਂਜ ਕਰਕੇ ਫਿਰ ਡਰਾਈਵਰ ਦਾ ਕੰਮ ਕੀਤਾ, ਬਟ ਫਿਰ ਉਦੋਂ ਤੋਂ ਕੰਟੀਨਿਊ ਹੁਣ ਤੱਕ ਕਰ ਰਹੇ ਹਾਂ। ਓਕੇ, ਵੈਰੀ ਗੁੱਡ, ਵੈਰੀ ਗੁੱਡ। ਤੇ ਫਿਰ ਕੋਵਿਡ ਦੇ ਟਾਈਮ ਤੋਂ ਬੜੀ ਦਿੱਕਤ ਆਈ ਹੋਣੀ? ਬਹੁਤ ਭਾਜੀ, ਕਦੇ ਕੰਪਨੀ ਵਾਸ਼ਰੂਮ ਨੀ ਯੂਜ਼ ਕਰਨ ਦਿੰਦੀਆਂ ਸੀ, ਇਹ ਬਹੁਤ ਵੱਡੀ ਦਿੱਕਤ ਸੀਗੀ ਪਹਿਲਾਂ ਤਾਂ, ਕਿਉਂਕਿ ਅਸੀਂ ਮੋਂਟਰੀਅਲ ਤੋਂ ਜਾਂਦੇ ਹੁੰਦੇ ਸੀ ਇੱਥੋਂ ਟੋਰਾਂਟੋ ਤੋਂ, ਤੇ ਫਿਰ ਉੱਥੇ ਜਾ ਕੇ ਜਦੋਂ ਇਹ ਪ੍ਰੋਬਲਮ ਆਉਣੀ ਫਿਰ ਦੇਖਣਾ ਵੀ ਹੁਣ ਕਿੱਧਰ ਨੂੰ ਜਾਈਏ ਤੇ ਕੀ ਕਰੀਏ, ਰੈਸਟ ਏਰੀਆ ਦੇਖਣਾ ਪੈਂਦਾ ਸੀ ਕੋਈ ਨਾ ਕੋਈ। ਹਾਂਜੀ, ਇਹਨਾਂ ਕੰਮਾਂ ਚ ਥੋੜੀ ਜਿਹੀ ਪ੍ਰੋਬਲਮ ਆਉਂਦੀ ਸੀ ਤੇ ਬਾਕੀ ਤਾਂ ਵਧੀਆ ਚੱਲੀ ਜਾਂਦਾ ਸੀਗਾ ਕੰਮ। ਡਟੇ ਹੋਏ ਸੀਗੇ। ਨਹੀਂ ਨਹੀਂ, ਕਿਆ ਬਾਤ ਹੈ, ਕਿਆ ਬਾਤ ਹੈ, ਤੇ ਬਹੁਤ ਵੱਡਾ ਸਲਿਊਟ ਹੈ ਭਾਜੀ ਤੁਸੀਂ ਸਾਡੇ ਵੀਰਾਂ ਨੇ, ਕਿਉਂਕਿ ਸਪੈਸ਼ਲੀ ਜਦੋਂ ਇਹ ਟਾਈਮ ਸੀਗਾ ਉਦੋਂ ਅਸੀਂ ਘਰੇ ਬੈਠੇ ਸੀਗੇ ਤੇ ਸਾਨੂੰ ਘਰ ਤੱਕ ਰੋਟੀਆਂ ਪਹੁੰਚਾਉਣੀਆਂ ਤੁਹਾਡੇ ਵਰਗੇ ਵੀਰਾਂ ਦੇ ਕੰਮ ਸੀਗੇ। ਥੈਂਕ ਯੂ ਸੋ ਮਚ, ਜਿੰਨਾ ਕੀਤਾ ਜਾਵੇ ਉਹਨਾਂ ਥੋੜਾ। ਕੋਈ ਚੱਕ ਨੀ, ਹਜੇ ਤੱਕ ਵੀ ਮੇਰਾ ਡਾਕਟਰ ਤਾਂ ਫੈਮਿਲੀ ਡਾਕਟਰ ਕੋਈ ਕੋਈ ਬੁੱਲਾ ਹੋਵੇ ਨਹੀਂ ਤਾਂ ਫੋਨ ਤੇ ਦਵਾਈ ਦਿੰਦੇ ਜੀ ਕੁਛ ਨਹੀਂ। ਹੁਣ ਖੁੱਲ ਗਏ ਨੇ ਜੀ, ਹੁਣ ਖੁੱਲ ਗਏ ਨੇ। ਹਾਂਜੀ ਹਾਂਜੀ, ਨਹੀਂ ਨਹੀਂ ਠੀਕ ਹੈ, ਫਿਰ ਵੀ ਦੇਖ ਲਓ ਡਰਾਈਵਰਾਂ ਦਾ ਤਾਂ ਜਿਹੜਾ ਫਿਰ ਇਹ ਵਿਚਾਰੇ ਬਾਹਰ ਕੰਮ ਕਰਦੇ ਰਹੇ ਉਹਨਾਂ ਦੇ ਨਾਲ। ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ, ਥੈਂਕ ਯੂ ਸੋ ਮਚ। ਪੰਜ ਬੱਬੂ ਬਾਹਰ ਦਾ ਗਾਣਾ ਲਾ ਦਿਓ, ਟਰਾਲਾ ਆਇਆ ਜੀ ਡਰਾਈਵਰਾਂ ਦਾ ਗਾਣਾ, ਟਰਾਲਾ ਬੱਬੂ ਮਾਨ ਸਾਹਿਬ ਦਾ ਕੱਢਿਆ ਪਿਆ ਜੀ, ਹੁਣੇ ਲਾ ਦਿੰਦੇ ਆ ਉਹੀ ਲਾ ਦਿਓ, ਫਿਰ ਬਾਕੀ ਸਾਹਿਬ ਜਾ ਕੇ ਖੁਸ਼ ਹੋ ਜਾਣਾ ਜੀ। ਕਿਆ ਬਾਤ ਹੈ, ਕਿਆ ਬਾਤ ਹੈ, ਥੈਂਕ ਯੂ ਥੈਂਕ ਯੂ। ਲਓ ਜੀ ਫਿਰ ਬੱਬੂ ਮਾਨ ਸਾਹਿਬ ਚੱਲੀਏ। ਤੜਕੇ ਉੱਠ ਕੇ ਚਾਹ ਬਣਾ ਦੇ, ਆਇਆ ਹੈ ਦੋ ਕੁ ਦੇਸੀ ਬਿਸਕੁਟ ਵੀ ਖੜਾ ਦੇ। ਹਾਂ ਬਿਲਕੁਲ, ਬਿਸਕੁਟ ਉਹੀ ਪੀਪੇ ਵਾਲੇ। ਜੱਟ ਨੇ ਟਰਾਲਾ ਪਾਉਣਾ ਹੈ। ਕਿਆ ਬਾਤ ਹੈ ਮਾਨ ਸਾਹਿਬ, ਮਾਨ ਸਾਹਿਬ ਲਿਖਾਉਣਾ ਕਹਿੰਦੇ। ਬੈਠੇ ਨੇ ਜ਼ਿਮੀਦਾਰ ਢਾਬੇ ਤੇ, ਕਿਆ ਬਾਤ ਹੈ। ਕਿਆ ਬਾਤ ਹੈ, ਸੁਬਾ ਖੰਡ ਸ਼ਾਮੀ ਕਲਕੱਤਾ ਨਹੀਂ ਨਹੀਂ ਅਸੀਂ ਹੰਨ ਨੂੰ ਪੇਸ਼ਾ ਬਣਾਉਣਾ ਹੈ। ਸੁਣ ਲਿਓ, ਨਹੀਂ ਅਸੀਂ ਹੰਨ ਨੂੰ ਪੇਸ਼ਾ ਬਣਾਉਣਾ ਹੈ, ਥੱਲੇ ਤੇ ਗੋਤ ਲਿਖਾਉਣਾ ਹੈ, ਰਾਲਾ ਪਾਉਣਾ ਹੈ, ਥੱਲੇ ਤੇ ਗੋਤ ਲਿਖਾਉਣਾ ਹੈ। ਡੈਡੀ ਕਿਹੜਾ ਜੀ ਸਾਡੇ ਟਰੱਕ ਵੀਰਾਂ ਨੂੰ, ਕਿਆ ਬਾਤ ਹੈ, ਸਾਡੀਆਂ ਭੈਣਾਂ ਟਰੱਕ ਵੀਰ ਸਾਡੇ ਜੀ।
ਸ਼ੈਂਪੂ ਨੀ ਅੰਤ ਵਾਲਾ ਮਾਣ ਘਰ ਦਾ ਖਰਚਾ ਚੱਕੂਗੀ ਵਾਲੀ ਇਸ਼ਟ ਦੁਕਾਨ ਦੀ ਤੱਕੂਗੀ ਕਿਆ ਬਾਤ ਨਾਲ ਟੂਲ ਦੁਕਾਨ ਤੋਂ ਬੈਠਾਉਣਾ ਹੈ ਆਹਾ ਨਾਲੇ ਟੂਲ ਤੇ ਬਾਂਦਰ ਬੈਠਾਉਣਾ ਹੈ ਡਾਲੇ ਦੇ ਗੋਦ ਲਖਾਉਣਾ ਹੈ ਲਓ ਜੀ ਲਓ ਨਾਸਿਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਲਾਮ ਅਲੈਕੁਮ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਹੋਰ ਸੁਣਾਓ ਕੀ ਹਾਲ ਚਾਲ ਬੜਾ ਵਧੀਆ ਟਾਪਿਕ ਚੁਣਿਆ ਜੀ ਮੈਂ ਖੁਦ ਉਬਰ ਚਲਾਉਣਾ ਵਾ ਲੇਕਿਨ ਮੈਂ ਸਮਝਣਾ ਕਿ ਜਿਹੜੇ ਟਰੱਕ ਡਰਾਈਵਰ ਵੀਰ ਤੇ ਭੈਣਾਂ ਦੇ ਨਾ ਉਹ ਉਬਰ ਟੈਕਸੀ ਨਾਲੋਂ ਭਾਰਾ ਕੰਮ ਹੈ ਬੜੀ ਹਿੰਮਤ ਉਹਨਾਂ ਦੀ ਕਰਦੇ ਨੇ ਫਿਰ ਇਹੋ ਜਿਹੇ ਹਾਲਾਤ ਵਿੱਚ ਐਸ ਓ ਪੀ ਦਾ ਖਿਆਲ ਰੱਖਣਾ ਨਾਲ ਤੇ ਬੜੀ ਹਿੰਮਤ ਹੈ ਉਹਨਾਂ ਦੀ ਸਹੀ ਗੱਲ ਏਡਾ ਜੇ ਆਸਾਨ ਕੰਮ ਹੋਇਆ ਨਾ ਹਾਂਜੀ ਇਹ ਖੁਦ ਕਰ ਲੈਣ ਤੁਸੀਂ ਸਮਝ ਗਏ ਹੋਵੋ ਕਿ ਮੇਰਾ ਇਸ਼ਾਰਾ ਜਿਹਨਾਂ ਲੋਕਾਂ ਵੱਲ ਹੈ ਏਡਾ ਜੇ ਆਸਾਨ ਕੰਮ ਹੋਇਆ ਨਾ ਖੁਦ ਕਰਨ ਦੇ ਕੰਮ ਨਾ ਕੋਈ ਤੁਹਾਨੂੰ ਟੈਕਸੀ ਉਬਰ ਲਿਫਟ ਵਿੱਚ ਨਜ਼ਰ ਆਏਗਾ ਨਾ ਤੁਹਾਨੂੰ ਟਰੱਕ ਡਰਾਈਵਿੰਗ ਚ ਨਜ਼ਰ ਆਏਗਾ ਕਿਆ ਬਾਤ ਹੈ ਜਦੋਂ ਦੂਰ ਬੈਠੇ ਹੁੰਦੇ ਆ ਕਹਿੰਦੇ ਦੂਰ ਦੇ ਢੋਲ ਸਾਹਿਬ ਨੇ ਤੇ ਜਦੋਂ ਦੂਰ ਬੈਠੇ ਹੁੰਦੇ ਆ ਉਦੋਂ ਲੱਗ ਰਿਹਾ ਹੁੰਦਾ ਵੀ ਇਹ ਕੀ ਵੱਡੀ ਗੱਲ ਆ ਟਰੱਕ ਹੀ ਚਲਾਉਣਾ ਗੱਡੀ ਹੀ ਚਲਾਉਣੀ ਹੈ ਤੇ ਬਥੇਰੇ ਐਡਵੈਂਚਰਸ ਮੇਰੇ ਵਰਗੇ ਹੁੰਦੇ ਨੇ ਜਿਹੜੇ ਕਹਿੰਦੇ ਲੈ ਕਿੱਡੀ ਗੱਲ ਹੈ ਗੱਡੀ ਚਲਾਉਣ ਦਾ ਦੋਸਤੋ ਪਤਾ ਉਦੋਂ ਲੱਗਦਾ ਜਦੋਂ ਚਲਾਉਣਾ ਪੈਂਦਾ ਹੈ ਚਾਹੇ ਗੱਡੀ ਹੈ ਚਾਹੇ ਟਰੱਕ ਹੈ ਅਸੀਂ ਸਾਰਿਆਂ ਨੂੰ ਡਰਾਈਵਰੀ ਲੈਣ ਨੂੰ ਅਸੀਂ ਥੈਂਕਸ ਕਰ ਰਹੇ ਹੈਗੇ ਅੱਜ ਕਿਉਂਕਿ ਬਹੁਤ ਵੱਡਾ ਰੋਲ ਹੈ ਜਾਂ ਕੋਈ ਹੋਰ ਵੀ ਜਿਹਨਾਂ ਨੇ ਕੋਵਿਡ ਦੇ ਟਾਈਮ ਤੇ ਅਸੀਂ ਘਰ ਬੈਠੇ ਸੀ ਤੇ ਸਾਡੇ ਘਰਾਂ ਤੱਕ ਸਾਨੂੰ ਟੇਕ ਕੇਅਰ ਕਰਨ ਦੇ ਲਈ ਸੇਮ ਜੋਬ ਅਸੀਂ ਆਰਮੀ ਵੀਰਾਂ ਭੈਣਾਂ ਨੂੰ ਹਮੇਸ਼ਾ ਸਲਿਊਟ ਕਰਦੇ ਤੇ ਕਰਨਾ ਵੀ ਚਾਹੀਦਾ ਉਹਨਾਂ ਵਾਂਗੂ ਡਟੇ ਹੋਏ ਸੀਗੇ ਸਾਡੇ ਟਰੱਕ ਵੀਰ ਸਾਡੀਆਂ ਭੈਣਾਂ ਜਿੰਨਾ ਵੀ ਥੈਂਕਸ ਕੀਤਾ ਜਾਵੇ ਉਹਨਾਂ ਥੋੜਾ ਤੇ ਦੋ ਚੀਜ਼ਾਂ ਇਸ ਟਾਈਮ ਚੱਲ ਰਹੀਆਂ ਹੈਗੀਆਂ ਨੇ ਇੱਕ ਸਾਡਾ ਕਿਸਾਨੀ ਜਿਹਨੂੰ ਕਿਹਾ ਜਾਂਦਾ ਕਿਸਾਨੀ ਯੁੱਧ ਜਿਹੜਾ ਦਿੱਲੀ ਬਾਰਡਰ ਦੇ ਉੱਤੇ ਇਸ ਟਾਈਮ ਚੱਲ ਰਿਹਾ ਹੈਗਾ ਇੱਕ ਉਹ ਇੱਕ ਕੋਵਿਡ ਹਜੇ ਪੂਰਾ ਖਤਮ ਨਹੀਂ ਹੋਇਆ ਦੋਸਤੋ ਹਜੇ ਵੀ ਅਸੀਂ ਉਸ ਮਹਾਂਮਾਰੀ ਦੇ ਚਾਹੇ ਲਾਸਟ ਲੈਵਲ ਤੇ ਹੈਗੇ ਹਾਂ ਪਰ ਹੈਗੇ ਹਾਂ ਫਿਰ ਵੀ ਧਿਆਨ ਰੱਖਣ ਦੀ ਬੜੀ ਲੋੜ ਹੈਗੀ ਹੈ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਤੇ ਤੁਹਾਨੂੰ ਸੁਨੇਹੇ ਦੇਣੇ ਬੜੇ ਜ਼ਰੂਰੀ ਨੇ ਦੋਸਤੋ ਗਗਨ ਨਰੂਲਾ ਸਾਹਿਬ ਦਾ ਦੁਬਾਰਾ ਨੰਬਰ ਨੋਟ ਕਰਨਾ ਹੈਗਾ ਰਣਦੀਪ ਜੀ ਵੈਸੇ ਮੈਂ ਤੁਹਾਨੂੰ ਤੋਂ ਪਹਿਲਾਂ ਦੱਸਦਾ ਰਣਦੀਪ ਜੀ ਸਾਡੇ ਨਾਲ ਜੁੜਨ ਵਾਲੇ ਨੇ ਹੁਣੀ ਮੈਸੇਜ ਆਇਆ ਹੈਗਾ ਰਣਦੀਪ ਜੀ ਬ੍ਰੈਂਟਫੋਰਡ ਤੋਂ ਸਾਡੇ ਨਾਲ ਜੁੜਨ ਵਾਲੇ ਨੇ 6472423944 6472423944 ਇਹਨਾਂ ਦਾ ਡਾਇਰੈਕਟ ਨੰਬਰ ਹੈ ਤੇ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਨੰਬਰ ਦੇਣਾ ਚਾਹੁੰਦਾ ਗਗਨ ਨਰੂਲਾ ਸਾਹਿਬ ਕੋਲ ਬਾ ਕਮਾਲ ਪ੍ਰੋਜੈਕਟ ਆਏ ਹੈਗੇ ਨੇ ਇੱਕ ਇਹਨਾਂ ਕੋਲੇ ਪ੍ਰੋਜੈਕਟ ਆਇਆ ਹੈਗਾ ਮਿਸੀ ਸਾਗਾ ਦੇ ਵਿੱਚ ਗਗਨ ਨਰੂਲਾ ਸਾਹਿਬ ਕੋਲੇ ਬਾ ਕਮਾਲ ਪ੍ਰਾਪਰਟੀ ਆਈ ਹੈ ਇਹਨਾਂ ਦਾ ਨੰਬਰ ਨੋਟ ਕਰ ਲਓ 6472492409 6475524409 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਗੌਰਵ ਨਰੂਲਾ ਸਾਹਿਬ ਦਾ ਨੰਬਰ ਵੀ ਨੋਟ ਕਰੋ ਇਹਨਾਂ ਕੋਲੇ ਗੌਰਵ ਨਰੂਲਾ ਸਾਹਿਬ ਕੋਲੇ ਪਿਕਰਿੰਗ ਦੇ ਵਿੱਚ ਪ੍ਰੋਜੈਕਟ ਆਏ ਨੇ ਨਵੇਂ ਦੋਸਤੋ ਨਵੇਂ ਪ੍ਰੋਜੈਕਟ ਨੇ ਰੇਟ ਬੜਾ ਘੱਟ ਹੈ ਕਾਲ ਲਾ ਲਓ ਰੇਟ ਤਾਂ ਤੁਸੀਂ ਹੈਰਾਨ ਹੋ ਜਾਓਗੇ ਜੇ ਮੈਂ ਤੁਹਾਨੂੰ ਰੇਟ ਦੱਸਦਾ ਲਓ ਜੀ 5 ਲੱਖ ਤੋਂ ਸਟਾਰਟ 5 ਲੱਖ ਤੋਂ ਪਿਕਰਿੰਗ ਦੇ ਵਿੱਚ ਪ੍ਰੋਜੈਕਟ ਇਹਨਾਂ ਕੋਲ ਪਹੁੰਚੇ ਨੇ ਗੌਰਵ ਨਰੂਲਾ ਸਾਹਿਬ 6477630730 6477630 ਗੌਰਵ ਨਰੂਲਾ ਸਾਹਿਬ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਨਾਇਗਰਾ ਫਾਲ ਦੇ ਵਿੱਚ ਪ੍ਰਾਪਰਟੀ ਦੀ ਭਾਲ ਦੇ ਵਿੱਚੋਂ ਤਾਂ ਕਾਲ ਕਰਨੀ ਹੈ ਪ੍ਰਵੀਨ ਛਾਬੜਾ ਸਾਹਿਬ ਨੂੰ ਪ੍ਰਵੀਨ ਛਾਬੜਾ ਸਾਹਿਬ ਲੋਕਲ ਵਸਨੀਕ ਨੇ ਨਾਇਗਰਾ ਫਾਲ ਦੇ ਹੱਥ ਲਾ ਕੇ ਦੱਸ ਦੇਣਗੇ ਨਾਇਗਰਾ ਫਾਲ ਦੇ ਵਿੱਚ ਵੀ ਇੱਥੇ ਪੈਸਾ ਬਣਨਾ ਹੈ ਜਾਂ ਨਹੀਂ ਕਾਲ ਲਾ ਲਓ ਉਹਨਾਂ ਨੂੰ ਇੱਕ ਵਾਰ 289-931-1111 299-931-1111 ਤੇ ਵਹਾਬ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਹਾਂਜੀ ਵਹਾਬ ਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੇ ਬਹੁਤ ਵਧੀਆ ਭਾਜੀ ਬਹੁਤ ਵਧੀਆ ਤੁਸੀਂ ਸੁਣਾਓ ਬਸ ਠੀਕ ਠਾਕ ਬਿਲਕੁਲ ਮੈਂ ਤੇ ਕਹਿੰਦਾ ਸੀ ਕਿ ਉਸ ਟਾਈਮ ਮੈਂ ਵੀ ਉਹਨਾਂ ਚੀਜ਼ੀ ਜਿਹੜੇ USL ਫੇਰਾ ਲਾਇਦਾ ਸੀ ਤੇ ਕਰੋਨਾ ਕਾਫੀ ਪੀਕ ਤੇ ਸੀ ਲੇਕਿਨ ਬੜਾ ਮੁਸ਼ਕਿਲ ਹਾਲ ਸੀ ਮੈਂ ਟੀਮ ਚ ਜਾਂਦਾ ਸੀ ਤੇ ਇੱਕ ਤਾਂ ਬੜੀ ਤਕਲੀਫ਼ ਹੁੰਦੀ ਸੀ ਕਿ ਬਈ ਦੂਜਾ ਜਿਹੜਾ ਟੀਮ ਦਾ ਡਰਾਈਵਰ ਹੈ ਉਹ ਕਦੀ ਬਾਹਰ ਚਲਾ ਗਿਆ ਫਿਰ ਉਹਨੇ ਵਾਪਸ ਆਉਣਾ ਨਹਾਉਣਾ ਵਾਸ਼ ਵਗੈਰਾ ਤੇ ਉਹ ਆਪਸ ਚ ਅੰਡਰਸਟੈਂਡਿੰਗ ਕਰਨਾ ਕਿ ਨਾ ਜੋ ਘੱਟ ਜਾਓ ਚਾਹ ਵੀ ਨਾ ਪੀਵੋ ਜ਼ਿਆਦਾ ਨਹਾਉਣ ਧੋਣ ਦਾ ਵੀ ਕੰਮ ਛੱਡ ਦਿਓ
ਮਤਲਬ ਬੜਾ ਹੀ ਮੁਸ਼ਕਿਲ ਰਿਹਾ ਸੀ ਤੇ ਬਾਕੀ ਜਿਹੜਾ ਰਿਹਾ ਚਲਾਨ ਦਾ ਕੰਮ ਸੀ ਉਹ ਕੋਈ ਸੌਖਾ ਨਹੀਂ ਸੀ ਹੈ ਮੈਂ ਨਾਈਟ ਸ਼ਿਫਟ 'ਚ ਸੀ ਜਿੰਨਾ ਮਰਜ਼ੀ ਕੋਈ ਭਾਦਰ ਬੰਦਾ ਹੋਵੇ ਹਾਂ ਜਿੰਨੀ ਮਰਜ਼ੀ ਤੁਸੀਂ ਨੀਂਦ ਪੂਰੀ ਕਰ ਲਓ ਲੇਕਿਨ ਨਾਈਟ ਦੇ ਵਿੱਚ ਐਸਾ ਵਕਤ ਆਉਂਦਾ ਕਿ ਮੈਂ ਨਾਈਟ 'ਚ ਜਿਹੜੀ ਨੀਂਦ ਹੈ ਤਾਂ ਉਡਾ ਲੈਂਦੀ ਥੱਲੇ ਸਹੀ ਗੱਲ ਤੇ ਉਹ ਕੀ ਹੁਣ ਬੰਦਾ ਦੱਸੇ ਕਿਸ ਤਰ੍ਹਾਂ ਜਾਗੀ ਦਾ ਕਿਸ ਤਰ੍ਹਾਂ ਛੱਟੇ ਮਾਰ ਕੇ ਉਹ ਡੇਂਜਰਸ ਹੁੰਦਾ ਸੀ ਲੇਕਿਨ ਤਬਾਹ ਹੁੰਦਾ ਸੀ ਪਹੁੰਚ ਜਾਂਗੇ ਆਪਣੇ ਜਿੰਨੇ ਚਲਾੜੇ ਹੁੰਦੇ ਸੀ ਕਿਉਂਕਿ ਬੰਦਾ ਹਰ ਰੋਜ਼ ਦਾ ਜਿੰਨਾ ਕੰਮ ਹੁੰਦਾ ਉਹ ਤਾਂ ਨੀ ਕਰੇਗਾ ਕਿ ਮੈਂ ਰੋਕ ਕੇ ਫਿਰ ਤੁਰ ਜਾਊਂ ਕਿ ਪਤਾ ਜਲਦੀ ਪਹੁੰਚੋ ਘਰ ਜਲਦੀ ਚਲਾਓਗੇ ਤਾਂ ਜਲਦੀ ਘਰ ਆਓਗੇ ਤੇ ਇਸ ਵਾਸਤੇ ਦਫ਼ਤਰ ਭਾਈ ਲੱਗੀ ਰਹਿੰਦੀ ਸੀ ਲੇਕਿਨ ਤਕਲੀਫ਼ ਹੋਈ ਉੱਥੇ ਆਫਿਸ ਜਾ ਕੇ ਪੇਪਰ ਵੀ ਅਗਲੇ ਨੇ ਲੈਣਾ ਛੱਡ ਛੱਡੇ ਜੀ ਫਿਰ ਡਿਲੇ ਬਹੁਤ ਹੋ ਗਿਆ ਕੰਮ ਚ ਯਕੀਨ ਕੋ ਦੋ ਦੋ ਤਿੰਨ ਦਿਨ ਐਸੇ ਵੀ ਰਹੇ ਕਿ ਅਸੀਂ ਸਿਰਫ ਉੱਥੇ ਵੇਟ ਕਰਦੇ ਰਹੇ ਵਿਦਆਊਟ ਪੇ ਕਿ ਵਾਪਸੀ ਦਾ ਟ੍ਰੇਲਰ ਨਹੀਂ ਸੀ ਮਿਲਦਾ ਕਿਉਂਕਿ ਅਸੀਂ ਟੈਕਸਸ ਜਾਂਦੇ ਸੀ ਤੇ ਬੜੀ ਮੁਸ਼ਕਲਾਂ ਵੇਖੀਆਂ ਪੈਸੇ ਦਾ ਨੁਕਸਾਨ ਵੀ ਹੋਇਆ ਘਰ ਚ ਫੈਮਿਲੀ ਚ ਵੀ ਮੇਰੇ ਹੋਇਆ ਕੋਵਿਡ ਉਸ ਤੋਂ ਬਾਅਦ ਕੋਈ ਉਸੇ ਦਿਨਾਂ ਚ ਇੱਕ ਵਫਾਤ ਵੀ ਹੋਈ ਸਾਡੀ ਫੈਮਿਲੀ ਬੜਾ ਮੇਰਾ ਆਪਣਾ ਫੈਮਿਲੀ ਦੇ ਵਿੱਚ ਸੀ ਤੇ ਬਹਰਹਾਲ ਕੀ ਕੀਤਾ ਜਾ ਸਕਦਾ ਸੀ ਕੰਮ ਸੀ ਰੋਜ਼ੀ ਕਰਨੀ ਸੀ ਤੇ ਮੁਸ਼ਕਿਲ ਹਾਲ ਸੀ ਫਿਰ ਛੁੱਟੀਆਂ ਵੀ ਕੀਤੀਆਂ ਲੇਕਿਨ ਕਿੰਨੀ ਦੇਰ ਬੰਦਾ ਕਰ ਸਕਦਾ ਛੁੱਟੀਆਂ ਦੇ ਘਰ ਫਰਾਈਡੇ ਛੁੱਟੀ ਕਰਦੇ ਆ ਤੇ ਸੈਟਰਡੇ ਫਿਰ 9 to 10 ਤੇ ਸੰਡੇ 8 to 11 ਦੋਸਤੋ ਵੱਡੀ ਗੱਲ ਇਹ ਦੱਸਦਾ ਮੈਂ ਤੁਹਾਨੂੰ ਐਵਰੀ ਡੇ ਫੇਸਬੁੱਕ ਯੂਟਿਊਬ ਐਂਡ ਇੰਸਟਾਗ੍ਰਾਮ ਤੇ ਵੀ ਲਾਈਵ ਆਈਦਾ ਹੈਗਾ ਜੇ ਤੁਸੀਂ ਘਰੇ ਬੈਠੇ ਸੁਣ ਰਹੇ ਹੁੰਦੇ ਹੋ ਸਾਨੂੰ ਤੁਹਾਨੂੰ ਤੁਸੀਂ ਸਾਨੂੰ ਆਪਣੇ ਐਂਡਰਾਇਡ ਟੀਵੀ ਤੇ ਐਪਲ ਟੀਵੀ ਤੇ ਸਿਰਫ ਯੂਟਿਊਬ ਦੇ ਥਰੂ ਜਾਂ ਫੇਸਬੁੱਕ ਦੇ ਥਰੂ ਸਾਨੂੰ ਘਰੇ ਵੀ ਆਰਾਮ ਨਾਲ ਰੋਟੀ ਖਾਂਦੇ ਸੁਣ ਸਕਦੇ ਹੋ ਤੇ ਜ਼ਰੂਰ ਕਨੈਕਟ ਕਰਿਆ ਕਰੋ ਤੇ ਸਾਡੇ ਵੀਰ ਭਾਈ ਸੱਜਣ ਨੇ ਜਿਨ੍ਹਾਂ ਨੇ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਾਉਣਾ ਤੇ ਮੈਂ ਖੁੱਲਾ ਦੱਸਦਾ ਵੀ ਜ਼ਰੂਰ ਸਾਨੂੰ ਵੀ ਜ਼ਰੂਰਤ ਹੈ ਸਪੌਂਸਰ ਵੀਰਾਂ ਦੀ ਤੇ ਵੱਧ ਤੋਂ ਵੱਧ ਤੁਸੀਂ ਸਾਡਾ ਸ਼ੇਅਰ ਕਰੋ ਸਾਂਝ ਰੇਡੀਓ ਟੋਰਾਂਟੋ ਜੇ ਤੁਹਾਨੂੰ ਲੱਗਦਾ ਹੈਗਾ ਵੀ ਤੁਸੀਂ ਪਸੰਦ ਕਰਦੇ ਹੋ ਸਾਂਝ ਰੇਡੀਓ ਟੋਰਾਂਟੋ ਨੂੰ ਇੱਕ ਪਰਿਵਾਰਕ ਸ਼ੋਅ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਕਿ ਵੱਧ ਤੋਂ ਵੱਧ ਸਾਡੇ ਸਪੌਂਸਰ ਵੀਰ ਸਾਡੀਆਂ ਭੈਣਾਂ ਸਾਡੇ ਨਾਲ ਜੁੜ ਸਕਣ ਵੱਡੀ ਗੱਲ ਦੋਸਤੋ ਵੱਡੀ ਗੱਲ ਸਾਂਝ ਰੇਡੀਓ ਟੋਰਾਂਟੋ ਦੀ ਇਹ ਹੈ ਵੀ ਤੁਹਾਡੇ ਬਜਟ ਦੇ ਅਕੋਰਡਿੰਗ ਕਨੈਕਟ ਕਰਨਾ ਸਾਡਾ ਫਰਜ਼ ਹੈ ਤੁਹਾਡੇ ਬਜਟ ਦੇ ਅਕੋਰਡਿੰਗ ਤੁਹਾਨੂੰ ਪਲਾਨ ਬਣਾ ਕੇ ਦੇਵਾਂਗੇ ਜ਼ਰੂਰ ਕਾਲ ਕਰੋ ਕਾਫੀ ਕਾਲਸ ਮੇਰੇ ਪਰਸਨਲ ਨੰਬਰ ਤੇ ਆ ਰਹੀਆਂ ਨੇ ਮੈਂ ਦੱਸਦਾ ਸਟੂਡੀਓ ਦਾ ਨੰਬਰ 905-673-33-37 905-673-33-37 ਜੇ ਕੋਈ ਕਾਲ ਹੈਗੀ ਹੈ ਜਿਹੜੀ ਸਪੌਂਸਰ ਦੇ ਰਿਲੇਟਡ ਹੈਗੀ ਹੈ ਸਾਨੂੰ ਟੈਕਸਟ ਮੈਸੇਜ ਛੱਡ ਦਿਓ ਤੁਹਾਨੂੰ ਕਾਲ ਬੈਕ ਕਰ ਦਿੱਤੀ ਜਾਏਗੀ ਮੇਰੇ ਡਾਇਰੈਕਟ ਨੰਬਰ ਦੇ ਉੱਤੇ ਸਾਂਝ ਰੇਡੀਓ ਟੋਰਾਂਟੋ ਦਾ ਜਿਹੜਾ ਫੇਸਬੁੱਕ ਪੇਜ ਫੋਲੋ ਕਰੋਗੇ ਉੱਥੇ ਸਾਡੇ ਡਾਇਰੈਕਟ ਨੰਬਰ ਪਏ ਨੇ ਸਾਡੇ ਦੋਨਾਂ ਭਰਾਵਾਂ ਦੇ 6476077725 ਦੂਸਰਾ ਨੰਬਰ 6477706725 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਤੇ ਤੁਹਾਨੂੰ ਨੰਬਰ ਦੇ ਦਈਏ ਨਵ ਵਿਰਕ ਤੇ ਰਣਦੀਪ ਚੌਹਾਨ ਜੀ ਸਾਡੇ ਨਾਲ ਥੋੜੀ ਦੇਰ ਦੇ ਵਿੱਚ ਰਣਦੀਪ ਜੀ ਜੁੜਨ ਵਾਲੇ ਨੇ ਦੋਸਤੋ ਨਵ ਵਿਰਕ ਜੀ ਦਾ ਡਾਇਰੈਕਟ ਨੰਬਰ ਹੈ ਰੀਮੈਕਸ ਸੈਂਟਰ ਦੇ ਨਾਲ ਜੁੜੇ ਹੋਏ ਨੇ ਇਹਨਾਂ ਕੋਲ ਮਿਸੀਸਾਗਾ ਦੇ ਵਿੱਚ ਬਾਗ ਕਮਾਲ ਪ੍ਰੋਜੈਕਟ ਬ੍ਰੈਡਫੋਰਡ ਦੇ ਵਿੱਚ ਟੀਬੀਕੋ ਦੇ ਵਿੱਚ ਐਵਰੀਵੇਅਰ ਇਹਨਾਂ ਕੋਲ ਬਹੁਤ ਵਧੀਆ ਪ੍ਰੋਜੈਕਟ ਆਏ ਹੋਏ ਨੇ ਇਹਨਾਂ ਨੂੰ ਕਾਲ ਲਾ ਲਓ ਤੁਹਾਨੂੰ ਫਾਇਦਾ ਹੀ ਹੋਣਾ ਹੈ ਨਵ ਵਿਰਕ ਜਿਹਨੂੰ ਕਾਲ ਲਾਓ 226-450-1197 226-450-1197 ਦੂਜਾ ਨੰਬਰ ਹੈਗਾ ਰਣਦੀਪ ਜੀ ਦਾ 6472423944 647-242-3944 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਆਓ ਚੱਲਦੇ ਹਾਂ ਬਾਗ ਕਮਾਲ ਇੱਕ ਤੁਹਾਡੇ ਵਾਸਤੇ ਗਾਣਾ ਕੱਢਿਆ ਹੋਇਆ ਹੈਗਾ ਤੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏਗਾ ਇਹ ਗਾਣਾ ਦੋਸਤੋ ਡੈਡੀਕੇਟਡ ਹੈ ਸਾਰੇ ਹੀ ਘਰਾਂ ਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਹੋਈਆਂ ਉਹਨਾਂ ਨੂੰ ਇਗਨੋਰ ਕਰਨ ਵਾਸਤੇ ਇਸ ਗਾਣੇ ਦੀ ਜਿਹੜੀ ਖਾਸੀਅਤ ਹੈ ਦੋਸਤੋ ਇੱਕ ਤਾਂ ਬਾ ਕਮਾਲ ਆਵਾਜ਼ ਦੂਜਾ ਤੁਸੀਂ ਆਪਦੇ ਬਾਈ ਨੂੰ ਰਜਿੰਦਰ ਸਿੰਘ ਨੂੰ ਵੀ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਦੱਸਿਓ ਕਾਲ ਕਰਕੇ ਵੀ ਮੇਰਾ ਕਰੈਕਟਰ ਕਿਹੜਾ ਸੀਗਾ ਸੁਣੋ ਪਰਮਜੀਤ ਕੌਰ ਜੀ ਵੱਲੋਂ ਗਾਇਆ ਹੋਇਆ ਗਾਣਾ ਨਿੱਕੀ ਨਿੱਕੀ ਗੱਲ ਯੂਟਿਊਬ ਤੇ ਵੀਡੀਓ ਜਾ ਕੇ ਦੇਖੋਗੇ ਮੈਨੂੰ ਵੀ ਦੇਖੋਗੇ ਇਹਦੇ ਵਿੱਚ ਦੇਖ ਦੇਖ ਸਹਲੇ ਜੋ ਉਹ ਬੰਦਾ ਆਪ ਵੀ ਤਰੱਕੀ ਕਦੇ ਨਹੀਂ ਉਹ ਕਰਦਾ ਪ੍ਰੋਵ ਤੀਵੀ ਤੇ ਨਾ ਪਾਈਏ ਉੱਚੀ ਉੱਚੀ ਬੋਲ ਕੇ ਪੰਡੀ ਆਪਣੀ ਹੁੰਦੀ ਤਾਂ ਕੱਜ ਲਈਏ ਪੜਦਾ ਉਹ ਪਾਈਏ ਦਿਲਾਂ ਚ ਨਾ ਖਾਰ ਲੋਕਾਂ ਪਿੱਛੇ ਲੱਗ ਕੇ
ਦਿੱਤੀ ਕਾਂਦੀ ਕਲਾਰ ਤੇ ਦੁਨੀਆ ਨੂੰ ਐਵੇਂ ਨੀ ਹਸਾਈਦਾ ਗੱਲ ਨੀਤੀ ਨੀਤੀ ਕਾਂਦੀ ਕਲਾਰ ਕੇ ਦੁਨੀਆ ਨੂੰ ਐਵੇਂ ਨੀ ਹਸਾਈਦਾ ਹੱਲ ਮਸਲੇ ਦਾ ਲੱਭ ਲਈਏ ਬੈਠ ਕੇ ਮਸਲੇ ਦਾ ਲੱਭ ਲਈਏ ਬੈਠ ਕੇ ਉਹ ਹੱਲ ਮਸਲੇ ਦਾ ਲੱਭ ਲਈਏ ਬੈਠ ਕੇ ਜੱਗ ਨੂੰ ਤਮਾਸ਼ਾ ਨਹੀਂ ਦਿਖਾਈਦਾ ਗੱਲ ਨੀਤੀ ਨੀਤੀ ਕਾਂਦੀ ਕਲਾਰ ਕੇ ਦੁਨੀਆ ਨੂੰ ਐਵੇਂ ਨੀ ਹਸਾਈਦਾ ਗੱਲ ਨੀਤੀ ਨੀਤੀ ਕਾਂਦੀ ਕਲਾਰ ਕੇ ਜੀ ਬਿਲਕੁਲ ਬੜਾ ਧਿਆਨ ਦੇਣ ਯੋਗ ਗਾਣਾ ਤੇ ਅਗਲੀ ਕਾਲ ਵੱਲ ਚੱਲਦੇ 3801 ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਬਹੁਤ ਵਧੀਆ ਭਾਜੀ ਤੁਸੀਂ ਸੁਣਾਓ ਬਸ ਭਾਜੀ ਅੱਜ ਦੇ ਟੌਪਿਕ ਤੇ ਮੈਂ ਤੁਹਾਡਾ ਪ੍ਰੋਗਰਾਮ 3 ਸਾਲ ਤੋਂ ਸੁਣਦਾ ਆ ਨਾ ਲੇਕਿਨ ਮੈਂ ਪਹਿਲੀ ਵਾਰੀ ਕਾਲ ਕਰ ਰਹੀ ਹਾਂ ਓ ਥੈਂਕ ਯੂ ਵੈਲਕਮ ਹੈ ਜੀ ਟੌਪਿਕ ਜਿਹੜਾ ਹੈਗਾ ਡਰਾਈਵਰਾਂ ਦਾ ਵੀਰਾਂ ਦਾ ਭੈਣਾਂ ਦਾ ਹਾਂਜੀ ਮੈਂ 2 ਸਾਲ ਪਹਿਲੇ ਕੋਵਿਡ ਤੋਂ ਕੋਈ 2 ਹਫ਼ਤੇ ਪਹਿਲੇ ਡਰਾਈਵਿੰਗ ਕਰਨੀ ਸ਼ੁਰੂ ਕੀਤੀ ਸੀ ਉਬਰ ਦੀ ਹਾਂਜੀ 2 ਸਾਲ ਵਿੱਚ ਮੇਰੀ ਇੱਕ ਵੀ ਛੁੱਟੀ ਨਹੀਂ ਤੇ 12-13 ਘੰਟੇ ਡੇਲੀ ਕੰਮ ਕੀਤਾ ਸਲਿਊਟ ਪਰ ਇਸ ਵੇਲੇ ਵੀ ਕੰਮ ਤੇ ਬੈਠੇ ਹਾਂ ਡੇਲੀ ਘਰ ਵੀ ਆਉਣਾ ਹੁੰਦਾ ਸੀ ਬੱਚੇ ਵੀ ਛੋਟੇ ਛੋਟੇ ਨੇ ਲੇਕਿਨ ਇਹ ਸੀ ਕਿ ਗ੍ਰੈਜੂਏਟ ਦੀ ਕੱਪੜੇ ਚੇਂਜ ਕਰਕੇ ਪਹਿਲੇ ਆ ਕੇ ਨਹਾ ਕੇ ਫਿਰ ਘਰ ਆ ਕੇ ਅੱਲਾ ਮਤਲਬ ਅੱਲਾ ਦੀ ਬੜੀ ਕਰਮ ਨਵਾਜ਼ੀ ਰਹੀ ਖੈਰ ਕਰੀਏ ਤਾਂ ਨਾਲੇ 2 ਸਾਲ ਗੁਜ਼ਰੇ ਔਰ ਇੱਕ ਵੀ ਛੁੱਟੀ ਨਹੀਂ 2 ਸਾਲ ਵਿੱਚ ਕੀ ਬਾਤ ਹੈ ਸਰ ਤੁਹਾਡਾ ਨਾਮ ਜ਼ਰੂਰ ਸ਼ੇਅਰ ਕਰਨਾ ਮੇਰਾ ਨਾਮ ਯੂਸਫ ਯੂਸਫ ਸਾਹਿਬ ਘਰੇ ਬੜੀ ਲੜਾਈ ਹੁੰਦੀ ਹੋਣੀ ਬੜੀ ਦਫਾ ਬੱਚਿਆਂ ਨੇ ਮਿਸਿਸ ਨੇ ਲੇਕਿਨ ਫੇਰ ਸ਼ੁਰੂ ਸ਼ੁਰੂ ਕੀਤੀ ਬਾਅਦ ਚੋ ਵੀ ਸਾਥ ਦੇਣ ਲੱਗ ਗਏ ਉਹਨਾਂ ਨੇ ਬੜਾ ਅੱਛਾ ਸਾਥ ਦਿੱਤਾ ਲੇਕਿਨ ਇਹ 2 ਸਾਲ ਇੱਕ ਵੀ ਛੁੱਟੀ ਨਹੀਂ ਔਰ ਕੋਈ ਵੀ ਕਰੋਨਾ ਦਾ ਦਿਨ ਐਸਾ ਨਹੀਂ ਸੀ ਜਿੱਦਾਂ ਮੈਂ ਛੁੱਟੀ ਕੀਤੀ ਹੋਵੇ ਔਰ ਕੋਈ ਇੱਕ ਬੰਦਾ ਵੀ ਛੱਡਿਆ ਹੋਵੇ ਇਸ ਵਜ੍ਹਾ ਨਾਲ ਕਿਆ ਬਾਤ ਸਲਿਊਟ ਸਲਿਊਟ ਯੂਸਫ ਸਾਹਿਬ ਜਿੰਨਾ ਕੀਤਾ ਜਾਵੇ ਸਿਵਲ ਹੋਮ ਹਸਪੀਟਲ ਹਰ ਜਗ੍ਹਾ ਤੋਂ ਚੁੱਕੇ ਕਿਆ ਬਾਤ ਹੈ ਕਿਆ ਬਾਤ ਹੈ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਔਰ ਪੇਸ਼ੇ ਦੇ ਲਿਹਾਜ਼ ਨਾਲ ਮੈਂ ਖੁਦ ਡਾਕਟਰ ਹਾਂ ਲੇਕਿਨ ਮੈਂ ਇੱਥੇ ਲਾਇਸੈਂਸ ਨਹੀਂ ਹਾਂ ਔਰ 2 ਯੂਨੀਵਰਸਿਟੀਆਂ ਡਿਗਰੀਆਂ MBA ਵੀ ਹੈਗੀ ਹੈਲਥ ਕੇਅਰ ਮੈਨੇਜਮੈਂਟ ਹੈ ਡਾਕਟਰ ਵੀ ਹੈਗਾ MD ਵੀ ਹੈਗੀ ਕਿਆ ਬਾਤ ਠੀਕ ਕਿਆ ਬਾਤ ਹੈ ਥੈਂਕ ਯੂ ਸੋ ਮੱਚ ਹਾਂ ਉੱਪਰ ਵਾਲੇ ਦਾ ਅੱਜ ਤੁਸੀਂ ਟੌਪਿਕ ਛੇੜਿਆ ਤੇ ਮੈਂ ਕਿ ਕਿਉਂ ਨਾ ਸਮਝ ਪਾਈ ਬਿਲਕੁਲ 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 ਸਿਰ ਮੱਥੇ ਥੈਂਕ ਯੂ ਸੋ ਮੱਚ ਯੂਸਫ ਸਾਹਿਬ ਥੈਂਕ ਯੂ ਬਿਲਕੁਲ ਇਹ ਗੱਲ ਮੇਰੇ ਮੂੰਹ ਦੀ ਛਿੰਦਲੀ ਯੂਸਫ ਸਾਹਿਬ ਨੇ ਮੈਂ ਦੱਸਣਾ ਚਾਹੁੰਦਾ ਸੀਗਾ ਸਾਡੇ ਸਾਰੇ ਸਰੋਤਿਆਂ ਨੂੰ ਦੋਸਤੋ ਅਸੀਂ ਕਹਿ ਦਿੰਦੇ ਹਾਂ ਵੀ ਬੰਦਾ ਟਰੱਕ ਡਰਾਈਵਰ ਹੈ ਜਾਂ ਬੰਦਾ ਉਬਰ ਡਰਾਈਵਰ ਹੈ ਦੋਸਤੋ ਕਦੇ ਵੀ ਉਹਦੀਆਂ ਡਿਗਰੀਆਂ ਜਾ ਕੇ ਚੈੱਕ ਕਰ ਲੈਣੀਆਂ ਚਾਹੀਦੀਆਂ ਨੇ ਉਹ ਬਹੁਤ ਪੜ੍ਹੇ ਲਿਖੇ ਨੇ ਉਹ ਤਾਂ
ਉਹਨਾਂ ਦਾ ਇੰਟਰਸਟ ਏਰੀਆ ਹੋ ਸਕਦਾ ਹੈ ਜਾਂ ਉਹਨਾਂ ਦਾ ਉਹਨਾਂ ਨੂੰ ਦਿਲ ਹੈ ਵੀ ਉਹ ਚੀਜ਼ੇ ਕਰਨ ਤਾਂ ਉਹ ਕਰ ਰਹੇ ਨੇ ਅਦਰਵਾਈਜ਼ ਜੇ ਉਹਨਾਂ ਦੀ ਸਟੱਡੀ ਚੈੱਕ ਕੀਤੀ ਜਾਵੇ ਉਹ ਸਾਨੂੰ ਤਾਂ ਬਥੇਰਿਆਂ ਨੂੰ ਪਿੱਛੇ ਛੱਡ ਜਾਣਗੇ ਜ਼ਰੂਰ ਚੈੱਕ ਕਰਿਓ ਕਦੇ ਪਰਮ ਸਾਹਿਬ ਸਤਿ ਸ਼੍ਰੀ ਅਕਾਲ ਪਰਮਵੀਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਜੇ ਬਹੁਤ ਵਧੀਆ ਤੁਸੀਂ ਸੁਣਾਓ ਬਿਲਕੁਲ ਜੀ ਬਿਲਕੁਲ ਕਮਾਲ ਆ ਸਾਡਾ ਵੀ ਸਾਨੂੰ ਵੀ ਮਤਲਬ ਦਿਲ ਰੂਹ ਖੁਸ਼ ਕਰਦੀ ਆ ਮੈਂ ਤੇ ਆਪ ਮੈਨੂੰ ਪਤਾ ਨਹੀਂ ਕਦੋਂ ਗਾਣਾ ਆ ਮੈਂ ਕਮਾਲ ਕਰਦੀ ਆ ਕਿਆ ਬਾਤ ਹੈ ਇਹ ਨਵੇਂ ਨਵੇਂ ਗਾਣੇ ਤੁਸੀਂ ਸਾਂਝ ਰੇਡੀਓ ਟੋਰਾਂਟੋ ਦੀ ਸੁਣੋਗੇ ਹਾਂਜੀ ਹਾਂਜੀ ਪਹਿਲੇ ਸਰਦਾਰ ਸਾਹਿਬ ਨੂੰ ਤਾਂ ਉਦਾਂ ਵੀ ਸਾਡਾ ਸਲੂਟ ਆ ਉਹਨਾਂ ਦੇ ਗਾਣਾ ਜਦੋਂ ਵੀ ਗਾਣਾ ਆਉਂਦਾ ਹੈ ਕਮਾਲ ਹੀ ਕਰਦੇ ਕਮਾਲ ਹੀ ਕਰਦੇ ਨੇ ਕਿਆ ਬਾਤ ਹੈ ਪਰਮ ਸਾਹਿਬ ਥੈਂਕ ਯੂ ਹਾਂਜੀ ਥੈਂਕ ਯੂ ਤੇ ਬਿਲਕੁਲ ਦੋਸਤੋ ਹਮੇਸ਼ਾ ਚੰਗੇ ਗਾਣੇ ਚੰਗੇ ਤੇ ਇਹ ਇਹ ਗਾਣੇ ਦੀ ਖਾਸੀਅਤ ਤਾਂ ਬਹੁਤ ਨੇ ਗਾਣਾ ਹੀ ਬੜਾ ਕਮਾਲ ਦਾ ਗਾਇਆ ਬੜੇ ਕਮਾਲ ਦੇ ਸਿੰਗਰ ਨੇ ਤੇ ਸਾਨੂੰ ਬੜਾ ਚੰਗਾ ਲੱਗਦਾ ਜਦੋਂ ਤੁਸੀਂ ਕਿਸੇ ਬੰਦੇ ਨੂੰ ਜਾਣਦੇ ਹੋਵੋ ਨਾ ਤੇ ਉਹਨੇ ਮਿਊਜ਼ਿਕ ਦਿੱਤਾ ਹੋਵੇ ਬੀਟ ਮਿਨਿਸਟਰ ਸਾਹਿਬ ਸਾਡੇ ਮਿੱਤਰ ਨੇ ਬੜੇ ਪਿਆਰੇ ਉਹਨਾਂ ਨੇ ਇਹ ਗਾਣੇ ਨੂੰ ਮਿਊਜ਼ਿਕ ਦਿੱਤਾ ਹੈਗਾ ਤੇ ਬੜਾ ਚੰਗਾ ਲੱਗਦਾ ਤੇ ਦੋਸਤੋ 905-673-3337 ਤੇ ਗੱਲਾਂ ਬਾਤਾਂ ਕਰਦੇ ਹਾਂ ਤੇ ਆਓ ਚੱਲੀਏ ਜਾਣਦੇ ਹੋਵੋ ਨਾ ਤੇ ਉਹਨੇ This is AM 530, CHLO AM, an Evanon communications station serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not... 530. ਕਿਆ ਬਾਤ ਹੈ ਬਿਲਕੁਲ ਜੀ ਬਿਲਕੁਲ ਚੱਲਦੇ ਹਾਂ ਅਗਲੀ ਕਾਲ ਦੇ ਬਾਰੇ ਗਾਣਾ ਪੂਰਾ ਸੁਣਾਵਾਂਗੇ ਕਿ ਵਾਹ ਕਮਾਲ ਗਾਣਾ ਗਾਇਆ ਹੋਇਆ ਪਰਮਜੀਤ ਕੌਰ ਜੀ ਵੱਲੋਂ 4646 ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਡਾਕਟਰ ਸਾਹਿਬ ਠੀਕ ਹੈ ਜੀ ਤੁਸੀਂ ਸੁਣੋ ਬਹੁਤ ਵਧੀਆ ਬਹੁਤ ਵਧੀਆ ਕਿਹੜਾ ਨੁਸਖਾ ਲੈ ਆਏ ਹੋ ਅੱਜ ਮੈਂ ਅੱਜ ਲੈ ਕੇ ਨੁਸਖਾ ਦੱਸਾਂਗਾ ਜੀ ਜਿਹਨਾਂ ਦੋਸਤਾਂ ਦਾ ਮੂੰਹ ਪੱਕ ਜਾਂਦਾ ਮੂੰਹ ਚ ਛਾਲੇ ਹੋ ਜਾਂਦੇ ਨੇ ਓਕੇ ਹਾਂਜੀ ਉਹਦੇ ਵਾਸਤੇ ਮੈਂ ਇੱਕ ਦੇਸੀ ਨੁਸਖਾ ਬਹੁਤ ਆਸਾਨ ਜਿਹਾ ਦੱਸਣ ਲੱਗਾ ਆਉਣ ਦਿਓ ਛੋਟੀਆਂ ਲੈਕੀਆਂ ਤਵਾ ਸ਼ਰੀਫ ਕੁੱਜਾ ਮਿਸ਼ਰੀ ਤਿੰਨੇ ਚੀਜ਼ਾਂ ਨੂੰ ਗ੍ਰਾਇੰਡ ਕਰ ਲੈਣਾ ਵਜ਼ਨ ਪਾ ਕੇ ਇੱਕੋ ਜਿਹਾ ਵਜ਼ਨ ਨਹੀਂ ਹੈ ਔਰ ਇਹਨੂੰ ਆਪਣੇ ਮੂੰਹ ਦੇ ਵਿੱਚ ਰੱਖੋ ਔਰ ਇਹਨੂੰ ਚੂਸ ਕੇ ਅੰਦਰ ਨੂੰ ਲੰਘਾਵੇ ਜਾਂ ਤੁਹਾਡਾ ਮੂੰਹ ਇੱਕਦਮ ਠੀਕ ਹੈ ਜਿਹੜੇ ਜ਼ਖਮ ਸਟੋਮੋਟਾਈਟਿਸ ਕਹਿੰਦੇ ਹਾਂ ਅਸੀਂ ਇਹਨੂੰ ਬਿਮਾਰੀ ਨੂੰ ਰਾਈਟ ਤੇ ਮੇਦੇ ਦੀ ਖਰਾਬੀ ਗਰਮੀ ਚ ਗਰਮੀ ਵਧਣ ਨਾਲ ਇਹ ਚੀਜ਼ ਹੁੰਦੀ ਹੈ ਔਰ ਇਹ ਉਹਦੇ ਨਾਲ ਇੱਕਦਮ ਠੀਕ ਹੋ ਜਾਏਗੀ ਕਿਆ ਬਾਤ ਹੈ ਕਿਆ ਬਾਤ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਬਿਲਕੁਲ ਦੋਸਤੋ ਹਮੇਸ਼ਾ ਡਾਕਟਰ ਸਾਹਿਬ ਸਾਡੇ ਨਾਲ ਜੁੜਦੇ ਨੇ ਤੇ ਕੋਈ ਨਾ ਕੋਈ ਦੇਸੀ ਨੁਸਖਾ ਸਾਨੂੰ ਦੇ ਕੇ ਜਾਂਦੇ ਨੇ ਤੇ ਦੋਸਤੋ ਹਮੇਸ਼ਾ ਗੱਲਾਂ ਬਾਤਾਂ ਕਰੀ ਨੇ ਪ੍ਰੋਪਰਟੀ ਦੀਆਂ ਤੇ ਸਾਡੇ ਨਾਲ ਹੁਣ ਰਣਦੀਪ ਜੀ ਵੀ ਜੁੜ ਚੁੱਕੇ ਨੇ ਦੋਸਤੋ ਇਹਨਾਂ ਕੋਲ ਬਾ ਕਮਾਲ ਜੇ ਮੈਂ ਪ੍ਰੋਜੈਕਟ ਦੀ ਗੱਲ ਕਰਾਂ ਬਾ ਕਮਾਲ ਇਹਨਾਂ ਕੋਲ ਪ੍ਰੋਜੈਕਟ ਨੇ ਤੇ ਸੁਣਦੇ ਹਾਂ ਹੁਣ ਰਣਦੀਪ ਜੀ ਕਿਹੜਾ ਪ੍ਰੋਜੈਕਟ ਲੈ ਕੇ ਆਏ ਨੇ ਜਿਹਦੇ ਨਾਲ ਸਾਡੇ ਸਰੋਤਿਆਂ ਦਾ ਫਾਇਦਾ ਹੋ ਸਕੇ ਰਣਦੀਪ ਚੌਹਾਨ ਜੀ ਬ੍ਰੈਂਟਫੋਰਡ ਤੋਂ ਇਹਨਾਂ ਦਾ ਡਾਇਰੈਕਟ ਨੰਬਰ ਹੈਗਾ 6472423944 ਸਤਿ ਸ਼੍ਰੀ ਅਕਾਲ ਰਣਦੀਪ ਜੀ ਵੈਲਕਮ ਹੈ ਜੀ ਹਾਂਜੀ ਸਤਿ ਸ਼੍ਰੀ ਅਕਾਲ ਰਜਿੰਦਰ ਜੀ ਤੇ ਜਿੰਨੇ ਵੀ ਸਾਂਝ ਰੇਡੀਓ ਟੋਰਾਂਟੋ ਨੂੰ ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਕਿਹੜੀ ਜਗ੍ਹਾ ਫਿਰ ਕਿਹੜੀ ਜਗ੍ਹਾ ਪੈਸਾ ਇਨਵੈਸਟ ਕਰਾਉਂਗੇ ਤੇ ਫਾਇਦਾ ਕਰਾਉਂਗੇ ਹਾਂਜੀ ਰਜਿੰਦਰ ਜੀ ਹੁਣ ਮੇਰੇ ਕੋਲ ਨਾ ਆਪਣੇ ਮਿਸਿਸਾਗਾ ਦੇ ਵਿੱਚ ਨਾ ਕੰਡੋਮੀਨੀਅਮ ਆਏ ਹੋਏ ਨੇ ਬਹੁਤ ਹੀ ਜਿਹਨਾਂ ਦੀ ਕਮਾਲ ਦੀ ਪ੍ਰਾਈਸ ਹੈਗੀ ਆ ਜੀ ਤੇ ਜਿਹੜੇ ਆਪਣੇ ਸਕੁਅਰ ਫੀਟ ਇਹਨਾਂ ਦੇ ਹੈਗੇ ਆ ਜੀ 933 ਜਿਹਨਾਂ ਦੇ ਵਿੱਚ ਦੋ ਬੈਡਰੂਮ ਪਲੱਸ ਡੈਨ ਜਿਹਨਾਂ ਦੇ ਨਾਲ ਹੈਗੇ ਆ ਜੀ ਟੂ ਬਾਥ ਮਿਸਿਸਾਗਾ ਅੰਟੇਰੀਓ ਦੇ ਵਿੱਚ ਤੇ ਇਹਨਾਂ ਦੀ ਕਲੋਜ਼ਿੰਗ ਹੈਗੀ ਆ ਜੀ ਸਪਰਿੰਗ 2024 ਦੇ ਵਿੱਚ ਕਲੋਜ਼ਿੰਗ ਦਾ ਵੀ ਬਹੁਤ ਲੰਬਾ ਟਾਈਮ ਹੈਗਾ ਵਾ ਰਾਈਟ ਤੇ ਨਾਲ ਹੀ ਨਾਲ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵੀ ਇਹਦੇ ਲਾਗੇ ਨੇ ਜਿੱਦਾਂ 403 401 427 ਤੇ ਕਲੋਜ਼ ਟੂ ਸਕੂਲ ਸ਼ਾਪ ਰੈਸਟੋਰੈਂਟ ਰਾਈਟ ਤੇ ਨਾਲ ਹੀ ਨਾਲ ਇਹਦੇ ਵਿੱਚ ਜਿਹੜੀ ਬਿਲਡਰ ਜਿਹੜੀਆਂ ਚੀਜ਼ਾਂ ਆਪਾਂ ਨੂੰ ਪ੍ਰੋਵਾਈਡ ਕਰਕੇ ਦੇ ਦੇਣ ਜਿਹੜੀ ਆਪਾਂ ਨੂੰ
ਪੰਜ ਚੀਜ਼ਾਂ ਜਿਹੜੀਆਂ ਅਸੀਂ ਹਮੇਸ਼ਾ ਘਰ ਦੇ ਵਿੱਚ ਲੈਂਦੇ ਹਾਂ, ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ, ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਬਿਲਡਰ ਵੱਲੋਂ ਜਿਹੜਾ ਵੀ ਕੋਈ ਯੂਨਿਟ ਬੁੱਕ ਕਰਦਾ ਉਹਨਾਂ ਨੂੰ ਇਸ ਯੂਨਿਟ ਦੇ ਨਾਲ ਪ੍ਰੋਵਾਈਡ ਕੀਤੀਆਂ ਜਾਂਦੀਆਂ। ਰਾਈਟ, ਕਿਆ ਬਾਤ ਹੈ, ਬਿਲਕੁਲ ਦੋਸਤੋ। ਇਹਨਾਂ ਨਾਲ ਗੱਲਬਾਤ ਕਰਨ ਦੇ ਲਈ ਜਿਹੜਾ ਇਹ ਪ੍ਰੋਜੈਕਟ ਹੈਗਾ ਮਿਸੀ ਸਾਗਾ ਦੇ ਵਿੱਚ ਜਿਹੜਾ ਸਪੈਸ਼ਲ ਪ੍ਰੋਜੈਕਟ ਰਣਦੀਪ ਜੀ ਕੋਲ ਆਇਆ ਹੈ, ਇਹਦੀ ਜ਼ਿਆਦਾ ਜਾਣਕਾਰੀ ਲੈਣੀ ਹੈਗੀ, ਇਹਨਾਂ ਨੂੰ ਡਾਇਰੈਕਟ ਕਾਲ ਕਰਨੀ ਹੈ 6427242439446 4742449449 ਤੇ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਰਣਦੀਪ ਜੀ, ਕਿਸੇ ਹੋਰ ਪ੍ਰੋਜੈਕਟ ਬਾਰੇ ਗੱਲ ਕਰਾਂਗੇ? ਨਹੀਂ, ਮੈਂ ਹੋਰ ਪ੍ਰੋਜੈਕਟ ਬਾਰੇ ਤਾਂ ਨਹੀਂ, ਤੇ ਮੈਂ ਸਿਰਫ ਨਾਲ ਹੀ ਨਾਲ ਮੈਂ ਇੰਨਾ ਕਹਿਣਾ ਚਾਹੁੰਦੀ ਹਾਂ, ਜੇ ਕੋਈ ਵੀ ਮੇਰਾ ਭੈਣ ਜਾਂ ਭਰਾ ਆਪਣੇ ਗ੍ਰੈਂਡਪੋਰਟ ਦੇ ਵਿੱਚ, ਕੈਨਬਰੀ ਦੇ ਵਿੱਚ ਕਿਤੇ ਵੀ ਪ੍ਰੋਪਰਟੀ ਬਾਏ ਕਰਨਾ ਚਾਹੁੰਦਾ ਜਾਂ ਸੈੱਲ ਕਰਨਾ ਚਾਹੁੰਦੇ, ਮੈਨੂੰ ਐਨੀ ਟਾਈਮ ਕਾਲ ਕਰ ਸਕਦੇ ਜੀ 6472423944, ਅਗੇਨ 6472423944। ਜੇ ਕਿਸੇ ਨੇ ਜਾਂ ਕੋਈ ਮੈਨੂੰ ਮੇਰੇ ਆਫਿਸ ਦੇ ਵਿੱਚ ਵੀ ਆ ਕੇ ਜਾਂ ਕੋਈ ਘਰ ਲੈਣ ਵਾਸਤੇ ਜਾਂ ਵੇਚਣ ਵਾਸਤੇ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਜਾਂ ਲੀਜ਼ ਵਾਸਤੇ ਵੀ ਲੈਣਾ ਤੁਸੀਂ ਦੇਖ ਰਹੇ ਹੋ ਤਾਂ ਵੀ ਤੁਸੀਂ ਮੈਨੂੰ ਮੇਰੇ ਆਫਿਸ ਦੇ ਕੈਂਪਰੇ ਦੇ ਵਿੱਚ ਵੀ ਆ ਕੇ ਮਿਲ ਸਕਦੇ ਹੋ, ਮੈਨੂੰ ਮੈਸੇਜ ਕਰ ਸਕਦੇ ਹੋ, ਤਾਂ ਮੈਂ ਤੁਹਾਨੂੰ ਆਪਣੇ ਆਫਿਸ ਵਿੱਚ ਵੀ ਮਿਲ ਸਕਦੀ ਹਾਂ। ਕਿਆ ਬਾਤ ਹੈ, ਕਿਆ ਬਾਤ ਹੈ ਦੋਸਤੋ। ਖਾਸੀਅਤ ਜਿਹੜੀ ਰਣਦੀਪ ਜੀ ਦੀ ਖਾਸੀਅਤ ਦੱਸੀਏ, ਕਹਿੰਦੇ ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣਨਾ ਚਾਹੀਦਾ, ਇਹ ਤਾਂ ਹਮੇਸ਼ਾ ਵੀ ਤਾਰੀਫ ਨਹੀਂ ਕਰਦੇ, ਪਰ ਅਸੀਂ ਜ਼ਰੂਰ ਇਹਦੀ ਤਾਰੀਫ ਕਰਾਂਗੇ, ਕਿਉਂਕਿ ਕਸਟਮਰ ਸਰਵਿਸ ਦੇ ਵਿੱਚ ਨੰਬਰ 1 ਰਣਦੀਪ ਜੀ। ਨੰਬਰ ਨੋਟ ਕਰੋ 6472423944 6472423944 ਤੇ ਬ੍ਰੈਂਡਫੋਰਡ ਸਪੈਸ਼ਲਿਸਟ, ਤੇ ਬਾਕੀ ਮਿਸੀ ਸਾਗਰ ਦੇ ਪ੍ਰੋਜੈਕਟ ਬਾਰੇ ਜਾਣਕਾਰੀ ਲਓ 6472423944। ਥੈਂਕ ਯੂ ਸੋ ਮਚ ਰਣਦੀਪ ਜੀ। ਹਾਂਜੀ, ਥੈਂਕ ਯੂ। ਬਿਲਕੁਲ ਦੋਸਤੋ, ਤੁਸੀਂ ਸੁਣ ਰਹੇ ਹੋ ਸਾਂਝ ਰੇਡੀਓ ਟੋਰਾਂਟੋ, ਤੇ ਪਤਾ ਨਹੀਂ ਲੱਗਦਾ 2 ਘੰਟੇ ਕਿੱਧਰ ਚਲੇ ਗਏ, ਕਿਉਂਕਿ 1 ਘੰਟਾ ਹੋਰ ਹੈ ਤੇ ਹੁਣ ਇੱਕ ਹੋਰ ਟੌਪਿਕ ਤੁਹਾਡੇ ਵਾਸਤੇ ਨਵਾਂ ਲੈ ਕੇ ਆਇਆ। ਉਹ ਤੋਂ ਪਹਿਲਾਂ ਚਰਨਦੀਪ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਇਹਨਾਂ ਦੀ ਕਾਲ ਲਈ ਫਿਰ ਟੌਪਿਕ ਨੂੰ ਥੋੜਾ ਜਿਹਾ ਡਿਫਰੈਂਟ ਲੈ ਕੇ ਜਾਂਦੇ ਹਾਂ। ਹਾਂਜੀ ਚਰਨ ਸਾਹਿਬ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਕੀ ਹਾਲ ਚਾਲ? ਟਾਈਮ ਬਣਾਓ ਕਿ ਇੱਕ ਦੇ ਸਾਰਾ, ਇਹ ਤੁਸੀਂ ਵਧਾਉਣਾ ਟਾਈਮ? ਚਲੋ ਤੋਂ ਮੈਂ ਤੁਹਾਨੂੰ ਵਾਰ ਦੂੰਗਾ, ਮੈਂ ਤੁਹਾਨੂੰ ਦੱਸੀ ਜਾਂਦਾ ਵੀ ਤੁਸੀਂ ਵਧਾਉਣਾ, ਹੁਣ ਤੁਸੀਂ ਦੱਸੋ ਕਦੋਂ ਵਧਾਉਣਾ ਹੈ? 10:11 ਕਦੋਂ? ਈਵਨਿੰਗ ਦੇ ਵਿੱਚ? ਈਵਨਿੰਗ ਦੇ ਵਿੱਚ ਜਾਂ ਸਵੇਰੇ? ਰਾਤ ਨੂੰ, ਰਾਤ ਨੂੰ। ਰਾਤ ਨੂੰ ਤੁਹਾਨੂੰ ਸੁਣਨਾ ਪੈਣਾ 10 ਵਜੇ, ਫਿਰ ਮੈਂ ਨੀ ਦੱਸਣਾ ਤੁਹਾਨੂੰ। ਨਵਾਂ ਪ੍ਰੋਗਰਾਮ ਸ਼ੁਰੂ ਹੋਇਆ, ਮੈਂ ਤੁਹਾਨੂੰ ਕਹਿ ਰਿਹਾ ਤੁਹਾਨੂੰ ਸੁਣਨਾ ਪੈਣਾ। ਦੇਖਿਆ ਤੁਸੀਂ, ਆਨਸਰ ਤੁਹਾਡੇ ਕੋਲੇ ਹੈ, ਇਹ ਤੁਸੀਂ ਵਧਾਉਣਾ, ਮੈਂ ਤੁਹਾਨੂੰ ਦੱਸਿਆ ਚਰਨ ਸਾਹਿਬ ਨਜ਼ਾਰਾ ਲਿਆ ਦੇ ਨੇ ਜਦੋਂ ਕਾਲ ਕਰਦੇ ਨੇ, ਕਹਿੰਦੇ ਜੀ ਟਾਈਮ ਵਧਾਓ, ਟਾਈਮ ਵਧਾਓ, ਟਾਈਮ ਵਧਾਓ। ਇੱਕ ਗੱਲ ਦੋਸਤੋ ਮੰਨੋਗੇ ਤੁਸੀਂ, ਕਹਿੰਦੇ ਜਦੋਂ ਇੱਕ ਚੀਜ਼ ਨੂੰ ਯਾਦ ਕਰੀਏ ਯਾਦ ਕਰੀਏ, ਕਹਿੰਦੇ 24 ਘੰਟੇ ਦੇ ਵਿੱਚ ਇੱਕ ਵਾਰੀ ਸਰਸਵਤੀ ਮਾਤਾ ਸਾਡੀ ਜੀਵ ਦੇ ਉੱਤੇ ਬਹਿੰਦੀ ਹੈ। ਮੈਨੂੰ ਨੀ ਪਤਾ ਕਿੰਨੇ ਸਰੋਤੇ ਇਹ ਚੀਜ਼ ਬਿਲੀਵ ਕਰਦੇ ਹੋਣਗੇ, ਪਰ ਮੈਂ ਤਾਂ ਕਰਦਾ ਕਿਉਂਕਿ ਪੋਜ਼ਿਟਿਵਿਟੀ ਦੇ ਵਿੱਚ ਬਿਲੀਵ ਕਰਦੇ ਹਾਂ ਅਸੀਂ। ਤੇ ਉਹ ਕਹਿੰਦੇ ਜੀ, ਕਹਿੰਦੇ ਇੱਕ ਬੰਦੇ ਨੂੰ ਪਤਾ ਲੱਗਿਆ ਵੀ ਮਾਤਾ ਇੱਕ ਵਾਰ 24 ਘੰਟੇ ਦੇ ਵਿੱਚ ਇੱਕ ਵਾਰੀ ਸਰਸਵਤੀ ਮਾਤਾ ਤੁਹਾਡੀ ਜੀਵ ਦੇ ਉੱਤੇ ਬੈਠਦੀ ਹੈ। ਉਹ ਕਹਿੰਦੇ ਜੀ ਬੋਲੀ ਜਾਂਦਾ, ਬੋਲੀ ਨਾ ਇੱਟ ਚੱਕ ਲਈ, ਕਹਿੰਦੇ ਹੁਣ ਜੀ ਕਹਿੰਦਾ ਸਿਉਣੇ ਦੀ ਬਣ ਜਾ, ਸਿਉਣੇ ਦੀ ਬਣ ਜਾ, ਸਿਉਣੇ ਦੀ ਬਣ ਜਾ, ਸਿਉਣੇ ਦੀ ਬਣੇ ਨਾ, ਬਣੇ ਬਣੇ। ਕਹਿੰਦਾ ਚੱਲ 24 ਘੰਟੇ 'ਚ ਕਦੇ ਤਾਂ ਬਣੂ ਪੂਰਾ। ਜਦੋਂ 24 ਘੰਟੇ ਖਤਮ ਹੋਣ ਵਾਲੇ ਰਹਿ ਗਏ, ਬੰਦਾ ਵੀ ਅੱਕ ਗਿਆ, ਇਹਨੂੰ ਪੇਸ਼ੈਂਸ ਕਹਿੰਦੇ ਨੇ, ਬੰਦਾ ਵੀ ਅੱਕ ਗਿਆ, ਕਹਿੰਦਾ ਹੋਰ ਨਹੀਂ ਤਾਂ ਚਾਂਦੀ ਦੀ ਹੀ ਬਣ ਜਾ, ਤੇ ਉਹ ਚਾਂਦੀ ਦੀ ਬਣ ਗਈ। ਹੁਣ ਇਹਦੇ ਬਾਰੇ ਰੱਬ ਜਾਣਦਾ, ਤੁਸੀਂ ਜਾਣਦੇ ਹੋ। 905-673-33-37 ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਆਓ ਸੁਣੀਏ। ਕਿਆ ਬਾਤ ਹੈ, ਝੂਠੇ ਜਗਤ ਮਤਲਬ ਦੇ ਸਭ ਯਾਰ ਨਹੀਂ ਗਏ।
क्या बात है दोबारा साडे नाल रणदीप जी जुड़ चुके ने कोई नवा प्रोजेक्ट आ चलिया है तो जल्दी जल्दी साडे श्रोतां नूं दस दिए हां जी सत श्री अकाल जी वेलकम अगेन हां जी सत श्री अकाल जी जिंदर जी हां जी दोबारा सानूं फिर सत श्री अकाल ते जिन्ने भी लिसनर सुन रहे ने इस वक्त उहनां दोबारा नूं मेरे वल्लों प्यार भरी सत श्री अकाल जी हां जी मैनूं हुणे इक कॉल आई हुई सी ते मैनूं पुछ रहे सी जिहड़े तुसीं प्रोजेक्ट दी डिटेल दे के गए हो कंडोमिनियम आ सो ਬਟੇ ਕੰਡੋਮੀਨੀਅਮ ਨੀ ਸੀਗੀ ਜਿਹੜੀ ਮੈਂ ਪ੍ਰੋਜੈਕਟ ਦੀ ਡਿਟੇਲ ਦੇ ਕੇ ਗਈ ਆ ਟਾਊਨ ਹਾਊਸ ਸੀਗੇ ਸੋ ਮੈਂ ਖਰੀ ਫਿਰ ਦੁਆਰਾ ਕਹਿ ਦਿੰਦੀ ਆ ਕੀ ਮਿਸਿਸ ਸਾਗਾ ਦੇ ਵਿੱਚ ਜਿਹੜੇ ਮੇਰੇ ਕੋਲ ਟਾਊਨ ਹਾਊਸ ਆਏ ਸੀਗੇ ਜੀ ਇਹ ਹੈਗੇ ਆ ਸਕੇਅਰ ਫੀਟ ਇਹਨਾਂ ਦੇ ਹੈਗੇ ਆ 953 ਜਿਹਦੇ ਵਿੱਚ ਹੈਗੇ ਆ ਦੋ ਬੈਡਰੂਮ ਪਲੱਸ ਡਾਈਨਿੰਗ ਵਿਦ ਟੂ ਬਾਥ ਮਿਸਿਸ ਸਾਗਾ ਇੰਟੀਰੀਅਰ ਤੇ ਇਹਨਾਂ ਦੀ ਆਕੂਪੈਂਸੀ ਹੈਗੀ ਆ ਜੀ ਸਪਰਿੰਗ 2024 ਦੇ ਵਿੱਚ ਤੇ ਇਹਨਾਂ ਦੇ ਵਿੱਚ ਹੈਗਾ ਜੀ ਜਿਹੜੀਆਂ ਸਾਰੀਆਂ ਚੀਜ਼ਾਂ ਨੇੜੇ ਹੈਗੀਆਂ ਆਪਾਂ ਨੂੰ ਹਾਈਵੇ 403-401-427 ਤੇ ਜਿਹੜੇ ਆਪਾਂ ਨੂੰ ਹੈਗਾ ਜੀ ਸਕੂਲ ਲਾਗੇ ਹੈਗਾ ਸ਼ੋਪਸ ਹੈਗੇ ਆ ਰੈਸਟੋਰੈਂਟ ਬਹੁਤ ਸਾਰੇ ਲਾਗੇ ਹੈਗੇ ਤੇ ਬਿਲਡਰ ਜਿਹੜੀਆਂ ਇਸ ਟਾਊਨ ਹਾਊਸ ਦੇ ਵਿੱਚ ਆਪਾਂ ਨੂੰ ਪੰਜ ਚੀਜ਼ਾਂ ਪ੍ਰੋਵਾਈਡ ਕਰ ਰਹੇ ਨੇ ਜੀ ਹਰੇਕ ਯੂਨਿਟ ਦੇ ਵਿੱਚ ਫ੍ਰਿਜ ਸਟੋਵ ਵਾਸ਼ਰ ਡਰਾਇਰ ਤੇ ਆਕੂਪੈਂਸੀ ਇਹਨਾਂ ਦੀ ਹੈਗੀ ਜੀ 2024 ਦੇ ਵਿੱਚ ਹੈਗੇ ਤੇ ਨਾਲ ਹੀ ਨਾਲ ਮੇਰੇ ਕੋਲ ਆਪਣੇ ਇਟੋਬੀਕੋ ਦੇ ਵਿੱਚ ਵੀ ਕੰਡੋਮੀਨੀਅਮ ਆਈਆਂ ਹੋਈਆਂ ਨੇ ਜਿਹਨਾਂ ਦੀ ਪ੍ਰਾਈਸ ਬਹੁਤ ਹੀ ਵਧੀਆ ਹੈ ਤੇ ਕਿਸੇ ਨੂੰ ਵੀ ਮੇਰੇ ਭੈਣ ਦਾ ਭਰਾ ਨੂੰ ਇਸ ਮਿਸਿਸਾਗਾ ਦੇ ਵਿੱਚ ਜਿਹੜੇ ਟਾਊਨ ਹਾਊਸ ਮੇਰੇ ਕੋਲ ਆਏ ਨੇ ਜਾਂ ਇਟੋਬੀਕੋ ਦੇ ਵਿੱਚ ਮੇਰੇ ਕੋਲ ਜਿਹੜੀਆਂ ਕੰਡੋਮੀਨੀਅਮ ਉਹਨਾਂ ਦੇ ਬਾਰੇ ਤੁਹਾਨੂੰ ਵੱਧ ਜਾਣਕਾਰੀ ਕਿਸੇ ਨੂੰ ਵੀ ਚਾਹੀਦੀ ਹੈ ਤੇ ਪਲੀਜ਼ ਮੈਨੂੰ ਕਾਲ ਕਰ ਸਕਦੇ ਨੇ 6472423944 ਮੈਨੂੰ ਮੈਸੇਜ ਵੀ ਕਰ ਸਕਦੇ ਨੇ ਜਾਂ ਡਾਇਰੈਕਟ ਮੇਰੇ ਆਫਿਸ ਦੇ ਵਿੱਚ ਵੀ ਆ ਕੇ ਤੁਸੀਂ ਮੈਨੂੰ ਮਿਲ ਸਕਦੇ ਹੋ ਮੇਰੇ ਆਫਿਸ ਕੈਪਰੇਜ ਦੇ ਵਿੱਚ ਲੋਕੇਟਡ ਹੈਗਾ ਜੀ ਤੇ ਮੈਂ ਰੀਮੈਕਸ ਬ੍ਰੋਕਰ ਰਿਆਲਟੀ ਦੇ ਨਾਲ ਕੰਮ ਕਰਦੀ ਹੈਗੀ ਜੀ ਰਣਦੀਪ ਚੌਹਾਨ ਥੈਂਕ ਯੂ ਸੋ ਮਚ ਅਗੇ ਬਿਲਕੁਲ ਦੋਸਤੋ ਰਣਦੀਪ ਜੀ ਦਾ ਡਾਇਰੈਕਟ ਨੰਬਰ ਦੁਬਾਰਾ ਨੋਟ ਕਰ ਲਓ ਕਿਉਂਕਿ ਇਹਨਾਂ ਕੋਲ ਬਾ ਕਮਾਲ ਪ੍ਰੋਜੈਕਟ ਹੋਏ ਨੇ ਤੁਹਾਡਾ ਫਾਇਦਾ ਕਰਾਉਣਗੇ 6472423944 6472429449 ਤੇ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਥੈਂਕ ਯੂ ਸੋ ਮਚ ਰਣਦੀਪ ਜੀ ਸਾਡਾ ਦੁਬਾਰਾ ਜੁੜਨ ਵਾਸਤੇ ਥੈਂਕ ਯੂ ਸੋ ਮਚ ਜਿੰਦਰ ਜੀ ਫਿਰ ਮੈਨੂੰ ਕਾਲ ਤੇ ਲਾ ਲਈ ਨੋ ਪ੍ਰੋਬਲਮ ਜੀ ਬਿਲਕੁਲ ਦੋਸਤੋ ਤੁਹਾਡਾ ਫਾਇਦਾ ਕਰਾਉਣਾ ਸਾਡਾ ਫਰਜ਼ ਤੇ ਸਹੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣਾ ਸਾਡਾ ਫਰਜ਼ ਤੇ ਕੁਝ ਹੋਰ ਇਨਫੋਰਮੇਸ਼ਨ ਵੀ ਲਓ ਇੰਸ਼ੋਰੈਂਸ ਕਰਾਉਣੀ ਹੈ ਉਮਰ ਪ੍ਰੀਤ ਚਾਵੜਾ ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ ਕਿੱਥੋਂ ਆਏਗੀ ਇਨਕਮ ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਸੁਪਰ ਵੀਜ਼ਾ ਟਰੈਵਲ ਇੰਸ਼ੋਰੈਂਸ ਆਰਐਸਪੀ ਤੇ ਹੋਰ ਇਨਵੈਸਟਮੈਂਟਸ ਲਈ ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 647-446-1616 ਉਮਰਪ੍ਰੀਤ ਚਾਵਲਾ ਤੁਸੀਂ ਘਰ ਵਿੱਚ ਕਿਚਨ ਦੀ ਰੈਨੋਵੇਸ਼ਨ ਕਰਵਾਓ ਤੇ ਕਿਚਨ ਨੂੰ ਦਵੋ ਹਾਈ ਐਂਡ ਜਾਂ 5 ਸਟਾਰ ਦੇ ਲੁੱਕ ਲਈ ਸੰਪਰਕ ਕੀਤਾ ਜਾ ਸਕਦਾ ਹੈ ਸਿੰਕ ਕਿਚਨ ਕੈਬਿਨੇਟ ਜਾਂ ਘਰ ਵਿੱਚ ਬਾਥ ਵੈਨਿਟੀਜ਼ ਕਾਊਂਟਰ ਟਾਪ ਵੁੱਡ ਵਰਕਿੰਗ ਦਾ ਕੰਮ ਵੀ ਬੜੇ ਤਸੱਲੀ ਨਾਲ ਕੀਤਾ ਜਾਂਦਾ ਹੈ ਸਿੰਕ ਕਿਚਨ ਕੈਬਿਨੇਟ ਦਾ ਨੰਬਰ 647-202-6469 ਲੋਕੇਟਡ ਨੇ ਨੰਬਰ 18 ਆਟੋਮੈਟਿਕ ਰੋਡ ਬ੍ਰੈਂਟਨ ਯੂਨਿਟ ਨੰਬਰ 24 ਸਿੰਕ ਕਿਚਨ .com जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेज के मयंक भटनागर जी।
हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 647-702-2023 ਗੌਰਵ ਨਰੂਲਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੇਵ ਮੈਕਸ ਸੁਪਰੀਮ ਰੀਅਲ ਅਸਟੇਟ ਇੰਕ ਬ੍ਰੋਕਰੇਜ ਦੇ ਨਾਲ ਕੰਮ ਕਰਦੇ ਆ। ਗੌਰਵ ਨਰੂਲਾ ਨੰਬਰ 647-703-0733-0730 ਤੇ ਗੌਰਵ ਨਰੂਲਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਥੈਂਕ ਯੂ ਥੈਂਕ ਯੂ ਥੈਂਕ ਯੂ। ਚਲਦੇ ਆ ਅਗਲੀ ਕਾਲ ਦੇ ਵੱਲ। 3201 ਸਤਿ ਸ਼੍ਰੀ ਅਕਾਲ ਜੀ। ਸਿਧਾਂਤੇ ਜਸਮੀਨ ਬੋਲ ਰਹੇ ਹਾਂ। ਹਾਂਜੀ ਹਾਂਜੀ ਹਾਂਜੀ, ਕੀ ਹਾਲ ਚਾਲ ਭਾਜੀ? ਬਸ ਵਧੀਆ ਜੀ, ਵਧੀਆ। बहुत वधिया, और तनाव करे, सब ठीक ठाक? हां जी हां जी, ठीक है। चलो, परमात्मा हमेशा चढ़दी कला च रखे। ते हां जी, की कहना चाहोगे? ठीक चल रहा है। दूसरा टॉपिक आज, हां जी, टॉपिक आज सब तो पहला तो थैंक यू करया हैगा साडे वीरां साडियां भैणां दा, जिहड़े ड्राइवरी लाइन दे विच ने, चाहे वो ट्रक ड्राइवरी है, चाहे वो उबर है, चाहे वो लिफ्ट है, क्योंकि कोविड दे टाइम ते। हां जी, हां जी, बिलकुल दोस्तों, दूसरा जो टॉपिक भी है बड़ा थोड़ा सेंसिटिव हैगा, सोच रहे हैं करिए ना करिए, पर 905-673-33-37 गगन नरूला साहब को डायरेक्ट नंबर नोट कर लो दोस्तों, क्योंकि इन्हों को एक नहीं, इन्हों को मैं कहना प्रोजेक्ट ही प्रोजेक्ट ने, कॉल ला लो, पता लग जाना अपने आप। इन्हों को एक तो मिसी सागा दे विच जिहड़े प्रोजेक्ट आए हैगे ने, हुणी कल परसों ही लिस्टड होया, ते इक होर इन्हां कोल प्रोजेक्ट आया है एसटीमेटेड ऑक्यूपेंसी ग्रांटेड एलोकेशन। इन्हां दी एसटीमेटेड ऑक्यूपेंसी 2027 दे विच है, तां स्टेला टू प्लैटिनम प्राइसिस दे विच हैगे ने। इन्हां नूं कॉल ला लो, मैं कहना इन्हां नूं पुछना, तुसीं ने इन्हां कोल, इन्हां ने लाइन ला देनी तुहाडे कोल प्रोजेक्ट दी, साडे कोल ही लाइन लगी पई है, कॉल ला लो इन्हां नूं 647-549-2409 647-549-2409। ते दूजा नंबर नोट करना, नायगरा फॉल दे विच परवीन छाबड़ा साहब। परवीन छाबड़ा साहब का नाम नायगरा फॉल दे विच नंबर वन हाथ लाउंदे ने, दसणगे केड़ी जगह पैसे तो पैसा बनाया जा सकता है, स्पैशली नायगरा फॉल। कॉल लाओ इन्हां नूं 289-931-1111 299-931-1111 289-931-1111 ते 1111 ते 299-931-1111 289-931-1111 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਦੂਜਾ ਨੰਬਰ ਨੋਟ ਕਰੋ, ਗੌਰਵ ਨਰੂਲਾ ਸਾਹਿਬ। ਗੌਰਵ ਨਰੂਲਾ ਸਾਹਿਬ ਜਾਣੇ ਜਾਂਦੇ ਨੇ ਵਾਟਰਲੂ ਕਿਚਨਰ ਕੇਮਬ੍ਰਿਜ ਦੇ ਵਿੱਚ ਸਪੈਸ਼ਲ ਨੰਬਰ ਵਨ ਰੀਅਲਟਰ ਉੱਥੋਂ ਦੇ। ਕਾਲ ਲਓ 647-763-0730। ਟਰੱਕ ਡਰਾਈਵਰੀ ਸਿੱਖਣੀ ਹੈ, ਫ੍ਰੀ ਵੇ ਟਰੱਕ ਟਰੱਕ ਟ੍ਰੇਨਿੰਗ ਅਕੈਡਮੀ ਫ੍ਰੀ ਵੇ। ਦੋਸਤੋ ਇਹਨਾਂ ਕੋਲ ਤਾਂ ਜਿੰਨੀਆਂ ਇਹਨਾਂ ਗੱਲਾਂ ਬਾਤਾਂ ਕੀਤੀਆਂ ਜਾਣ ਓਨੀਆਂ ਥੋੜੀਆਂ ਨੇ। ਵੈਸੇ ਤਾਂ ਹੁਣ ਬਰਫ ਲੱਗੀ ਆ ਪੈਣ, ਜਲਦੀ ਕਰ ਲਓ ਜੇ ਟਰੱਕ ਡਰਾਈਵਰੀ ਸਿੱਖਣੀ ਹੈ, ਪੈਸੇ ਤੋਂ ਪੈਸਾ ਬਣਾਉਣਾ ਹੈ। ਇਹਨਾਂ ਨੂੰ ਕਾਲ ਲਓ, ਇਹਨਾਂ ਦੀ ਖਾਸੀਅਤ $500 ਦਾ ਡਿਸਕਾਊਂਟ ਦੇਣਗੇ, ਸਾਂਝ ਰੇਡੀਓ ਟੋਰਾਂਟੋ ਦਾ ਰੈਫਰੈਂਸ ਦਓਗੇ। ਦੂਜੀ ਚੀਜ਼, ਤੰਗ ਨਹੀਂ ਕਰਦੇ ਪੈਸੇ ਲਈ, ਫੀਸ ਤਾਂ ਦੇਣੀ ਹੈ ਦੋਸਤੋ, ਕੰਮ ਕਰਾਉਣਾ ਤਾਂ ਫੀਸ ਲੈਣੀ, ਪਰ ਤੰਗ ਨਹੀਂ ਕਰਨਗੇ ਜਦ ਤੱਕ ਕੋਰਸ ਚੱਲ ਰਿਹਾ ਉਦੋਂ ਤੱਕ ਫੀਸ ਲੈਣਗੇ। ਤੀਜੀ ਚੀਜ਼ ਵੀ ਤੁਹਾਨੂੰ ਜੋਬ ਲਗਵਾ ਕੇ ਦੇਣਗੇ। ਇਹ ਤਾਂ ਮੇਨ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਹੋਰ ਵੀ ਬਥੇਰੇ ਫਾਇਦਾ ਇਹਨਾਂ ਨਾਲ ਜੁੜਨ ਦਾ। ਕਾਲ ਲਾ ਲਓ ਉਹਨਾਂ ਨੂੰ ਇੱਕ ਵਾਰ 647-296-3438 647-296-3438 ਤੇ ਟਰੱਕ ਡਰਾਈਵਰੀ ਫ੍ਰੀ ਵੇ ਟਰੱਕ ਟ੍ਰੇਨਿੰਗ ਅਕੈਡਮੀ ਸਾਹਿਬ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਦੋਸਤੋ ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਹੈਗਾ, ਤੇ ਟੌਪਿਕ ਜਿਹੜਾ ਹੁਣ ਦੁਬਾਰਾ ਸ਼ੁਰੂ ਕਰ ਰਹੇ ਹੈਗੇ, ਇੱਕ ਹੋਰ ਟੌਪਿਕ ਚੱਲ ਰਿਹਾ ਹੈਗਾ, ਇੱਕ ਬੜੀ ਨਿਊਜ਼ ਤੁਸੀਂ ਨੇ ਸੁਣੀ ਹੋਣੀ, ਸ਼ਾਹਰੁਖ ਖਾਨ ਸਾਹਿਬ ਦਾ ਬੇਟਾ ਡਰੱਗਸ ਦੇ ਵਿੱਚ ਅਰੈਸਟ ਹੋਇਆ ਹੈਗਾ। ਬੜਾ ਧਿਆਨ ਨਾਲ ਆਂਸਰ ਦੇਣਾ ਇਹ ਟੌਪਿਕ ਦਾ, ਯੈਸ ਔਰ ਨੋ ਤੇ ਆਂਸਰ ਲਵਾਂਗੇ। ਹਜੇ ਤੱਕ ਕੋਈ ਚੀਜ਼ ਪ੍ਰੂਵ ਨਹੀਂ ਹੋਈ ਹੈਗੀ, ਤਾਂ ਕਰਕੇ ਕਾਫੀ ਮਿੱਤਰ ਦੋਸਤ ਭੈਣ ਭਰਾ ਸਾਡੇ ਸਰੋਤੇ ਸਾਨੂੰ ਕੁਐਸਚਨ ਪੁੱਛਦੇ ਨੇ, ਕਈ ਵਾਰ ਨੋਟ ਔਨ ਏਅਰ ਬਟ ਆਊਟ ਆਫ ਏਅਰ ਵੀ ਸਾਡੇ ਤੋਂ ਬੜੇ ਕੁਐਸਚਨ ਪੁੱਛੇ ਜਾਂਦੇ ਹੁੰਦੇ ਨੇ।
ਉਹਨਾਂ ਕੁਸ਼ਚਨਾਂ ਦੇ ਵਿੱਚੋਂ ਇੱਕ ਕੁਐਸਚਨ ਕੱਢਿਆ ਹੈਗਾ। ਅਸੀਂ ਸ਼ਾਹਰੁਖ ਖਾਨ ਦੇ ਬੇਟੇ ਦੀ ਗੱਲ ਨਹੀਂ ਕਰ ਰਹੇ ਹੈਗੇ, ਪਰ ਵੈਸੇ ਹੀ ਅਸੀਂ ਗੱਲਬਾਤ ਕਰਦੇ ਹਾਂ ਵੀ ਜੇ ਕੋਈ ਵੀ ਚੀਜ਼ ਹੁੰਦੀ ਹੈ, ਕੋਈ ਵੀ ਗਲਤ ਚੀਜ਼ ਹੁੰਦੀ ਹੈ ਕਿਸੇ ਵੀ ਬੰਦੇ ਤੋਂ ਕੀਤੀ ਜਾਂਦੀ ਹੈ, ਐਜ਼ ਪਰ ਦਾ ਸਿਸਟਮ, ਐਜ਼ ਪਰ ਦਾ ਲਾਅ, ਸਾਰਿਆਂ ਵਾਸਤੇ ਸੇਮ ਹੈ। ਹਾਂਜੀ, ਸਾਰਿਆਂ ਵਾਸਤੇ ਲਾਅ ਸਿਸਟਮ ਹੈ। ਲਾਅ ਕੋਈ ਲੈਵਲ ਨਹੀਂ ਦੇਖਦਾ, ਲਾਅ ਕੋਈ ਪੈਸਾ ਨਹੀਂ ਦੇਖਦਾ, ਲਾਅ ਕੋਈ ਕੋਈ ਚੀਜ਼ ਨਹੀਂ ਦੇਖਦਾ। ਪਰ ਫਿਰ ਵੀ ਇੱਕ ਸੋਤਿਆਂ ਦਾ ਕੁਐਸਚਨ ਇਹ ਹੈ ਵੀ ਜਿੰਨਾ ਲਾਈਮ ਲਾਈਟ ਦੇ ਵਿੱਚ ਲਿਆਂਦਾ ਜਾ ਰਿਹਾ ਚੀਜ਼ਾਂ ਨੂੰ, ਕੋਈ ਵੀ ਚੀਜ਼ ਹੁੰਦੀ ਹੈ, ਜਦੋਂ ਕੋਈ ਸੈਲੀਬ੍ਰਿਟੀ ਆਪ ਹੁੰਦਾ ਜਾਂ ਉਹਦਾ ਕੋਈ ਰਿਸ਼ਤੇਦਾਰ ਹੁੰਦਾ ਜਾਂ ਉਹਦਾ ਕੋਈ ਪਰਿਵਾਰ ਦਾ ਮੈਂਬਰ ਹੁੰਦਾ, ਜਿੰਨਾ ਲਾਈਮ ਲਾਈਟ ਦੇ ਵਿੱਚ ਉਦੋਂ ਲਿਆਂਦਾ ਜਾਂਦਾ, ਤੁਸੀਂ ਇਹਦੇ ਉੱਤੇ ਆਂਸਰ ਦੇਣਾ ਹੈਗਾ ਵੀ ਇਹ ਸਹੀ ਹੈ ਜਾਂ ਗਲਤ ਹੈ। ਦੇਖੋ ਦੋਸਤੋ, ਜੇ ਮੈਂ ਇਸ ਚੀਜ਼ ਦੀ ਐਗਜ਼ਾਮਪਲ ਤਾਂ ਦਿੱਤੀ ਕਿਉਂਕਿ ਕਰੰਟ ਟੌਪਿਕ ਇਸ ਟਾਈਮ ਚੱਲ ਰਿਹਾ ਹੈਗਾ, ਉਹ ਦੱਸਿਆ ਜਾਂਦਾ ਵੀ ਸ਼ਾਹਰੁਖ ਖਾਨ ਦੇ ਬੇਟੇ ਤੇ ਉਹਨਾਂ ਦੇ ਨਾਲ ਹੋਰ 8 ਹੋਰ ਬੰਦੇ ਨੇ, ਪਰ ਉਹਨਾਂ ਦੇ ਨਾਮ ਨਹੀਂ ਹਜੇ ਤੱਕ ਦਿਖਾਏ ਜਾਂਦੇ ਕਿਉਂਕਿ ਮੇ ਬੀ ਸ਼ਾਇਦ ਉਹ ਆਮ ਇਨਸਾਨ ਹੈਗੇ ਨੇ। ਪਰ ਕੁਐਸਚਨ ਸਿਰਫ ਇੰਨਾ ਕੁ ਹੈ, ਇਹ ਤਾਂ ਇੱਕ ਐਗਜ਼ਾਮਪਲ ਲਈ ਹੈ, ਹੋਰ ਵੀ ਬਹੁਤ ਬਹੁਤ ਐਗਜ਼ਾਮਪਲ ਹੈਗੀਆਂ ਨੇ, ਪਰ ਕੀ ਇੱਕ ਛੋਟਾ ਜਿਹਾ ਨਾਲ ਇੱਕ ਐਗਜ਼ਾਮਪਲ ਮੈਂ ਨਾਲ ਹੋਰ ਜੋੜ ਦਿੰਦਾ, ਕਿਹਦੇ ਨਾਲ ਆਂਸਰ ਜੋੜ ਦਿੰਦਾ ਵੀ ਜਦੋਂ ਵੀ ਕੋਈ ਬੰਦੇ ਨੂੰ ਫੜਿਆ ਜਾਂਦਾ ਉਹ ਕਿਸੇ ਵੀ ਲੈਵਲ ਤੇ ਹੁੰਦਾ, ਉਹਦਾ ਮੂੰਹ ਕਵਰ ਕਰ ਦਿੱਤਾ ਜਾਂਦਾ ਕਿਉਂਕਿ ਉਸ ਇਨਸਾਨ ਨੇ ਅੱਗੇ ਜਾ ਕੇ ਆਉਣ ਵਾਲੇ ਟਾਈਮ ਦੇ ਵਿੱਚ ਜ਼ਿੰਦਗੀ ਆਪਦੀ ਬਤੀਤ ਕਰਨੀ ਹੁੰਦੀ ਹੈ ਕਿਉਂਕਿ ਜਦ ਤੱਕ ਹਜੇ ਫੈਸਲਾ ਨਹੀਂ ਹੋਇਆ। ਹਾਂਜੀ, ਜਦ ਤੱਕ ਹਜੇ ਫੈਸਲਾ ਨਹੀਂ ਹੋਇਆ, ਹਜੇ ਪ੍ਰੂਵ ਨਹੀਂ ਹੋਇਆ ਵੀ ਉਹ ਬੰਦਾ ਗਿਲਟੀ ਹੈ ਜਾਂ ਨਹੀਂ ਗਿਲਟੀ। ਕੁਐਸਚਨ ਸਿਰਫ ਇੰਨਾ ਕੁ ਹੈ ਵੀ ਕਿਸੇ ਵੀ ਤੁਸੀਂ ਲੈਵਲ ਤੇ ਹੈਗੇ ਹੋ, ਕੋਈ ਵੀ ਤੁਹਾਡਾ ਲੈਵਲ ਹੈ, ਕਿਸੇ ਵੀ ਪਰਿਵਾਰ ਨਾਲ ਤੁਸੀਂ ਰਿਲੇਟਡ ਹੈਗੇ ਹੋ, ਕੀ ਤੁਹਾਨੂੰ, ਕੀ ਸਰਕਾਰਾਂ ਨੂੰ, ਕੀ ਲਾਅ ਇੱਕ ਇਹੋ ਜਿਹਾ ਬਣਨਾ ਚਾਹੀਦਾ ਹੈ ਵੀ ਇਹਨਾਂ ਨੂੰ ਉਦੋਂ ਤੱਕ ਹਾਈਡ ਰੱਖਿਆ ਜਾਵੇ ਜਦ ਤੱਕ ਇਹ ਚੀਜ਼ ਪ੍ਰੂਵ ਨਾ ਹੋ ਜਾਵੇ। ਕੁਐਸਚਨ ਸਿਰਫ ਯੈਸ ਔਰ ਨੋ ਚ ਆਨਸਰ ਕਰਨਾ। ਕਾਲਸ ਬਹੁਤ ਆ ਰਹੀਆਂ ਨੇ। ਜਗਪਾਲ ਸਾਹਿਬ, ਸਤਿ ਸ੍ਰੀ ਅਕਾਲ। ਵਧੀਆ ਭਾਜੀ, ਵਧੀਆ, ਤੁਸੀਂ ਸੁਣਾਓ। ਥੈਂਕ ਯੂ, ਤੁਸੀਂ ਹਾਜ਼ਰੀ ਲਵਾਈ, ਥੈਂਕ ਯੂ। ਓਕੇ ਓਕੇ, ਤੁਸੀਂ ਇਸ ਤੇ ਕਹੋਗੇ, ਠੀਕ ਹੈ ਠੀਕ ਹੈ। ਬਸ ਇਹੀ ਕਹਿਣਾ, ਹੋਰ ਤੁਹਾਨੂੰ ਪਤਾ ਹੀ ਆ ਕੀ ਗੱਲ ਕਰਦਾ ਨਾ। ਹਾਂ, ਤੇ ਇਹ ਕੋਈ ਖਾਸ ਗੱਲ ਨਹੀਂ, ਇਹ ਤਾਂ ਹੁੰਦਾ ਹੀ ਰਹਿੰਦਾ, ਵੱਡੀਆਂ ਹਸਤੀਆਂ ਨੇ ਹਾਂ ਜਿਹਨਾਂ ਦੇ ਘਰਾਂ ਦੇ ਚੱਲਦਾ ਹੀ ਰਹਿੰਦਾ, ਪਰ ਅਸਲੀ ਮੁੱਦੇ ਦੀ ਗੱਲ ਕਰਨੀ ਚਾਹੀਦੀ ਆ ਮੀਡੀਆ ਨੂੰ। ਹਾਂ, ਜਿਹੜਾ ਅਸਲੀ ਮੁੱਦਾ ਇੰਡੀਆ ਦਾ, ਇੰਡੀਆ ਦੇ ਵਿੱਚ ਚੱਲ ਰਿਹਾ ਹੈ, ਪੂਰੇ ਵਰਲਡ 'ਚ ਹੀ ਹੈ। ਕੀ ਬਾਤ ਹੈ, ਥੈਂਕ ਯੂ ਸਤਵੀਰ ਸਾਹਿਬ, ਥੈਂਕ ਯੂ। 9737, ਸਤਿ ਸ੍ਰੀ ਅਕਾਲ ਜੀ। 9737, ਸਤਿ ਸ੍ਰੀ ਅਕਾਲ, ਆਵਾਜ਼ ਆ ਰਹੀ ਹੈ ਭਾਜੀ? ਆਵਾਜ਼ ਨਹੀਂ ਆ ਪਾ ਰਹੀ, ਦੁਬਾਰਾ ਕਾਲ ਕਰੋ 905-673-3337। ਦੋਸਤੋ, ਮੈਂ ਦੁਬਾਰਾ ਰਿਪੀਟ ਕਰਦਾ ਆਪਣੇ ਟੌਪਿਕ ਨੂੰ ਵੀ ਜਦ ਤੱਕ ਕੋਈ ਚੀਜ਼ ਪ੍ਰੂਫ ਨਹੀਂ ਹੁੰਦੀ ਹੈਗੀ ਕਿਸੇ ਵੀ ਲੈਵਲ ਤੇ, ਤੁਸੀਂ ਕੋਈ ਵੀ ਚੀਜ਼ ਤੁਹਾਡੇ ਦੇ ਇਲਜ਼ਾਮ, ਜਦ ਤੱਕ ਇਲਜ਼ਾਮ ਲੱਗਦਾ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਹਾਨੂੰ ਉਹ ਚੀਜ਼ ਤੁਹਾਡੇ ਤੇ ਪ੍ਰੂਫ ਹੋ ਗਈ ਹੈ। ਜਦ ਤੱਕ ਕੋਰਟ ਲਾਅ ਪ੍ਰੋਪਰ ਨਿਖਣ ਨਹੀਂ ਕਰਦਾ ਚੀਜ਼ਾਂ ਦਾ, ਪ੍ਰੋਪਰ ਸਿਸਟਮ ਨਹੀਂ ਬਣਦਾ ਹੈਗਾ, ਪ੍ਰੋਪਰ ਪਤਾ ਨਹੀਂ ਲੱਗਦਾ ਵੀ ਤੁਸੀਂ ਉਹ ਚੀਜ਼ ਕੀਤੀ ਹੈ ਜਾਂ ਨਹੀਂ ਕੀਤੀ, ਉਦੋਂ ਤੱਕ ਬਹੁਤ ਲੋਕ ਆਪਦੇ ਮਨਾਂ ਦੇ ਵਿੱਚ ਇੱਕ ਡਿਸੀਜਨ ਬਣਾ ਜਾਂਦੇ ਨੇ। ਧਿਆਨ ਨਾਲ ਸੁਣਨਾ, ਜਦੋਂ ਤੱਕ ਕੋਈ ਵੀ ਗੱਲ ਉੱਠਦੀ ਹੈ, ਕੋਈ ਵੀ ਚੀਜ਼ ਗੱਲਬਾਤ ਬਣਦੀ ਹੈ, ਉਦੋਂ ਤੱਕ ਬਹੁਤ ਆਮ ਇਨਸਾਨ ਬਹੁਤ ਚੀਜ਼ਾਂ ਬਣਾ ਜਾਂਦੇ ਹੈਗੇ ਨੇ ਆਪਣੇ ਮਨਾਂ ਦੇ ਵਿੱਚ। ਤੁਹਾਨੂੰ ਕੀ ਲੱਗਦਾ ਵੀ ਜਦ ਤੱਕ ਕੋਈ ਚੀਜ਼ ਪ੍ਰੂਵ ਨਹੀਂ ਹੈਗੀ, ਜਦ ਤੱਕ ਕਿਸੇ ਚੀਜ਼ ਦੀ ਐਟਲੀਸਟ 50% ਸ਼ੋਰਿਟੀ ਨਹੀਂ ਹੁੰਦੀ ਹੈਗੀ, ਉਦੋਂ ਤੱਕ ਉਹ ਗੱਲ ਨੂੰ ਇੰਨਾ ਮਤਲਬ ਇੱਕ ਜਿਹੜਾ ਮੀਡੀਆ ਹੈ ਉਹ ਬਹੁਤ ਹਾਈਲਾਈਟ ਕਰਦਾ, ਬਹੁਤ ਲੈਵਲ ਤੇ ਲੈ ਕੇ ਜਾਂਦਾ ਹੈ। ਉਹਦੇ ਵਿੱਚ ਤੁਹਾਡੇ ਕੀ ਵਿਚਾਰ ਨੇ, ਪਲੀਜ਼ ਬੜੇ ਧਿਆਨ ਨਾਲ, ਬੜੇ ਸੈਂਸਿਟਿਵ ਤਰੀਕੇ ਨਾਲ ਵਿਚਾਰ ਦੇਣੇ ਨੇ। 1404, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਵਧੀਆ ਜੀ ਵਧੀਆ, ਤੁਸੀਂ ਸੁਣਾਓ। ਬਸ ਵਧੀਆ ਰਿਹਾ, ਤੇ ਅਸੀਂ ਟੌਪਿਕ ਸੁਣਦੇ ਸੀਗੇ, ਤੇ ਮੇਰੇ ਖਿਆਲ ਦੇ ਵਿੱਚ ਤੇ ਇਹਨਾਂ ਨੂੰ ਹਾਈਡ ਕਰਨਾ ਚਾਹੀਦਾ ਹੈ ਕਿਉਂਕਿ ਇਹ ਇੱਕ ਬੰਦੇ ਦੇ ਫਿਊਚਰ ਦੀ ਗੱਲ ਹੁੰਦੀ ਆ। ਸਹੀ ਗੱਲ, ਅਗਰ ਤੁਹਾਨੂੰ ਅੰਜਲ, ਅਗਰ ਤੁਸੀਂ ਸ਼ੋਰ ਨਹੀਂ ਆਏ ਕੋਈ ਤੁਹਾਡਾ ਰਿਜ਼ਲਟ ਹੀ ਨਹੀਂ ਆਇਆ, ਤੁਸੀਂ ਉਹਨੂੰ ਕਿੱਦਾਂ ਰਿਵੀਲ ਕਰ ਸਕਦੇ? ਮਤਲਬ ਇੱਕ ਤਰ੍ਹਾਂ ਦੀ ਉਹਦਾ ਮਤਲਬ ਫਿਊਚਰ ਵਾਸਤੇ ਹੀ ਉਹ ਹਾਈਲਾਈਟ ਹੋ ਚੁੱਕਿਆ ਇਸ ਚੀਜ਼ ਵਾਸਤੇ, ਬਾਅਦ ਚਾਹੇ ਉਹ ਰਿਜ਼ਲਟ ਅਨਾਊਂਸ ਕਰ ਦੇਣ ਕਿ ਇਹ ਤਾਂ ਮਿਸਅੰਡਰਸਟੈਂਡਿੰਗ ਸੀ, ਕੁਛ ਵੀ ਸੀਗਾ, ਤੇ ਇਹ ਇਸ ਕੇਸ ਨਾਲ ਰਿਲੇਟਡ ਹੈ ਹੀ ਨਹੀਂ ਸੀਗਾ, ਤੇ ਬਟ ਉਹ ਗੱਲ ਹੋ ਗਈ ਕਿ ਉਹ ਤੇ ਉਹ ਫਿਊਚਰ ਉਹਦਾ ਤਾਂ ਖਰਾਬ ਹੋ ਗਿਆ ਨਾ। ਰਾਈਟ ਰਾਈਟ, ਇਸ ਕਰਕੇ ਜਿੰਨਾ ਚਿਰ ਰਿਜ਼ਲਟ ਨਹੀਂ ਹੁੰਦਾ 100%, ਮੈਂ 50 ਵੀ ਨਹੀਂ ਕਵਾਂਗੀ, 100 ਕਵਾਂਗੀ ਕਿ 100% ਕਨਫਰਮ ਨਹੀਂ ਹੁੰਦਾ, ਉਹਨਾਂ ਚਿਰ ਕਦੇ ਵੀ ਕਿਸੇ ਨੂੰ ਤੁਸੀਂ ਇੰਨਾ ਹਾਈਲਾਈਟ ਨਹੀਂ ਕਰਨਾ, ਨਹੀਂ ਕਰਨਾ ਚਾਹੀਦਾ। ਬਿਲਕੁਲ ਬਿਲਕੁਲ, ਨਾਮ ਸ਼ੇਅਰ ਕਰਨਾ ਚਾਹੋਗੇ?
ਸਿਮਰਜੀਤ ਥੈਂਕ ਯੂ ਸੋ ਮਚ ਸਿਮਰਜੀਤ ਥੈਂਕ ਯੂ ਥੈਂਕ ਯੂ ਸੁਖਜਿੰਦਰ ਸਾਹਿਬ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਜੀ ਮੇਰੇ ਤੋਂ ਇੱਦਾਂ ਕਿ ਜਦ ਤੱਕ ਕਾਨੂੰਨ ਜਦ ਤੱਕ ਮਤਲਬ ਕਿ ਕੋਰਟ ਦਾ ਫੈਸਲਾ ਨਹੀਂ ਹੁੰਦਾ ਕੋਈ ਵੀ ਉਹਦੀ ਆਈਡੈਂਟੀ ਖਾਤਰ ਦੀ ਸੈਲੀਬ੍ਰਿਟੀ ਦੀ ਜਾਂ ਆਮ ਬੰਦੇ ਦੀ ਹੋਲਡ ਦੀ ਹੋਣੀ ਚਾਹੀਦੀ ਹੈ ਉਹ ਨਹੀਂ ਸ਼ੋਅ ਕਰਨੀ ਚਾਹੀਦੀ ਕਿਉਂਕਿ ਕਾਨੂੰਨ ਦੇ ਮੁਤਾਬਕ ਜਦ ਤੱਕ ਉਹ ਕਾਨੂੰਨ ਮੰਨਦਾ ਨਹੀਂ ਵੀ ਵਾਕਈ ਇਹ ਜ਼ਿੰਮੇਵਾਰ ਹੈਗਾ ਉਹ ਤੱਕ ਬੰਦਾ ਕੋਈ ਵੀ ਇਨੋਸੈਂਟ ਹੀ ਮੰਨਿਆ ਜਾਂਦਾ ਕਿਉਂਕਿ ਕਾਨੂੰਨ ਇਹ ਕਹਿੰਦਾ ਕਿ ਜਦ ਤੱਕ ਅਨਲੈਸ ਯੂ ਆਰ ਪ੍ਰੂਵਨ ਗਿਲਟੀ ਯੂ ਆਰ ਇਨੋਸੈਂਟ ਉਹ ਤੱਕ ਇਨੋਸੈਂਟ ਆ ਕਿਉਂਕਿ ਜਿਹੜਾ ਵੀ ਖਰਾਬ ਕਰਨਾ ਕੋਈ ਬੱਚਾ ਹੈ ਜਾਂ ਕੁਛ ਇਹਦਾ ਮਤਲਬ ਹੁਣ ਮੀਡੀਆ ਜਿਹੜਾ ਮੀਡੀਆ ਮੀਡੀਆ ਨੇ ਹੁਣ ਹਿੰਦੁਸਤਾਨ ਦੇ ਪਰ ਮੀਡੀਆ ਦੇਖੀ ਹੈ ਬੰਦੇ ਜਿਹੜੇ ਭਾਜੀ ਪੁਰਾਣੇ ਟਾਈਮ ਹੁੰਦੇ ਸੀ ਸੋਰੀ ਇੱਕ ਮਿੰਟ ਲਾਂਗਾ ਜਿਹੜੇ ਰਾਜੇ ਹੁੰਦੇ ਸੀ ਉਹ ਆਪਣੇ ਬੰਦੇ ਨੂੰ ਭੇਜਦੇ ਹੁੰਦੇ ਸੀ ਕਿ ਜਾਓ ਮੇਰੇ ਰਾਜ ਚ ਦੇਖੋ ਕਿੱਦਾਂ ਚੱਲਦੇ ਪਏ ਨੇ ਮੇਰੀ ਪ੍ਰਜਾ ਪਹੁੰਚੇ ਕਿ ਨਹੀਂ ਜਿਹੜਾ ਰਾਜ ਰਵੇ ਰਾਜ ਲੰਬੇ ਟਾਈਮ ਤੱਕ ਚੱਲੇ ਪਤਾ ਲੱਗੇ ਕਿ ਯੂਕੇ ਨੇ ਮੇਰੇ ਰਾਜ ਚ ਹੁਣ ਜਿਹੜਾ ਹਿੰਦੁਸਤਾਨ ਦਾ ਰਾਜ ਉਹ ਆਪ ਕਿੱਥੇ ਬੈਠਾ ਤੇ ਜਿਹੜਾ ਬੰਦੇ ਨੇ ਆਮ ਤੁਹਾਡੇ ਵਰਗੇ ਸਰਕਲ ਦੇ ਉੱਤੇ ਸੁੱਤੇ ਨੇ ਮੀਡੀਆ ਨੇ ਆਪਣਾ ਰੋਲ ਪਲੇ ਕਿੱਥੇ ਕੀਤਾ ਉਹ ਚੀਜ਼ਾਂ ਦੇ ਹੈ ਕੋਈ ਨੀ ਸਰਫਾ ਦਾ ਮੁੰਡਾ ਫਿਰ ਕੀ ਹੋਇਆ ਜੇ ਹੁਣ ਆਪਾਂ ਵੀ ਇੱਥੇ 16 ਸਾਲ ਕਹਿੰਦੇ ਹਾਂ ਜੇ 18 ਸਾਲ ਕਹਿੰਦੇ ਹਾਂ ਉਹ ਬੰਦੇ ਮਾਈਨਰ ਮੰਨੇ ਜਾਂਦੇ ਨੇ ਮਾਈਨਰ ਬੰਦੇ ਨੂੰ ਮਤਲਬ ਕਿ ਇਨੋਸੈਂਸ ਵਿੱਚੋਂ ਬੱਚੇ ਬਚ ਜਾਂਦੇ ਨੇ ਉਹਦਾ ਵੀ ਮੁੰਡੇ ਦੀ ਏਜ ਹਲਕੀ ਹੈ ਅਰੇ ਹੈ ਕਿ ਨਹੀਂ ਹੈ ਤੁਸੀਂ ਕਿਉਂ ਸ਼ੋਅ ਕਰਨ ਦੇ ਹੋ ਇੰਨਾ ਸ਼ਾਹਰੁਖ ਖਾਨ ਮਰ ਗਿਆ ਸਲਮਾਨ ਖਾਨ ਉਹ ਡਰ ਨਿਕਲੇ ਸਲਮਾਨ ਖਾਨ ਨੇ ਤਾਂ ਡਿਨਰ ਕੀ ਆ ਮੀਡੀਆ ਇੱਦਾਂ ਦੀ ਗੱਲਾਂ ਸਾਹਮਣੇ ਕਰਦੇ ਆ ਜਿਹੜਾ ਆਪਣੇ ਮੁੱਦਾ ਉਹਦੇ ਤੇ ਰੋਸ਼ਨੀ ਪਾਈ ਨੀ ਉਦੋਂ ਤੇ ਮੀਡੀਆ ਸਾਲਾ ਪਾ ਗਿਆ ਦੋਸਤੋ ਇਸ ਗੱਲ ਤੇ ਵਿਚਾਰ ਲੈਣੇ ਬੜੇ ਜ਼ਰੂਰੀ ਹੈਗੇ ਨੇ ਕਿਉਂਕਿ ਦੋਸਤੋ ਇਹਦੇ ਉੱਤੇ ਇੱਕ ਲਾਅ ਬਣਨਾ ਚਾਹੀਦਾ ਤੇ ਮੈਨੂੰ ਲੱਗਦਾ ਲਾਅ ਬਣਿਆ ਵੀ ਹੋਏਗਾ ਕਿਉਂਕਿ ਤੁਸੀਂ ਸਿੰਪਲ ਜੀ ਛੋਟੀ ਜੀ ਗੱਲ ਹੈਗੀ ਆ ਤੁਸੀਂ ਕਿਸੇ ਵੀ ਅਸੀਂ ਕੋਈ ਵੀ ਨਿਊਜ਼ ਸੁਣਦੇ ਹਾਂ ਕਿਸੇ ਬੰਦੇ ਨੇ ਕੋਈ ਵੀ ਗਲਤ ਕੰਮ ਕਰਿਆ ਹੁੰਦਾ ਜਦ ਤੱਕ ਉਹ ਪ੍ਰੂਵ ਨਹੀਂ ਹੁੰਦਾ ਉਹਦਾ ਜਿਹੜਾ ਮੂੰਹ ਹੈ ਉਹ ਪੂਰਾ ਕਵਰ ਕਰ ਦਿੱਤਾ ਜਾਂਦਾ ਤੁਸੀਂ ਦੇਖਿਆ ਹੋਣਾ ਵੀਡੀਓਜ਼ ਦੇ ਵਿੱਚ ਨਿਊਜ਼ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਉਹਦਾ ਮੂੰਹ ਹੈ ਜਿਹੜਾ ਉਹ ਪੂਰਾ ਕਵਰ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਹ ਚਾਹੁੰਦੇ ਨੇ ਵੀ ਇਸ ਬੰਦੇ ਨੇ ਜਾ ਕੇ ਆਮ ਲੋਕਾਂ ਦੇ ਵਿੱਚ ਵੀ ਬੈਠਣਾ ਉੱਠਣਾ ਹਾਂਜੀ ਉਹਨੇ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਵਿੱਚ ਉੱਠਣਾ ਬੈਠਣਾ ਹੈਗਾ ਤੇ ਜੇ ਉਹਦਾ ਚਿਹਰਾ ਰਿਵੀਲ ਹੋ ਗਿਆ ਉਹ ਲੋਕਾਂ ਦੇ ਵਿੱਚ ਕਿਵੇਂ ਬੈਠੂਗਾ ਉਹ ਕਿਵੇਂ ਆਪਦਾ ਕਨੈਕਟ ਬਣਾਊਗਾ ਲੋਕਾਂ ਨਾਲ ਉਹਦੇ ਲਈ ਤਾਂ ਮਰਨ ਹੋ ਜਾਊਗਾ ਜੇ ਉਹ ਬੰਦਾ ਕੋਈ ਵੀ ਬੰਦਾ ਇਸ ਟਾਈਮ ਅਸੀਂ ਸ਼ਾਹਰੁਖ ਖਾਨ ਸਾਹਿਬ ਦੇ ਬੇਟੇ ਦੀ ਗੱਲ ਨਹੀਂ ਕਰ ਰਹੇ ਅਸੀਂ ਆਮ ਬੰਦਿਆਂ ਦੀਆਂ ਗੱਲਾਂ ਬਾਤਾਂ ਕਰ ਰਹੇ ਹਾਂ ਜੇ ਬੰਦੇ ਤੇ ਕਿਸੇ ਤੇ ਵੀ ਕੋਈ ਇਲਜ਼ਾਮ ਲੱਗ ਜਾਂਦਾ ਹੈ ਉਹ ਪ੍ਰੂਵ ਨਹੀਂ ਹੁੰਦਾ ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਸਿਸਟਮ ਹੈ ਅੱਜ ਕੱਲ੍ਹ ਦੀ ਜਿਹੜੀ ਟੈਕਨੋਲੋਜੀ ਹੈ ਉਹ ਕੁਛ ਵੀ ਹੋ ਸਕਦੀ ਹੈ ਕੁਛ ਵੀ ਨਹੀਂ ਪਤਾ ਅੱਖਾਂ ਦੇ ਵਿੱਚ ਵੀ ਘਟਾ ਪੈ ਜਾਂਦਾ ਹੈ ਆਮੋ ਸਾਹਮਣੇ ਦੇਖੀ ਗੱਲ ਵੀ ਗਲਤ ਹੋ ਜਾਂਦੀ ਹੈ ਜਦੋਂ ਪ੍ਰੂਵ ਕਰਨ ਵਾਲੇ ਆਉਂਦੇ ਨੇ ਤੇ ਫਿਰ ਉਦੋਂ ਤੱਕ ਉਹ ਚੀਜ਼ਾਂ ਨੂੰ ਕਿਉਂਕਿ ਇੱਕ 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 ਚੀਜ਼ ਦੇ ਉੱਤੇ ਜਦੋਂ ਕਿਸੇ ਵੀ ਬੰਦੇ ਦੇ ਉੱਤੇ ਕੋਈ ਇਲਜ਼ਾਮ ਲੱਗਦਾ ਦੋਸਤੋ ਉਹਨੇ ਕਰਿਆ ਨਹੀਂ ਕਰਿਆ ਉਹ ਤਾਂ ਉਹ ਜਾਣਦਾ ਹੈ ਪਹਿਲੀ ਚੀਜ਼ ਦੂਜੀ ਚੀਜ਼ ਉਹ ਬੰਦੇ ਦਾ ਅੰਦਰੋਂ ਤਾਂ ਮਰਨ ਹੋ ਜਾਂਦਾ ਹੈ ਉਹ ਬੰਦਾ ਤਾਂ ਅੰਦਰੋਂ ਖਤਮ ਹੋ ਜਾਂਦਾ ਹੈ ਜਦੋਂ ਉਹਨੂੰ ਪਤਾ ਲੱਗਦਾ ਵੀ ਯਾਰ ਮੈਂ ਕਿਸੇ ਚੀਜ਼ ਦੇ ਵਿੱਚ ਮੇਰੇ ਤੇ ਇਲਜ਼ਾਮ ਲੱਗ ਗਿਆ ਭਾਵੇਂ ਉਹ ਸੱਚਾ ਝੂਠਾ ਉਹ ਤਾਂ ਉਹ ਜਾਣਦਾ ਹੈ ਜਾਂ ਰੱਬ ਜਾਣਦਾ ਹੈ ਵੀ ਉਹ ਇਲਜ਼ਾਮ ਹੈਗਾ ਕਿ ਨਹੀਂ ਫਿਰ ਤੀਜੀ ਚੀਜ਼ ਉਹ ਕਦੋਂ ਖਤਮ ਹੁੰਦਾ ਅੰਦਰੋਂ ਜਦੋਂ ਉਹਨੂੰ ਗਿਲਟੀ ਕਾਨੂੰਨ ਵੱਲੋਂ ਨੋਨ ਗਿਲਟੀ ਉਹਨੂੰ ਕਰ ਦਿੱਤਾ ਜਾਂਦਾ ਹੈ ਕਾਨੂੰਨ ਵੱਲੋਂ ਤੇ ਪਰ ਉਹ ਲੋਕਾਂ ਦੇ ਵਿੱਚ ਆ ਹੀ ਨਹੀਂ ਸਕਦਾ ਉਹ ਆ ਹੀ ਨਹੀਂ ਸਕਦਾ ਲੋਕਾਂ ਦੇ ਵਿੱਚ ਉਹ ਵਿਚਾਰ ਹੀ ਨਹੀਂ ਕਰ ਸਕਦਾ ਲੋਕਾਂ ਦੇ ਵਿੱਚ ਕਿਉਂਕਿ ਅਸੀਂ ਲੋਕ ਜਿਹੜੇ ਹੈਗੇ ਹਾਂ ਸਾਡਾ ਇੱਕ ਵਿਚਾਰ ਬਣ ਜਾਂਦਾ ਹੈ ਸਾਡਾ ਇੱਕ ਓਪੀਨੀਅਨ ਬਣ ਜਾਂਦਾ ਉਸ ਬੰਦੇ ਵਾਸਤੇ ਵੀ ਇਹ ਤਾਂ ਯਾਰ ਹੈ ਜੀ ਸੱਚ ਜਾਂ ਝੂਠ ਤੁਹਾਡੇ ਵਿਚਾਰ 905-673-3337 ਪਰਮਵੀਰ ਸਾਹਿਬ ਸਤਿ ਸ੍ਰੀ ਅਕਾਲ ਕੁੜੀ ਨੇ ਚਪੇੜਾ ਮਾਰਤੀਆਂ ਸੀ ਉਹਦੇ ਰੋਡ ਤੇ ਉਹ ਹੁਣ ਵੀਡੀਓ ਕਹਿੰਦੇ ਵੀਡੀਓ ਬਣਾ ਦੀ ਉਹਨੇ ਅੱਗੇ ਸ਼ੇਅਰ ਕਰਤੀ ਅੱਗੇ ਤੋਂ ਅੱਗੇ ਸ਼ੇਅਰ ਕਰਤੀ ਕਿੰਨੇ ਲੋਕਾਂ ਤੱਕ ਪਹੁੰਚੀ ਕੱਲ ਕਿਸੇ ਨੂੰ ਪਤਾ ਹੀ ਨੀ ਬਾਅਦ ਗੱਲ ਨਿਕਲੀ ਵੀ ਉਹਦਾ ਤਾਂ ਮੁੰਡੇ ਦਾ ਕਸੂਰ ਹੀ ਕੋਈ ਨੀ ਬਹੁਤ ਗਲਤ ਸੀ ਪਰ ਹੁਣ ਇੱਕ ਚੀਜ਼ ਜਿੱਦਾਂ ਤੁਸੀਂ ਜਿੱਦਾਂ ਹੁਣ ਇਹ ਸ਼ਾਹਰੁਖ ਖਾਨ ਦੇ ਬੇਟੇ ਵਾਲੀ ਗੱਲ ਕੀਤੀ ਆ ਵੀ ਹਾਂ ਉਹ ਇੰਨਾ ਮਤਲਬ ਖਬਰਾਂ ਚ ਆਉਂਦਾ ਪਿਆ ਹਰ ਕਿਤੇ ਨਿਊਜ਼ ਆਉਂਦੀ ਪਈ ਆ
ਹੁਣ ਚਲੋ ਠੀਕ ਹੈ ਨਹੀਂ ਕੇਸ ਹੋਇਆ ਹਜੇ ਮਤਲਬ ਵੀ ਅਪਰੂਵ ਨੀ ਆ ਹੁਣ ਸਰਕਾਰ ਨੇ ਇੱਕ ਪਾਸੇ ਜਿਹੜਾ ਉਹ ਅਡਾਨੀ ਵਾਲਾ ਕੇਸ ਆ ਉਹਦੇ ਚ ਵੀ ਇੱਕ ਆਪਣਾ ਅਫਸਰ ਆ ਬੋਲਦਾ ਉਹਨੇ ਇਹ ਗੱਲ ਕਹੀ ਅਜੇ ਉੱਤੇ ਪੂਰੇ ਇਲਜ਼ਾਮ ਸਾਬਤ ਨੀ ਹੋਏ ਅਡਾਨੀ ਤੇ ਤਾਂ ਕਰਕੇ ਅਜੇ ਉਹਦੇ ਖਿਲਾਫ਼ ਕੋਈ ਕਾਰਵਾਈ ਨਾ ਕੋਈ ਬਿਆਨ ਦੇ ਸਕਦੇ ਆ ਇਹਦੇ ਤੇ ਤਵੀਨ ਦੀ ਸਾਬਤ ਹੋਏ ਫਿਰ ਇਹਦੇ ਖਿਲਾਫ਼ ਕਿਉਂ ਖ਼ਬਰਾਂ ਆਉਂਦੀਆਂ ਉਹੀ ਗੱਲਾਂ ਦੀ ਗੱਲ ਇਹਦੇ ਖਿਲਾਫ਼ ਤਾਂ ਕੋਈ ਖ਼ਬਰ ਆਏ ਨੇ ਸਹੀ ਗੱਲ ਹੈ ਸਹੀ ਗੱਲ ਕਿਆ ਬਾਤ ਹੈ ਥੈਂਕ ਯੂ ਪਰਮ ਸਰ ਥੈਂਕ ਯੂ ਬਿਲਕੁਲ ਦੋਸਤੋ ਇਹ 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 ਬੜਾ ਵਿਚਾਰ ਬੜੀਆਂ ਇਹਨਾਂ ਚੀਜ਼ਾਂ ਉੱਤੇ ਗੱਲਬਾਤ ਕਰਨ ਦੀ ਲੋੜ ਹੈ ਤੇ ਐਕਚੁਅਲ ਗੱਲਾਂ ਇਹ ਨੇ ਜਿਹਨਾਂ ਤੇ ਆਵਾਜ਼ ਚੱਕਣ ਦੀ ਲੋੜ ਹੈ ਬਾਕੀ ਸਭ ਠੀਕ ਹੈ 4496 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਭਾਜੀ ਬਹੁਤ ਵਧੀਆ ਜੀ ਚੜ੍ਹਦੀ ਕਲਾ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹਾਂਜੀ ਕੀ ਕਹਿਣਾ ਚਾਹੋਗੇ ਵੀ ਮੇਰਾ ਪੁਆਇੰਟ ਸੀਗਾ ਭਈ ਇਹ ਡਿਪੈਂਡ ਕਰਦਾ ਸਿਸਟਮ ਤੇ ਤੁਹਾਡਾ ਜਿਹੜਾ ਜਸਟਿਸ ਸਿਸਟਮ ਆ ਉਹ ਵੀ ਕਿੰਨਾ ਫੇਅਰ ਹੈਗਾ ਹਾਂਜੀ ਤੇ ਵੀ ਵਾਕਈ ਉਹ ਸਹੀ ਬੰਦੇ ਨੂੰ ਵੀ ਗਲਤ ਬਣਾ ਦਿੰਦਾ ਤੇ ਗਲਤ ਬੰਦੇ ਨੂੰ ਸਹੀ ਪ੍ਰੂਵ ਵੀ ਕਰ ਸਕਦਾ ਰਾਈਟ ਰਾਈਟ ਤੇ ਹੁਣ 1984 ਤਾਂ ਦੇਖ ਲਓ ਅੱਜ ਤੱਕ ਕਿ ਜਿਹੜੇ ਬੰਦੇ ਪਤਾ ਵੀ ਇਹ ਇਨਵੋਲਵ ਸੀਗੇ ਤੇ ਉਹ ਅੱਜ ਤੱਕ ਉਹ ਇਨੋਸੈਂਟ ਵਾਂਗੂ ਫਿਰਦੇ ਨੇ ਹਾਂਜੀ ਬਲੈਕ ਡੇਜ਼ ਦੁਨੀਆ ਦੇ ਬਲੈਕ ਡੇਜ਼ ਬਿਲਕੁਲ ਬਿਲਕੁਲ ਸੋ ਇਟ ਡਿਪੈਂਡ ਆਫ ਸਿਸਟਮ ਤੇ ਵੀ ਡਿਪੈਂਡ ਸਿਸਟਮ ਤੇ ਡਿਪੈਂਡ ਕਰਦਾ ਯਾ ਥੈਂਕ ਯੂ ਸਰ ਥੈਂਕ ਯੂ 3308 1984 ਦੀ ਗੱਲ ਯਾਦ ਕਰਾ ਕੇ ਬਹੁਤ ਮਨ ਭਾਰੀ ਕਰਾਤਾ 3308 ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮੇਰਾ ਇਹ ਕਹਿਣਾ ਹੈ ਕਿ ਮੀਡੀਆ ਨੂੰ ਤਾਂ ਗੱਲ ਥੋੜੀ ਬਹੁਤ ਉਛਾਲਣੀ ਚਾਹੀਦੀ ਹੈ ਉਹ ਅਗਰ ਤੁਸੀਂ ਲਖੇਮਪੁਰ ਖੇਰੀ ਵਾਲਾ ਕੇਸ ਦੇਖੋ ਅਗਰ ਮਿਸ਼ਰਾ ਦਾ ਜਿਹੜਾ ਅਗਰ ਉਹ ਮੀਡੀਆ ਨਾਲ ਉਛਾਲਦਾ ਤਾਂ ਕੇਸ ਵੈਸੇ ਦੱਬ ਜਾਣਾ ਸੀ ਹਾਂਜੀ ਠੀਕ ਹੈ ਤੁਸੀਂ ਕਹਿ ਰਹੇ ਹੋ ਓਕੇ ਠੀਕ ਹੈ ਸਰ ਤੁਹਾਡਾ ਨਾਮ ਜ਼ਰੂਰ ਸ਼ੇਅਰ ਕਰਨਾ ਹਾਂਜੀ ਨਾਮ ਜ਼ਰੂਰ ਸ਼ੇਅਰ ਕਰਨਾ ਹਾਂਜੀ ਮਨਜੀਤ ਸਿੰਘ ਮੇਰਾ ਨਾਮ ਠੀਕ ਹੈ ਸਰ ਤੁਹਾਡੇ ਵਿਊਜ਼ ਵੀ ਬਿਲਕੁਲ ਸਹੀ ਨੇ ਥੈਂਕ ਯੂ ਸਰ ਹਾਂਜੀ ਸੁਖਜਿੰਦਰ ਸਾਹਿਬ ਵੈਲਕਮ ਅਗੇਨ ਮੇਰਾ ਭਾਈ ਸੁਖਵਿੰਦਰ ਹੈ ਹਾਂਜੀ ਸੁਖਜਿੰਦਰ ਸਾਹਿਬ ਹਾਂਜੀ ਹਾਂਜੀ ਤੇ ਨਹੀਂ ਮੈਂ ਕਹਿ ਰਿਹਾ ਸੀ ਤੁਹਾਡੀ ਆਪਣੀ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਇੱਕ ਉਹਦੀ ਇਲਜ਼ਾਮ ਲੱਗ ਜਾਵੇ ਤੇ ਉਹਦੇ ਵਾਸਤੇ ਕਮ ਬੈਕ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ ਲੋਕਾਂ ਦੇ ਵਿੱਚ ਪਰ ਮੈਂ ਨਹੀਂ ਗੱਲ ਤੋਂ ਮੈਂ ਨਹੀਂ ਸਹਿਮਤ ਆਇਆ ਕਿਉਂਕਿ ਦੇਖੋ ਆਪਣੇ ਪ੍ਰਕਾਸ਼ ਸਿੰਘ ਬਾਦਲ 15-16 ਵਾਰੀ ਜੇਲ੍ਹ ਗਏ ਤੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਲੋਕਾਂ ਨੇ ਐਜ਼ ਚੀਫ ਮਿਨਿਸਟਰ ਐਕਸੈਪਟ ਕੀਤਾ ਠੀਕ ਹੈ ਓਕੇ ਹਾਂ ਤੇ ਕਿਉਂਕਿ ਜੇਲ੍ਹ ਜਾਣਾ ਇੱਕ ਬਹੁਤ ਵੱਡਾ ਸਫ਼ਰ ਲੱਗ ਜਾਂਦਾ ਹੈ ਰਾਈਟ ਰਾਈਟ ਉਸ ਤੋਂ ਬਾਅਦ ਵੀ ਲੋਕਾਂ ਨੇ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਤੇ ਉਹਨਾਂ ਨੂੰ ਐਜ਼ ਚੀਫ ਮਿਨਿਸਟਰ ਉਹਨਾਂ ਨੇ ਐਕਸੈਪਟ ਕੀਤਾ ਤੇ ਤੁਸੀਂ ਇਹ ਕਹਿਣਾ ਚਾਹੋ ਵੀ ਜੇ ਬੰਦਾ ਸੱਚਾ ਜੇ ਬੰਦਾ ਨੇ ਕੋਈ ਕੰਮ ਨਹੀਂ ਕਰਿਆ ਉਹਨੂੰ ਕੋਈ ਚੱਕਰ ਨਹੀਂ ਚਾਹੇ ਉਹਦਾ ਨਾਮ ਜਿਵੇਂ ਮਰਜ਼ੀ ਚੱਲ ਰਿਹਾ ਨਹੀਂ ਮੈਂ ਕਹਿ ਰਿਹਾ ਕਿ ਤੁਹਾਡੀ ਜਿਹੜੀ ਗੱਲ ਸੀ ਕਿ ਹਾਂ ਵੀ ਉਹਦੇ ਵਾਸਤੇ ਕੋਈ ਮੁਸ਼ਕਿਲ ਹੋ ਜਾਂਦਾ ਕਿ ਹਾਂ ਮਤਲਬ ਤੁਸੀਂ ਕਹਿੰਦੇ ਵੀ ਉਹਦੇ ਲਈ ਕੋਈ ਫਰਕ ਨਹੀਂ ਪੈਂਦਾ ਉਸ ਇਨਸਾਨ ਨੂੰ ਜਿਹੜੇ ਬੰਦੇ ਨੇ ਕੋਈ ਗਲਤ ਕੰਮ ਨਹੀਂ ਕਰਿਆ ਹੁੰਦਾ ਜਾਂ ਸੱਚਾ ਹੁੰਦਾ ਉਹ ਆਮ ਲੋਕਾਂ ਦੇ ਵਿੱਚ ਦੁਬਾਰਾ ਆ ਸਕਦਾ ਉਹ ਤੇ ਆਪਣੇ ਆਪ ਉੱਪਰ ਜਾਣਾ ਜਿੱਦਾਂ ਆਪਣੇ ਆਪ ਉੱਪਰ ਹੀ ਜਾਣਾ ਕਿ ਹਾਂ ਵੀ ਇਹ ਬੰਦਾ ਸੱਚਾ ਸੀ ਉੱਪਰ ਜਾਣਾ ਨਹੀਂ ਠੀਕ ਹੈ ਸਰ ਠੀਕ ਹੈ ਠੀਕ ਹੈ ਠੀਕ ਹੈ ਸੁਖਵਿੰਦਰ ਸਾਹਿਬ ਥੈਂਕ ਯੂ ਬਿਲਕੁਲ ਬਿਲਕੁਲ ਕਾਫੀ ਹੱਦ ਤੱਕ ਸੁਖਵਿੰਦਰ ਸਾਹਿਬ ਦੇ ਵਿਚਾਰ ਵੀ ਬੜੇ ਬੜੇ ਹੈਗੇ ਨੇ ਬਿਲਕੁਲ ਉਹ ਕਹਿੰਦੇ ਵੀ ਬੰਦੇ ਬੰਦੇ ਦੇ ਉੱਤੇ ਵੀ ਡਿਪੈਂਡ ਕਰਦਾ ਇਹੀ ਗੱਲ ਦੁਬਾਰਾ ਧਿਆਨ ਨਾਲ ਸੁਣਨਾ ਬੰਦੇ ਬੰਦੇ ਦੇ ਉੱਤੇ ਵੀ ਡਿਪੈਂਡ ਕਰਦਾ ਦੋਸਤੋ ਬੰਦਾ ਕੋਈ ਵੀ ਬੱਚਾ ਜਾਂ ਕੋਈ ਵੀ ਬੰਦਾ ਉਹਦੇ ਮਾਨਸਿਕਤਾ ਦੀ ਉਹਦੀ ਕੀ ਲੈਵਲ ਹੈ ਹਾਂਜੀ ਜਦੋਂ ਇੱਕ ਜਿਹੜਾ ਦੋਸਤੋ ਫੇਮ ਹੁੰਦਾ ਨਾ ਜਦੋਂ ਕੋਈ ਬੰਦਾ ਕੋਈ ਵੀ ਕਿਸੇ ਵੀ ਲੈਵਲ ਤੇ ਹੈਗਾ ਜਦੋਂ ਉਹ ਪਹਿਲੀ ਵਾਰ ਦੇਖੋ ਕਿੰਨੇ ਵੀ ਸੈਲੀਬ੍ਰਿਟੀ ਤੁਸੀਂ ਦੇਖੋ ਕਿੰਨੇ ਵੀ ਸੈਲੀਬ੍ਰਿਟੀ ਦੇਖ ਲਓ ਜਿਨ੍ਹਾਂ ਨੇ ਤਰੱਕੀ ਚੁਟਕੀਆਂ ਦੇ ਨਾਲ ਲਈ ਹੈ ਬੜੇ ਲੋਕ ਨੇ ਜਿਹੜੇ ਜਲਦੀ ਜਲਦੀ ਉਹਨਾਂ ਨੂੰ ਸੰਭਾਲ ਨਹੀਂ ਪਾਏ ਮੈਂ ਨਾਮ ਨਹੀਂ ਲਊਂਗਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਜਾਣੋ ਉਹਨਾਂ ਨਾਮਾਂ ਤੋਂ ਬੜੀ ਜਲਦੀ ਸੰਭਾਲ ਨਹੀਂ ਪਾਏ ਉਹ ਲੈਵਲਾਂ ਨੂੰ ਲੋਕ ਉਹ ਦੁਬਾਰਾ ਉਹ ਲੈਵਲ ਨਹੀਂ ਪ੍ਰਾਪਤ ਕਰ ਸਕੇ ਲੈਵਲ ਕਿਸੇ ਵੀ ਲੈਵਲ ਤੇ ਫੇਮ ਦੇ ਵਿੱਚ ਜਾਣ ਦੀ ਕੋਈ ਵੱਡੀ ਗੱਲ ਨਹੀਂ ਹੁੰਦੀ ਵੱਡੀ ਗੱਲ ਉਹ ਹੈ ਉੱਥੇ ਸਟੇਬਲ ਰਹਿਣਾ ਉਸ ਲੈਵਲ ਨੂੰ ਮੇਨਟੇਨ ਕਰਨਾ ਇਹ ਵੱਡੀ ਗੱਲ ਹੈ
ਤੇ ਉਹ ਵੀ ਲੋਕ ਬੈਠੇ ਨੇ ਅੱਜ ਦੇ ਸਮੇਂ ਦੇ ਵਿੱਚ। ਸਿਰਫ ਗੱਲ ਇੰਨੀ ਕੁ ਕਰ ਰਹੇ ਸੀਗੇ ਵੀ ਜਿਹੜਾ ਇਹ ਵਿਚਾਰ ਹੈ, ਜਿਹੜਾ ਇਹ ਟੋਪਿਕ ਹੈ, ਕਿਸੇ ਵੀ ਲੈਵਲ ਤੇ ਬੰਦੇ ਨੂੰ ਲੈਣ ਨੂੰ ਵੀ, ਜਦ ਤੱਕ ਵਿਚਾਰ ਜਦ ਤੱਕ ਉਹਦੇ ਤੇ ਪ੍ਰੂਵ ਨਹੀਂ ਹੋ ਜਾਂਦਾ ਕਿ ਮੀਡੀਆ ਹੋਇਆ ਜਾਂ ਕੋਈ ਵੀ ਬੰਦਾ ਹੋਇਆ ਕਿ ਉਹਦੀ ਜਿਹੜੀ ਆਈਡੈਂਟੀ ਹੈ ਉਹ ਡਿਸਕਲੋਜ਼ ਹੋਣੀ ਚਾਹੀਦੀ ਹੈ ਜਾਂ ਨਹੀਂ। 905-673-3337 ਤੇ ਦੋਸਤੋ ਗੱਲਾਂ ਬਾਤਾਂ ਕਰ ਰਹੇ ਹੈਗੇ ਹਾਂ ਤੇ ਤੁਹਾਨੂੰ ਗਾਣਾ ਵੀ ਸੁਣਾਉਣੇ ਆ, ਬਾ ਕਮਾਲ ਗਾਣਾ ਜਾਰੀ ਜੰਗ ਰੱਖਿਓ। ਇਹ ਸਾਡੇ ਕਿਸਾਨ ਵੀਰਾਂ ਵਾਸਤੇ ਗਾਣਾ ਹੈਗਾ ਦੋਸਤੋ, ਆਓ ਸੁਣੀਏ। ਕਿਆ ਬਾਤ ਹੈ, ਥੈਂਕ ਯੂ ਥੈਂਕ ਯੂ ਥੈਂਕ ਯੂ। ਤੇ ਬਿਲਕੁਲ ਜਾਰੀ ਜੰਗ ਰੱਖਿਓ ਤੇ ਬਿਲਕੁਲ ਦੋਸਤੋ ਜਦ ਤੱਕ ਨਤੀਜਾ ਨਹੀਂ ਆ ਜਾਂਦਾ ਉਦੋਂ ਤੱਕ ਤਾਂ ਜਿਹੜੀ ਜੰਗ ਹੈ ਉਹ ਜਾਰੀ ਰਹੂਗੀ। ਤੇ ਬਿਲਕੁਲ ਸਾਡੇ ਕਿਸਾਨ ਵੀਰਾਂ ਭੈਣਾਂ ਜੋ ਦਿੱਲੀ ਬਾਰਡਰ ਤੇ ਹਜੇ ਤੱਕ ਬੈਠੇ ਨੇ ਉਹਨਾਂ ਨੂੰ ਸਲਿਊਟ, ਜਿੰਨਾ ਵੀ ਕੀਤਾ ਜਾਵੇ ਉਹਨਾਂ ਥੋੜਾ। 905-673-3337 ਤੇ ਦੋਸਤੋ ਗੱਲਾਂ ਬਾਤਾਂ ਚੱਲ ਰਹੀਆਂ ਨੇ। ਇੱਕ ਕਹਾਣੀ ਸੁਣਾਉਣੀ ਹੈ ਤੁਹਾਨੂੰ। ਤੁਸੀਂ ਮੈਨੂੰ ਤਾਂ ਇੱਕ ਪਹਿਲਾਂ ਇਹ ਦੱਸੋ ਵੀ ਤੁਸੀਂ ਸਾਂਝ ਰੇਡੀਓ ਟੋਰਾਂਟੋ ਨੂੰ ਟਿਕਟੋਕ, ਫੇਸਬੁੱਕ, ਯੂਟਿਊਬ, ਇੰਸਟਾਗ੍ਰਾਮ ਤੇ ਫੋਲੋ ਕਰ ਲਿਆ ਕਿ ਨਹੀਂ ਕਰ ਲਿਆ? ਕਿਉਂਕਿ ਜੇ ਤੁਸੀਂ ਨਹੀਂ ਕੀਤਾ ਤਾਂ ਬੜੀਆਂ ਚੀਜ਼ਾਂ ਮਿਸ ਕਰ ਰਹੇ ਹੋ ਤੁਸੀਂ। ਇੱਕ ਥੋੜੇ ਦਿਨ ਪਹਿਲਾਂ ਹੀ ਇੱਕ ਮੈਂ ਕਹਾਣੀ ਸੁਣਾਈ ਸੀਗੀ ਟਿਕਟੋਕ ਦੇ ਉੱਤੇ, ਉਹ ਦੁਬਾਰਾ ਸੁਣਾਉਣ ਲੱਗਿਆ ਤੁਹਾਨੂੰ ਅੱਗੇ ਰੇਡੀਓ ਦੇ ਉੱਤੇ। ਬੜਾ ਦਿਲ ਸੀਗਾ ਤੁਹਾਨੂੰ, ਕਿਉਂਕਿ ਇਹ ਜਿਹੜੀ ਸਟੋਰੀ ਆ ਦੋਸਤੋ ਮੇਰੇ ਮੂੰਹੋਂ ਜਾਂ ਤੁਸੀਂ ਆਪਦੇ ਮੂੰਹੋਂ ਸ਼ੇਅਰ ਕਰੋ ਜਿੰਨਾ ਕਰ ਸਕਦੇ, ਕਿਉਂਕਿ ਜਿਹੜੀ ਇਹ ਚ ਵਾਹਵਾਹੀ ਹੈ ਨਾ ਉਹ ਸਟੋਰੀ ਦੀ ਵਾਹਵਾਹੀ ਹੈ, ਕਿਉਂਕਿ ਸਟੋਰੀ ਦੇ ਵਿੱਚ ਬੜਾ ਕੁਝ ਸਿੱਖਣ ਨੂੰ ਮਿਲਣਾ। ਇਹਦੇ ਮੈਂ ਤੁਹਾਡੇ ਵਿਊਜ਼ ਵੀ ਲਊਂਗਾ ਵੀ ਤੁਸੀਂ ਜ਼ਿੰਦਗੀ ਨੂੰ ਆਪਦੀ ਨੂੰ ਕਿਵੇਂ ਚਲਾਉਂਦੇ ਹੋ। ਇੱਕ ਮੈਂ ਸਟੋਰੀ ਵੀ ਸੁਣਾਊਂਗਾ, ਉਸ ਤੋਂ ਬਾਅਦ ਇੱਕ ਮੈਂ ਹੋਰ ਵੀ ਚੀਜ਼ ਸੁਣਾਊਂਗਾ। ਸਟੋਰੀ ਨਹੀਂ ਹੈਗੀ, ਇੱਕ ਐਡ ਆਈ ਸੀਗੀ ਥੋੜੇ ਟਾਈਮ ਪਹਿਲਾਂ, ਉਹ ਵੀ ਤੁਹਾਨੂੰ ਉਹਦੇ ਬਾਰੇ ਵੀ ਦੱਸੂਗਾ। ਇਹ ਸਟੋਰੀ ਇਸ ਤਰ੍ਹਾਂ ਦੋਸਤੋ, ਕਹਿੰਦੇ
एक स्टूडेंट सीगा, एक नौजवान सीगा जेड़ा वड्डा जदों हो गया जब तक स्कूल दे विच सीगा पढ़ाई करके एक लैवल ते पहुंच गया ते ओह तो बाद एक दिन गार्डन दे कोलों लंघिया जावे ते उन्हें देखिया भी ये तां बजुर्ग जिहड़े बैठे ने ये तां मेरे टीचर रह चुके ने ओह उन्हां कोल गया ओह टीचर नूं कहिंदा भी जी तुसीं मैनूं पछाणिया ओह कहिंदे नहीं बेटा मैं तां नहीं पछाणिया ਉਹ ਕਹਿੰਦੇ ਵੀ ਮੈਂ ਜੇ ਤੁਹਾਨੂੰ ਇੱਕ ਗੱਲ ਯਾਦ ਕਰਾਵਾਂ ਬਚਪਨ ਦੀ ਵੀ ਤੁਹਾਨੂੰ ਯਾਦ ਆ ਜਾਊਗਾ ਮੈਂ ਉਹ ਕਹਿੰਦੇ ਕਿਹੜੀ ਗੱਲ ਉਹ ਕਹਿੰਦੇ ਤੁਹਾਡੇ ਯਾਦ ਹੈ ਵੀ ਇੱਕ ਵਾਰ ਕਲਾਸ ਦੇ ਵਿੱਚ ਇੱਕ ਬੱਚਾ ਬੜੀ ਮਹਿੰਗੀ ਘੜੀ ਲੈ ਕੇ ਆਇਆ ਸੀਗਾ ਤੇ ਉਹ ਚੋਰੀ ਹੋ ਗਈ ਸੀ ਉਹ ਕਹਿੰਦੇ ਹਾਂਜੀ ਵੀ ਗੱਲ ਤਾਂ ਮੇਰੇ ਯਾਦ ਹੈ ਕਹਿੰਦੇ ਤੁਹਾਨੂੰ ਯਾਦ ਹੈ ਵੀ ਉਹ ਜਿਹੜਾ ਬੱਚਾ ਸੀਗਾ ਉਹ ਮੈਂ ਸੀਗਾ ਜਿਹਨੇ ਚੋਰੀ ਕੀਤੀ ਸੀ ਉਹ ਕਹਿੰਦੇ ਨਹੀਂ ਮੈਨੂੰ ਤਾਂ ਨਹੀਂ ਧਿਆਨ ਚੱਗਾ ਵੀ ਉਹ ਵੀ ਬੱਚਾ ਤੂੰ ਸੀਗਾ ਉਹ ਕਹਿੰਦਾ ਮੈਂ ਤੁਹਾਨੂੰ ਗੱਲ ਯਾਦ ਕਰਾਉਣਾ ਮੈਨੂੰ ਲੱਗਦਾ ਤੁਹਾਨੂੰ ਗੱਲ ਯਾਦ ਨਹੀਂ ਆਈ ਪ੍ਰੋਪਰ ਕਹਿੰਦਾ ਮੈਂ ਤੁਹਾਨੂੰ ਗੱਲ ਯਾਦ ਕਰਾ ਦਿੰਦਾ ਕਹਿੰਦਾ ਜਦੋਂ ਉਹ ਬੱਚਾ ਮਹਿੰਗੀ ਘੜੀ ਲੈ ਕੇ ਆਇਆ ਕਹਿੰਦਾ ਮੇਰਾ ਦਿਲ ਕੀਤਾ ਵੀ ਮੈਂ ਇਹਨੂੰ ਚੱਕ ਲਵਾਂ ਮੈਂ ਚੱਕ ਕੀ ਲਵਾਂ ਮੈਂ ਇਹਨੂੰ ਚੱਕ ਲਿਆ ਮੈਂ ਉਹਨੂੰ ਚੱਕ ਕੇ ਆਪਣੀ ਜੇਬ ਦੇ ਵਿੱਚ ਪਾ ਲਿਆ ਤੇ ਥੋੜੀ ਦੇਰ ਦੇ ਵਿੱਚ ਜਦੋਂ ਪਤਾ ਲੱਗਾ ਵੀ ਉਹ ਜਿਹੜੀ ਘੜੀ ਹੈ ਉਹਨੂੰ ਲੱਭ ਨਹੀਂ ਰਹੀ ਕਿਉਂਕਿ ਘੜੀ ਕਾਫੀ ਕੋਸਟਲੀ ਵੀ ਸੀ ਤੇ ਵਧੀਆ ਵੀ ਸੀ ਤੇ ਉਹ ਬੱਚੇ ਨੇ ਜਦੋਂ ਤੁਹਾਨੂੰ ਦੱਸਿਆ ਵੀ ਮੇਰੀ ਘੜੀ ਨਹੀਂ ਮਿਲ ਰਹੀ ਤੇ ਕਹਿੰਦੇ ਤੁਸੀਂ ਨੇ ਸਾਨੂੰ ਪੁੱਛਿਆ ਸਾਰਿਆਂ ਨੂੰ ਵੀ ਭਾਈ ਮੇਰੀ ਘੜੀ ਕਿੱਥੇ ਗਈ ਵੀ ਬੱਚਾ ਜਿਹੜਾ ਮੰਗ ਰਿਹਾ ਹੈਗਾ ਇਹਦੀ ਘੜੀ ਇਹਨੂੰ ਦੇਣੀ ਹੈਗੀ ਆਪਾਂ ਨੇ ਤੇ ਬਹੁਤ ਗਲਤ ਗੱਲ ਹੈ ਜੇ ਤੁਹਾਡੇ ਚੋਂ ਕਿਸੇ ਬੱਚੇ ਨੇ ਚੱਕੀ ਹੈ ਤੇ ਤੁਸੀਂ ਕਹਿੰਦੇ ਮੇਰੇ ਕੋਲ ਘੜੀ ਸੀ ਪਰ ਡਰ ਵੀ ਮੇਰੇ ਅੰਦਰ ਸੀ ਪਰ ਮੈਂ ਚਾਹੁੰਦਾ ਸੀ ਵੀ ਉਹ ਘੜੀ ਮੈਂ ਨਾ ਦੇਵਾਂ ਇਸ ਕਰਕੇ ਮੈਂ ਆਪਦੀ ਜੇਬ ਦੇ ਵਿੱਚ ਛੁਪਾ ਲਈ ਤੇ ਤੁਸੀਂ ਬੜੀ ਰਿਕੁਐਸਟ ਕਰੀ ਰਿਕੁਐਸਟ ਕਰਨ ਤੋਂ ਬਾਅਦ ਤੁਸੀਂ ਨੇ ਦਰਵਾਜ਼ਾ ਬੰਦ ਕਰਤਾ ਕਲਾਸ ਦਾ ਤੁਸੀਂ ਨੇ ਇਹ ਕਿਹਾ ਵੀ ਮੈਂ ਕਹਿਣਾ ਕਿਸੇ ਨੂੰ ਕੁਛ ਨਹੀਂ ਪਰ ਮੈਂ ਸਾਰਿਆਂ ਦੀਆਂ ਜੇਬਾਂ ਚੈੱਕ ਕਰੂੰਗਾ ਤੁਸੀਂ ਕਿਹਾ ਵੀ ਸਾਰੇ ਜਾਣੇ ਸਰਕਲ ਬਣਾਓ ਬੜੇ ਧਿਆਨ ਨਾਲ ਦੋਸਤੋ ਸਟੋਰੀ ਨੂੰ ਸੁਣਨਾ ਹੈ ਕਹਿੰਦੇ ਵੀ ਤੁਸੀਂ ਕਿਹਾ ਵੀ ਸਾਰੇ ਜਾਣੇ ਸਰਕਲ ਬਣਾ ਲਓ ਸਰਕਲ ਬਣਾ ਲਿਆ ਸਾਰਿਆਂ ਨੇ ਤੁਸੀਂ ਜੇਬਾਂ ਚੈੱਕ ਕਰਨ ਲੱਗ ਗਏ ਸਾਰਿਆਂ ਦੀਆਂ ਤੇ ਇੱਕ ਚੀਜ਼ ਜੇਬਾਂ ਚੈੱਕ ਕਰਨ ਤੋਂ ਪਹਿਲਾਂ ਤੁਸੀਂ ਨੇ ਇੱਕ ਕਹੀ ਸਾਰੇ ਬੱਚਿਆਂ ਨੂੰ ਵੀ ਆਪਣੀਆਂ ਆਪਣੀਆਂ ਅੱਖਾਂ ਬੰਦ ਕਰ ਲਓ ਧਿਆਨ ਰੱਖਿਓ ਉਹਨਾਂ ਨੇ ਕਿਉਂ ਕਿਹਾ ਇਹ ਤੁਹਾਨੂੰ ਪਤਾ ਵੀ ਉਹਨਾਂ ਨੇ ਕਿਉਂ ਕਿਹਾ ਵੀ ਆਪਣੀਆਂ ਆਪਣੀਆਂ ਅੱਖਾਂ ਬੰਦ ਕਰ ਲਓ ਤੇ ਜਦੋਂ ਤੁਸੀਂ ਮੇਰੇ ਤੱਕ ਪਹੁੰਚੇ ਤੇ ਤੁਹਾਨੂੰ ਉਹ ਘੜੀ ਮਿਲ ਗਈ ਤੇ ਤੁਸੀਂ ਨੇ ਜੇਬ ਚੋਂ ਕੱਢੀ ਤੇ ਉਹ ਬੱਚੇ ਨੂੰ ਵਾਪਸ ਕਰ ਦਿੱਤੀ ਤੇ ਕਹਿੰਦੇ ਵੀ ਇਹ ਚੀਜ਼ ਨੇ ਮੇਰੇ ਉੱਤੇ ਬੜਾ ਕੰਮ ਕਰਿਆ ਮੈਂ ਜਦੋਂ ਇਹ ਚੀਜ਼ ਬਾਰੇ ਸੋਚਿਆ ਸੁਣਿਆ ਦਿਮਾਗ ਲਾਇਆ ਵੀ ਤੁਸੀਂ ਸਾਰਿਆਂ ਬੱਚੇ ਦੀਆਂ ਅੱਖਾਂ ਕਿਉਂ ਬੰਦ ਕਰੀਆਂ ਤੇ ਕਹਿੰਦੇ ਹੁਣ ਤੁਸੀਂ ਮੈਨੂੰ ਪਹਿਚਾਣ ਲਿਆ ਵੀ ਮੈਂ ਉਹ ਬੱਚਾ ਉਹ ਕਹਿੰਦੇ ਨਹੀਂ ਕਹਿੰਦੇ ਮੈਂ ਤੈਨੂੰ ਪਹਿਚਾਣਿਆ ਕਿਉਂਕਿ ਮੈਂ ਵੀ ਆਪਣੀਆਂ ਅੱਖਾਂ ਬੰਦ ਕਰ ਲਈਆਂ ਸੀ ਧਿਆਨ ਨਾਲ ਕਹਿੰਦੇ ਵੀ ਮੈਂ ਉਹਨਾਂ ਬੱਚਿਆਂ ਦੀਆਂ ਅੱਖਾਂ ਤਾਂ ਬੰਦ ਕਰਾਈਆਂ ਵੀ ਕੋਈ ਬੱਚਾ ਬਾਅਦ ਦੇ ਵਿੱਚ ਜਾ ਕੇ ਤੈਨੂੰ ਕਮੈਂਟ ਨਾ ਕਰਦੇ ਦੂਜੀ ਚੀਜ਼ ਮੇਰੇ ਅੰਦਰ ਵੀ ਮੈਲ ਨਾ ਤੇਰੇ ਲਈ ਬਣ ਜੇ ਇਸ ਕਰਕੇ ਮੈਂ ਆਪਦੀਆਂ ਅੱਖਾਂ ਵੀ ਬੰਦ ਕਰ ਲਈਆਂ ਕਿਆ ਬਾਤ ਹੈ ਦੋਸਤ ਕੀ ਅਸੀਂ ਐਵੇਂ ਸੋਚਦੇ ਹਾਂ ਜ਼ਿੰਦਗੀ ਨੂੰ ਕਿ ਅਸੀਂ ਦੇਖਦੇ ਹਾਂ ਵੀ ਜੇ ਕੋਈ ਅਸੀਂ ਗਲਤੀ ਕਿਸੇ ਇਨਸਾਨ ਦੀ ਦੇਖ ਵੀ ਲਈ ਕੀ ਅਸੀਂ ਅਣਦੇਖਾ ਕਰਦੇ ਹਾਂ ਨਹੀਂ ਕਰਦੇ ਕਿੰਨੇ ਕੁ ਲੋਕਾਂ ਅਸੀਂ ਜਦੋਂ ਸਾਡੇ ਕੋਲ ਟੇਢੇ ਮੇਢੇ ਫੇਸਬੁੱਕ ਯੂਟਿਊਬ ਦੇ ਉੱਤੇ ਜਾਂ ਵਟਸਐਪ ਗਰੁੱਪਸ ਦੇ ਵਿੱਚ ਬੜੀਆਂ ਚੀਜ਼ਾਂ ਆਉਂਦੀਆਂ ਨੇ ਅਸੀਂ ਬਿਨਾਂ ਸੋਚੇ ਸਮਝੀ ਸ਼ੇਅਰ ਕਰ ਦਿੰਦੇ ਹਾਂ ਸਾਨੂੰ ਪਤਾ ਨਹੀਂ ਹੁੰਦਾ ਉਸ ਬੰਦੇ ਨੇ ਉਹ ਕੰਮ ਕੀਤਾ ਹੈ ਜਾਂ ਨਹੀਂ ਕੀਤਾ ਜਾਂ ਕੋਈ ਵੀ ਗੱਲ ਹੈ ਕਿਸੇ ਦੀ ਕੋਈ ਫੋਟੋ ਸ਼ੇਅਰ ਹੋ ਰਹੀ ਹੈ ਅਸੀਂ ਐਵੇਂ ਸ਼ੇਅਰ ਕਰ ਦਿੰਦੇ ਦੋਸਤੋ ਗੱਲਾਂ ਤੁਹਾਨੂੰ ਛੋਟੇ ਛੋਟੇ ਤੁਹਾਨੂੰ ਲੱਗਦੇ ਹੋਣ ਕੀ ਫਰਕ ਪੈਂਦਾ ਮੈਂ ਕਿਹੜਾ ਇਸ ਬੰਦੇ ਨੂੰ ਜਾਣਦਾ ਪਰ ਅਸੀਂ ਹਰ ਇੱਕ ਦੂਜੇ ਨੂੰ ਜਾਣਦੇ ਹਾਂ ਦੋਸਤੋ ਜਿਹੜੇ ਵੀ ਬੰਦੇ ਨੂੰ ਦੁਨੀਆਂ ਦੇ ਵਿੱਚ ਤੁਹਾਨੂੰ ਦੇਖਣ ਦਾ ਮੌਕਾ ਮਿਲਦਾ ਜਿਹੜੇ ਵੀ ਇਨਸਾਨ ਨੂੰ ਤੁਹਾਨੂੰ ਸੁਣਨ ਦਾ ਮੌਕਾ ਮਿਲਦਾ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਤੁਹਾਡਾ ਉਸ ਇਨਸਾਨ ਦੇ ਨਾਲ ਕਨੈਕਟ ਰਿਹਾ ਹੋਊਗਾ ਤਾਂ ਹੀ ਉਹ ਬੰਦਾ ਤੁਹਾਡੇ ਰਾਹ ਦੇ ਵਿੱਚ ਆਇਆ ਉਹ ਅਲੱਗ ਗੱਲ ਹੈ ਤੁਸੀਂ ਉਹ ਰਾਹ ਦੇ ਵਿੱਚ ਉਹਦੇ ਨਾਲ ਕਿਵੇਂ ਮਿਲਣਸਾਰ ਕੀਤਾ ਕਿਵੇਂ ਉਹਦੇ ਨਾਲ ਕਨੈਕਟ ਕੀਤਾ ਕਿਵੇਂ ਉਹਨੂੰ ਹੱਥ ਮਿਲਾ ਕੇ ਭੇਜ ਦਿੱਤਾ ਹੈ ਜਾਂ ਉਹਦੀ ਅੱਗੇ ਫੋਟੋ ਜਾਂ ਵੀਡੀਓ ਜਾਂ ਕੋਈ ਵੀ ਚੀਜ਼ ਹੈ ਫਾਰਵਰਡ ਕਰਕੇ ਜਾਂ ਕਿਸੇ ਦੀ ਕੋਈ ਗੱਲ ਪਤਾ ਲੱਗੀ 10 ਬੰਦਿਆਂ ਦੇ ਵਿੱਚ ਕਹਿ ਕੇ ਅੱਗੇ ਲੰਘੇ ਰੱਬ ਜਾਣਦਾ ਆਓ ਚੱਲਦੇ ਹਾਂ ਅਗਲੀ ਕਾਲ ਵੱਲ 356 ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਖਾਣਾ ਬਣਾਇਆ ਫਿਰ ਮੈਂ ਆਪਣਾ ਫੂਡ ਲੈ ਕਰ ਲੋ ਉਹ ਕਹਿੰਦੇ ਸਾਡੇ ਭਰਾ ਨੇ ਆਉਣਾ ਫਿਰ ਕਰਾਂਗੇ 15-20 ਦਿਨ ਫਿਰ ਲੰਘ ਗਏ ਉਹਨਾਂ ਨੇ ਲੈ ਲਈ ਫਿਰ ਮੈਂ ਚਲੋ ਮੇਰੇ ਨਾਲ ਮੈਂ ਕਰਕੇ ਲਿਆਉਣੀ ਆ
ਫਿਰ ਮੈਂ ਆਪਣੇ ਬੱਚੇ ਵੀ ਜੇ ਅਸੀਂ ਦੂਰ ਰਹਿੰਦੇ ਹਾਂ ਸਮੱਸਿਆ ਲਿਆਉਣੇ ਜਾਂ ਮੈਂ ਸਕੂਲੇ ਲਿਆਉਣੇ ਉਹਨਾਂ ਨੂੰ ਵੀ ਬਾਏ ਗੁੜ ਦੇਣੇ ਤਾਂ ਵੱਡੀ ਦਿੱਕਤ ਨੀ ਹੈਗੀ ਫਿਰ ਉਹਨਾਂ ਨੇ ਕੀ ਕੀਤਾ ਫਿਰ ਮੇਰੇ ਕੋਰਨਰ ਦੇ ਭਾਂਡੇ ਚੱਕ ਕੇ ਲੈ ਗਏ ਮੇਰਾ ਮਿਲਕ ਸ਼ੇਕ ਵੀ ਚੱਕ ਕੇ ਲੈ ਗਏ ਹੁਣ ਕਿੰਨਾ ਵੀ ਲੋਕ ਕੱਲ੍ਹ ਦਾ 10,000 ਡਾਲਰ ਦਾ ਸਮਾਨ ਲੈ ਜਾਂਦਾ ਹਰ ਤਰ੍ਹਾਂ ਦੇ ਲੋਕ ਨੇ ਜੀ ਦੁਨੀਆਂ ਚ ਫਿਰ ਕਹਿਣ ਲੱਗੇ ਕਿ ਮੈਂ ਪਿੱਛੇ ਮੈਂ ਕਿਹਾ ਮੇਰੇ ਘਰ 3 ਤਵੇ ਆ ਤੇ ਆਹ ਤਬਾਗੀ ਦਾ ਆ ਮੇਰੇ ਕੋਲ ਕੁੜੀ ਦੇ ਰਹਿ ਰਹੀ ਸੀ ਉਹ ਕਹਿੰਦੀ ਆਹ ਮੇਰਾ ਆ ਮੇਰਾ ਮੈਂ ਕਿਹਾ ਤੇਰੇ ਕੋਲ 3 ਤਵੇ ਮੈਂ ਕੱਢਣਾ ਨੀ ਕਿਉਂਕਿ ਇੱਕ ਭੈਣ ਲੱਥਾ ਉਹ ਮੇਰੇ ਬੇਟੇ ਨੂੰ ਪਸੰਦ ਨਾ ਉਹੀ ਵਰਤਦੀ ਆ ਤੇ ਮੇਰੇ ਬੇਟੇ ਨੇ ਕੋਤਵਾ ਚੁੱਕ ਲੈਂਦਾ ਉਹ ਉਹਨੂੰ ਕਹਿਣ ਲੱਗੀ ਸਾਡਾ ਆ ਤੇ ਉਹ ਵੀ ਦੇਖੋ ਅਸੀਂ ਇਮਾਨਦਾਰੀ ਨਾਲ ਦੇ ਕੇ ਆਏ ਮੈਸੇਜ ਦਿਖਾ ਸਕਦਾ ਜੀ ਮੇਰੇ ਉੱਤੇ ਮੈਸੇਜ ਆ ਵੀ ਤੁਹਾਡਾ ਅਸੀਂ ਦੇ ਕੇ ਜਾਂਦੇ ਹਾਂ ਅਸੀਂ ਉਹ ਵੀ ਦੇਤਾ ਮੈਨੂੰ ਛੇਕ ਵੀ ਦੇ ਜਾਮ ਬੇਸਣ ਜੇ ਸਾਡਾ ਹੈ ਹੀ ਨਹੀਂ ਕੁਛ ਜੋ ਗਲਤ ਹੈ ਇੱਕ ਵਾਰੀ ਮੈਨੂੰ ਕਿਸੇ ਨੇ ਜੱਜ ਦੇ ਕੋਲ ਕਿਸੇ ਦੇ ਨਾਲ ਜਾਣਾ ਪੈ ਗਿਆ ਕਿਸੇ ਨੂੰ ਹੈਲਪ ਦੀ ਲੋੜ ਹੀ ਤਾਂ ਮਿਲੀ ਨਹੀਂ ਲਿਖੀ ਆਉਂਦੀ ਤੇ ਉਹ ਜੱਜ ਨੇ ਉੱਥੇ ਕਿਸੇ ਚੋਰੀ ਕੀਤੀ ਫੂਡ ਦੀ ਜੱਜ ਨੇ ਇਹ ਕਿਹਾ ਇਨਸਾਨ ਕੋਈ ਵੀ ਗਲਤ ਕਰਦਾ ਹੈਗਾ ਉਹਨੂੰ ਹਰ ਧਰਮ ਦੇ ਵਿੱਚ ਹਰ ਜਾਤੀ ਦੇ ਵਿੱਚ ਨਿਖੇਧੀ ਕੀਤੀ ਜਾਂਦੀ ਹੈ ਉਸ ਇਨਸਾਨ ਦੀ ਕਿਉਂਕਿ ਦੋਸਤੋ ਗੁਰੂ ਸਾਹਿਬਾਨਾਂ ਵੱਲੋਂ ਸੱਚੇ ਪਾਤਸ਼ਾਹ ਵਾਹਿਗੁਰੂ ਵੱਲੋਂ ਹਰ ਧਰਮ ਹਰ ਜਾਤੀ ਵੱਲੋਂ ਇਹੀ ਚੀਜ਼ ਸਿਖਾਈ ਜਾਂਦੀ ਹੈ ਜਦੋਂ ਕੋਈ ਗਲਤ ਕੰਮ ਤੁਸੀਂ ਕਰਦੇ ਹੋ ਉਹ ਕਿਹੜੇ ਪਾਸੇ ਜਾਣਾ ਹਾਂਜੀ ਉਹ ਕਿਹੜੇ ਪਾਸੇ ਲੱਗਣਾ ਹੈਗਾ ਉਹ ਧਿਆਨ ਰੱਖਣਾ ਪਰ ਜਿਹੜੀ ਸਟੋਰੀ ਸੁਣਾਈ ਹੈਗੀ ਆ ਦੋਸਤੋ ਇਹ ਸਟੋਰੀ ਇੰਨੀ ਕਹਿ ਵੀ ਦੇਖੋ ਬਹੁਤ ਚੀਜ਼ਾਂ ਜ਼ਿੰਦਗੀ ਦੇ ਵਿੱਚ ਹੁੰਦੀਆਂ ਨੇ ਪਹਿਲਾਂ ਵੀ ਜਿਹੜਾ ਮੈਂ ਟੋਪਿਕ ਚੱਕਿਆ ਸੀ ਇਸੇ ਰਿਲੇਟਡ ਸੀਗਾ ਬੜੀਆਂ ਚੀਜ਼ਾਂ ਨੇ ਤੁਸੀਂ ਜਿਵੇਂ ਕਹਿ ਗਏ ਇੱਕ ਵਾਰੀ ਇਗਨੋਰ ਕਰ ਦੋ ਵਾਰ ਇਗਨੋਰ ਕਰ ਦੋ ਕਿੰਨੀ ਵਾਰ ਬੰਦਾ ਇਗਨੋਰ ਕਰੂਗਾ ਪਰ ਜਿਹੜੀ ਗਲਤ ਹੈ ਉਹ ਗਲਤ ਹੈ ਜਿਹੜਾ ਬੰਦਾ ਗਲਤ ਹੈ ਉਹ ਗਲਤ ਹੀ ਰਹੂਗਾ ਉਹਨੇ ਜਿਹੜੇ ਗਲਤ ਇਨਸਾਨ ਨੇ ਉਹਨੇ ਕਦੇ ਨਾ ਕਦੇ ਫਸ ਹੀ ਜਾਣਾ ਕਿਉਂਕਿ ਉਹ ਹਟਦਾ ਨਹੀਂ ਹੈਗਾ ਕਿਉਂਕਿ ਉਹ ਹਟਦਾ ਨਹੀਂ ਹੈਗਾ ਉਹ ਕੋਸ਼ਿਸ਼ ਕਰਦਾ ਹੈ ਜੇ ਉਹ ਕੋਸ਼ਿਸ਼ ਕਰਦਾ ਵੀ ਚਲੋ ਯਾਰ ਮੇਰੇ ਤੋਂ ਇੱਕ ਵਾਰੀ ਗਲਤੀ ਹੋ ਗਈ ਜ਼ਿੰਦਗੀ ਦੇ ਵਿੱਚ ਅਣਦੇਖੇ ਦੇ ਵਿੱਚ ਮੈਨੂੰ ਨਹੀਂ ਪਤਾ ਸੀਗਾ ਚੀਜ਼ਾਂ ਬਾਰੇ ਮੈਨੂੰ ਨੌਲੇਜ ਨਹੀਂ ਸੀਗੀ ਮੈਥੋਂ ਅਣਦੇਖੇ ਅਣਜਾਣੇ ਦੇ ਵਿੱਚ ਮੇਰੇ ਤੋਂ ਗਲਤੀ ਹੋ ਗਈ ਠੀਕ ਹੈ ਫਿਰ ਉਹ ਪਰਮਾਤਮਾ ਨੇ ਉਹਦੀ ਬਾਂਹ ਫੜ ਲੈਣੀ ਹੈ ਪਰ ਜੇ ਉਹ ਨਹੀਂ ਹਟ ਰਿਹਾ ਜੇ ਉਹ ਨਹੀਂ ਹਟ ਰਿਹਾ ਫਿਰ ਉਹ ਗਲਤ ਪਾਸੇ ਹੀ ਚੀਜ਼ਾਂ ਜਾਣਗੀਆਂ ਦੋਸਤੋ ਸੁਣ ਰਹੇ ਹੋ ਤੁਸੀਂ ਸਾਂਝ ਰੇਡੀਓ ਟੋਰਾਂਟੋ ਗੱਲਾਂ ਬਾਤਾਂ ਦਾ ਸਿਲਸਿਲਾ 905-673-3337 ਤੇ ਚੱਲ ਰਿਹਾ ਹੈਗਾ ਤੇ ਆਓ ਥੋੜੇ ਜਿਹੇ ਸੁਨੇਹੇ ਤੁਹਾਨੂੰ ਸੁਣਾ ਦਈਏ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏਗਾ ਹਰਜਿੰਦਰ ਸਾਹਿਬ ਇੰਸ਼ੋਰੈਂਸ ਲਾਈਨ ਨੰਬਰ 1 ਉਹ ਬਾਈ ਕੀ ਸੋਚ ਰਿਹਾ ਹੈ ਬਾਈ ਸੋਚਦਾ ਕਿ ਕੋਈ ਇੰਸ਼ੋਰੈਂਸ ਪਾਲਿਸੀ ਕਰਵਾ ਲਵਾਂ ਚੰਗੀ ਹੁੰਦੀ ਹੈ ਪਰ ਸਮਝ ਨਹੀਂ ਆ ਰਿਹਾ ਕਰਵਾਵਾਂ ਕਿੱਥੋਂ ਉਹ ਜ਼ਿਆਦਾ ਨਾ ਸੋਚ ਸਿੱਧਾ ਜਾ ਹਰਜਿੰਦਰ ਸੰਧੂ ਹੁਣਾਂ ਕੋਲ ਅਸੀਂ ਸਾਰਿਆਂ ਨੇ ਵੀ ਆਪਣੀਆਂ ਸਾਰੀਆਂ ਪਾਲਿਸੀਆਂ ਉਹਨਾਂ ਤੋਂ ਹੀ ਕਰਵਾ ਲਈਆਂ ਨੇ ਅੱਛਾ ਪਰ ਉਹ ਕਿਉਂ ਹਰਜਿੰਦਰ ਪ੍ਰੋਵਾਈਡ ਕਰਦੇ ਨੇ ਸਹੀ ਐਡਵਾਈਸ ਤੇ ਤੁਹਾਡੀ ਪਾਲਿਸੀ ਨੂੰ ਇੰਸ਼ੋਰੈਂਸ ਕੰਪਨੀ ਨੂੰ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰਦੇ ਨੇ ਤਾਂ ਕਿ ਆਪਾਂ ਨੂੰ ਪੀਸ ਆਫ ਮਾਈਂਡ ਰਵੇ ਇਹਨਾਂ ਦੀ ਸਰਵਿਸ ਵੀ ਬਹੁਤ ਕਮਾਲ ਦੀ ਹੈ ਮੈਂ ਅੱਜ ਹੀ ਫੋਨ ਕਰਦਾ ਹਰਜਿੰਦਰ ਨੂੰ ਨੰਬਰ ਦੱਸਿਓ ਤੁਸੀਂ ਵੀ ਨੋਟ ਕਰੋ 416-608-7000 ਕੋਈ ਵੀ ਲਾਈਫ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਸੁਪਰ ਵੀਜ਼ਾ ਵਿਜ਼ਿਟਰ ਇੰਸ਼ੋਰੈਂਸ ਜਾਂ ਫਿਰ ਬੱਚਿਆਂ ਦੇ ਲਈ ਐਜੂਕੇਸ਼ਨ ਪਲਾਨ RESP ਲਈ ਯਾਦ ਰੱਖੋ ਹਰਜਿੰਦਰ ਸੰਧੂ 416-668-7000 ਵੈਬਸਾਈਟ harjindersandhu.ca ਤੁਸੀਂ ਘਰ ਵਿੱਚ ਕਿਚਨ ਦੀ ਰੈਨੋਵੇਸ਼ਨ ਕਰਵਾਓ ਤੇ ਕਿਚਨ ਨੂੰ ਦਵੋ ਹਾਈ ਐਂਡ ਜਾਂ 5-star ਦੇ ਲੁੱਕ ਲਈ ਸੰਪਰਕ ਕੀਤਾ ਜਾ ਸਕਦਾ ਹੈ ਸਿੰਗ ਕਿਚਨ ਕੈਬਿਨੇਟ ਜਾਂ ਘਰ ਵਿੱਚ ਬਾਥ ਵੈਨਿਟੀਜ਼ ਕਾਊਂਟਰ ਟੌਪ ਵੁੱਡ ਵਰਕਿੰਗ ਦਾ ਕੰਮ ਵੀ ਬੜੇ ਤਸੱਲੀ ਨਾਲ ਕੀਤਾ ਜਾਂਦਾ ਹੈ ਸਿੰਗ ਕਿਚਨ ਕੈਬਿਨੇਟ ਦਾ ਨੰਬਰ 647-205569 ਲੋਕੇਟਡ ਨੇ ਨੰਬਰ 18 ਆਟੋਮੈਟਿਕ ਰੋਡ ਬ੍ਰੈਂਟਨ ਯੂਨਿਟ ਨੰਬਰ 24 ਸਿੰਗ ਕਿਚਨ .com जी हाँ मोटर कार का तो मालूम नहीं लेकिन आपको आपके बंगले तक पहुँचाएंगे
जीएनई मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 647702 B23 License number 10394। ਤੁਸੀਂ ਘਰ ਬਾਈ ਕਰਨਾ ਹੈ, ਸੈਲ ਕਰਨਾ ਹੈ ਜਾਂ ਇਨਵੈਸਟਮੈਂਟ ਲਈ ਕੋਈ ਪ੍ਰਾਪਰਟੀ ਲੱਭ ਰਹੇ ਹੋ ਵਾਟਰਲੂ ਕਿਚਨਰ ਜਾਂ ਕੈਂਬ੍ਰਿਜ ਦੇ ਏਰੀਆ ਦੇ ਵਿੱਚ, ਤਾਂ ਗੌਰਵ ਨਰੂਲਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸੇਫ ਮੈਕਸ ਸੁਪਰੀਮ ਰੀਅਲ ਅਸਟੇਟ ਇੰਕ ਬ੍ਰੋਕਰੇਜ ਦੇ ਨਾਲ ਕੰਮ ਕਰਦੇ ਆ। ਗੌਰਵ ਨਰੂਲਾ ਨੰਬਰ 647703-0737-643-0730 ਤੇ ਗੌਰਵ ਨਰੂਲਾ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਬਿਲਕੁਲ ਦੋਸਤੋ, ਤੁਹਾਡਾ ਦੁਬਾਰਾ ਸਵਾਗਤ ਹੈਗਾ ਸਾਂਝ ਰੇਡੀਓ ਟੋਰਾਂਟੋ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਬਿਲਕੁਲ ਰਹਿ ਚੁੱਕੇ ਨੇ ਗਿਣ ਕੇ 11 ਮਿੰਟ ਤੇ ਇੱਕ ਚੀਜ਼ ਬੜੀ ਵਧੀਆ ਕਿਸੇ ਸਾਡੇ ਵੀਰ ਨੇ ਭੇਜੀ ਹੈਗੀ ਆ, ਉਹ ਕਹਿੰਦੇ ਸ਼ੇਅਰ ਕਰੋ ਤੇ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਸ਼ੇਅਰ ਕਰਦੇ ਹਾਂ। ਲਓ ਚੀਜ਼ ਨੂੰ ਪਹਿਲਾਂ ਕੱਢ ਹੀ ਲੈਂਦੇ ਹਾਂ ਆਪਾਂ। ਉਹ ਕਹਿੰਦੇ ਜੀ ਕਿਹੜੀ ਚੀਜ਼ ਹੈ, ਲਓ ਜੀ ਦੁਬਾਰਾ ਦੱਸ ਦਈਏ ਤੁਹਾਨੂੰ। ਉਹ ਕਹਿੰਦੇ ਕਿਹੜੀ ਚੀਜ਼ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਬਹੁਤ ਵਧੀਆ, ਇੱਕ ਇੰਗਲਿਸ਼ ਦੇ ਵਿੱਚ ਵਰਡ ਹੈ ਕੂਲ। ਕਹਿੰਦੇ ਵਟ ਸੋਸਾਇਟੀ ਥਿੰਕਸ ਯੂ ਆਰ ਕੂਲ, ਅੰਗਰੇਜ਼ੀ 'ਚ ਭੇਜਿਆ। ਕਹਿੰਦੇ ਕਿਹੜੀ ਚੀਜ਼ ਨੂੰ ਸੋਚਦੇ ਹੋ ਤੁਸੀਂ ਉਹ ਕੂਲ ਹੈ, ਧਿਆਨ ਨਾਲ ਸੁਣਿਓ। ਇਹ ਤੇ ਤੁਸੀਂ ਆਪਣੇ ਵਿਊਜ਼ ਵੀ ਦੇਣੇ ਨੇ, ਟਾਈਮ ਬੜਾ ਥੋੜਾ ਪਰ ਲਵਾਂਗੇ। ਕਹਿੰਦੇ ਤਿੰਨ ਚਾਰ ਚੀਜ਼ਾਂ ਭੇਜੀਆਂ ਉਹਨਾਂ ਨੇ। ਕਹਿੰਦੇ ਜਾਂ ਤਾਂ ਕਹਿੰਦੇ ਵੀ ਤੁਹਾਡੇ ਕੋਲ BMW ਹੈ, 50,000 ਤੁਹਾਡੀ ਸੈਲਰੀ ਹੈ ਮਹੀਨੇ ਦੀ, ਨਵਾਂ ਆਈਫੋਨ ਹੈਗਾ, ਨਵੀਆਂ ਨਵੀਆਂ ਚੀਜ਼ਾਂ ਜਿੰਨੀਆਂ ਵੀ ਹੈਗੀਆਂ ਨੇ ਉਹ ਸਹੀਆਂ ਨੇ ਤੁਹਾਡੇ ਕੋਲ, ਤੇ 150K ਦਾ ਡੈਟ ਹੈਗਾ ਤੁਹਾਡੇ ਤੇ, ਹਾਂਜੀ, ਤੇ ਜਾਂ ਫਿਰ ਕੋਈ ਡੈਟ ਨਹੀਂ ਹੈਗਾ, ਕੋਈ ਅਰਨਿੰਗ ਦੀ ਲਿਮਿਟ ਨਹੀਂ ਹੈਗੀ ਤੁਹਾਡੇ ਕੋਲ, ਟਾਈਮ ਹੈਗਾ ਤੁਹਾਡੇ ਕੋਲ ਤੁਹਾਡੀ ਫੈਮਿਲੀ ਨੂੰ ਦੇਣ ਦਾ, ਪੇਰੈਂਟਸ ਨੂੰ ਦੇਣ ਦਾ, ਤੁਸੀਂ ਆਪ ਆਪਣੇ ਬੋਸ ਹੋ। ਕਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਤੁਹਾਡੇ ਵਾਸਤੇ ਕੂਲ ਹੈ? ਕਾਲ ਲੈਂਦੇ ਹਾਂ, ਸੁਣਦੇ ਹਾਂ। 3201 ਸਤਿ ਸ਼੍ਰੀ ਅਕਾਲ ਜੀ। ਇਸ ਜਹਾਨ ਚ ਪਰਮਾਤਮਾ ਦੇਖ ਰਿਹਾ ਸਭ ਕੁਛ, ਤੁਸੀਂ ਆਪਣਾ ਅਕਾਊਂਟ ਸਾਫ ਰੱਖੋ ਬਸ। ਆਂਟੀ ਜੀ ਦੀ ਗੱਲ ਮੈਨੂੰ ਸੁਣਨੀ ਬਹੁਤ ਧਿਆਨ, ਠੀਕ ਹੈ ਹੁੰਦਾ ਸਾਡੇ ਨਾਲ ਵੀ ਹੋਇਆ, ਸਾਡੇ ਨਾਲ ਵੀ ਧੋਖਾ ਹੋਇਆ, ਪਰ ਕੋਈ ਗੱਲ ਨੀ, ਅੱਜ ਅਸੀਂ ਪਰਮਾਤਮਾ ਦੀ ਮਿਹਰ ਨਾਲ ਪਲੱਸ ਹੈਗੇ, ਜਿਹਨਾਂ ਨੇ ਧੋਖਾ ਕੀਤਾ ਉਹ ਮਾਈਨਸ ਹੈਗੇ ਨੇ, ਅਸੀਂ ਪਲੱਸ ਹੈਗੇ। ਮੈਂ ਇਹੀ ਗੱਲ ਕਹਿ ਰਿਹਾ ਕਿ ਬਾਈ ਐਗਜ਼ਾਮਪਲ ਦੇ ਰਿਹਾ ਆਪਣਾ, ਬਸ ਪਰਮਾਤਮਾ ਦਾ ਸ਼ੁਕਰ ਕਰੋ ਤੇ ਆਪਣੇ ਅਕਾਊਂਟ ਨੂੰ ਸਾਫ਼ ਰੱਖੋ, ਰਾਈਟ, ਪਰਮਾਤਮਾ ਨੋਟ ਕਰਦਾ ਚਲਦੀ। ਮੈਂ ਤੁਹਾਨੂੰ ਰੋਜ਼ ਇੱਕੋ ਗੱਲ ਕਹਿੰਦਾ ਕਿ 100% ਵਿਸ਼ਵਾਸ ਰੱਖੋ, ਬੰਦੇ ਲੱਗਦੇ ਹੀ ਨੀ ਨਾ, ਇਹ ਤਾਂ ਚੱਕਰ ਸਾਡੇ ਕੋਲ ਤਾਂ ਟੌਪੀ ਖਤਮ ਹੋ ਜਾਣਾ, ਕੋਈ ਪ੍ਰੋਬਲਮ ਨੀ, ਕੋਈ ਪਰੇਸ਼ਾਨੀ ਨੀ, ਆਪਾਂ ਰੱਬ ਦਾ ਭਾਣਾ ਮੰਨ ਕੇ ਤਾਂ ਵੀ ਖੁਸ਼ ਰਹਿੰਦੇ ਹਾਂ, ਉਹਦੀ ਰਜ਼ਾ ਦੇ ਰਾਜੀ ਰਹਿੰਦੇ, ਕੋਈ ਗੱਲ ਨੀ। ਜੇ 10 ਉਹਨੇ ਦੇ ਸਾਡੇ ਤੋਂ 100 ਮੋੜਿਆ, 100 ਮੋੜੂਗਾ, ਕੋਈ ਸ਼ੱਕ ਨੀ, ਮੈਂ ਮੰਨਦਾ ਇਹ ਗੱਲ ਤੇ, ਐਗਰੀ ਹਾਂ। ਤੇ ਫਿਰ ਤੁਹਾਨੂੰ ਕੀ ਚਿੰਤਾ, ਉਹਦੀ ਮੱਤ ਤੋਂ ਭਰ ਜ਼ਿੰਦਗੀ ਜੀਓ, ਵਧੀਆ ਕੰਮ ਕਰੋ। ਸਹੀ ਗੱਲ ਹੈ, ਸਹੀ ਗੱਲ ਹੈ ਜਸਮੀਤ ਸਾਹਿਬ, ਤੁਹਾਡੀ ਤੁਹਾਡੀ ਕਿਸੇ ਦੀ ਹੈਲਪ ਕਰੋ। ਹਾਂ, ਤੁਹਾਡੀ ਕਾਲ ਤੋਂ ਬਾਅਦ ਇੱਕ ਮੈਂ ਬੜਾ ਇੱਕ ਰੀਅਲ ਸਟੋਰੀ, ਇੱਕ ਛੋਟੀ ਜਿਹੀ ਸਟੋਰੀ ਸੁਣਾਉਂਗਾ ਤੁਹਾਨੂੰ, ਰੀਅਲ ਸਟੋਰੀ। ਥੈਂਕ ਯੂ, ਥੈਂਕ ਯੂ। 5007 ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਹਾਲ ਚਾਲ ਜੀ? ਬਿਮਾਰੀ ਨੀ,
परिवार परिवार किसी तो दुध लेंदा सीगा जिवें आपां इंडिया दे विच आपां दुध लैंदे हुंदे आ घर दे विच सानूं दुध देण हुंदा कोई 2-4 किलो असीं प्राइवेट जदों दुध लैंदे हुंदे आ शहरां दे विच आके ਤੇ ਉਹ ਕਹਿੰਦੇ ਵੀ ਨਵਾਂ ਨਵਾਂ ਇੱਕ ਪਰਿਵਾਰ ਪਿੰਡ ਤੋਂ ਆ ਕੇ ਸ਼ਹਿਰ ਦੇ ਵਿੱਚ ਰਹਿਣ ਲੱਗਿਆ ਤੇ ਉਹਨਾਂ ਨੂੰ ਹਿਸਾਬ ਨਹੀਂ ਹੁੰਦਾ ਸੀ ਬਾਲਾ ਉਹ ਦੁੱਧ ਲੈਣ ਲੱਗ ਗਿਆ ਕਿਸੇ ਕੋਲੋਂ ਵੀ ਭਾਈ 2-4 ਕਿਲੋ ਸਾਨੂੰ ਘਰੇ ਦੁੱਧ ਦਿਆ ਕਰੋ ਉਹ ਕਹਿੰਦੇ ਠੀਕ ਹੈ ਜੀ ਉਹ ਉਹਨਾਂ ਨੇ ਦੱਸਤਾ ਵੀ ਭਾਈ ਅਸੀਂ ਤਾਂ ਪਿੰਡਾਂ ਵਾਲੇ ਬੰਦੇ ਹਾਂ ਵੀ ਸਾਨੂੰ ਦੁੱਧ ਦਾ ਪਤਾ ਹੈਗਾ ਵੀ ਦੁੱਧ ਦੀ ਕੀ ਕੁਆਲਿਟੀ ਹੁੰਦੀ ਹੈ ਤੇ ਸਾਨੂੰ ਥੋੜਾ ਜਿਹਾ ਦੁੱਧ ਵਧੀਆ ਦਿਓ ਉਹ ਕਹਿੰਦੇ ਠੀਕ ਹੈ ਜੀ ਦੁੱਧ ਵਧੀਆ ਦਿਆ ਕਰਾਂਗੇ ਉਹ ਕਹਿੰਦੇ ਵੀ ਜਦੋਂ ਦੁੱਧ ਦੇਣ ਲੱਗ ਗਏ ਤੇ 2-4 ਦਿਨ ਲਿਆ ਦੁੱਧ ਤੇ ਉਹਨਾਂ ਨੂੰ ਪਸੰਦ ਨਹੀਂ ਆਇਆ ਦੁੱਧ ਉਹ ਕਹਿੰਦੇ ਭਾਈ ਕੋਈ ਗੱਲ ਨਹੀਂ ਵੀ ਦੁੱਧ ਬੰਦ ਕਰ ਦਿਓ ਤੇ ਵੀ ਤੁਹਾਡੇ ਜਿਹੜੇ ਬਣਦੇ ਪੈਸੇ ਨੇ ਉਹ ਲੈ ਜਾਓ ਉਹਨਾਂ ਨੇ ਕੋਈ ਰੌਲਾ ਨਹੀਂ ਪਾਇਆ ਉਹਨਾਂ ਨੂੰ ਦੁੱਧ ਲੱਗਿਆ ਵੀ ਭਾਈ ਦੁੱਧ ਦੇ ਵਿੱਚ ਪਾਣੀ ਬਾਹਲਾ ਪਾਉਣਾ ਤੁਸੀਂ ਤੇ ਕੋਈ ਗੱਲ ਨਹੀਂ ਉਹਨਾਂ ਨੇ ਕੋਈ ਗੱਲ ਉਹਨਾਂ ਨੂੰ ਕਹੀ ਨਹੀਂ ਨਾ ਉਹਨਾਂ ਨੇ ਪਾਣੀ ਵਾਲੀ ਗੱਲ ਕਰੀ ਉਹਨਾਂ ਨੇ ਬਸ ਇਹ ਕਹਿਤਾ ਵੀ ਭਾਈ ਤੁਹਾਡਾ ਦੁੱਧ ਸਾਡੇ ਪਸੰਦ ਨਹੀਂ ਆਇਆ ਤੇ ਆਪਦਾ ਬਣਦਾ ਹੋਇਆ ਪੈਸਾ ਲੈ ਜਾਈਏ ਉਹ ਕਹਿੰਦੇ ਠੀਕ ਹੈ ਜੀ ਅਗਲੇ ਦਿਨ ਬੰਦਾ ਆ ਗਿਆ ਪੈਸੇ ਲੈਣ ਤੇ ਉਹਨੇ ਇੱਕ ਐਸੀ ਜਗ੍ਹਾ ਮੇਰੀ ਖੁਦ ਦੇਖੀ ਹੋਈ ਚੀਜ਼ ਹੈ ਉਹਨੇ ਇੱਕ ਐਸੀ ਜਗ੍ਹਾ ਆਪਦੀ ਜਿਹੜੀ ਢੋਲੀ ਸੀ ਰੱਖੀ ਤੇ ਜਦੋਂ ਉਹ ਬੰਦਾ ਦੁਬਾਰਾ ਵਾਪਸ ਆਇਆ ਹਵਾ ਨੇ ਰੱਬ ਨੇ ਉਹ ਸੱਚੇ ਪਾਤਸ਼ਾਹ ਨੇ ਉਹ ਕੁਦਰਤ ਨੇ ਜਿਹੜੀ ਉਹਦੀ ਢੋਲੀ ਸੀ ਛੋਟੀ ਢੋਲੀ ਸੀ ਉਹ ਗਿਰ ਗਈ ਨੀਚੇ ਆਪਣੇ ਆਪ ਕਿਸੇ ਨੇ ਨਹੀਂ ਗਿਰੀ ਆਪਣੇ ਆਪ ਗਿਰ ਗਈ ਤੇ ਉੱਥੇ ਜਿਹੜੇ ਫਿਰ ਉਹ ਜਦੋਂ ਗਲੀ ਦੇ ਵਿੱਚ ਕੁੱਤੇ ਬਿੱਲੀਆਂ ਫਿਰਦੇ ਹੁੰਦੇ ਨੇ ਉਹਨੂੰ ਚੱਟ ਰਹੇ ਸੀਗੇ ਉੱਥੋਂ ਇੱਕ ਐਗਜ਼ਾਮਪਲ ਸਮਝ ਆਈ ਬਹੁਤ ਛੋਟਾ ਸੀ ਮੈਂ ਉਸ ਟਾਈਮ ਜਦੋਂ ਮੈਂ ਚੀਜ਼ ਦੇਖੀ ਸੀ ਹੁਣ ਅੱਜ ਮੈਨੂੰ ਇਹ ਚੀਜ਼ ਸਮਝ ਆ ਰਹੀ ਹੈ ਜਿਹੜੀ ਅਸੀਂ ਸਟੋਰੀ ਪੜ੍ਹਦੇ ਹੁੰਦੇ ਸੀ ਵੀ ਜਿਹੜੇ ਬਾਂਦਰ ਤੇ ਇੱਕ ਦੁੱਧ ਵਾਲੇ ਦੀ ਸਟੋਰੀ ਹੈਗੀ ਹੈ ਵੀ ਅੱਧੇ ਤਾਂ ਪੈਸੇ ਉਹਨੇ ਪਾਣੀ ਚ ਸਿੱਟਦੇ ਸੀ ਅੱਧੇ ਉਹਨੇ ਉਹਨੂੰ ਫੜਾਤੇ ਸੀ ਥੱਲੇ ਉਹਦਾ ਮਤਲਬ ਕਹਿਣ ਦਾ ਇਹੀ ਸੀਗਾ ਵੀ ਭਾਈ ਪਾਣੀ ਵਾਲੇ ਪੈਸੇ ਤੇਰੇ ਪਾਣੀ ਚ ਗਏ ਜਿੰਨਾ ਪਾਣੀ ਤਾਂ ਦੁੱਧ ਚ ਪਾਇਆ ਉਹ ਪਾਣੀ ਚ ਗਏ ਤੇ ਬਾਕੀ ਜਿਹੜੇ ਪੈਸੇ ਸੀਗੇ ਉਹ ਤੈਨੂੰ ਮਿਲ ਗਏ ਜਿੰਨਾ ਤੇਰਾ ਦੁੱਧ ਸੀਗਾ ਪਾਣੀ ਉਹ ਪਾਣੀ ਵਾਂਗੂ ਹੀ ਗਿਆ ਉਹ ਪਾਣੀ ਵਾਂਗੂ ਹੀ ਗਿਆ ਬਾਕੀ ਤੇਰੇ ਪੈਸੇ ਪੱਲੇ ਪੈ ਗਏ ਇਸ ਕਰਕੇ ਦੋਸਤੋ ਜਿਵੇਂ ਬਾਈ ਜੀ ਕਹਿ ਕੇ ਗਏ ਜਸਮੀਤ ਸਾਹਿਬ ਵੀ ਜਿੰਨੀਆਂ ਚੀਜ਼ਾਂ ਮਾੜੀਆਂ ਕ੍ਰਿਤੀਆਂ ਨੇ ਮਾੜੀਆਂ ਚੀਜ਼ਾਂ ਨੇ ਮਾੜੀ ਦੇਖ ਰੇਖ ਹੈ ਮਾੜੀ ਸੋਚ ਹੈ ਉਹ ਮਾੜੇ ਪਾਸੇ ਹੀ ਜਾਣੀਆਂ ਬੰਦੇ ਤੋਂ ਬੰਦੇ ਬਣ ਜਾਈਏ ਤਾਂ ਬੰਦੇ ਬਣੇ ਰਹਾਂਗੇ ਤੇ ਉਹ ਸੱਚੇ ਪਰਮਾਤਮਾ ਦੇ ਹਮੇਸ਼ਾ ਲਿਵਲੀਨ ਹੋ ਕੇ ਰਹਾਂਗੇ ਉਹ ਸਾਰੀਆਂ ਚੀਜ਼ਾਂ ਜਿਹੜਾ ਸਾਨੂੰ ਦਰਵਾਜ਼ਾ ਇਨਸਾਨੀਅਤ ਦਾ ਦਰਵਾਜ਼ਾ ਉਹ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤਾ ਹੈਗਾ ਇਹ ਦਰਵਾਜ਼ੇ ਦੇ ਵਿੱਚੋਂ ਸਿਰਫ ਇੱਕ ਚੀਜ਼ ਯਾਦ ਰੱਖੀਏ ਵੀ ਅਸੀਂ ਉਹ ਪਰਮਾਤਮਾ ਦੇ ਵਿੱਚ ਹੀ ਲੀਨ ਹੋਣਾ ਹੈ ਜੇ ਇਹੀ 84 ਲੱਖ ਜੂਨਾਂ ਦੇ ਵਿੱਚ ਫਸੇ ਰਹਿਣਾ ਹੈ ਤਾਂ ਜੋ ਮਰਜ਼ੀ ਕਰੀਏ ਫਿਰ ਕੋਈ ਕਿਸੇ ਨੂੰ ਨਹੀਂ ਸਮਝਾ ਸਕਦਾ ਬਾਕੀ ਸਮਾਂ ਹੋ ਚੱਲਿਆ ਹੁਣ ਇਜਾਜ਼ਤ ਲੈਣ ਲਈ ਭੁੱਲ ਚੁੱਕ ਮਾਫ਼ ਕਰਨੀ ਕੋਸ਼ਿਸ਼ ਇਹੀ ਰਹਿੰਦੀ ਹੈ ਵੀ ਸਾਡੇ ਸਰੋਤਿਆਂ ਨੂੰ ਟੌਪਿਕ ਪਸੰਦ ਆਏ ਤੇ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰੋ ਸਾਂਝ ਰੇਡੀਓ ਟੋਰਾਂਟੋ ਨੂੰ ਤੇ ਵੱਧ ਤੋਂ ਵੱਧ ਦੱਸੋ ਆਪਣੇ ਵੀਰ ਭਾਈ ਸੱਜਣਾਂ ਨੂੰ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਓ ਸਾਂਝ ਰੇਡੀਓ ਟੋਰਾਂਟੋ ਦੇ ਥਰੂ ਕਿਉਂਕਿ ਸਾਨੂੰ ਵੀ ਇਸ ਟਾਈਮ ਲੋੜ ਹੈ ਸਪੋਂਸਰਸ ਦੀ ਜ਼ਰੂਰ ਕਨੈਕਟ ਕਰੋ ਸਾਡੇ ਨਾਲ ਤੇ ਸੁਣਦੇ ਰਹੋ ਸਾਂਝ ਰੇਡੀਓ ਟੋਰਾਂਟੋ ਤੇ ਜਿਸ ਤਰੀਕੇ ਨਾਲ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਟਿਕਟੋਕ ਤੇ ਵੀ ਫੋਲੋ ਕਰ ਲਓ ਜੇ ਸੱਚੀ ਉਹ ਪਿਆਰ ਕਰਦੇ ਹੋ ਟਿਕਟੋਕ ਤੇ ਵੀ ਫੋਲੋ ਕਰੋ ਇੱਥੇ ਤਾਂ ਵਰਕਿੰਗ ਹੈਗਾ ਟਿਕਟੋਕ ਅਮਰੀਕਾ ਕੈਨੇਡਾ ਹਰ ਜਗ੍ਹਾ ਤੇ ਆਪਣਾ ਧਿਆਨ ਰੱਖਣਾ ਸਾਰਿਆਂ ਨੇ ਤੇ ਮੈਂ ਦੁਬਾਰਾ ਕਹਿੰਦਾ ਜੇ ਕੋਈ ਵੀ ਗੱਲ ਮੇਰੀ ਬੁਰੀ ਲੱਗੀ ਹੋਵੇ ਭੁੱਲ ਚੁੱਕ ਮਾਫ਼ ਕਰਨੀ ਆਪਣੇ ਵਿਊਜ਼ ਸਾਂਝ ਰੇਡੀਓ ਟੋਰਾਂਟੋ ਤੇ ਆ ਕੇ ਦਿਆ ਕਰੋ ਟੌਪਿਕ ਦੱਸਿਆ ਕਰੋ ਕੋਈ ਤੁਹਾਨੂੰ ਲੱਗਦਾ ਵੀ ਜਿਹੜੇ ਟੌਪਿਕ ਤੇ ਗੱਲਬਾਤ ਕਰਨੀ ਚਾਹੀਦੀ ਹੈ ਜ਼ਰੂਰ ਕਰਾਂਗੇ ਤੇ ਆਪਣਾ ਰੱਖੋ ਧਿਆਨ ਸਤਿ ਸ੍ਰੀ ਅਕਾਲ ਤੇ ਜਾਂਦੇ ਜਾਂਦੇ ਇੱਕ ਬੜਾ ਵਧੀਆ ਜ਼ਿੰਦਗੀ ਦਾ ਗਾਣਾ ਤੁਹਾਨੂੰ ਸੁਣਾ ਚੱਲੇ ਆ ਸੁਣਦੇ ਰਹੋ ਸਾਂਝ ਰੇਡੀਓ ਟੋਰਾਂਟੋ।
एक सफर है सुहाना।